877-877. ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦ ਕਰੇ ਅੱਜ ਦੇਸੀ ਮਹੀਨੇ ਦੀ ਸ਼ੁਰੂਆਤ ਸੰਗਰਾਂਦ ਦਿਨ ਹੈ ਉੱਥੇ ਅੱਜ ਖਾਲਸੇ ਦੀ ਸਾਜਨਾ ਦਿਵਸ ਦਾ ਇਤਿਹਾਸਿਕ ਦਿਨ ਜਿਸ ਦਿਨ ਸਾਡੀ ਕੌਮ ਸਿੱਖ ਕੌਮ ਦੀ ਸਿਰਜਣਾ ਹੋਈ ਸੀ ਅੰਮ੍ਰਿਤ ਛਕਾਇਆ ਗਿਆ ਅਤੇ ਅੰਮ੍ਰਿਤ ਖੁਦ ਆਪ ਛਕਿਆ ਗਿਆ ਅਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਦੁਨੀਆਂ ਦੇ ਕੋਨੇ ਕੋਨੇ ਵਿੱਚ ਅੱਜ ਧਾਰਮਿਕ ਸਥਾਨਾਂ 'ਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਠਾਠਾ ਮਾਰਦਾ ਇਕੱਠ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਦੇਸ਼ ਅਤੇ ਹਰ ਦੇਸ਼ ਦੇ ਸਟੇਟ ਦੇ ਸਮੇਂ ਦੇ ਮੁਤਾਬਕ ਸੰਗਤਾਂ ਵਿੱਚ ਉਤਸ਼ਾਹ ਪਾਇਆ ਗਿਆ ਪੈ ਜਾ ਰਿਹਾ ਹੈ ਵੀਕਐਂਡ ਹੈ ਅਤੇ ਸਾਡੇ ਕੈਨੇਡਾ ਅਮੈਰੀਕਾ ਯੂਰਪ ਅਤੇ ਇੰਗਲੈਂਡ ਵੱਖ ਵੱਖ ਦੇਸ਼ ਵਿਦੇਸ਼ ਅਤੇ ਸਾਡੇ ਭਾਰਤ ਦੀ ਧਰਤੀ ਦੇ ਉੱਪਰ ਜਿੰਨੇ ਵੀ ਇਤਿਹਾਸਿਕ ਗੁਰੂਘਰ ਨੇ ਜਿੱਥੇ ਕਿ ਵਿਸਾਖੀ ਦੇ ਗੁਰਪੁਰਬ ਦੇ ਉੱਪਰ ਅਖੰਡ ਪਾਠ ਸਾਹਿਬ ਦੀ ਆਰੰਭਤਾ ਵੀਰਵਾਰ ਨੂੰ ਹੋਈ ਅਤੇ ਸ਼ਨੀਵਾਰ ਨੂੰ ਭੋਗ ਜਾਣ ਕੇ ਅੱਜ ਪੈ ਚੁੱਕੇ ਨੇ ਅਤੇ ਪੈ ਰਹੇ ਨੇ ਆਪ ਸਭ ਨੂੰ ਵਿਸਾਖੀ ਦੀ ਖਾਸ ਸਾਰਿਆਂ ਦਿਵਸ ਜਿੱਥੇ ਬਹੁਤ ਬਹੁਤ ਮੁਬਾਰਕ ਹੋਵੇ ਗੁਰੂ ਮਹਾਰਾਜ ਖੁਸ਼ੀਆਂ ਪ੍ਰਾਪਤ ਕਰੋ ਉੱਥੇ ਸਾਨੂੰ ਦੱਸਿਆ ਖੁਸ਼ੀ ਹੋ ਰਹੀ ਹੈ ਕਿ ਜਿਸ ਆਕਾਸ਼ਵਾਣੀ ਲਹਿਰ ਰਾਹੀਂ ਅਸੀਂ ਆਪਸ ਵਿੱਚ ਸਾਡਾ ਰਿਸ਼ਤਾ ਨਾਤਾ ਹੈ ਇਹ ਪਿਛਲੇ 42 ਸਾਲ ਸਫ਼ਰ ਤੈਅ ਕਰ ਚੁੱਕਾ ਹੈ
ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਚੁਕਾਉਂਦਾ। ਮੇਰੀ ਪੂਰੀ ਟੀਮ ਜਿਸ ਵਿੱਚ ਗੁਰਪ੍ਰੀਤ ਸਿੱਧੂ ਜੀ, ਸਾਰਾ ਪਰਿਵਾਰ, ਮੇਰਾ ਪਰਿਵਾਰ, ਤੁਸੀਂ, ਤੁਹਾਡਾ ਆਪ ਜੀ ਸਾਰਾ ਪਰਿਵਾਰ, ਵਧਾਈ ਦੇ ਅਸੀਂ ਪਾਤਰ ਹਾਂ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹਰੇਕ ਮਹੀਨੇ ਸੰਗਤਾਂ ਨੇ ਸੰਗਰਾਂਦ ਮਹੀਨੇ ਨਾਮ ਸਰਵਣ ਕੀਤਾ, ਇਤਿਹਾਸਿਕ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਅਤੇ ਵੱਖ ਵੱਖ ਸਮੇਂ 'ਤੇ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਕੀਤੇ ਗਏ, ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਉਹ ਅਸੀਂ ਤੁਹਾਡੇ ਤੱਕ ਸੂਚਿਤ ਤੁਹਾਨੂੰ ਕਰਕੇ ਸੰਗਤਾਂ ਦੇ ਵਿੱਚ ਹੋਰ ਉਤਸ਼ਾਹ ਭਰਿਆ। ਅੱਜ 14 ਕੱਲ੍ਹ ਨੂੰ 14 ਅਪ੍ਰੈਲ, ਅੱਜ 13 ਅਪ੍ਰੈਲ ਵਿਸਾਖੀ ਦਿਨ ਹੈ, ਖਾਸ ਸਾਜਨਾ ਦਿਵਸ ਦਾ ਦਿਨ ਹੈ। ਉੱਥੇ ਗਾਉਂ ਦਾ ਪੰਜਾਬ ਰੇਡੀਓ 13 ਅਪ੍ਰੈਲ 1982 ਨੂੰ ਅਸੀਂ ਇਹ ਪ੍ਰੋਗਰਾਮ ਕੈਨੇਡਾ ਦੀ ਇਸ ਧਰਤੀ 'ਤੇ ਸ਼ੁਰੂ ਕੀਤਾ ਸੀ, ਪਰ ਇਸੇ ਨਹੀਂ ਅਸੀਂ ਸੋਚਿਆ ਕਿ ਇੰਨੀ ਪਾਪੂਲਰਿਟੀ ਹੋਵੇਗੀ ਕਿ ਇਹ ਪ੍ਰੋਗਰਾਮ 42 ਸਾਲ ਦੇ ਜਦੋਂ ਹੋਵੇਗਾ ਤਾਂ ਅਸੀਂ ਟਾਂਟਲ ਪੇਸ਼ ਕਰਾਂਗੇ, ਇਹ ਦੁਨੀਆ ਵਿੱਚ ਵੇਖਿਆ ਜਾਵੇਗਾ ਅਤੇ ਸੁਣਿਆ ਜਾਵੇਗਾ। ਨਵੀਂ ਟੈਕਨੋਲੋਜੀ ਆਈ, ਇਸ ਨੇ ਸਾਡਾ ਸਾਥ ਦਿੱਤਾ, ਪਰ ਟੈਕਨੋਲੋਜੀ ਦੇ ਆਉਣ ਦੇ ਨਾਲ ਹੀ ਨਹੀਂ ਇਸ ਦੀ ਪਾਪੂਲਰਿਟੀ ਹੋਈ, ਪਰ ਟੈਕਨੋਲੋਜੀ ਨੂੰ ਆਪਰੇਟ ਕਰਨ ਦੇ ਵਿੱਚ ਸਾਡੇ ਗੁਰਪ੍ਰੀਤ ਸਿੱਧੂ ਜੀ ਮੋਹਰੀ ਨੇ, ਅਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਭਾਵਾਂ ਕਿ ਇਹ ਕਾਫੀ ਟੈਕਨੋਲੋਜੀ ਤੋਂ ਜਾਣੂ ਨੇ, ਪਰ ਹਰ ਵਿਅਕਤੀ ਭਾਵਾਂ ਕਿ ਜਾਣਕਾਰੀ ਰੱਖਦਾ ਹੈ, ਪਰ ਉਸਨੂੰ ਆਪਰੇਟ ਕਰਨਾ ਹਰ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਹੈ। ਡਾਕਟਰ ਬਹੁਤ ਸਾਰੇ ਹੁੰਦੇ ਨੇ, ਇੱਕ ਫਿਜ਼ੀਕਲੀ ਡਾਕਟਰ, ਜਾਂ ਫਿਰ ਤੁਹਾਡੇ ਫੈਮਿਲੀ ਡਾਕਟਰ, ਜਾਂ ਫਿਰ ਡਾਕਟਰ ਨੂੰ ਉੱਪਰ ਸਪੈਸ਼ਲ ਡਾਕਟਰ ਜਿਹੜੇ ਕਿ ਸਪੈਸ਼ਲ ਕੋਰਸ ਕੀਤੇ ਹੁੰਦੇ ਨੇ, ਕੁਝ ਅੱਖਾਂ ਦੇ ਸਪੈਸ਼ਲ ਡਾਕਟਰ, ਡੈਂਟਿਸਟ ਡਾਕਟਰਸ, ਹੱਡੀਆਂ ਡਾਕਟਰ, ਜਾਂ ਕੁਝ ਐਸੀ ਬਿਮਾਰੀਆਂ ਦਾ ਇਲਾਜ ਕਰਨ ਦੇ ਉੱਪਰ ਸਟੱਡੀ ਕਰ ਚੁੱਕੇ ਡਾਕਟਰ। ਇਸ ਤਰ੍ਹਾਂ ਜਿਹੜੀ ਇਹ ਟੈਕਨੋਲੋਜੀ ਆ, ਇਹਦੇ ਉਹਨਾਂ ਦੇ ਵੀ ਸਪੈਸ਼ਲਿਸਟ, ਐਸੇ ਸਾਡੀ ਪੰਜਾਬੀ ਕਮਿਊਨਿਟੀ ਵਿੱਚ ਮੈਂ ਕਹਿ ਸਕਦਾ ਕਿ ਟੈਕਨੀਸ਼ੀਅਨ ਦੇ ਪੱਖੋਂ ਜਾਣ ਕੇ ਰੱਖਦੇ ਨੇ ਕਿਵੇਂ ਕਿਸ ਤਰ੍ਹਾਂ ਕੁਝ ਮਿੰਟਾਂ ਸਕਿੰਟਾਂ ਵਿੱਚ ਅਸੀਂ ਕਿਸ ਦੇਸ਼ ਦੇ ਵਿੱਚ ਜਾਣਾ ਹੈ ਅਤੇ ਕਿਸ ਦੇਸ਼ ਦੇ ਵਿੱਚ ਰੇਡੀਓ ਸੁਣਾਉਣਾ ਹੈ, ਟੀਵੀ ਦਿਖਾਉਣਾ ਹੈ, ਯੂਟਿਊਬ 'ਤੇ, ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ, ਐਪ 'ਤੇ, ਅਤੇ ਇਸ ਦੇ ਨਾਲ ਨਾਲ ਸਾਡੀ ਤੁਹਾਡੀ ਅਖਬਾਰ ਹਿੰਦੁਸਤਾਨ ਪੋਸਟ 'ਤੇ ਪੜ੍ਹਨਾ ਜਾਇਓ। ਇਹ ਵੀ ਅਸੀਂ ਤਕਰੀਬਨ 25 ਸਾਲ ਤੋਂ ਤੁਹਾਡੇ ਸੇ ਵਿੱਚ, ਪਹਿਲਾਂ ਫਿਜ਼ੀਕਲ ਤੌਰ 'ਤੇ ਸੀ ਕਿਉਂਕਿ ਕੋਵਿਡ ਤੋਂ ਬਾਅਦ ਐਸੀ ਚੰਦਰੀ ਬਿਮਾਰੀ ਲੱਗੀ, ਤਕਰੀਬਨ ਸਾਰੀਆਂ ਅਖਬਾਰਾਂ ਜਿਹੜੀਆਂ ਨੇ ਉਹ ਹੈਂਡੀਕੈਪਟ ਹੋ ਚੁੱਕੀਆਂ, ਵੈਂਟੀਲੇਟਰ 'ਤੇ ਨੇ, ਅਖਬਾਰਾਂ ਆਖਰੀ ਸਾਹ ਲੈ ਰਹੀਆਂ ਨੇ, ਪਰ ਆਨਲਾਈਨ ਅਖਬਾਰਾਂ ਨੂੰ ਜ਼ਿਆਦਾ ਪੜ੍ਹਿਆ ਜਾ ਰਿਹਾ ਹੈ, ਸੋਸ਼ਲ ਮੀਡੀਆ ਦੇ ਯੁੱਗ ਹੈ। ਖੈਰ, ਅਸੀਂ ਪਰ ਉਹਨੂੰ ਅੱਗੇ ਤੁਰ ਗਏ, ਸੰਗਰਾਂਦ ਮਹੀਨੇ ਦਾ ਸਰਵਣ ਕਰਾਈਏ, ਸ਼ੁਭ ਦਿਹਾੜਾ ਹੈ ਅੱਜ ਸੰਗਰਾਂਦ ਦਾ, ਦੇਸੀ ਮਹੀਨੇ ਦੀ ਸ਼ੁਰੂਆਤ ਹੋਈ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਦੇ ਬਲ ਬਖਸ਼ੇ। ਅਸੀਂ ਧੰਨਵਾਦ ਕਰਨਾ ਚਾਹਾਂਗੇ ਸੁੱਖਾ ਜੀ ਦਾ, ਜੋ ਕਿ ਕਾਫੀ ਲੰਬੇ ਸਮੇਂ ਤੋਂ ਜਦੋਂ ਵੀ ਸੰਗਰਾਂਦ ਹੁੰਦੀ ਹੈ ਤਾਂ ਮਹੀਨੇ ਨਾਮ ਅਸੀਂ ਸਰਵਣ ਕਰਾਉਂਦੇ, ਤਾਂ ਮਾਈਕ ਮਦਦ ਸਾਨੂੰ ਭੇਜਦੇ ਨੇ। ਅੰਮ੍ਰਿਤ ਵੇਲੇ ਲਗਾਤਾਰ ਅਸੀਂ ਰੋਜ਼ਾਨਾ ਸਵੇਰ ਨੂੰ 5 ਤੋਂ 6 ਇੱਕ ਘੰਟਾ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਬਸਾਂਝੀ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰਾਇਆ ਸੰਗਤਾਂ ਨੂੰ, ਦਰਬਾਰ ਸਾਹਿਬ ਤੋਂ ਹੁਕਮਨਾਮਾ ਸਰਵਣ ਕਰਾਉਂਦੇ ਰਹੇ ਹਾਂ। ਕੁਝ ਸਮਾਂ ਸੀ ਜਦੋਂ ਟੈਕਨੋਲੋਜੀ ਸਿਰਫ ਰੇਡੀਓ ਰਾਹੀਂ ਅਸੀਂ ਰਿਕਾਰਡ ਕਰਕੇ, ਕਿਉਂਕਿ ਸਾਡਾ ਹਿੰਦੁਸਤਾਨ ਦਾ ਸਮਾਂ ਫਰਕ ਹੈ, ਉਹ ਪਹਿਲਾਂ ਆਉਂਦਾ ਹੈ, ਅਸੀਂ ਬਾਅਦ ਵਿੱਚ, ਤੋਂ ਸੇਮ ਡੇ ਦਾ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੋ ਆਉਂਦਾ ਹੈ ਉਹ ਅਸੀਂ ਸੰਗਤਾਂ ਨੂੰ ਸਰਵਣ ਲਗਾਤਾਰ ਕਰਾਇਆ। ਜੋ ਮਾਈਕ ਮਦਦ ਜਿਹੜੀ ਹੈ ਸਾਨੂੰ ਮਿਲੀ, ਮੈਂ ਸੁੱਖਾ ਜੀ ਦਾ
ਵਪਾਰੀ ਸੱਜਣ ਵੱਖ ਵੱਖ ਦੇ ਹੋਰ ਲੋਕ ਜਿਹਨੇ ਸਾਡੀ ਮਦਦ ਕੀਤੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਸੁਖਾ ਜੀ ਦੇ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਮੈਂ ਅਤੇ ਗੁਰਪ੍ਰੀਤ ਜੀ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਵਿਸਾਖੀ ਦੀ, ਖਾਸ ਸਾਜਨਾ ਦਿਵਸ ਦੀ, ਅਤੇ ਮੁਬਾਰਕ ਇਸ ਰੇਡੀ ਸ਼ੋਅ ਦੀ। ਤੁਹਾਡੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਿੰਨੇ ਸਾਲਾਂ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਵੇਖ ਰਹੇ ਹੋ। ਇਹ ਪ੍ਰੋਗਰਾਮ 13 ਅਪ੍ਰੈਲ 1982 ਨੂੰ ਜਦੋਂ ਸ਼ੁਰੂ ਕੀਤਾ, ਉਸ ਵੇਲੇ ਜਿਸ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਸੀ ਉਹ ਸਨਸੈਟ 'ਤੇ ਸੀ ਫ੍ਰੀਕੁਐਂਸੀ, ਜਿਹੜਾ ਕਿ ਸੂਰਜ ਦੀ ਕਿਰਨਾਂ 'ਤੇ ਡਿਪੈਂਡ ਕਰਦਾ ਸੀ ਸਟੇਸ਼ਨ। ਜਿਉਂ ਸੂਰਜ ਛਿਪ ਜਾਂਦਾ ਸੀ ਉਸ ਵੇਲੇ ਫ੍ਰੀਕੁਐਂਸੀ ਮੱਧਮ ਪੈ ਜਾਂਦੀ ਸੀ, ਬਲੌਕ ਸਪੋਟਸ ਜਿਹੜੇ ਨੇ ਉਹ ਆ ਜਾਂਦੇ ਸੀਗੇ। ਟੈਕਨੋਲੋਜੀ ਦੇ ਵਿੱਚ ਵਾਧਾ ਹੋਇਆ, ਟੈਕਨੋਲੋਜੀ ਨੇ ਤਰੱਕੀ ਕੀਤੀ, ਫ੍ਰੀਕੁਐਂਸੀ ਜਿਹੜੀ ਸੀਗੀ ਉਹ ਕੰਟਰੋਲ ਵਿੱਚ ਆ ਗਈ। ਸੂਰਜ ਦੀਆਂ ਤੇਜ਼ ਕਿਰਨਾਂ ਦੇ ਡਿਪੈਂਡ ਨਹੀਂ ਹੋਣਾ ਪਿਆ ਨਵੇਂ ਟਰਾਂਸਮੀਟਰ ਨੂੰ। ਐਸੇ ਟਰਾਂਸਮੀਟਰ ਆ ਗਏ, ਸਰਦੀ ਹੋਵੇ, ਗਰਮੀ ਹੋਵੇ, ਅਰਲੀ ਸੂਰਜ ਛਿਪ ਜਾਵੇ, ਲੇਟ ਛਿਪੇ, ਇਹ ਸਭ ਕੁਛ ਜਿਹੜਾ ਸੀਗਾ ਨਵੀਂ ਟੈਕਨੋਲੋਜੀ ਨੇ ਖਤਮ ਕਰ ਦਿੱਤਾ ਅਤੇ ਪ੍ਰੋਗਰਾਮ ਕੰਟੀਨਿਊ 24 ਘੰਟੇ ਲਗਾਤਾਰ ਆਪਣੀ ਸੇਮ ਪਾਵਰ ਨਾਲ ਚੱਲਦੇ ਰਹੇ ਅਤੇ ਸੁਣਦੇ ਅਤੇ ਦੇਖਣ ਵਾਲੇ ਸਾਡੇ ਦਰਸ਼ਕ ਵੱਧਦੇ ਰਹੇ। ਰੇਡੀਓ ਸ਼ੁਰੂ ਕੀਤਾ ਤਾਂ ਉਸ ਵੇਲੇ 11 ਤੋਂ 12 ਬਿਜ਼ਨਸਮੈਨ ਸੀ, ਅਸੀਂ ਆਪ ਜਾਂਦੇ ਸੀ ਬਿਜ਼ਨਸ ਲੈਣ 42 ਸਾਲ ਪਹਿਲਾਂ। 42 ਦਿਨ ਨਹੀਂ, ਮਹੀਨੇ ਨਹੀਂ, ਹਫ਼ਤੇ ਨਹੀਂ, ਸਾਲ 4 ਦਹਾਕੇ ਤੋਂ ਉੱਪਰ ਪ੍ਰੋਗਰਾਮ ਚੱਲਦਾ ਰਿਹਾ ਹੈ ਬਖੂਬੀ ਨਾਲ। ਮੈਂ ਸਾਰਿਆਂ ਨੂੰ ਧੰਨਵਾਦ ਕਰਦਾ। ਅੱਗੇ ਚੱਲ ਕੇ ਇਸ ਪ੍ਰੋਗਰਾਮ ਦੇ ਸੰਬੰਧ ਵਿੱਚ ਕੁਝ ਜਾਣਕਾਰੀ ਦੇਵਾਂਗੇ। ਇਸ ਪ੍ਰੋਗਰਾਮ ਨੂੰ ਤੱਤੀਆਂ ਠੰਡੀਆਂ ਹਵਾਵਾਂ ਅਤੇ ਸਿਆਸੀ ਕੁਝ ਐਸੇ ਲੋਕ ਜੋ ਪਾਵਰ ਰੱਖਦੇ ਨੇ ਆਪਣੀ, ਉਹਨਾਂ ਨੂੰ ਵੀ ਇਸ ਰੇਡੀਓ ਸਟੇਸ਼ਨ ਦੇ ਅੱਗੇ ਝੁਕਣਾ ਪਿਆ। ਕੋਸ਼ਿਸ਼ ਕਰਦੇ ਸੀ ਕਿ ਅਸੀਂ ਟਾ ਲਈਏ, ਬਟ ਜਿੰਨਾ ਚਿਕ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਓਟ ਆਸਰਾ ਆ ਉਹਨਾਂ ਚਿਕ ਦਰਖਤ ਦਾ ਪੱਤਾ ਵੀ ਚੱਲ ਨਹੀਂ ਸਕਦਾ। ਆਮ ਵਿਅਕਤੀ ਦੀ ਤਾਂ ਕੀ ਗੱਲ ਹੈ। ਜ਼ਿੰਦਗੀ ਵਿੱਚ ਮੈਂ ਬਹੁਤ ਲੋਕ ਵੇਖੇ ਨੇ, ਕਿੰਨੇ ਲੋਕ ਰੇਡੀਓ ਇੰਡਸਟਰੀ ਵਿੱਚ, ਕੋਈ 40-42 ਨਹੀਂ ਬਲਕਿ 50-60 ਲੋਕ ਆਏ ਰੇਡੀਓ ਇੰਡਸਟਰੀ ਵਿੱਚ, ਜਿਹਨਾਂ ਟਾਰਗੇਟ ਸੀ ਕਿ ਗੌਦਾ ਪੰਜਾਬ ਨੂੰ, ਜੋਗਿੰਦਰ ਵਾਸੀ ਨੂੰ ਅਸੀਂ ਇਸ ਇੰਡਸਟਰੀ ਦੇ ਵਿੱਚ ਰਹਿ ਨਹੀਂ ਦੇਣਾ, ਪਰ ਉਹ ਆਪ ਚਲੇ ਗਏ। ਮੈਨੂੰ ਅਫਸੋਸ ਹੈ ਕਿ ਉਹ ਦੁਨੀਆਂ ਵਿੱਚੋਂ ਚਲੇ ਗਏ। ਦੁਨੀਆਂ ਵਿੱਚ ਰਹਿਣਾ ਚਾਹੀਦਾ ਸੀ ਔਰ ਕੰਪੀਟੀਸ਼ਨ ਵਿੱਚ ਤਾਂ ਨਹੀਂ ਸੀ ਰਹਿ ਸਕਦੇ। ਕੰਪੀਟੀਸ਼ਨ ਹੈਲਥੀ ਕਰਦੇ ਹੋ, ਕੰਪੀਟੀਸ਼ਨ ਤੁਸੀਂ ਤੁਹਾਡੇ ਵਿਚਾਰਾਂ ਦਾ ਹੋਣਾ ਚਾਹੀਦਾ ਹੈ, ਨਾ ਕਿ ਤੁਸੀਂ ਵਖਰੇਵਾਂ ਦੂਰੀਆਂ ਪਾਓ, ਵੰਡੀਆਂ ਪਾਓ, ਦੇਸ਼ ਪ੍ਰਤੀ ਕਿਰਤਨ ਰੱਖੋ, ਦੇਸ਼ ਦੇ ਵਿਰੋਧ ਵਿੱਚ ਨਾਰੇ ਲਾਓ। ਇਹ ਕੁਦਰਤ ਦਾ ਕਿਸਮਾ ਹੈ, ਇਹ ਕੁਦਰਤ ਨਿਜ਼ਮ ਆ। ਵਾਹਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਹੀ ਜਾਣੀ ਜਾਣ ਆ। ਵਾਹਿਗੁਰੂ ਸੱਚੇ ਪਾਤਸ਼ਾਹ ਜਾਣਦਾ ਆ ਕਿ ਜਿਹੜਾ ਵਿਅਕਤੀ ਆਪਣੇ ਦੇਸ਼ ਨੂੰ ਪਿਆਰ ਸਤਿਕਾਰ ਦਿੰਦਾ ਹੈ ਉਹ ਕਦੇ ਵੀ ਹਾਰਦਾ ਨਹੀਂ ਹੈ, ਕਦੇ ਵੀ ਹਾਰੂਗਾ ਨਹੀਂ, ਹਮੇਸ਼ਾ ਹੀ ਜਿੱਤੂਗਾ। ਇਹੀ ਕਾਰਨ ਹੈ ਕਿ ਇਹ ਪ੍ਰੋਗਰਾਮ ਦੁਨੀਆਂ ਦੇ ਕੋਨੇ ਕੋਨੇ ਵਿੱਚ ਇਸ ਵੇਲੇ ਗੂੰਜ ਰਿਹਾ ਹੈ। ਪੰਜਾਬ ਦਾ ਕੋਈ ਵੀ ਐਸਾ ਪਿੰਡ, ਗਲੀ, ਮੁਹੱਲਾ ਨਹੀਂ ਹੈ ਜਿਸ ਦੇ ਵਿੱਚ ਇਸ ਵੇਲੇ ਸਾਨੂੰ ਵੇਖਿਆ ਨਹੀਂ ਜਾ ਰਿਹਾ। ਸੋ ਮੈਂ ਗੁਰਪ੍ਰੀਤ ਜੀ ਦਾ ਬਹੁਤ ਰਿਣੀ ਆ, ਉਹਨਾਂ ਇਸ ਟੈਕਨੋਲੋਜੀ ਨੂੰ ਪਹੁੰਚਾਇਆ। ਉਸ ਤੋਂ ਬਾਅਦ ਐਜ ਏ ਹੋਸਟ ਵੀ ਜਿੱਥੇ ਉਹ ਸਾਥ ਦੇ ਰਹੇ ਨੇ, ਉੱਥੇ ਸਾਡੀ ਬਿਜ਼ਨਸ ਕਮਿਊਨਿਟੀ ਬਹੁਤ ਵੱਡੀ ਹੈ। 300 ਤੋਂ ਉੱਪਰ ਅਸੀਂ ਬਿਜ਼ਨਸ ਜਿਹੜੇ ਆ ਉਹ ਰਨ ਕਰਦੇ ਹਾਂ ਆਪਣੇ ਯੂਟਿਊਬ, ਫੇਸਬੁੱਕ, ਟੈਲੀਵਿਜ਼ਨ ਸ਼ੋਅ, ਰੇਡੀਓ 'ਤੇ। ਰੇਡੀਓ 'ਚ 3 ਘੰਟੇ ਪੇਸ਼ ਕਰਦੇ ਹਾਂ, ਰੋਜ਼ਾਨਾ 1610 AM 'ਤੇ,
10 ਵਜੇ ਸਵੇਰੇ ਸ਼ੁਰੂ ਕਰਕੇ 1 ਵਜੇ ਤੱਕ ਮੰਡੇ ਟੂ ਸੈਚਰਡੇ ਇੱਕ ਦਿਨ ਆਰਾਮ ਫਰਮਾਉਂਦੇ ਹਾਂ, ਉਸ ਦਿਨ ਅਸੀਂ ਸ਼ੋਅ ਰਿਪੀਟ ਕਰਦੇ ਹਾਂ। ਸ਼ੋਅ ਇੱਕ ਵਾਰੀ ਟੈਲੀਕਾਸਟ ਬ੍ਰੌਡਕਾਸਟ ਕੀਤਾ ਹੋਇਆ 4 ਵਾਰ ਦਿਨ ਵਿੱਚ ਰਿਪੀਟ ਹੁੰਦਾ ਹੈ, ਤਾਂ ਕਿ ਵੱਖ ਵੱਖ ਦੇਸ਼ਾਂ ਦਾ ਵੱਖ ਵੱਖ ਸਮਾਂ ਹੈ ਅਤੇ ਆਪਣੇ ਸਮੇਂ ਮੁਤਾਬਕ ਕੋਈ ਵੀ ਵਿਅਕਤੀ ਪਰ ਉਹਨੂੰ ਮਿਸ ਨਾ ਕਰ ਸਕੇ। ਪਰਿਵਾਰ ਕਹਿੰਦੇ ਸੀ ਇੰਗਲੈਂਡ ਤੋਂ ਕਾਲ ਆਏ, ਨਿਊਜ਼ੀਲੈਂਡ ਤੋਂ ਕਾਲ ਆਏ, ਆਸਟ੍ਰੇਲੀਆ ਤੋਂ ਕਾਲ ਆਏ, ਆਸਟ੍ਰੇਲੀਆ ਤੋਂ ਆਏ, ਅਮੈਰੀਕਾ ਤੋਂ ਆਏ, ਅਮੈਰੀਕਾ ਦੇ ਵੱਖ ਵੱਖ ਕੈਲੀਫੋਰਨੀਆ ਤੋਂ, ਨਿਊਯਾਰਕ ਤੋਂ, ਪੈਨਸਲਵੇਨੀਆ ਤੋਂ ਕਾਲ ਆਉਣੀ ਕਿ ਤੁਹਾਡਾ ਜਿਹੜਾ ਸਮਾਂ ਹੈ ਸਾਨੂੰ ਢੁਕਵਾਂ ਨਹੀਂ ਹੈ। ਫਿਰ ਸਾਡੀ ਟੀਮ ਨੇ ਇੱਕ ਚਾਰਟ ਬਣਾਇਆ, ਹਰ ਦੁਨੀਆ ਨੇ ਮੈਪ ਨੂੰ ਰੱਖ ਕੇ ਕਿ ਹਰ ਦੁਨੀਆ ਵਿੱਚ ਕਿਹੜਾ ਟਾਈਮ ਢੁਕਵਾਂ, ਉਹਦੇ ਮੁਤਾਬਕ ਇਹ ਪ੍ਰੋਗਰਾਮ ਆਉਣਾ ਚਾਹੀਦਾ ਹੈ। ਅਤੇ ਜਿਸ ਕਰਕੇ ਇਹ ਸ਼ੋਅ 4 ਵਾਰ ਰਿਪੀਟ ਹੋਣ ਦਾ ਕਾਰਨ ਹਰ ਪ੍ਰਾਈਮ ਟਾਈਮ ਦੇਸ਼ ਜਿਹੜਾ ਹੈ ਉਹ ਹਿੱਟ ਕਰਦਾ ਹੈ, ਜਿਸ ਕਰਕੇ ਇਸ ਵੇਲੇ ਬਹੁਤ ਵੱਡੀ ਗਿਣਤੀ ਵਿੱਚ ਸਾਨੂੰ ਬਾਹਰਲੇ ਦੇਸ਼ਾਂ ਵਿੱਚੋਂ ਤੜਾ ਤੜ ਨਵੇਂ ਵਪਾਰੀ ਸੱਜਣ ਜਿਹੜੇ ਨੇ ਉਹ ਜੁਆਇਨ ਕਰ ਰਹੇ ਨੇ। ਖੈਰ ਆਓ ਆਪਾਂ ਸਭ ਤੋਂ ਪਹਿਲਾਂ ਇੱਕ ਵਾਰ ਫਿਰ ਜਿੱਥੇ ਖਾਲਸੇ ਸਾਜਨ ਦਿਵਸ ਦੀ ਵਿਸਾਖੀ ਦੀ ਅਤੇ BBC ਟਾਂਟੋ ਗਾਉਂਦਾ ਪੰਜਾਬ ਰੇਡੀਓ ਟੈਲੀਵਿਜ਼ਨ ਦੀ 42ਵੀਂ ਵਰ੍ਹੇਗੰਢ ਨੂੰ ਮਨਾ ਰਹੇ ਹਾਂ। ਮਾਟਗੁਰ ਸਾਹਿਬ ਵਿਖੇ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਤੁਹਾਡੀ ਤੰਦਰੁਸਤੀ, ਤੁਹਾਡੇ ਬਿਜ਼ਨਸ ਦੀ ਤਰੱਕੀ ਵਾਸਤੇ ਅਰਦਾਸ ਕਰਕੇ ਆਏ ਹਾਂ। ਤੁਹਾਡੇ ਬਜ਼ੁਰਗਾਂ ਦੀ ਤੰਦਰੁਸਤੀ ਦੀ ਅਰਦਾਸ ਜਿਹੜੀ ਕੀਤੀ ਹੈ ਉਹ ਤੁਸੀਂ, ਤੁਹਾਡੇ ਬੱਚੇ ਆਗਿਆਕਾਰ ਹੋਣ, ਆਪਣੇ ਦੇਸ਼ ਦੇ ਨਾਲ ਪਿਆਰ ਕਰਨ, ਕੜੱਤਣ ਨੂੰ ਖਤਮ ਕਰੋ। ਆਓ ਫਿਰ ਸਭ ਤੋਂ ਪਹਿਲਾਂ ਸੰਗਰਾਂਦ ਹੈ, ਸੰਗਰਾਂਦ ਦੇ ਮਹੀਨੇ ਦਾ ਸਰਮਣ ਕਰਦੇ ਹਾਂ ਨਾਮ ਜੋ ਮਾਈਕ ਮਦਦ ਕਰਦੇ ਨੇ। ਅੱਜ ਫਿਰ 42 ਸਾਲ ਪੂਰੇ ਹੋ ਗਏ ਨੇ, ਵਾਅਦਾ ਕੀਤਾ ਸੁਖਾ ਜੀ ਨੇ ਕੱਲ੍ਹ ਈਮੇਲ ਕਰਕੇ ਕਿ ਅਸੀਂ ਇਸ ਪ੍ਰੋਗਰਾਮ ਦਾ ਹਿੱਸਾ ਹਮੇਸ਼ਾ ਹੀ ਜਿੱਥੇ ਰਹਾਂਗੇ ਉੱਥੇ ਆਮ ਤੌਰ 'ਤੇ ਵਪਾਰੀ ਸੱਜਣ ਜਿਹੜਾ ਸਾਡਾ ਧਾਰਮਿਕ ਹਿੱਸਾ ਹੁੰਦਾ ਹੈ ਉਸਨੂੰ ਬਹੁਤ ਘੱਟ ਮਦਦ ਕਰਨ ਦੇ ਵਿੱਚ ਸਹਿਯੋਗ ਦਿੰਦੇ ਨੇ। ਪਰ ਸੁਖਾ ਜੀ ਕਹਿੰਦੇ ਆ ਕਿ ਅਸੀਂ ਹਮੇਸ਼ਾ ਹੀ ਜਦੋਂ ਵੀ ਕੋਈ ਧਾਰਮਿਕ ਪ੍ਰੋਗਰਾਮ ਹੋਵੇ, ਇਤਿਹਾਸਕ ਦਿਨ ਹੋਵੇ, ਤਾਂ ਮਾਈਕ ਮਦਦ ਜਿਹੜੀ ਹੈ ਜਿੰਨੀ ਬਣਦੀ ਆ ਅਸੀਂ ਦੇਵਾਂਗੇ। ਸੋ ਮੈਂ ਆਪਣੇ ਵੱਲੋਂ, ਗੁਰਪ੍ਰੀਤ ਜੀ ਵੱਲੋਂ, ਟੀਮ ਵੱਲੋਂ ਬਹੁਤ ਬਹੁਤ ਇਹਨਾਂ ਰਹਿਣੀ ਆ। ਸੁਖਾ ਜੀ ਦੇ ਮਾਤਾ ਪਿਤਾ ਜੀ ਚੜ੍ਹਦੀ ਕਲਾ ਚ ਰਹਿਣ, ਜਿੰਦੇ ਜੀ ਦਾ ਬ੍ਰਦਰ ਪਰਿਵਾਰ, ਉਹਨਾਂ ਦਾ ਸਟਾਫ, ਆ ਫਿਰ ਇਸ ਮਹੀਨੇ ਨਾਮ ਸਰਵਣ ਕਰਦੇ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ ਸਾਹਿਬ ਜੀ, ਵੈਸਾਖ ਧੀਰਨ ਕਿਉਂ ਵਾਢੀਆ, ਜਿਨ੍ਹਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ, ਵੈਸਾਖ ਧੀਰਨ ਕਿਉਂ ਵਾਢੀਆ, ਜਿਨ੍ਹਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ।
ਲਤਰ ਕਲਤਰ ਨਾ ਸੰਗ ਤਨਾ ਹਰਿ ਅਵਿਨਾਸ਼ੀ ਓਹ ਪਲਚ ਪਲਚ ਸਗਲੀ ਮੁਈ ਝੂਠੈ ਧੰਦੈ ਮੋਹ ਇਕਸ ਹਰ ਕੀ ਨਾਮ ਬਿਨ ਅੱਗੇ ਲਈਐ ਖੋਹੇ ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਮੇਰੇ ਕੋਲ ਕੋਲ ਬੈਠੀ ਸਾਡੀ ਪਿਆਰੀ ਸਤਿਕਾਰਯੋਗ ਬਜ਼ੁਰਗੋ ਪਰਿਵਾਰੋ ਨੰਨਵੇਂ ਬੱਚਿਓ ਅੱਜ ਦੇਸੀ ਮਹੀਨਾ ਸੰਗਰਾਂਦ ਦਾ ਹੈ ਅਤੇ ਇਸ ਮਹੀਨੇ ਨਾਮ ਜਿਹੜਾ ਹੈ ਆਓ ਇੱਕ ਵਾਰ ਫਿਰ ਸਰਵਣ ਕਰਾ ਦਈਏ ਤੁਹਾਨੂੰ ਵਿਸਾਖ ਦਾ ਮਹੀਨਾ ਸ਼ੁਰੂ ਹੋਇਆ ਸੋ ਵਾਢੀ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਵੇਗੀ ਔਰ ਅਸੀਂ ਹਰ ਕਿਸਾਨ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਵਾਧਾ ਪਾਵੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਜ਼ਿੰਦਗੀ ਵਿੱਚ ਖੁਸ਼ੀਆਂ ਬਖਸ਼ੇ ਉਹਨਾਂ ਨੇ ਮਹੀਨਿਆਂ ਬੱਧੀ ਕੀਤੀ ਮਿਹਨਤ ਦਾ ਫਲ ਉਹਨਾਂ ਨੂੰ ਮਿਲੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਝੋਲੀ ਵਿੱਚ ਸਫਲਤਾ ਪਾਵੇ ਸੋ ਵੱਖ ਵੱਖ ਸਮੇਂ 'ਤੇ ਵੱਖ ਵੱਖ ਟੈਕਨੋਲੋਜੀਆਂ ਆਈਆਂ ਕੁਝ ਸਮਾਂ ਸੀ ਜਦੋਂ ਮੈਨੂਅਲ ਇਨਸਾਨ ਖੂਨ ਮਸੀਨੇ ਦੇ ਨਾਲ ਆਪ ਬੀਜ ਬੀਜਦਾ ਸੀ ਕਣਕ ਨੂੰ ਦੇਖਿਆ ਜਾਵੇ ਕਿ ਵੱਡੀ ਕਰਕੇ ਪਾਲਦਾ ਸੀ ਔਰ ਉਸ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਕਿਵੇਂ ਕਿਸ ਤਰ੍ਹਾਂ ਸਵੇਰ ਤੱਕ ਸ਼ਾਮ ਤੱਕ ਖੇਤਾਂ ਵਿੱਚ ਆਪਣਾ ਜੀਵਨ ਬਤੀਤ ਕਰਦਾ ਸੀ ਅਤੇ ਲਗਾਤਾਰ ਕਈ ਮਹੀਨਿਆਂ ਤੋਂ ਬਾਅਦ ਵਾਢੀ ਵੱਢਣ ਦਾ ਸਮਾਂ ਆਇਆ ਅਤੇ ਉਸ ਵੇਲੇ ਕਿਸਾਨ ਆਪਣੀਆਂ ਦਾਤਰੀਆਂ ਦਾਤੀਆਂ ਜਿਹੜੀਆਂ ਸੀਗੀਆਂ ਉਹ
ਤਿੱਖੀਆਂ ਕਰਦਾ ਸੀ ਅਤੇ ਵਾਢੀ ਆਪ ਵੱਢਦਾ ਸੀ ਅਤੇ ਕਣਕ ਨੂੰ ਆਪ ਕੱਟਦਾ ਸੀ। ਉਸ ਤੋਂ ਬਾਅਦ ਫਿਰ ਫਲੇ ਹੁੰਦੇ ਸੀ ਬਲਦਾਂ ਦੇ ਨਾਲ, ਕਣਕ ਜਿਹੜੀ ਸੀ ਉਹ ਕੁਤਰੀ ਨਹੀਂ ਜਾਂਦੀ, ਕਣਕ ਜਿਹੜੀ ਸੀ ਉਹ ਕਿਵੇਂ ਕਿਸ ਤਰ੍ਹਾਂ ਦਾਣੇ ਵੱਖਰੇ ਅਤੇ ਤੂੜੀ ਵੱਖਰੀ ਕੀਤੀ ਜਾਂਦੀ ਸੀ। ਡਰ ਰਹਿੰਦਾ ਸੀ ਕਿ ਬੱਦਲ ਉਧਰਲੇ ਪਾਸੋਂ ਆ ਗਿਆ, ਕਿਤੇ ਹਨੇਰੀ ਅਤੇ ਮੀਂਹ ਆਣ ਕੇ ਨੁਕਸਾਨ ਨਾ ਹੋ ਜਾਵੇ। ਵਾਹਿਗੁਰੂ ਦੀ ਕਿਰਪਾ ਰਹੀ, ਟੈਕਨੋਲੋਜੀ ਨੇ ਸਾਥ ਦਿੱਤਾ, ਮਸ਼ੀਨਾਂ ਆ ਗਈਆਂ ਕਣਕ ਉੱਤਣ ਵਾਲੀਆਂ, ਕਣਕ ਵੱਢਣ ਵਾਲੀਆਂ, ਮਿੰਟਾਂ ਸਕਿੰਟਾਂ ਵਿੱਚ। ਹੁਣ ਮੇਰੇ ਖਿਆਲ ਕਿ 10-15 ਮਿੰਟ ਜਾਂ ਅੱਧੇ ਘੰਟੇ ਤੋਂ ਪਹਿਲਾਂ ਇੱਕ ਖੇਤ ਦੇ ਵਿੱਚ ਕੰਬਾਈਨ ਚਲਾਓ ਅਤੇ ਕਣਕ ਵੱਖਰੀ, ਦਾਣੇ ਵੱਖਰੇ ਬੋਰੀਆਂ ਵਿੱਚ ਜਾਂ ਟਰਾਲੀਆਂ ਵਿੱਚ ਪਾ ਕੇ ਦੂਜੀ ਟਰਾਲੀ ਤਿਆਰ, ਅਤੇ ਜਾਣੋ ਇਹ ਖੇਤਾਂ ਵਿੱਚ ਕਣਕ ਜਿਹੜੀ ਖੜ੍ਹੀ ਹੁੰਦੀ ਹੈ ਉਹ ਮੰਡੀ ਵਿੱਚ ਚੱਲ ਜਾਂਦੀ ਹੈ, ਤਾਂ ਮੰਡੀ ਵਿੱਚ ਉਹਦਾ ਭਾਅ ਲੱਗ ਜਾਂਦਾ ਅਤੇ ਅਕਾਊਂਟ ਵਿੱਚ ਪੈਸੇ ਆ ਜਾਂਦੇ ਆ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਮਿਹਨਤ ਨੂੰ ਫਲ ਦੇਵੇ। ਸੋ ਅਸੀਂ ਕਿੰਨਾ ਕੁਛ ਜਿਹੜਾ ਹੈ ਬਦਲਿਆ ਹੈ, ਅੱਗੇ ਚੱਲ ਕੇ ਗੱਲਾਂ ਬਾਤਾਂ ਕਰਾਂਗੇ। ਔਰ ਅਸੀਂ ਧੰਨਵਾਦ ਕਰਨਾ ਚਾਹਾਂਗੇ ਤੁਹਾਡੇ ਸੇਵ ਵਿੱਚ। ਅੱਜ ਸਾਰਾ ਦਿਨ ਚਾਹ ਪਾਣੀ, ਪਕੌੜੇ, ਮਿੱਠੀਆਂ ਮਿਠਾਈਆਂ, ਜਲੇਬੀਆਂ, ਗਰਮ ਗਰਮ ਸਵੀਟ ਮਿਲ ਦੇ ਸੁੱਖਾ ਜੀ ਸੰਗਤਾਂ ਨੂੰ ਵਰਤਾ ਰਹੇ ਨੇ। ਔਰ ਇਸੇ ਹੀ ਖੁਸ਼ੀ ਦੇ ਵਿੱਚ ਤੁਸੀਂ ਸਵੀਟ ਮਹਿਲ 'ਤੇ ਜਾਓ, ਦੇਸੀ ਘਿਓ ਦੀਆਂ ਜਲੇਬੀਆਂ, ਗੁੜ ਦੀਆਂ ਜਲੇਬੀਆਂ, ਪੰਜ ਕਿਸਮ ਜਲੇਬੀਆਂ, ਜਿੱਥੇ ਚਾਹ ਗਰਮ ਹੋਣੀ ਅਤੇ ਜਲੇਬੀ ਵੀ ਗਰਮ ਹੋਣੀ, ਪਕੌੜੇ ਵੀ ਗਰਮ ਹੋਣੇ, ਪਕੌੜੇ ਵੀ ਕਈ ਕਿਸਮ ਦੇ ਨੇ। ਟੈਂਟ ਲਗਾ ਦਿੱਤਾ ਗਿਆ ਹੈ, ਇੱਕ ਹਲਵਾਈ ਜਿਹੜਾ ਹੈ ਉਹ ਪਕੌੜੇ ਤਿਆਰ ਕਰਦਾ ਹੈ, ਦੂਜਾ ਹਲਵਾਈ ਤਿਆਰ ਕਰਦਾ ਹੈ ਤੁਹਾਡੀ ਸੇਵ 'ਚ ਜਲੇਬੀਆਂ ਗਰਮ ਗਰਮ, ਅਤੇ ਨਾਲ ਨਾਲ ਉੱਥੇ ਤੁਹਾਡੀ ਸੇਵ ਵਿੱਚ ਤੁਹਾਨੂੰ ਵੈਲਕਮ ਕਹਿਣ ਦੇ ਵਾਸਤੇ ਤੁਹਾਡੇ ਵਾਸਤੇ ਖਾਸ ਪ੍ਰਬੰਧ ਹੈ। ਫਟਾਫਟ ਗਰਮ ਗਰਮ ਚਾਹ ਫਰੈਸ਼ ਹੋਵੇ ਤਾਂ ਕਿ ਤੁਸੀਂ ਫਰੈਸ਼ ਸਮਾਨ ਖਰੀਦਦੇ ਹੋ, ਖਾਂਦੇ ਹੋ, ਇਹ ਪੂਰੀ ਜਾਣਕਾਰੀ ਰੱਖਦਾ ਹੈ ਸਵੀਟ ਮਹਿਲ ਦਾ ਸਟਾਫ ਅਤੇ ਖਾਸ ਕਰਕੇ ਸੁਖਕੰਗ ਜੀ। ਤੁਹਾਡੇ ਸਿਰ 'ਤੇ ਕਰਜ਼ਾ ਹੈ, ਕਰਜ਼ਾ ਮਾਫ਼ ਕਰਾਉਣਾ ਚਾਹੁੰਦੇ ਹੋ ਤਾਂ ਊੜਾ ਡਿਸਟ੍ਰੀਬਿਊਸ਼ਨ ਦੇ ਨਿਰਮਾਨ ਜੀ ਵੱਲੋਂ ਖਾਸ ਇਨਸਾਨ ਦਿਵਸ ਦੀ ਬਹੁਤ ਬਹੁਤ ਮੁਬਾਰਕ ਹੋਵੇ। ਤੁਹਾਡੇ ਵਾਸਤੇ ਨੰਬਰ ਸਭ ਕਾਲ ਆ ਰਹੇ ਨੇ ਬਿਜ਼ਨਸਮੈਨਾਂ ਦੇ, ਵੱਖ ਵੱਖ ਜਿਹੜੇ ਪੋਲੀਟੀਕਲ ਲੋਕ ਨੇ ਉਹਨਾਂ ਦੇ, ਔਰ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਕਾਲ ਕਰ ਰਹੇ ਨੇ, ਟੈਕਸਟ ਮੈਸੇਜ ਦੇ ਰਹੇ ਨੇ ਕਿ 92ਵੀਂ ਵਰ੍ਹੇਗੰਢ ਦੇ ਉੱਪਰ ਮੁਬਾਰਕ ਦੇ ਰਹੇ ਨੇ, ਖਾਸ ਜਨਮਦਿਨ 'ਤੇ ਮੁਬਾਰਕ ਦੇ ਰਹੇ ਨੇ। ਤੁਹਾਡਾ ਫੋਨ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਆਓ ਅਸੀਂ ਦੱਸੀਏ ਕਿ ਬ੍ਰਹਮਪੁਰ ਵਿੱਚ ਤੁਸੀਂ ਰਹਿੰਦੇ ਹੋ, ਗੋਰਵੇ ਦੇ ਕੰਟਰੀ ਸਾਈਡ ਦੇ ਨੁੱਕਰ 'ਤੇ 7 ਦਿਨ ਅਤੇ 24 ਘੰਟੇ ਖੋਲ੍ਹਣ ਵਾਲਾ ਇੱਕ ਐਸੀ ਬਿਲਡਿੰਗ ਹੈ, ਇੱਕ ਬਿਲਡਿੰਗ ਦਾ ਹਿੱਸਾ ਗ੍ਰੋਸਰੀ ਸਟੋਰ ਭਰਿਆ ਪਿਆ ਹੈ, ਜੋ ਕਿ ਤੁਹਾਡੇ ਵਾਸਤੇ ਹਰ ਤਰ੍ਹਾਂ ਦੀ ਇੰਡੀਪੈਂਡੈਂਟ ਗ੍ਰੋਸਰੀ ਵੇਚਦਾ ਹੈ। ਰੋਜ਼ ਭਰਦੇ ਨੇ ਅਤੇ ਸ਼ਾਮ ਨੂੰ ਖਾਲੀ ਹੋ ਜਾਂਦਾ ਹੈ ਕਿ 24 ਘੰਟੇ ਖੁੱਲ੍ਹਦਾ ਹੈ। ਅਤੇ ਨਾਲ ਹੀ ਉਸ ਬਿਲਡਿੰਗ, ਉਸੀ ਪਲਾਜ਼ੇ ਵਿੱਚ ਇੰਡੀ ਸਬਜ਼ੀ ਬਾਜ਼ਾਰ ਦੀ ਮੈਂ ਗੱਲ ਕਰ ਰਿਹਾ, ਨਾ ਰੈਸਟੋਰੈਂਟ ਹੈ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ ਹੈ, ਵੈਜ ਨੌਨ ਵੈਜ ਆਈਟਮਾਂ ਤਿਆਰ ਕਰਦਾ ਹੈ। ਅੱਜ ਇੱਥੇ ਵੀ ਰਾਜ ਬੈਂਸ ਜੀ ਆਪਣੇ ਪੂਰੇ ਸਟਾਫ ਦੇ ਨਾਲ ਜਲੇਬੀਆਂ ਫਟਾਫਟ ਬਣਾ ਰਹੇ ਨੇ ਅਤੇ ਫਟਾਫਟ ਖਾ ਰਹੇ ਨੇ। ਘਰ ਵਿੱਚ ਚਾਹ ਨਾ ਬਣਾਓ, ਘਰ ਵਿੱਚ ਪਕੌੜੇ ਨਾ ਪਕਾਓ, ਤੁਸੀਂ ਸਿੱਧੇ ਹੀ ਗੋਰਵੇ ਅਤੇ ਕੰਟਰੀ ਸਾਈਡ ਨੁੱਕਰ 'ਤੇ ਇਹਨੇ ਸਬਜ਼ੀ ਬਾਜ਼ਾਰ 'ਤੇ ਆਓ। ਪੈਸੇ ਤੁਹਾਡੇ ਸਿਰ 'ਤੇ ਨੇ, ਕਰਜ਼ਾ ਤੁਹਾਡੇ ਸਿਰ 'ਤੇ ਆ, ਘਬਰਾਓ ਨਾ। ਅੱਜ ਖਾਸ ਸਾਜਨਾ ਦਿਵਸ ਹੈ, ਗੁਰਦੁਆਰਾ ਪੰਜਾਬ ਨੂੰ 42 ਸਾਲ ਹੋ ਗਏ ਨੇ, ਇਸੇ ਖੁਸ਼ੀ ਵਿੱਚ ਵਿਸਾਖੀ ਦਿਨ ਹੈ ਤੁਹਾਡੇ ਵਾਸਤੇ। ਉਹ ਕਰਜ਼ਾ ਮਾਫ਼ ਕਰ ਰਹੇ ਨੇ ਕੈਨੇਡਾ ਅਮੈਰੀਕਾ ਦੇ ਵਾਸਤੇ ਲੋਕਾਂ ਦਾ, ਅਤੇ ਫੀਸ ਜਿਹੜੀ ਆ ਉਹ ਕਹਿੰਦੇ ਅਸੀਂ ਪਹਿਲਾਂ ਨਹੀਂ ਚਾਰਜ ਕਰਾਂਗੇ, ਸੈਂਟ ਵੀ ਲਵਾਂਗੇ, ਤੁਹਾਡਾ ਕਰਜ਼ਾ ਮਾਫ਼।
ਠਾ ਕਰਕੇ ਕਾਲ ਕਰੋ ਅਤੇ ਕਰਜ਼ਾ ਮਾਫ਼ ਕਰਾਓ ਅਤੇ ਟੈਲੀਫੋਨ ਕਮਾਓ ਅਤੇ ਬਾਅਦ ਵਿੱਚ ਤੁਸੀਂ ਆਪਣੀ ਫੀਸ ਦਿਓਗੇ ਜੋ ਫੀਸ ਚਾਰਜ ਕਰਨਗੇ ਬਹੁਤ ਘੱਟ ਅਤੇ ਤੁਹਾਡਾ ਕਰਜ਼ਾ $1,00,000 ਹੈ $2,00,000 ਹੈ ਸਭ ਤੋਂ ਵੱਧ ਮਾਫ਼ ਕਰਦੇ ਨੇ ਜਲਦੀ ਵਿੱਚ ਮਾਫ਼ ਕਰਦੇ ਨੇ ਅਤੇ ਫੀਸ ਬਾਅਦ ਵਿੱਚ ਚਾਰਜ ਕਰਦੇ ਨੇ ਨੋ ਰਿਸਕ ਇਨਵੋਲਵ ਸੁੰਦਰ ਰਹਿਮਾਨ ਜੀ ਤੁਹਾਡੇ ਤਰਵਾਦੀ ਹੈ ਕਮਿਊਨਿਟੀ ਤਰਵਾਦ ਕਰ ਰਹੀ ਹੈ ਵਿਸ਼ਵਾਸ ਕਰਦੀ ਆ ਕਿ ਤੁਸੀਂ ਪੈਸੇ ਚਾਰਜ ਕਰਦੇ ਬਾਅਦ ਵਿੱਚ ਚਾਰਜ ਕਰਦੇ ਹੋ ਰਿਸਕ ਇਨਵੋਲਵ ਨਹੀਂ ਹੈ ਸੋ ਨੰਬਰ ਹੈ 888-888-9914 ਦਾ ਪੀ ਡੀ ਪੀ ਦਰਾਬਰ ਜੀ ਵੱਲੋਂ ਵੀ ਵਿਸਾਖੀ ਦੇ ਬਹੁਤ ਬਹੁਤ ਮੁਬਾਰਕਾਂ ਹਰਪਾਲ ਸੰਧੂ ਜੀ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ 42 ਸਾਲ ਦਾ ਸਫ਼ਰ ਤੈਅ ਕੀਤਾ ਜਿਸ ਦੇ ਵਿੱਚ ਹਰਪਾਲ ਸੰਧੂ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹਮਦਰਦ ਅਖਬਾਰ ਦੀ ਪੂਰੀ ਟੀਮ ਪੁਲਿਸ ਸਾਹਿਬ ਸਾਡੇ ਪੰਜ ਕਰਮ ਜੀ ਚ ਉਹਨਾਂ ਸਟਾਫ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੁਬਾਰਕਾਂ ਭੇਜੀਆਂ ਅਤੇ ਉਹਨਾਂ ਦਾ ਸਾਡਾ ਹਮੇਸ਼ਾ ਹੀ ਸਾਥ ਰਿਹਾ ਹੈ ਅਤੇ ਹਮੇਸ਼ਾ ਹੀ ਅਸੀਂ ਉਹਨੂੰ ਧੰਨਵਾਦੀ ਹਾਂ ਪੰਜਾਬ ਵਿੱਚ ਛਪਣ ਵਾਲੇ ਅਖਬਾਰ ਦੇ ਮਾਲਕ ਡਾਕਟਰ ਬਲਜਿੰਦਰ ਸਿੰਘ ਹਮਦਰਦ ਸਾਹਿਬ ਵੱਲੋਂ ਵੀ ਸ਼ੁਭਕਾਮਨਾਵਾਂ ਮੁਬਾਰਕਾਂ ਸਾਡੀ ਟੀਮ ਨੂੰ ਮਿਲੀਆਂ ਨੇ 42 ਸਾਲ ਸਫ਼ਰ ਤੈਅ ਕੀਤਾ ਇਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਦਾ ਸ਼ੁਭ ਮੈਸੇਜ ਅਤੇ ਪੰਜਾਬ ਤੋਂ ਆਮ ਪਾਰਟੀ ਦੇ ਜਿਹੜੇ MLA ਟਿਕਟ ਦੇ ਨੇ ਉਹਨਾਂ ਨੂੰ ਅਸੀਂ ਬਹੁਤ ਜਲਦੀ ਲਿਆ ਰਹੇ ਹਾਂ ਸੋ ਸਾਹਿਬ ਆਪਣੇ ਕਰਮਜੀਤ ਅਨਮੋਲ ਨੂੰ ਉਹ ਮੁਬਾਰਕਬਾਦ ਦੇਣਗੇ ਅਤੇ ਵੱਖ ਵੱਖ ਪੋਲੀਟੀਸ਼ੀਅਨ ਹਰ ਇੱਕ ਨੂੰ ਸਮਾਂ ਬੜਾ ਮੁਸ਼ਕਿਲ ਹੈ ਸਪੋਂਸਰ ਸੰਦੇਸ਼ ਵੀ ਅਸੀਂ ਟੈਲੀਕਾਸਟ ਬ੍ਰੋਡਕਾਸਟ ਕਰਨੇ ਹਾਂ ਆਓ ਅਸੀਂ ਦੱਸੀਏ ਤੁਹਾਡੀ ਸੇਵ ਵਿੱਚ ਤੁਹਾਡਾ ਜਾਣ ਪਛਾਣ ਨਾਮ ਸੋਨੇ ਦੀ ਸ਼ਪਗਲ ਮਹਿੰਦਰਾ ਜੂਲਰ ਆਪਣੀ ਬ੍ਰਾਂਚਾਂ ਇਸ ਸਾਲ ਦੇ ਵਿੱਚ 4-5 ਖੋਲ ਦੇਵੇਗਾ ਤੁਹਾਨੂੰ ਦੂਰ ਨਹੀਂ ਜਾਣਾ ਪਵੇਗਾ ਤੁਹਾਡੇ ਘਰ ਦੇ ਨਾਲ ਹੀ ਸ਼ਾਪ ਖੁੱਲ ਜਾਵੇਗੀ ਮਹਿੰਦਰਾ ਜੂਲਰ ਦੀ ਅਸੀਂ ਬਹੁਤ ਜਲਦੀ ਕੌਂਸਲ ਜਨਰਲ ਸਾਡੇ ਆਨਰੇਬਲ ਸ੍ਰੀ ਸਿਧਾਰਥ ਨਾਥ ਜੀ ਦਾ ਸ਼ੁਭ ਸੰਦੇਸ਼ ਵਿਸਾਖੀ ਦੇ ਇਸ ਮੌਕੇ ਤੇ ਸਾਂਝਾ ਕਰਾਂਗੇ 3 ਘੰਟੇ ਪੋਮ ਵਿੱਚ 3 ਵਾਰ ਇਹ ਸ਼ੁਭ ਸੰਦੇਸ਼ ਜਿਹੜਾ ਹੈ ਬੜੇ ਪਿਆਰ ਸਰਕਾਰ ਦੀ ਭਾਵਨਾ ਨਾਲ ਜੋ ਭੇਜਿਆ ਹੈ ਉਹ ਅਸੀਂ ਤੁਹਾਡੇ ਤੱਕ ਟੈਲੀਕਾਸਟ ਕਰਕੇ ਖੁਸ਼ੀ ਮਹਿਸੂਸ ਕਰਾਂਗੇ ਸਾਡੇ ਆਨਰੇਬਲ ਗੈਸਟ ਭਾਰਤ ਤੋਂ ਆਏ ਹੋਏ ਸਾਡੇ ਸਤਿਕਾਰਯੋਗ ਆਨਰੇਬਲ ਸ੍ਰੀ ਸਿਧਾਰਥ ਨਾਥ ਜੀ ਦਾ ਸ਼ੁਭ ਸੰਦੇਸ਼ ਅਸੀਂ ਬਹੁਤ ਜਲਦੀ ਟੈਲੀਕਾਸਟ ਬ੍ਰੋਡਕਾਸਟ ਕਰੀਏ ਉਸ ਤੋਂ ਪਹਿਲਾਂ ਅੱਜ ਖੁਸ਼ੀ ਦਾ ਦਿਨ ਹੈ ਕਿਉਂਕਿ 42 ਸਾਲ ਸਫ਼ਰ ਤੈਅ ਕੀਤਾ ਹੈ ਆਕਾਸ਼ਵਾਣੀ ਲਹਿਰਾਂ 'ਤੇ ਸਾਨੂੰ ਬਹੁਤ ਸਾਰੀਆਂ ਦੁੱਖ ਤਕਲੀਫਾਂ ਝੱਲਣੀਆਂ ਪਈਆਂ ਜਦੋਂ ਕੋਈ ਪਾਪੂਲਰ ਸ਼ੋ ਹੁੰਦਾ ਹੈ ਇਹ ਕੁਦਰਤੀ ਗੱਲ ਹੈ ਜਿਹੜਾ ਫਲਾਵਰ ਜਿਹੜਾ ਫੁੱਲ ਸੰਗੰਧ ਦਿੰਦਾ ਹੈ ਪੂਰਾ ਖਿੜਦਾ ਹੈ ਤੁਹਾਨੂੰ ਅਟਰੈਕਟ ਕਰਦਾ ਹੈ ਤਾਂ ਉਹਦੇ ਨਾਲ ਕੰਡੇ ਵੀ ਜ਼ਰੂਰ ਹੁੰਦੇ ਨੇ ਤਾਂ ਕਿ ਲੋਕ ਤੋੜ ਨਾ ਸਕਣ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਇਹ ਇੱਕ ਐਸੀ ਬ੍ਰੌਡਕਾਸਟਿੰਗ ਵਿੱਚ ਫੁਲਵਾੜੀ ਦਾ ਫੁੱਲ ਹੈ ਗੋਦਾ ਪੰਜਾਬੀ ਬੀਸੀ ਟਰਾਂਟੋ ਜਿਸ ਨੂੰ ਬੇਹੱਦ ਪਿਆਰ ਕਰਨ ਵਾਲੇ ਲੱਖਾਂ ਮਿਲੀਅਨ ਲੋਕ ਨੇ ਠੀਕ ਹੈ ਕੁਛ ਲੋਕਾਂ ਦੀ ਰਾਏ ਵੱਖਰੀ ਹੋਵੇਗੀ ਪਰ ਸਾਡੀ ਰਾਏ ਉਹੀ ਆ ਜਿਹੜੀ ਕਿ 13 ਅਪ੍ਰੈਲ 1982 ਨੂੰ ਸੀ ਅੱਜ ਵੀ ਹੈ ਅਤੇ ਕੱਲ੍ਹ ਨੂੰ ਵੀ ਆਖਰੀ ਸਾਹ ਤੱਕ ਰਹੇਗੀ ਉਹ ਕਿਹੜੀ ਹੈ ਭਾਰਤ ਜਿੰਦਾਬਾਦ ਸਭ ਭਾਰਤੀ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸ਼ੋਅ ਦੀਆਂ ਇਸ ਰੇਡੀ ਸ਼ੋਅ ਦੀ ਬਹੁਤ ਪ੍ਰਾਪਤੀਆਂ ਨੇ ਪ੍ਰਾਪਤੀਆਂ ਗਿਣੀਏ ਤਾਂ ਸਮਾਂ ਘੱਟ ਹੈ ਸਾਡੇ ਕੋਲ ਬਹੁਤ ਜ਼ਿਆਦਾ ਅਤੇ ਪ੍ਰਾਪਤੀਆਂ ਬਹੁਤ ਜ਼ਿਆਦੀਆਂ ਨੇ ਤੁਹਾਡੇ ਕਰਕੇ ਮਿਲੀਅਨਸ ਡਾਲਰ ਇਕੱਠਾ ਕਰਕੇ ਵੱਖ ਵੱਖ ਸੰਸਥਾਵਾਂ ਨੂੰ ਦਿੱਤਾ ਕੈਨੇਡਾ ਵਿੱਚ ਅਤੇ ਅਸੀਂ ਦੁੱਖ ਵੇਲੇ ਅਤੇ ਸੁੱਖ ਵੇਲੇ ਤੁਹਾਡੇ ਸ਼ਰੀਕ ਹੋਏ ਹਾਂ ਬ੍ਰਹਮਟ ਦਾ ਬਣਿਆ ਹੋਸਪਿਟਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਇੱਕ ਫਲੋਰ 'ਤੇ ਲਿਖਾਉਣਾ 1 ਮਿਲੀਅਨ ਦੀ ਡਿਮਾਂਡ ਸੀ ਜੋ ਕਿ ਇਸ ਸ਼ੋਅ ਨੇ ਪੂਰੀ ਕੀਤੀ ਜਿਸ ਵਿੱਚ ਵੱਡੇ ਵੱਡੇ ਬਿਜ਼ਨਸਮੈਨਾਂ ਨੇ $25,000-$30,000 ਡੋਨੇਟ ਕੀਤਾ ਸਿੱਖ ਚਿਲਡਰਨ ਹੋਸਪਿਟਲ ਵਾਸਤੇ ਅਤੇ ਨਾਨਾ ਜਿੰਨੇ ਵੀ ਸਾਡੇ ਗੁਰੂ ਘਰ ਨੇ ਜਾਂ ਮੰਦਰ ਨੇ ਉਹਨਾਂ
ਦੀਆਂ ਸੁੰਦਰ ਇਮਾਰਤਾਂ ਜਦੋਂ ਵੀ ਬਣਾਈਆਂ ਨੇ ਯੋਗਦਾਨ ਪਾਇਆ। ਆਓ ਅਸੀਂ ਇਸੇ ਖੁਸ਼ੀ ਦੇ ਵਿੱਚ 42 ਸਾਲ ਸਫ਼ਰ ਤੈਅ ਕੀਤਾ ਸ਼ਬਦ ਸਰਵਣ ਕਰਦੇ ਹਾਂ, ਤੁਸੀਂ ਵੀ ਤਾਂ ਅਸੀਂ ਵੀ। ਆਓ ਕੁਝ ਮਿੰਟ ਲਈ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ ਤੁਹਾਡੀ ਸਭ ਦੀ ਤੰਦਰੁਸਤੀ ਹੋਵੇ। 42 ਸਾਲ ਦਾ ਸਫ਼ਰ ਜਿਸ ਤਰ੍ਹਾਂ ਤੈਅ ਕੀਤਾ ਹੈ, ਇਸ ਤਰ੍ਹਾਂ ਦੂਜੇ ਵੀ ਰੇਡੀਓ ਸ਼ੋਅ ਵਾਲੇ ਸੰਚਾਲਕ ਉਹ ਵੀ ਆਪਣੇ ਬਿਜ਼ਨਸ, ਆਪਣੇ ਵਪਾਰ ਨੂੰ ਕਮਿਊਨਿਟੀ ਦੇ ਨਾਲ ਰਲ ਕੇ ਚਲਾਉਣ ਅਤੇ ਆਪਣੀ ਜ਼ਿੰਦਗੀ ਵਿੱਚ 4300 ਸਾਲ ਜਿਹੜੇ ਆ ਉਹ ਬ੍ਰੌਡਕਾਸਟਿੰਗ ਖੇਤਰ ਵਿੱਚ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਾਮ ਕਮਾਉਣ। ਸੋ ਮੈਂ ਆਪਣੇ ਵੱਲੋਂ ਗੁਰਪ੍ਰੀਤ ਜੀ ਵੱਲੋਂ ਜਿੱਥੇ ਮੁਬਾਰਕ ਦੇ ਰਹੇ ਹਾਂ, ਆਓ ਫਿਰ ਅਸੀਂ ਸ਼ਬਦ ਸਰਵਣ ਕਰ ਰਹੇ ਹਾਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ।
ਆਪ ਜੀ ਨੇ ਸ਼ਬਦ ਸਬਰ ਕੀਤਾ, ਅੱਲਾ ਖੁਸ਼ੀਆਂ ਪਾਤਸ਼ਾਹੀਆਂ ਸਤਿਗੁਰੂ ਨਦਰ ਕਰੇ। ਵਾਹਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਅੱਜ ਵਿਸਾਖੀ ਦੇ ਗੁਰਪੁਰਬ ਨੂੰ ਆਪਾਂ ਮਨਾਉਣਾ ਹੈ। ਸੋ ਗੁਰੂ ਘਰ ਜਾਓ, ਗੁਰੂ ਮਾਰੇ ਖੁਸ਼ੀਆਂ ਪ੍ਰਾਪਤ ਕਰੋ, ਰਸੋਈ ਘਰ ਵਿੱਚ ਜਾ ਕੇ ਸੇਵਾ ਨਿਭਾਵੋ। ਰਸੋਈ ਘਰ ਦੇ ਵਿੱਚ ਗੁਰੂ ਘਰ ਦੀ ਪ੍ਰਬੰਧਕ ਕਮੇਟੀਆਂ ਜਾਂ ਫਿਰ ਜਿਹੜੇ ਸੇਵਾਦਾਰ ਕਮੇਟੀ ਦੇ ਕੁਝ ਮੈਂਬਰ ਸਾਹਿਬਾਨਾਂ ਦੀ ਜ਼ਿੰਮੇਵਾਰੀ ਹੈ ਕਿ ਰਸੋਈ ਘਰ ਵਿੱਚ ਕਿਹੜੀ ਰਸਦ, ਕਿਹੜੀ ਚੀਜ਼ ਜਿਹੜੀ ਹੈ ਉਹ ਸੰਗਤ ਦੇ ਵਾਸਤੇ ਤਿਆਰ ਕਰਨੀ ਹੈ ਤਾਂ ਉਹਦੀ ਲੋੜ ਹੈ, ਤਾਂ ਉਹ ਇੱਕ ਲਿਸਟ ਤਿਆਰ ਕਰਕੇ ਲਾ ਦੇਣੀ ਚਾਹੀਦੀ ਹੈ ਤਾਂ ਕਿ ਸੰਗਤ ਉਹ ਹੀ ਲਿਆ ਸਕੇ, ਨਾ ਕਿ ਦਾਲਾਂ ਲਿਆਈ ਜਾਣ ਜਾਂ ਆਟਾ ਲਿਆ ਦਿੰਦਾ ਜਾਵੇ ਤਾਂ ਦੁੱਧ, ਘਿਓ, ਕੁਝ ਹੋਰ ਇਹੋ ਜਿਹੀ ਆਈਟਮ ਹੁੰਦੀ ਜਿਹੜੀ ਜ਼ਰੂਰਤ ਹੁੰਦੀ ਆ। ਸੋ ਇਹ ਲਿਸਟ ਹਰ ਗੁਰੂ ਘਰ ਦੀ ਕਮੇਟੀ ਨੂੰ ਚਾਹੀਦਾ ਆ ਕਿ ਬਾਹਰ ਜਦੋਂ ਇੱਕ ਐਸਾ ਬੋਰਡ ਲਾਇਆ ਜਾਵੇ ਜਿੱਥੇ ਕਿ ਰਸੋਈ ਘਰ ਦੀਆਂ ਜੋ ਆਈਟਮਾਂ ਜਿਨ੍ਹਾਂ ਦੀ ਸਖ਼ਤ ਲੋੜ ਹੈ ਸੰਗਤ ਵੀ ਉਹ ਲਿਆ ਸਕਦੀ ਹੈ। ਸੋ ਮੇਰੇ ਖਿਆਲ ਕਿ ਇਹ ਇੱਕ ਬਹੁਤ ਵਧੀਆ ਸੋਚ ਹੈ ਔਰ ਜਿਹੜੀ ਕਿ ਸਾਰੇ ਗੁਰੂ ਘਰ ਦੇ ਪ੍ਰਬੰਧਕ ਕਮੇਟੀਆਂ ਨੂੰ ਇਹਦੇ ਵੱਲ ਗੌਰ ਫਰਮਾਉਣਾ ਚਾਹੀਦਾ ਹੈ ਤਾਂ ਕਿ ਗੁਰੂ ਘਰ ਦੇ ਵਿੱਚ ਆਈ ਸੰਗਤ ਜਿਹੜੀ ਹੈ ਉਹ ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਨੇ ਬਾਬਾ ਜੀ ਦਰਸ਼ਨ ਕਰਨੇ ਆ, ਖੁਸ਼ੀਆਂ ਪ੍ਰਾਪਤ ਕਰਨੀਆਂ ਅਤੇ ਲੰਗਰ ਤਿਆਰ ਕਰਨਾ, ਲੰਗਰ ਦੀ ਸੇਵਾ ਵੀ ਜ਼ਰੂਰ ਲਿਆ ਕਰਨ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੇ ਭਰਾ, ਬਹੁਤ ਸਾਰੇ ਨੌਜਵਾਨ ਲੜਕੇ ਪ੍ਰਸ਼ਾਦਾ, ਦਾਲਾਂ, ਸਬਜ਼ੀਆਂ ਤਿਆਰ ਕਰ ਲੈਂਦੇ ਨੇ, ਉਹ ਵੀ ਸੇਵਾ ਕਰਿਆ ਕਰਨ। ਸੇਵਾ ਜ਼ਰੂਰ ਨਹੀਂ ਤੁਸੀਂ ਸੈਕਟਰੀ ਬਣ ਕੇ ਮਾਈਕ ਹੋਵੇ ਤਾਂ ਤਾਰੇ ਹੀ ਸੇਵਾ ਆ। ਜਿਹੜੇ ਐਸੇ ਕੜੰਮ ਚੌਧਰੀ ਆ ਉਹਨਾਂ ਨੂੰ ਮੇਰੀ ਬੇਨਤੀ ਆ, ਸੇਵਾਦਾਰ ਬਣੋ ਕੌਮ ਦੇ, ਨਾ ਕਿ ਤੁਸੀਂ ਕੌਮ ਦੇ ਕਹੋ ਕਿ ਅਸੀਂ ਲੰਬੜਦਾਰ ਹਾਂ ਜਾਂ ਫਿਰ ਕਹੋ ਕਿ ਅਸੀਂ ਪ੍ਰਧਾਨ ਹਾਂ। ਅਸਲੀ ਸੇਵਾ ਕੀ ਹੈ? ਜਿਹੜੀ ਗੁਰ ਘਰ ਜਾ ਕੇ ਨਵਾਣਾ ਸਿੱਖ ਬਣ ਕੇ ਗੁਰੂ ਦੀ ਹਜ਼ੂਰੀ ਵਿੱਚ ਸਰਾਧੇ ਭਰੇ ਦੀ ਗੱਲ ਕਰਦੀ ਹੈ। ਅੱਜ ਮੈਨੂੰ ਦੱਸਿਆ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਭਾਰਤ ਤੋਂ ਆਏ ਹੋਏ ਕੌਂਸਲ ਜਨਰਲ ਆਨਰੇਬਲ ਸ੍ਰੀ ਸਿਧਾਰਥ ਨਾਥ ਜੀ ਵਿਸਾਖੀ 'ਤੇ ਸ਼ੁਭ ਸੰਦੇਸ਼ ਦੇਣਗੇ। ਤੁਸੀਂ ਜਾਣਦੇ ਹੋ ਕਿ ਦੀਵਾਲੀ ਹੋਵੇ, ਕੋਈ ਹੋਰ ਦਿਨ ਤਿਉਹਾਰ ਹੋਵੇ, ਕਿਸੇ ਵੀ ਧਰਮ ਦਾ ਹੋਵੇ ਤਾਂ ਸਾਡੇ ਕੌਂਸਲ ਜਨਰਲ ਬੜੇ ਪਿਆਰ ਸਤਿਕਾਰ ਦੀ ਭਾਵਨਾ ਨਾਲ ਮੈਸੇਜ ਜਿਹੜਾ ਹੈ ਉਹ ਪਹੁੰਚਾਉਂਦੇ ਨੇ। ਸੋ ਇਸ ਤੋਂ ਸਾਬਤ ਹੁੰਦਾ ਕਿ ਸਾਡਾ ਦੇਸ਼, ਸਾਡਾ ਭਾਰਤ, ਸਾਡਾ ਹਿੰਦੁਸਤਾਨ ਕਹੋ ਜਾਂ ਭਾਰਤ ਕਹੋ ਜਾਂ ਇੰਡੀਆ ਕਹੋ, ਜਿੱਥੇ ਕਿ ਹਰ ਧਰਮ ਦਾ ਸਤਿਕਾਰ ਹੈ ਅਤੇ ਕਿਸੇ ਵੀ ਧਰਮ ਦੇ ਵਿੱਚ ਕੋਈ ਵੀ ਦਿਨ ਤਿਉਹਾਰ ਹੈ ਬੜੇ ਚਾਵਾਂ ਮਨਾਰਾਂ ਨਾਲ ਜਿੱਥੇ ਮਨਾਇਆ ਜਾਂਦਾ ਹੈ ਉੱਥੇ ਸ਼ੁਭ ਸੰਦੇਸ਼, ਮੁਬਾਰਕ ਵਾਲਾ ਸੰਦੇਸ਼ ਜਿਹੜਾ ਹੈ ਉਹ ਕੌਂਸਲ ਜਨਰਲ ਦੇ ਵੱਲੋਂ ਭਾਰਤ ਤੋਂ ਆਏ ਹੋਏ ਸਭ ਭਾਰਤੀਆਂ ਵਾਸਤੇ ਸਾਂਝਾ ਕੀਤਾ ਜਾਂਦਾ ਹੈ। ਸੋ ਇਹ ਸਾਬਤ ਕਰਦਾ ਹੈ ਕਿ ਸਭ ਤੋਂ ਪਹਿਲਾਂ ਇਨਸਾਨ ਹੈ ਅਤੇ ਫਿਰ ਧਰਮ ਹੈ। ਕਿੰਨਾ ਸਾਡਾ ਦੇਸ਼ ਭਾਰਤ ਤਰੱਕੀ ਕਰ ਰਿਹਾ ਹੈ, ਕੰਪੈਰੀਜ਼ਨ ਕਰੋ ਸਾਡੇ ਦੇਸ਼ ਭਾਰਤ ਦਾ ਕੰਪੈਰੀਜ਼ਨ ਕਰਨਾ ਅਤੇ ਜਿਹੜੇ ਆਂਢ ਗੁਆਂਢ ਦੇਸ਼ ਨੇ ਉਹਨਾਂ ਨਾਲ ਕਰੋ, ਨਾ ਕਿ ਕੈਨੇਡਾ ਅਮੈਰੀਕਾ ਨਾਲ ਕਰੋ। ਉਹ ਕਦੋਂ ਦੇਸ਼ ਆਜ਼ਾਦ ਹੋਇਆ, ਕੈਨੇਡਾ ਕਦੋਂ ਹੋਇਆ, ਕੈਨੇਡਾ ਦੀ ਭੂਗੋਲਿਕ ਸਥਿਤੀ ਕਿਹੋ ਜਿਹੀ ਆ, ਸਾਡੇ ਦੇਸ਼ ਦੀ ਕਿਹੋ ਜਿਹੀ ਆ। ਕੁਦਰਤੀ ਨਿਜ਼ਮ ਹੈ ਕਿ ਸਾਡੇ ਦੇਸ਼ ਦੇ ਵਿੱਚ ਤੁਸੀਂ ਦੇਖ ਲਓ ਕਿ ਹਰ ਤਰ੍ਹਾਂ ਦਾ ਮੌਸਮ ਹੈ, ਭੂਗੋਲਿਕ ਸਥਿਤੀ ਨੂੰ ਵੇਖਦਾ ਹੋਇਆ ਅਸੀਂ ਕਹੀਏ ਕਿ ਹਰ ਸਾਡੇ ਕੁਦਰਤੀ ਨਿਜ਼ਮ ਨੇ ਕਿ ਹਰ ਦੇਸ਼ ਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਪਾਈ ਜਾਂਦੀ ਹੈ, ਪ੍ਰੋਡਿਊਸ ਕੀਤੀ ਜਾਂਦੀ ਹੈ, ਫਰੈਸ਼ ਮਿਲਦੀ ਹੈ ਅਤੇ
ਹਰ ਧਰਮ ਦੇ ਵਿੱਚ ਤੁਸੀਂ ਕਿਸੇ ਵਿੱਚੋਂ ਦਿਨ ਤਿਉਹਾਰ ਤੁਸੀਂ ਮਨਾ ਸਕਦੇ ਹੋ। ਜਿੱਥੇ ਚਾਹੋ ਗੁਰਦੁਆਰਾ ਸਾਹਿਬ, ਜਿੱਥੇ ਚਾਹੋ ਮੰਦਰ ਮਸਜਿਦ, ਤੁਹਾਨੂੰ ਪੂਰੀ ਖੁੱਲ੍ਹ ਹੈ। ਤਾਂ ਫਿਰ ਅਸੀਂ ਲੋਕ ਕੌਣ ਆ ਜਿਹੜੇ ਚੰਦ ਕਹਿੰਦੇ ਆ ਕਿ ਅਸੀਂ ਆਜ਼ਾਦ ਨਹੀਂ? ਅਸੀਂ ਆਜ਼ਾਦ ਹੈ, ਸਾਰੇ ਆਜ਼ਾਦ ਹਾਂ, ਆਜ਼ਾਦੀ ਨਾਲ ਘੁੰਮਦੇ ਹਾਂ। ਜਿੱਥੇ ਚਾਹੋ ਤੁਸੀਂ ਜਾ ਸਕਦੇ ਹੋ, ਜਦੋਂ ਮਰਜ਼ੀ ਜਾ ਕੇ ਗੁਰੂ ਘਰ ਵਿੱਚ ਦਰਸ਼ਨ ਕਰ ਸਕਦੇ ਹੋ, ਮੰਦਰ ਜਾ ਸਕਦੇ ਹੋ। ਕੌਣ ਕਹਿੰਦਾ ਕਿ ਅਸੀਂ ਆਜ਼ਾਦ ਨਹੀਂ? ਇਹ ਉਹ ਲੋਕ ਨੇ ਜਿਹਨਾਂ ਨੂੰ ਸ਼ਾਇਦ ਪਤਾ ਨਹੀਂ, ਜਿਹੜੇ ਗਏ ਹੀ ਨਹੀਂ ਕਿੰਨੇ ਸਾਲਾਂ ਤੋਂ। ਜਾ ਕੇ ਵੇਖੋ, ਤੁਸੀਂ ਨਿਊ ਦਿੱਲੀ ਏਅਰਪੋਰਟ ਤੋਂ ਜਦੋਂ ਬਾਹਰ ਨਿਕਲੋ, ਤੁਸੀਂ ਵੇਖੋਗੇ ਸਰਦੀ ਰੁੱਤ ਵਿੱਚ, ਈਵਨ ਚਰਮ ਵਿੱਚ, ਇਹੋ ਜਿਹੇ ਦਰਖਤ, ਇਹੋ ਜਿਹੇ ਫਲ, ਜਿਵੇਂ ਕਿ ਹੁਣੇ ਹੀ ਬਹਾਰ ਆਈ ਹੋਵੇ ਅਤੇ ਜਿਹੜੇ ਨੇ ਪੱਤੇ ਬਾਹਰ ਆਏ ਹੋਣ ਦਰਖਤਾਂ ਨੂੰ, ਇੰਨੀ ਆਕਸੀਜਨ ਫਰੈਸ਼ ਅਤੇ ਇੰਨੇ ਫਲ ਖਿੜੇ ਹੋਏ। ਮੈਂ ਟੋਰਾਂਟੋ ਪੀਰਸਨ ਦਿਨ ਵੇਖੇ, ਜਿੰਨੇ ਕਿ ਤੁਸੀਂ ਗਰਮੀ ਨੂੰ ਜਾਓਗੇ ਮੁਰਝਾਏ ਹੋਏ ਮਿਲਣਗੇ, ਇੰਨੀ ਸਫਾਈ ਦਾ ਪ੍ਰਬੰਧ। ਸੋ ਮੈਨੂੰ ਦੱਸਿਆ, ਮੈਨੂੰ ਵੇਖ ਕੇ ਮਾਣ ਹੋਇਆ ਕਿ ਇਹ ਉਹ ਭਾਰਤ, ਇਹ ਉਹ ਦੇਸ਼ ਜਿੱਥੇ ਕਿ ਹਰ ਧਰਮ ਦਾ ਸਤਿਕਾਰ ਹੈ, ਅਤੇ ਦੂਸਰੇ ਦੇਸ਼ਾਂ ਦੇ ਮੁਕਾਬਲੇ ਕੰਪੈਰੀਜ਼ਨ ਕਰੀਏ ਤਾਂ ਤਰੱਕੀ ਕਰ ਹੈ। ਆਓ ਤਰੱਕੀ ਕਰਦਾ ਰਹੇ ਸਾਡਾ ਦੇਸ਼, ਯੋਗਦਾਨ ਪਾਓ, ਇਨਵੈਸਟਮੈਂਟ ਕਰੋ, ਜਿਹੜੇ ਮਰਜ਼ੀ ਸੂਬੇ 'ਚ ਕਰੋ। ਆਓ ਅਸੀਂ ਗੌਰ ਪੰਜਾਬ 'ਚ ਕੁਛ ਸਿਸ਼ਤ ਬਾਅਦ ਸਾਡੇ ਆਨੇਵਲ ਗੈਸਟ ਕੌਂਸਲ ਜਨਰਲ ਸ਼ੁਭ ਸਿੰਘ ਲੈ ਕੇ ਹਾਜ਼ਰ ਹੋਣਗੇ। ਅਸੀਂ ਆ ਰਹੇ ਹਾਂ ਵਾਪਸ ਇਹਨਾਂ ਸਿਸ਼ਤ ਬਾਅਦ। ਬਾਥ ਐਂਡ ਡਿਕੋਰ ਵਿਖੇ ਲੱਗ ਰਹੀ ਹੈ ਪ੍ਰੀ ਵਿੰਟਰ ਸੇਲ। ਹੁਣ ਤੁਹਾਨੂੰ ਮਹਿੰਗਾਈ ਦੇ ਇਸ ਦੌਰ ਦੇ ਵਿੱਚ ਫਾਲਤੂ ਪੈਸੇ ਲਗਾਉਣ ਦੀ ਲੋੜ ਨਹੀਂ, ਕਿਉਂਕਿ ਬੈਥ ਬਾਥ ਐਂਡ ਡਿਕੋਰ ਵਿਖੇ ਤੁਹਾਨੂੰ ਮਿਲ ਰਹੀ ਹੈ ਇੰਡੀਅਨ ਰਜਾਈ ਤੇ 4-5 ਕਿਲੋ ਵਾਲੀ ਬਲੈਂਕਟ ਬਹੁਤ ਹੀ ਵਾਜਿਬ ਕੀਮਤਾਂ ਤੇ। ਇਹੀ ਨਹੀਂ, ਦੋ ਬਲੈਂਕਟ ਜਾਂ ਫਿਰ ਦੋ ਇੰਡੀਅਨ ਰਜਾਈ ਲੈਣ ਤੇ ਤੀਜੀ ਬਿਲਕੁਲ ਫ੍ਰੀ, ਯਾਨੀ ਕਿ ਬਾਏ 2 ਗੈਟ 1 ਫ੍ਰੀ। ਇਸ ਤੋਂ ਇਲਾਵਾ ਕਿਚਨ ਦੀ ਕਰੋਕਰੀ ਤੋਂ ਲੈ ਕੇ ਵਾਸ਼ਰੂਮ ਆਈਟਮਸ ਤੇ ਡੈਕਰ ਆਈਟਮਸ ਸਭ ਕੁਝ ਮਿਲੇਗਾ ਇੱਕ ਹੀ ਛੱਤ ਹੇਠ। ਸੋ ਅੱਜ ਹੀ ਵਿਜ਼ਿਟ ਕਰੋ ਬੈਥ ਬਾਥ ਐਂਡ ਡਿਕੋਰ ਵਿਖੇ 6472074644। ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਬ੍ਰੈਂਪਟਨ ਈਸਟ ਤੋਂ ਐਮਪੀ ਦਾ ਕੈਂਡੀਡੇਟ ਇੱਕ ਅਜਿਹਾ ਹੋਵੇ ਜਿਹੜਾ ਕਿ ਤੁਹਾਡੀ ਕਾਸਟ ਆਫ ਲਿਵਿੰਗ, ਆਟੋ ਥੈਫਟ ਤੇ ਤੁਹਾਡੇ ਬੱਚਿਆਂ ਦੇ ਆਉਣ ਵਾਲੇ ਫਿਊਚਰ ਦੇ ਲਈ ਧੜੱਲੇਦਾਰ ਆਵਾਜ਼ ਬਣ ਸਕੇ, ਤਾਂ ਜੈਫ ਲਾਲ ਤੁਹਾਡੇ ਕੋਲ ਇੱਕ ਆਪਸ਼ਨ ਹੈ। ਤਾਂ ਹੁਣ ਤੁਸੀਂ ਵੋਟ ਕਰ ਸਕਦੇ ਹੋ ਨੋਮੀਨੇਸ਼ਨ ਕੈਂਡੀਡੇਟ ਫਾਰ ਐਮਪੀ ਬ੍ਰੈਂਪਟਨ ਈਸਟ ਤੋਂ, ਨਿਊ ਵਾਇਸ ਬ੍ਰਾਈਟ ਫਿਊਚਰ ਟੁਗੈਦਰ ਫਾਰ ਬ੍ਰੈਂਪਟਨ ਈਸਟ। ਸੋ ਬ੍ਰੈਂਪਟਨ ਈਸਟ ਦੇ ਲਈ ਐਮਪੀ ਕੈਂਡੀਡੇਟ ਦੀ ਨੋਮੀਨੇਸ਼ਨ ਦੇ ਲਈ ਵੋਟ ਕਰੋ ਜੈਫ ਲਾਲ ਨੂੰ। ਵੋਟਿੰਗ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਫਿਰ CPC ਮੈਂਬਰ ਬਣਨ ਤੋਂ ਇਲਾਵਾ ਵਲੰਟੀਅਰ ਕਰਨ ਦੇ ਲਈ ਇਹਨਾਂ ਦੇ ਆਫਿਸ ਨਾਲ ਸੰਪਰਕ ਕਰ ਸਕਦੇ ਹੋ 416-892-39-4169-8929 ਪੇਡ ਬਾਈ ਕੰਪੇਨ ਆਫਿਸ। ਹੁਣ ਲਓ ਟਰੱਕ ਦਾ ਲਾਇਸੈਂਸ ਸਿਰਫ $4,850 ਦੇ ਵਿੱਚ। 7 ਦਿਨਾਂ ਵੀਕ ਖੁੱਲਣ ਵਾਲੀ ਇਹ ਕੰਪਨੀ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਆਫਰ ਕਰਦੀ ਹੈ ਈਵਨਿੰਗ ਤੇ ਵੀਕਐਂਡ ਕਲਾਸਸ ਵੀ, ਤਾਂ ਜੋ ਤੁਹਾਨੂੰ ਆਪਣਾ ਕੰਮ ਛੱਡਣਾ ਹੀ ਨਾ ਪਵੇ। ਤੇ ਵਧੀਆ ਸਿਖਲਾਈ ਨਾਲ ਟਰੱਕ ਲਾਇਸੈਂਸ ਦਿਵਾਉਣ ਤੋਂ ਬਾਅਦ ਇਹ ਤੁਹਾਨੂੰ ਆਫਰ ਕਰਦੇ ਨੇ ਜੌਬ ਪਲੇਸਮੈਂਟ, ਤੇ ਨਾਲ ਨਵੇਂ ਡਰਾਈਵਰ ਦੇ ਲਈ ਇਹਨਾਂ ਕੋਲ TTSAO ਸਰਟੀਫਾਈਡ ਇੰਸ਼ੋਰੈਂਸ ਪੈਕੇਜ ਵੀ ਅਵੇਲੇਬਲ ਆ। ਤਾਂ ਹੁਣੇ ਚੱਕੋ ਫੋਨ, ਕਾਲ ਕਰੋ 519-983-7500 ਜਾਂ ਫਿਰ ਵਿਜ਼ਿਟ ਕਰਨਾ ਤੁਸੀਂ 290-500
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖਣ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨ ਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ। ਸਮੁੱਚੀ ਸਾਧ ਸੰਗਤ ਨੂੰ ਹੁੰਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਇਸ ਸਾਲ ਨਗਰ ਕੀਰਤਨ 28 ਅਪ੍ਰੈਲ ਨੂੰ ਡਾਊਨ ਟਾਊਨ ਟੋਰਾਂਟੋ ਵਿੱਚ ਸਜਾਏ ਜਾਣਗੇ। ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪ੍ਰੋਗਰਾਮ ਸਪੋਂਸਰ ਕੀਤੇ ਜਾ ਰਹੇ ਪੇਸ਼ ਕਰਾਂਗੇ, ਸਾਡਾ 3 ਘੰਟੇ ਸ਼ੋਅ ਹੋਵੇਗਾ। ਫਰਨੀਚਰ ਦਾ ਇੱਕ ਐਸਾ ਵੇਅਰ ਹਾਊਸ ਜਿਹੜਾ ਕਿ ਸਟੂਡੈਂਟ ਨੂੰ ਸਮਾਨ ਸਪਲਾਈ ਕਰ ਰਿਹਾ ਸੀ, ਸੋ ਇਹ ਬੰਦ ਹੋ ਰਿਹਾ ਹੈ, ਦਰਵਾਜ਼ੇ ਬੰਦ ਕਰ ਦੇਵੇਗਾ। 90 ਡੈਲਟਾ ਐਵਨਿਊ ਸਟੀਲਸ ਕਿਉਂ ਦੇ ਕੋਲ ਇੱਕ ਐਸਾ ਵੇਅਰ ਹਾਊਸ ਜਿੱਥੇ ਕਿ ਕਾਫੀ ਟੇਬਲ, ਡਾਇਨਿੰਗ ਟੇਬਲ, ਬੈਡਰੂਮ ਸੈੱਟ ਅਤੇ ਹੱਥ ਨਾਲ ਫਰਨੀਚਰ ਇੰਨਾ ਸਸਤਾ, ਤੁਸੀਂ ਹੈਰਾਨ ਹੋ ਜਾਵੋਗੇ। ਜਿਹੜਾ ਬੈਡਰੂਮ ਸੈੱਟ ਹੈ ਲੱਕੜ ਦਾ ਬਣਿਆ ਹੋਇਆ ਮੈਟਸ ਦੇ ਨਾਲ, ਜਿਸ ਦੀ ਕੀਮਤ ਜਿਹੜੀ ਹੈ ਪੂਰੇ ਬੈਡਰੂਮ ਸੈੱਟ ਦੀ $2500 ਤੋਂ ਉੱਪਰ ਹੈ, ਇਹ ਤੁਹਾਨੂੰ ਵੇਚਣਗੇ $650 ਨੂੰ। ਅਸੀਂ ਉਹਨਾਂ ਨਾਲ ਰਵੀ ਜੀ ਬਹੁਤ ਜਲਦੀ ਆ ਰਹੇ ਹਾਂ ਕੁਝ ਹੀ ਮਿੰਟਾਂ ਵਿੱਚ, ਔਰ ਅਸੀਂ ਦੱਸੀਏ ਕਿ ਜਿਹੜੇ ਲੋਕ ਨਵੇਂ ਆਏ ਨੇ ਜਾਂ ਪੁਰਾਣੇ ਆਏ ਨੇ, ਤੁਸੀਂ ਆਪਣੇ ਨਵੇਂ ਘਰ ਦੇ ਵਿੱਚ ਅਗਲੇ ਮਹੀਨੇ ਜਾਣਾ ਆ, ਤੁਸੀਂ ਘਰੋਂ ਅੱਜ ਪਸੰਦ ਕਰ ਲਓ, ਫਰਨੀਚਰ ਤੁਹਾਡਾ ਹੋਲਡ ਕਰ ਲੈਣਗੇ, ਤਾਂ ਉਸ ਦਿਨ ਤੁਸੀਂ ਆਪਣਾ ਫਰਨੀਚਰ ਪੈਕ ਕਰ ਲੈਣਾ ਜਿਸ ਦਿਨ ਤੁਸੀਂ ਚਾਹੁੰਦੇ ਹੋ। ਸੋ ਮੈਂ ਚਾਹਾਂਗਾ ਕਿ ਤੁਸੀਂ $990 ਜਿਹੜਾ 8000 ਤੋਂ ਲੈ ਕੇ $9000 ਦੀ ਕੀਮਤ ਵਾਲਾ ਫਰਨੀਚਰ ਆ, ਜਿਹਦੇ ਵਿੱਚ ਕਾਫੀ ਟੇਬਲ ਆ, ਡਾਇਨਿੰਗ ਟੇਬਲ ਆ, ਜਿਹਦੇ ਵਿੱਚ ਸੋਫਾ ਆ, ਔਰ ਜਿਹਦੇ ਵਿੱਚ ਰੱਬ ਤੁਹਾਡਾ ਕਰੇ ਬੈਡਰੂਮ ਸੈੱਟ ਹੈ, ਇਹ $950 ਨੂੰ, $950 ਨੂੰ ਕੀਮਤ ਜਿਹੜੀ ਆ $8,000 ਤੋਂ $9,000 ਹੈ ਰੈਗੂਲਰ। ਸੋ ਸਾਰਾ ਸਮਾਨ ਇੰਨਾ ਸਸਤਾ, 6 ਚੇਅਰਾਂ, ਲੈਦਰ ਵਾਲੀਆਂ ਚੇਅਰਾਂ, ਕੱਚ ਦੇ ਗਲਾਸ ਵਾਲਾ ਟੇਬਲ ਵੱਡੇ ਸਾਈਜ਼ ਦਾ ਜਿਹਦੀ ਕੀਮਤ $1500 ਆ, ਇਹ ਤੁਹਾਨੂੰ ਵੇਚਣਗੇ $350 ਦੇ ਵਿੱਚ। ਸੋ ਇਹ ਤਾਂ ਕੁਝ ਕੁ ਸਿੰਪਲ ਹੈ ਜਿਹੜੇ ਕਿ ਤੁਹਾਨੂੰ ਅਸੀਂ ਦੇ ਰਹੇ ਹਾਂ, ਐਸਾ ਫਰਨੀਚਰ ਜਿਹੜਾ ਕਿ ਤੁਸੀਂ ਪਹਿਲਾਂ ਵੇਖਿਆ ਆ ਪਰ ਖਰੀਦਿਆ ਨਹੀਂ, ਤੁਸੀਂ ਸੋਚਿਆ ਸੀ ਮਹਿੰਗਾ ਸੀ, ਮਹਿੰਗਾ ਨਹੀਂ ਸੀ, ਉਹਦੀ ਕੀਮਤ ਉਹ ਸੀ, ਪਰ ਹੁਣ ਕਿਉਂ ਸਸਤਾ, ਕਿਉਂਕਿ ਇਹ ਬੰਦ ਹੋ ਰਿਹਾ ਹੈ। ਇਹ ਜਿਹੜੀ ਜਗ੍ਹਾ ਉਹਨਾਂ ਨੇ ਲੀਜ਼ 'ਤੇ ਲਈ ਸੀ, ਲੀਜ਼ ਜਿਹੜੀ ਹੈ ਉਹ ਖਤਮ ਹੋ ਗਈ ਆ, ਅਤੇ ਦੂਜੇ ਪਾਸੇ ਫਰਨੀਚਰ ਜਿਹੜਾ ਹੈ ਉਹਨਾਂ ਨੇ ਵੇਚਣਾ ਆ, ਅਤੇ ਆਪਣੇ ਸਟੋਰ ਨੂੰ ਖਾਲੀ ਤੁਸੀਂ ਕਰ ਰਹੇ ਹੋ। ਲੋਕ ਰੋਜ਼ਾਨਾ ਹੀ ਕਿਚਨ ਵਾਟਰਲੂ ਹਮਿਲਟਨ ਜਾ ਰਹੇ ਨੇ ਅਤੇ ਆਪਣੀ ਪਸੰਦੀਦਾ ਫਰਨੀਚਰ ਖਰੀਦ ਰਹੇ ਨੇ, ਅਤੇ ਤੁਸੀਂ ਜਦੋਂ ਚਾਹੋ ਉਹ ਤੁਸੀਂ ਪਿੱਕ ਕਰ ਸਕਦੇ ਹੋ, ਉਹਨੇ ਦਿਨ ਲਈ ਹੋਲਡ ਕਰ ਲੈਣਗੇ। ਪੇਮੈਂਟ ਤੁਸੀਂ ਅੱਜ ਕਰ ਦੇਣਾ ਕ੍ਰੈਡਿਟ ਕਾਰਡ ਰਾਹੀਂ ਜਾਂ ਕੈਸ਼, ਤੁਹਾਡੀ ਚੋਇਸ ਹੈ। ਸੋ ਨੰਬਰ ਹੈ, ਅਸੀਂ ਬਹੁਤ ਜਲਦੀ ਰਹੇ ਹਾਂ, 905-691-2394 90 ਡੈਲਟਾ ਅਤੇ ਕਿਉਂ ਦੇ ਕੋਲ। ਸੋ ਇਹ ਇੱਕ ਵੇਅਰ ਹਾਊਸ ਜਿਹੜਾ ਕਿ ਅੱਜ 7 ਵਜੇ ਤੱਕ ਅਤੇ ਕੱਲ੍ਹ ਨੂੰ 7 ਵਜੇ ਤੱਕ ਖੁੱਲ੍ਹਾ ਹੈ, ਵਿਸਾਖੀ 'ਤੇ ਸੇਲ ਆਈ ਹੋਈ ਹੈ, ਦੂਜੇ ਪਾਸੇ ਵਿਸਾਖੀ 'ਤੇ ਕਲੋਜ਼ਿੰਗ ਡਾਊਨ ਦਾ ਫਾਇਦਾ ਉਠਾਓ ਅਤੇ ਆਪਣੇ ਘਰ ਦੇ ਵਿੱਚ ਫਰਨੀਚਰ ਵਧੀਆ ਲੈ ਕੇ ਜਾਓ। ਇਹ ਫਰਨੀਚਰ ਸਖ਼ਤ ਲੱਕੜੀ ਦਾ ਹੈ ਅਤੇ ਮਜ਼ਬੂਤ ਹੈ, ਨਵੇਂ ਡਿਜ਼ਾਈਨਾਂ ਦਾ ਹੈ, ਅਤੇ ਇਹ ਫਰਨੀਚਰ ਸਾਨੂੰ ਮੁੜ ਕੇ ਨਹੀਂ ਮਿਲਣਾ ਕਿਉਂਕਿ ਬੰਦ ਹੋ ਰਿਹਾ ਹੈ। ਹੁਣ ਅਸੀਂ ਆਪ ਦੀ ਸੇਵਾ ਵਿੱਚ ਸਾਡੇ ਟੋਰਾਂਟੋ ਦੇ ਕੌਂਸਲੇਟ ਜਨਰਲ ਆਫਿਸ ਤੋਂ ਆਨਰੇਬਲ
ਕੌਂਸਲ ਜਨਰਲ ਸ੍ਰੀ ਸਿਧਾਰਥ ਨਾਥ ਜੀ ਆਦਿ ਹਿੱਸੇ ਵਿੱਚ ਖਾਸ ਸ੍ਰੀ ਸਾਜਨਾ ਦਿਵਸ ਦੇ ਉੱਪਰ ਮੁਬਾਰਕਬਾਦ ਸਾਂਝੀ ਕਰਨਗੇ ਅਤੇ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਗੇ। ਮੈਂ ਆਪਣੇ ਵੱਲੋਂ ਵੀ ਸਮੁੱਚੀ ਕਮਿਊਨਿਟੀ ਜੋ ਸਾਡਾ ਭਾਈਚਾਰਾ ਹੈ ਉਹਨਾਂ ਵੱਲੋਂ ਵੀ ਅਸੀਂ ਕੌਂਸਲ ਜਨਰਲ ਦੇ ਪੂਰੇ ਸਟਾਫ ਨੂੰ ਅਫਸਰ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਬਾਦ ਦੇ ਰਹੇ ਹਾਂ। ਅਸੀਂ ਇਹ ਆ ਸਕਦੇ ਹਾਂ ਤੁਹਾਡੇ ਵਾਸਤੇ ਕੌਂਸਲ ਜਨਰਲ ਜਿਸ ਤਰ੍ਹਾਂ ਐਮਰਜੈਂਸੀ ਸੇਵਾਵਾਂ ਦਿੰਦਾ ਹੈ ਇਹ ਸੇਵਾਵਾਂ ਕੰਟੀਨਿਊ ਰਹਿਣਗੀਆਂ ਅਤੇ ਇਹਨਾਂ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਆਏ ਦਿਨ ਨਵੀਂ ਟੈਕਨੋਲੋਜੀ ਨੂੰ ਅਪਣਾਇਆ ਗਿਆ ਹੈ ਅਤੇ ਬਹੁਤ ਜਲਦੀ ਦੇ ਵਿੱਚ ਤੁਹਾਡੇ ਜਿਹੜੇ ਕਾਰੋਬਾਰ ਨੇ ਰਿਲੇਟਡ ਕੌਂਸਲ ਜਨਰਲ ਦੇ ਨਾਲ ਉਹ ਕੀਤੇ ਜਾਂਦੇ ਨੇ। ਸੋ ਸਾਨੂੰ ਇਸ ਚੀਜ਼ ਦਾ ਮਾਣ ਹੈ। ਤੁਸੀਂ ਘਰੇ ਸੁਣਿਆ ਸੈਟਰਡੇ ਸੰਡੇ ਨੂੰ ਕੋਈ ਵੀ ਐਸੀ ਐਮਬੈਸੀ ਹੈ ਦੁਨੀਆ 'ਚ, ਤੁਸੀਂ ਆਪਣੇ ਹਿੰਦੁਸਤਾਨ ਦੇਖ ਲਓ ਕਿ ਤੁਹਾਨੂੰ ਐਮਰਜੈਂਸੀ ਵਿੱਚ ਸੰਡੇ ਨੂੰ ਵੀਜ਼ਾ ਦਿੰਦੇ ਆ ਕੈਨੇਡੀਅਨ ਗਵਰਨਮੈਂਟ, ਸੈਟਰਡੇ ਨੂੰ ਦਿੰਦੇ ਆ? ਨੋ ਨੋ ਨੋ, ਸਾਡੇ ਇੱਥੇ ਐਮਰਜੈਂਸੀ ਵਿੱਚ ਸੈਟਰਡੇ ਸੰਡੇ ਨੂੰ ਵੀ ਸਰਵਿਸ ਦਿੰਦੇ ਨੇ। ਸੋ ਤੁਸੀਂ ਕੰਪੈਰੀਜ਼ਨ ਕਰੋ ਤਾਂ ਕਿੰਨਾ ਮਾਣ ਹੈ ਸਾਨੂੰ ਕੌਂਸਲ ਜਨਰਲ 'ਤੇ ਕਿ ਉਹ ਤੁਹਾਡੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਨੇ, ਉਹ ਤੁਹਾਨੂੰ ਆਪਣੇ ਸਮਝਦੇ ਨੇ ਅਤੇ ਤੁਸੀਂ ਆਪਣੇ ਸਮਝੋ ਅਫਸਰ ਸਾਹਿਬਾਨਾਂ ਨੂੰ। ਆਓ ਫਿਰ ਅਸੀਂ ਕੌਂਸਲ ਜਨਰਲ ਜੀ ਦਾ ਸ਼ੁਭ ਸੰਦੇਸ਼, ਸ੍ਰੀ ਸਿਧਾਰਥ ਨਾਥ ਜੀ ਸਾਡੇ ਅੱਜ ਦੇ ਸਪ੍ਰੋਮ ਦੇ ਮੁੱਖ ਮਹਿਮਾਨ ਆਨਰੇਬਲ ਗੈਸਟ ਸੰਦੇਸ਼ ਸਾਂਝਾ ਕਰਨਗੇ ਜੀ। ਸਤਿ ਸ਼੍ਰੀ ਅਕਾਲ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੈਸਾਖੀ ਦੀਆਂ ਲੱਖ ਲੱਖ ਵਧਾਈਆਂ। ਔਨ ਦਿਸ ਜੋਇਸ ਓਕੇਜ਼ਨ ਆਫ ਵੈਸਾਖੀ, ਆਈ ਪ੍ਰੇ ਦੈਟ ਯੂ ਐਂਡ ਯੋਰ ਫੈਮਿਲੀ ਆਰ ਬਲੈਸਡ ਵਿਦ ਹੈਪੀਨੈਸ, ਪੀਸ ਐਂਡ ਪ੍ਰੋਸਪੈਰਿਟੀ। ਵੈਸਾਖੀ ਮਾਰਕਸ ਦ ਅਰਾਈਵਲ ਆਫ ਸਪਰਿੰਗ ਇਨ ਦ ਹਾਰਵੈਸਟ ਫੈਸਟੀਵਲ ਫੋਰ ਸਿੱਖਸ ਐਂਡ ਦ ਹੋਲ ਪੰਜਾਬੀ ਕਮਿਊਨਿਟੀ। ਇਟ ਆਲਸੋ ਕਮੈਮੋਰੇਟਸ ਦ ਫਾਰਮੇਸ਼ਨ ਆਫ ਦ ਖਾਲਸਾ ਪੰਥ, ਐਂਡ ਵੀ ਵਿਲ ਆਲਵੇਜ਼ ਰਿਮੇਨ ਥੈਂਕਫੁਲ ਟੂ ਦ ਗ੍ਰੇਟ ਸਿੱਖ ਗੁਰੂਜ਼ ਫੋਰ ਲੀਡਿੰਗ ਅਸ ਔਨ ਦ ਪਾਥ ਆਫ ਰਾਈਟੀਅਸਨੈਸ। ਇੰਡੀਆ ਇਜ਼ ਵਨ ਆਫ ਦ ਮੋਸਟ ਡਾਈਵਰਸ ਨੇਸ਼ਨਸ ਇਨ ਦ ਵਰਲਡ, ਐਂਡ ਸੈਲੀਬ੍ਰੇਸ਼ਨਸ ਲਾਈਕ ਵੈਸਾਖੀ ਆਰ ਐਨ ਇੰਟੀਗਰਲ ਪਾਰਟ ਆਫ ਇੰਡੀਆ ਐਂਡ ਇਟਸ ਕਲਚਰਲ ਡਾਈਵਰਸਿਟੀ। We are very proud of the accomplishments and contributions of the Indo-Canadian community in Canada and their enduring bond with India. On behalf of the Consulate General of India in Toronto, I pray that the blessings of Waheguru be showered upon you in this auspicious day. A very blessed Baisakhi to all. Sat Sri Akal. Sat Sri Akal. Jai Hind. Is sade Consulate General Sri Siddharth Nath ji in a shubh sandesh assi ਪ੍ਰੋਗਰਾਮ ਤੁਹਾਡਾ ਲੰਬਾ ਆ ਔਰ ਦੋ ਵਾਰੀ ਹੋਰ ਟੈਲੀਕਾਸਟ ਕਰਨ ਦੀ ਖੁਸ਼ੀ ਹੋਈ ਅਸੀਂ ਲਵਾਂਗੇ ਤਾਂ ਕਿ ਤੁਸੀਂ ਜੇ ਇਹ ਸ਼ੁਭ ਸੰਦੇਸ਼ ਨਹੀਂ ਸੁਣ ਸਕੇ, ਨਹੀਂ ਵੇਖ ਸਕੇ, ਦੁਬਾਰਾ ਫਿਰ ਵਾਚ ਕਰ ਸਕੋ। ਜ਼ਿੰਦਗੀ ਵਿੱਚ ਖੁਸ਼ੀ ਵਾਲਾ ਸਮਾਂ ਜਿਹੜਾ ਹੈ ਉਸ ਨੂੰ ਦੇਖਿਆ ਜਾਵੇ ਬੜੇ ਚਾਵਾਂ ਮਲਾਰਿਆਂ ਨਾਲ ਸਾਨੂੰ ਮਨਾਉਣਾ ਚਾਹੀਦਾ ਹੈ। 15 ਅਗਸਤ, 26 ਜਨਵਰੀ, ਦੀਵਾਲੀ ਦੇ ਮੌਕੇ ਦੇ ਉੱਪਰ, ਨਵੇਂ ਸਾਲ 'ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਪਰ, ਖਾਸ ਸਾਜਨਾ ਦਿਵਸ 'ਤੇ, ਵੱਖ ਵੱਖ ਹੋਰ ਇਤਿਹਾਸਕ ਦਿਨਾਂ 'ਤੇ ਅਸੀਂ ਬੜੇ ਚਾਵਾਂ ਬੁਲਾਰਿਆਂ ਦੇ ਨਾਲ ਦੇਖਿਆ ਜਾਵੇ ਕਿ ਸ਼ੁਭ ਸੰਦੇਸ਼ ਟੈਲੀਕਾਸਟ ਬ੍ਰੋਡਕਾਸਟ ਕਰਕੇ ਖੁਸ਼ੀ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਭਾਰਤੀ ਹਾਂ। ਭਾਰਤ ਹੋਣ ਦਾ ਸਾਨੂੰ ਗੌਰਵ ਹੈ, ਸਾਨੂੰ ਮਾਣ ਹੈ। ਅਸੀਂ ਸਾਡੇ ਹਾਈ ਕਮਿਸ਼ਨ ਆਨਰੇਬਲ ਵਰਮਾ ਜੀ, ਆਪ ਜੀ ਨੂੰ ਵੀ ਅਤੇ ਜਿੰਨੀ ਵੀ ਟੀਮ ਹੈ ਆਪ ਜੀ ਦੀ ਵੈਨਕੂਵਰ ਵਿੱਚ, ਅਟਾਵਾ ਵਿੱਚ, ਟੋਰਾਂਟੋ 'ਚ, ਅਸੀਂ ਸਲੂਟ ਕਰਦੇ ਹਾਂ।
ਅਸੀਂ ਤੁਹਾਡੀ ਲੰਬੀ ਉਮਰ ਦੀ ਅਰਦਾਸ ਕਰਦੇ ਹਾਂ ਸਾਰੇ ਭਾਰਤੀ ਪਰਿਵਾਰਾਂ ਵੱਲੋਂ ਜੋ ਕਿ ਲੰਬੇ ਸਮੇਂ ਤੋਂ ਕੈਨੇਡਾ ਇਸ ਧਰਤੀ 'ਤੇ ਰਹਿ ਰਹੇ ਨੇ ਅਤੇ ਉਹਨਾਂ ਨੂੰ ਮਾਣ ਹੈ ਕਿ ਲੋੜ ਪੈਣ 'ਤੇ ਜਦੋਂ ਵੀ ਕੋਈ ਪ੍ਰੋਬਲਮ ਪੈਂਦੀ ਹੈ ਤਾਂ ਕੌਂਸਲ ਜਨਰਲ ਉਹਨਾਂ ਦੀ ਬਾਹ ਫੜਦਾ ਹੈ ਅਤੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਦੇਰੀ ਨਹੀਂ ਸਗੋਂ ਕਿ ਬਹੁਤ ਹੀ ਜਲਦੀ ਵਿੱਚ ਸਮੱਸਿਆ ਨੂੰ ਹੱਲ ਕਰਦਾ ਹੈ। ਵੀ ਪ੍ਰਾਊਡ ਆਫ ਇੰਡੀਆ ਗਵਰਨਮੈਂਟ, ਅਸੀਂ ਪ੍ਰਾਊਡ ਮਹਿਸੂਸ ਕਰਦੇ ਹਾਂ ਕਿ ਸਾਡੇ ਭਾਰਤ ਤੋਂ ਆਏ ਹੋਏ ਅਫਸਰ ਸਾਹਿਬਾਨ ਤੁਹਾਡਾ ਦੁੱਖ ਸੁੱਖ ਸੁਣਦੇ ਨੇ, ਤੁਹਾਡੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਨੇ। ਸੋ ਅਸੀਂ ਕੁਛ ਦਿਸ਼ਾ ਬਾਅਦ ਵਾਪਸ ਆ ਰਹੇ ਹਾਂ। ਹੁਣ ਮੈਂ ਗੱਲ ਕਰਨੀ ਚਾਹਾਂਗਾ ਫਰਨੀਚਰ ਦਾ ਇੱਕ ਐਸਾ ਸਟੋਰ ਬੰਦ ਹੋ ਰਿਹਾ ਹੈ, ਤੁਹਾਨੂੰ ਦਿਖਾ ਦਵਾਂ, ਦੇਖੋ ਜਿਹੜਾ ਟੈਲੀਵਿਜ਼ਨ ਵੱਲ ਹੈ, ਇਹ ਹੈ ਫਰਨੀਚਰ ਜਿਹੜਾ ਕਿ 90 ਡੈਲਟਾ ਐਵਨਿਊ ਪਰ ਪਿਆ ਹੈ, ਡੈਲਟਾ ਕਿਊਨ ਕੈਨਡੀ ਦੇ ਕੋਲ, ਮਾਫ ਕਰਨਾ ਕੈਨਡੀ ਨਹੀਂ, ਡੈਲਟਾ ਅਤੇ ਏਅਰਪੋਰਟ ਕੁਈਨ ਦੇ ਕੋਲ, ਏਅਰਪੋਰਟ ਕੁਈਨ ਦੇ ਕੋਲ। ਸੋ ਆ ਰਹੇ ਨੇ ਵਿੱਕੀ ਜੀ, ਵਿੱਕੀ ਜੀ ਗੁਰੂ ਘਰ ਗਏ ਹੋਏ ਸੀਗੇ ਜੀ, ਪੂਰੀ ਦੀ ਪੂਰੀ ਟੀਮ ਜਲਦੀ ਗੱਲ ਕਰਨਗੇ, ਆ ਰਹੇ ਨੇ, ਆਏ ਸੀ, ਹਾਂਜੀ ਹਾਂਜੀ ਕਰਨਗੇ ਗੱਲ, ਆਏ ਸੀ। ਅਸੀਂ ਆ ਦਿਖਾ ਰਹੇ ਹਾਂ ਬੈਡਰੂਮ ਸੈੱਟ, ਇਹ ਬੈਡਰੂਮ ਸੈੱਟ ਜੋ ਵੇਖੋ ਸਹੀ, ਇਹ ਸਖ਼ਤ ਲੱਕੜੀ ਦਾ ਬਣਾਇਆ ਹੋਇਆ ਬੈਡਰੂਮ ਸੈੱਟ ਹੈ, ਇਹ ਕੋਈ ਲੱਕੜੀ ਉਹ ਨਹੀਂ ਹੈ ਜਿਹੜੀ ਕਿ ਤੁਸੀਂ ਜਾਣਦੇ ਹੋ ਕਈ ਵਾਰੀ ਲੰਬੀ ਲੱਕੜ ਹੁੰਦੀ ਹੈ ਪਰ ਲੱਕੜ ਨਹੀਂ ਹੁੰਦੀ, ਉਹ ਇੱਕ ਨਕਲੀ ਲੱਕੜ ਜਿਹੜੀ ਹੈ ਉਹ ਬਣਾਈ ਜਾਂਦੀ ਹੈ ਅਤੇ ਇਹ ਸਖ਼ਤ ਲੱਕੜੀ ਦਾ ਬਣਾਇਆ ਹੋਇਆ ਫਰਨੀਚਰ ਜਿਹੜਾ ਕਿ ਇਹਨਾਂ ਨੇ ਇੰਪੋਰਟ ਕੀਤਾ ਹੈ ਅਤੇ ਕੁਝ ਇਹਨਾਂ ਨੇ ਆਪ ਕੈਨੇਡਾ ਵਿੱਚ ਮੈਨੂਫੈਕਚਰ ਇਹਨਾਂ ਦੀ ਫੈਕਟਰੀ 'ਤੇ ਆਪ ਤਿਆਰ ਕੀਤਾ ਹੈ। ਤੁਹਾਨੂੰ ਦਿਖਾ ਰਹੇ ਹਾਂ ਬੈਡਰੂਮ ਸੈੱਟ, ਤੁਹਾਨੂੰ ਦਿਖਾ ਰਹੇ ਹਾਂ ਕੌਫੀ ਟੇਬਲ, ਤੁਹਾਨੂੰ ਦਿਖਾ ਰਹੇ ਹਾਂ ਸੋਫੇ ਸੈੱਟ, ਤੁਹਾਨੂੰ ਦਿਖਾ ਰਹੇ ਹਾਂ ਇਹ ਡਾਇਨਿੰਗ ਟੇਬਲ ਅਤੇ ਇਹ ਬੈਡਰੂਮ ਸੈੱਟ। ਇਹ ਜਿਹੜਾ 6 ਕੁਰਸੀਆਂ ਵਾਲਾ ਟੇਬਲ ਹੈ ਜਿਹੜਾ ਦਿਖਾਇਆ ਤੁਹਾਨੂੰ, ਲੈਦਰ ਦੇ ਚੇਅਰਾਂ ਵਾਲਾ ਲਕਰਾਈਨਰ ਇਹ ਸੋਫਾ ਸੈੱਟ, ਇਹ ਸਾਰਾ ਸਮਾਨ ਕਰਦਾ ਤੁਸੀਂ $950 ਵਿੱਚ ਖਰੀਦ ਸਕਦੇ ਹੋ, ਤੁਸੀਂ $950 ਵਿੱਚ ਖਰੀਦ ਲਓ, ਤੁਸੀਂ ਅੱਜ ਪੈਕ ਨਹੀਂ ਕਰ ਸਕਦੇ, ਤੁਹਾਡੇ ਕੋਲ ਸਪੇਸ ਨਹੀਂ ਹੈ, ਤੁਸੀਂ 10 ਦਿਨਾਂ ਬਾਅਦ ਮੂਵ ਹੋਣਾ, ਨੋ ਪ੍ਰੋਬਲਮ, ਤੁਸੀਂ 10 ਦਿਨਾਂ ਬਾਅਦ ਇਹ ਆਪਣਾ ਸਮਾਨ ਪੈਕ ਕਰ ਲਓ, ਉਹਨੂੰ ਦੱਸਣਾ ਕਿ ਇਸ ਡੇਟ ਨੂੰ ਅਸੀਂ ਪੈਕ ਕਰਾਂਗੇ, ਪਰ ਸ਼ਰਤ ਇਹ ਹੈ ਕਿ ਤੁਹਾਡੀ ਪੇਮੈਂਟ ਜਿਹੜੀ ਹੈ ਉਹ ਰਾਈਟ ਵੇ ਹੋਣੀ ਜ਼ਰੂਰੀ ਹੈ, ਕਿਉਂਕਿ ਸਮਾਨ ਜਿਹੜਾ ਹੈ ਉਹਨਾਂ ਨੇ ਵੇਚਣਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਵਿਕ ਗਿਆ ਆ ਉਹ ਦੁਬਾਰਾ ਸਪਲਾਈ ਨਹੀਂ ਆਉਣੀ ਅਤੇ ਨਾ ਹੀ ਉਹਨਾਂ ਨੇ ਮੰਗਾਉਣਾ ਆ, ਅਤੇ ਕਿਉਂਕਿ ਉਹ ਇਸ ਵੇਅਰ ਹਾਊਸ ਨੂੰ ਸਦਾ ਵਾਸਤੇ ਬੰਦ ਕਰ ਰਹੇ ਨੇ। ਨੰਬਰ ਨੋਟ ਕਰ ਲਓ ਜੇ ਤੁਹਾਨੂੰ ਜਾਣ ਦੀ ਸਮੱਸਿਆ ਆ ਰਹੀ ਹੈ, ਡਾਇਰੈਕਸ਼ਨ ਤੁਹਾਨੂੰ ਸਮਝ ਨਹੀਂ ਆ ਰਹੀ, 905-692-1234 905-692-1234 ਨੂੰ ਕਾਲ ਕਰ ਸਕਦੇ ਹੋ। ਹੁਣ ਅਸੀਂ ਆਪਣੇ ਸੁਣਨ ਵਾਲੇ ਅਤੇ ਦੇਖਣ ਵਾਲੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇ ਦੇ ਕਿ ਤੁਹਾਡੇ ਸੇ ਵਿੱਚ ਇੱਕ ਐਸਾ ਸਟੋਰ ਹੈ ਜਿਹੜਾ ਕਿ ਤੁਹਾਨੂੰ ਘੱਟੋ ਘੱਟ ਕੀਮਤਾਂ ਦੇ ਉੱਪਰ ਗਰੋਸਰੀ ਬੜੀ ਸਸਤੀ ਵੇਚਦਾ ਹੈ। ਗਰੋਸਰੀ ਜਿਹੜੀ ਹੈ ਦਾਲਾਂ ਮਸਾਲੇ ਚਾਵਲ ਦੁੱਧ ਘਿਓ ਬਹੁਤ ਹੀ ਘੱਟ ਕੀਮਤ 'ਤੇ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਸੇ ਵਿੱਚ ਅਸੀਂ ਤੁਹਾਨੂੰ ਅਪਡੇਟ ਕਰ ਰਹੇ ਹਾਂ ਕਿ ਕੁਝ ਸਪੈਸ਼ਲ ਤੁਹਾਨੂੰ ਮਿਲ ਸਕਦਾ ਹੈ ਅਤੇ ਮਿਲ ਰਿਹਾ ਹੈ। ਇਹਦੇ ਵਿੱਚ ਅਸੀਂ ਕੁਝ ਕੁ ਕੀਮਤਾਂ ਵੇਰਵਾ ਦੇਈਏ ਤਾਂ ਇਸ ਵਿਸਾਖੀ ਦੇ ਮੌਕੇ ਦੇ ਉੱਪਰ ਮੈਨੂੰ ਦੱਸਿਆ ਬੜੀ ਖੁਸ਼ੀ ਹੋ ਰਹੀ ਕਿ ਇੱਥੇ ਰੈਸਟੋਰੈਂਟ ਵੀ ਹੈ, ਇੱਥੇ ਗਰੋਸਰੀ ਸਟੋਰ ਵੀ ਹੈ ਅਤੇ ਇੱਥੇ ਬੇਕਰੀ ਵੀ ਹੈ, ਕਨਵੀਨੀਅੰਸ ਸਟੋਰ ਵੀ ਹੈ। ਇਹ ਇੰਡੀਅਨ ਸਬਜ਼ੀ ਬਾਜ਼ਾਰ ਗਰੋਸਰੀ ਸਟੋਰ ਗੋਰਵੇ ਅਤੇ ਕਾਂਟੇ ਸਾਈਡ ਨੁੱਕਰ 'ਤੇ ਇਹਨਾਂ ਨੇ ਜੋ ਸਪੈਸ਼ਲ ਵਿਸਾਖੀ ਤਲਾਏ ਨੇ ਔਰ ਇੱਥੇ ਤੁਸੀਂ ਜਾ ਕੇ
99 ਸੈਂਟ ਨੂੰ 20 ਪਾਉਂਡ ਸ਼ਕਤੀ ਆਟਾ ਲੈ ਸਕਦੇ ਹੋ। 7.99 ਸੈਂਟ ਦੇ ਵਿੱਚ ਤੁਸੀਂ ਟੀ ਬੈਗ ਲੈ ਸਕਦੇ ਹੋ। ਬਦਾਮ $3.99 ਸੈਂਟ ਨੂੰ ਪਰ ਪਾਉਂਡ ਦੇ ਮੁਤਾਬਕ ਖਰੀਦੋ ਅਤੇ $4.99 ਸੈਂਟ ਨੂੰ ਤੁਸੀਂ ਪਨੀਰ, ਉਹ ਵੀ ਬਰਾਡ ਬ੍ਰਾਂਡ ਦਾ, ਅਤੇ ਕਾਲਾ ਚਨਾ ਅਤੇ ਚਨਾ ਦਾਲ 3.79 ਨੂੰ 4 ਪਾਉਂਡ, 4.99 ਨੂੰ ਤੁਸੀਂ ਉਰਦ ਹੋਰ ਲੈ ਸਕਦੇ ਹੋ। ਕੀ ਤੁਸੀਂ ਜਾਣਦੇ ਹੋ ਕਿ ਫਰਾਈਡੇ ਨੂੰ ਤੁਹਾਡੀ ਸੇਵ ਵਿੱਚ 4.99 ਨੂੰ ਇਹ ਦੁੱਧ ਵੇਚ ਰਹੇ ਨੇ ਅਤੇ ਲਗਾਤਾਰ 4 ਲੀਟਰ ਵੇਚਣਗੇ। ਅਤੇ ਹੀਰਾ ਆਟਾ 3.99 ਦਾ 20 ਪਾਉਂਡ ਦੱਸਿਆ ਜਾਂਦਾ ਹੈ, ਜਿੱਥੇ ਕਿ ਬਰਾੜ ਦੇਸੀ ਘੇ ਦੀ ਕੀਮਤ 3.5 ਪਾਉਂਡ ਦੀ $23.99 ਸੈਂਟ ਹੈ। ਉੱਥੇ ਸ਼ੀਰ ਬੇਸਣ ਆਟਾ 4.99 ਦਾ 4 ਪਾਉਂਡ ਹੈ। ਕਮਾਲ ਦੀ ਗੱਲ ਹੈ ਕਿ ਇੰਨਾ ਸਸਤਾ ਕਿਉਂ ਹੈ, ਕਿਉਂਕਿ ਇਹ ਸੇਲ ਆਈ ਹੈ ਵਿਸਾਖੀ 'ਤੇ, ਸਾਲ ਵਿੱਚ ਲੱਗਣ ਵਾਲੀ ਸੇਲ ਜਿਹੜੀ ਇੱਕ ਹੈ। ਟਾਟਾ ਟੀ ਜਿਹੜਾ ਹੈ ਗੋਲਡ 4.92 ਲੈ ਸਕਦੇ ਹੋ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਸੇਲ ਵਿੱਚ ਜਿਹੜੀ ਖੰਡ ਹੈ ਵਾਈਟ ਸ਼ੂਗਰ $8.99 ਸੈਂਟ ਨੂੰ 10 ਪਾਉਂਡ, 8.99 ਨੂੰ 2 ਲੀਟਰ ਮਸਟਰਡ ਆਇਲ, ਦੇਸੀ ਪੋਹਾ 2.99 ਨੂੰ 2 ਪਾਉਂਡ, ਇੰਡੀਅਨ ਹੈਰੀਟੇਜ ਰਸ ਜਿਹੜੇ ਨੇ ਉਹ $3.5 ਦੇ ਵਿੱਚ 500 ਗ੍ਰਾਮ ਤੋਂ ਇਲਾਵਾ, ਬਿਸਕੁਟ 2.99 ਦਾ ਪੈਕਟ ਹੈ ਅਤੇ ਸਨੈਕਸ ਜਿਹੜੇ ਨੇ ਉਹ 1.29 ਨੂੰ ਪੈਕਟ ਨੇ ਵੱਖ ਵੱਖ ਤਰ੍ਹਾਂ ਦੇ। ਆਓ ਅਸੀਂ ਗੱਲ ਕਰਦੇ ਹਾਂ ਇੱਥੇ ਫਰੈਸ਼ ਸਬਜ਼ੀਆਂ, ਜਿਸ ਵਿੱਚ ਵੱਡਾ 8.89 ਸੈਂਟ ਨੂੰ ਅਤੇ 89 ਸੈਂਟ ਨੂੰ ਬੈਂਗਨਸ ਲੰਬੇ ਸਾਈਜ਼ ਦੇ ਨੇ, ਅਤੇ $1.50 ਵਿੱਚ ਗ੍ਰੀਨ ਬੀਨਸ ਤੋਂ ਇਲਾਵਾ ਧਨੀਏ ਦੀ ਗੁੱਛੀ ਫਰੈਸ਼ ਧਨੀਆ 89 ਸੈਂਟ ਨੂੰ ਹੈ। 99 ਸੈਂਟ ਨੂੰ ਤੁਸੀਂ ਟਮਾਟਰ ਅਤੇ 99 ਸੈਂਟ ਨੂੰ ਔਰੇਂਜ, 99 ਸੈਂਟ ਨੂੰ ਐਪਲ ਅਤੇ 3.99 ਸੈਂਟ ਨੂੰ ਪੋਟੈਟੋਸ। ਬਹੁਤ ਵੱਡਾ ਬੈਗ, ਇਹ ਬੈਗ ਹੈ ਦੋ ਜਾਣੇ ਚੁੱਕ ਸਕਦੇ ਨੇ, ਜਾਣੀ ਕਿ ਐਡਾ ਵੱਡਾ, ਓ ਮਾਈ ਗੋਡ ਬੈਗ। ਆਲੂ ਜਿਹੜੇ ਨੇ ਉਹ ਬੜੇ ਹੀ ਸਵਾਦ ਨੇ, ਔਰਗੈਨਿਕ ਨੇ। ਜੇ ਮੈਂ ਗੱਲ ਕਰਾਂ ਜੈਲੋ ਆਨੀਅਨ ਦੀ, ਇਹ 3.99 ਨੂੰ, ਇਹ 5-6-4 ਪਾਉਂਡ ਨਹੀਂ ਹੈ, ਇਹ ਵੀ ਵੱਡਾ ਬੈਗ 3.99 ਨੂੰ 10 ਪਾਉਂਡ ਦਾ ਹੈ। ਅਤੇ ਇਸ ਤੋਂ ਇਲਾਵਾ ਇੱਥੇ ਰੈਸਟੋਰੈਂਟ ਵੀ ਹੈ ਗੋਰਬੇ ਕੰਟਰੀ ਸਾਈਡ ਦੇ, ਇੰਡੀਆ ਸਬਜ਼ੀ ਬਾਜ਼ਾਰ ਗੋਸੀ ਸਟੋਰ ਦੇ ਨਾਲ ਰੈਸਟੋਰੈਂਟ ਹੈ ਉਹਨਾਂ ਦਾ, ਜਿਹੜਾ 24 ਘੰਟੇ ਖੁੱਲ੍ਹਦਾ ਹੈ। ਇਹ ਕਹਿੰਦੇ ਕਿ ਚਨਾ ਭਟੂਰਾ 4.99 ਲੈ ਸਕਦੇ 3.99 ਨੂੰ, ਨੂਡਲਸ ਬਰਗਰ ਤੋਂ ਇਲਾਵਾ ਚਿਕਨ ਬਿਰਿਆਨੀ 6.99 ਨੂੰ, ਸਮੋਸੇ ਚਾਟ ਜਿਹੜੇ ਨੇ 3.99 ਨੂੰ, ਅਤੇ $1.99 ਨੂੰ ਚਨਾ ਕੁਲਚਾ ਖਿਦੋ, ਵੈਜ ਥਾਲੀ ਜਿਹੜੀ ਹੈ 4.99 ਨੂੰ। 4.99 ਨੂੰ ਤੁਸੀਂ ਥਾਲੀ ਵੈਜ, ਆਓ ਲਿਆਓ ਖਾਓ ਅਤੇ ਘਰ ਦੀ ਰਸੋਈ ਨੂੰ ਆਰਾਮ ਫਰਮਾਉਣ ਦਿਓ। ਸੋ ਇਸ ਵੀਕਐਂਡ 'ਤੇ ਖਾਣ ਵਾਲੀਆਂ ਆਈਟਮਾਂ ਘਰ ਵਿੱਚ ਲਿਆਉਣ ਵਾਲੀ ਆਈਟਮ ਸਟਾਕ ਅਪ ਕਰ ਲਓ। ਵਿਸਾਖੀ ਸੇਲ ਇੰਡੀਅਨ ਸਬਜ਼ੀ ਬਾਜ਼ਾਰ, ਇੰਡੀਆ ਸਬਜ਼ੀ ਬਾਜ਼ਾਰ ਗੋਸੀ ਸਟੋਰ ਅਤੇ ਨਾਲ ਰੈਸਟੋਰੈਂਟ ਹੈ, ਜਿਨ੍ਹਾਂ ਦਾ ਨੰਬਰ ਤੁਸੀਂ ਜਾਣਦੇ ਹੋ ਕਿ ਤੁਹਾਡੀ ਸੇਵ ਵਿੱਚ 905-794-8600। ਅਸੀਂ ਆ ਰਹੇ ਹਾਂ ਇਹਨਾਂ ਸਿੱਖ ਤੋਂ ਬਾਅਦ। ਲਾਈਸੈਂਸ ਸਿਰਫ $4,850 ਦੇ ਵਿੱਚ
ਸੱਤੇ ਦਿਨਾਂ ਵੀਕ ਖੁੱਲਣ ਵਾਲੀ ਇਹ ਕੰਪਨੀ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਆਫਰ ਕਰਦੀ ਹੈ ਈਵਨਿੰਗ ਤੇ ਵੀਕਐਂਡ ਕਲਾਸਿਸ ਵੀ ਤਾਂ ਜੋ ਤੁਹਾਨੂੰ ਆਪਣਾ ਕੰਮ ਛੱਡਣਾ ਹੀ ਨਾ ਪਵੇ ਤੇ ਵਧੀਆ ਸਿਖਲਾਈ ਨਾਲ ਟਰੱਕ ਲਾਇਸੈਂਸ ਦਿਵਾਉਣ ਤੋਂ ਬਾਅਦ ਇਹ ਤੁਹਾਨੂੰ ਆਫਰ ਕਰਦੇ ਨੇ ਜੌਬ ਪਲੇਸਮੈਂਟ ਤੇ ਨਾਲ ਨਵੇਂ ਡਰਾਈਵਰ ਦੇ ਲਈ ਇਹਨਾਂ ਕੋਲ TTSAO ਸਰਟੀਫਾਈਡ ਇੰਸ਼ੋਰੈਂਸ ਪੈਕੇਜ ਵੀ ਅਵੇਲੇਬਲ ਆ ਤਾਂ ਹੁਣੇ ਚੱਕੋ ਫੋਨ ਕਾਲ ਕਰੋ 519-983-7500 ਜਾਂ ਫਿਰ ਵਿਜ਼ਿਟ ਕਰਨਾ ਤੁਸੀਂ 290-300 ਰੋਡ ਕੈਂਬ੍ਰਿਜ ਦੇ ਵਿੱਚ ਟਰੈਵਲ ਹੁਣ ਆਪਣੇ ਸਫ਼ਰ ਨੂੰ ਬਣਾਓ ਹੋਰ ਵੀ ਆਸਾਨ ਕਟਾਰੀਆ ਟੂਰਸ ਐਂਡ ਟਰੈਵਲ ਦੇ ਨਾਲ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਟਰੈਵਲ ਕਰਨ ਦੇ ਲਈ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ ਕੈਨੇਡੀਅਨ ਸਿਟੀਜ਼ਨ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਿਟਰ ਵੀਜ਼ਾ ਟੂਰਿਸਟ ਵੀਜ਼ਾ ਅਤੇ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਸਾਰੀਆਂ ਸਰਵਿਸਿਜ਼ ਨੂੰ ਪਾਓ ਸਿਰਫ ਇੱਕ ਹੀ ਛੱਤ ਹੇਠ ਅੱਜ ਹੀ ਕੰਟੈਕਟ ਕਰੋ ਕਟਾਰੀਆ ਟੂਰਸ ਐਂਡ ਟਰੈਵਲ ਦੇ ਫੋਨ 9056781200 address 2883 Derry Road East Mississauga apna parivar hai sehat wala bada bhaiya hai taqat wala chhota bro hai masti wala munde ka bandhan hai pyar wala ਜੀ ਹੈ ਗਿਆਨ ਵਾਲਾ ਆਪਣਾ ਪਰਿਵਾਰ ਹੈ ਸਿਹਤ ਵਾਲਾ ਭਾਗੀ ਮੈਂ ਤਾਂ ਪੁਰਾਣੇ ਬਾਥਰੂਮਾਂ ਤੋਂ ਸਰਦਾਰ ਜੀ ਨਵੇਂ ਡਿਜ਼ਾਈਨ ਦਾ ਬਾਥਰੂਮ ਬਣਵਾਓ ਨਹੀਂ ਮੈਂ ਚੱਲੀ ਆ ਪੇਕੇ ਭਗਵਾਨੇ ਉਹ ਨਵਾਂ ਬਾਥਰੂਮ ਬਣਾਉ ਕੌਣ ਆ ਫੜੋ ਫੋਨ ਤੇ ਜੇ ਬਾਟ ਸੋਲੂਸ਼ਨ ਵਾਲਿਆਂ ਨਾਲ ਸੰਪਰਕ ਕਰੋ ਜਿਨ੍ਹਾਂ ਕੋਲ ਵਧੀਆ ਕਾਰੀਗਰ ਵੀ ਨੇ ਤੇ ਵਧੀਆ ਸ਼ੀਸ਼ੇ ਦੇ ਡਿਜ਼ਾਈਨ ਵੀ ਨੇ ਲਓ ਜੀ ਮੈਂ ਤਾਂ ਲੱਗਾ ਜੇ ਬਾਟ ਸੋਲੂਸ਼ਨ ਵਾਲਿਆਂ ਨਾਲ ਸੰਪਰਕ ਕਰਨ ਫੋਨ ਕਰੋ 416-302-2909 ਓ ਮੈਂ ਕਿਹਾ ਭਗਵਾਨ ਨੇ ਹੁਣ ਤਾਂ ਨਹੀਂ ਜਾਂਦੀ ਪੇਕੇ ਨਹੀਂ ਨਹੀਂ ਹੁਣ ਨਹੀਂ ਜਾਂਦੀ ਯਾਦ ਰੱਖੋ ਜੇ ਬਾਟ ਸੋਲੂਸ਼ਨ ਕਾਲ ਕਰੋ 416-302-2909 ਮੈਂ ਜਦੋਂ ਫਰੈਸ਼ ਮੈਰੀਨੇਟਡ ਮੀਟ ਘਰ 'ਚ ਬਾਰਬੇਕਿਊ ਕਰਦੇ ਹਾਂ ਤਾਂ ਮੇਰੇ ਹਸਬੈਂਡ ਮੇਰੇ ਹੱਥ ਦਾ ਜਾਦੂ ਕਹਿੰਦੇ ਨੇ ਪਰ ਅਸਲ 'ਚ ਇਹ ਕਮਾਲ ਹੈ ਗਰਚਾ ਬ੍ਰਦਰਸ ਵਾਲਿਆਂ ਦੇ ਇੱਕ ਖਾਸ ਤਰੀਕੇ ਤੇ ਸਪੈਸ਼ਲ ਮਸਾਲਿਆਂ ਨਾਲ ਮੈਰੀਨੇਟ ਕੀਤੇ ਮੀਟ ਦਾ ਜਿਨ੍ਹਾਂ ਦਾ ਮੀਟ ਚਿਕਨ ਫਿਸ਼ ਲੈਂਪ ਤੰਦੂਰੀ ਫਲੇਵਰਸ 'ਚ ਮਿਲਦਾ ਹੈ ਹਾਈਜੀਨਿਕ ਤੇ ਟੇਸਟ ਵਿੱਚ ਇੰਨਾ ਯੂਨੀਕ ਕਿ ਜੋ ਇੱਕ ਵਾਰ ਖਾਂਦਾ ਹੈ ਬਸ ਫਿਰ ਰਿਹਾ ਨਹੀਂ ਜਾਂਦਾ ਪੂਰੇ ਕੈਨੇਡਾ ਵਿੱਚ 14 ਲੋਕੇਸ਼ਨਸ ਤੋਂ ਸਰਵਿਸਿਜ਼ ਦੇ ਰਹੇ ਨੇ ਗਰਚਾ ਮੀਟ ਫਰੈਸ਼ਨੈਸ ਤੇ ਕੁਆਲਿਟੀ ਦਾ ਦੂਜਾ ਨਾਮ ਟੀਮ ਲੀਫ ਤੇ ਦੋ ਅਸ਼ੀਸ਼ ਹੁਣ ਤੁਹਾਨੂੰ ਦਵਾਉਣਗੇ ਤੁਹਾਡੀ ਪਸੰਦੀਦਾ ਪ੍ਰਾਪਰਟੀ ਰੀਕੰਸਟਰਕਸ਼ਨ ਦੇ ਬਾਦਸ਼ਾਹ ਟੀਮ ਲੀਫ ਤੇ ਅਸ਼ੀਸ਼ 905-207-8000 ਕਿਸੇ ਵੀ ਤਰ੍ਹਾਂ ਦੀ ਰੀਅਲ ਅਸਟੇਟ ਦੀ ਲੋੜ ਹੋਵੇ ਖਰੀਦਣੀ ਜਾਂ ਵੇਚਣੀ ਹੋਵੇ ਆਪਣੀ ਪ੍ਰਾਪਰਟੀ
ਟੀਮ ਲੀਵ ਦੇ ਦੋ ਸ਼ੀਸ਼ ਤੁਹਾਡੀ ਕਰਨਗੇ ਮਦਦ। ਪੂਰੇ GTA ਦੇ ਵਿੱਚ ਬੈਸਟ ਡੀਲਸ ਲੈ ਕੇ ਦਿੰਦੇ ਨੇ ਤੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਇਨਕਮ ਬਣਵਾ ਕੇ ਦੇ ਸਕਦੇ ਨੇ। ਕਿਸੇ ਵੀ ਤਰ੍ਹਾਂ ਦੀ ਰੈਂਟਲ ਪ੍ਰਾਪਰਟੀ ਜਾਂ ਫਿਰ ਤੁਸੀਂ ਆਪਣੇ ਰਹਿਣ ਦੇ ਲਈ ਖਰੀਦਣਾ ਹੋਵੇ ਤਾਂ ਨੰਬਰ ਯਾਦ ਰੱਖੋ 905-207-8000। ਟੀਮ ਲੀਵ ਦੇ ਦੋ ਸ਼ੀਸ਼ ਕੈਨੇਡਾ ਲਈ ਕਾਲ ਕਰੋ 888-898-9914। ਕਲੈਕਸ਼ਨ ਕਾਲਸ ਇੱਕ ਬਿਮਾਰੀ ਹੈ, ਸਾਹ ਚੜਨਾ, ਸ਼ੂਗਰ, ਹਾਰਟ ਅਟੈਕ ਅਤੇ ਗੋਡੇ ਖਰਾਬ ਹੋਣ ਵਰਗੀਆਂ ਬਿਮਾਰੀਆਂ ਵੀ ਇਸੇ ਨਾਲ ਹੀ ਆ ਜਾਂਦੀਆਂ ਨੇ। ਇਸ ਦਾ ਹੱਲ ਹੈ ਵੇਟ ਲਾਸ ਸਰਜਰੀ। ਤੁਹਾਡੀ ਆਪਣੀ ਸਟੇਟ ਪੰਜਾਬ ਵਿੱਚ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਰੀ ਲਈ ਸਮੁੱਚੇ ਏਸ਼ੀਆ ਭਰ ਵਿੱਚ ਸਭ ਤੋਂ ਵਧੀਆ ਰਿਜ਼ਲਟ ਦੇਣ ਲਈ ਜਾਣੇ ਜਾਂਦੇ ਨੇ। ICR ਸਰਟੀਫਾਈਡ ਕੁਲਾਰ ਹਾਸਪਿਟਲ, GT Road ਬੀਜਾ, ਖੰਨਾ, ਡਿਸਟ੍ਰਿਕਟ ਲੁਧਿਆਣਾ। ਆਨਲਾਈਨ ਅਪਾਇੰਟਮੈਂਟ ਲਈ ਕਲਿੱਕ ਕਰੋ www.kularhospital.com। ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ। ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਵੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191, 416-433-9191। ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ। ਨਾ ਕਰੇ ਪਰ ਕਾਰ ਐਕਸੀਡੈਂਟ ਕਿਸੇ ਨਾਲ ਵੀ ਹੋ ਸਕਦਾ ਹੈ। Car accident to baad tuhadi zindagi skinta vich badal sakdi hai. With a combined experience of over 30 years, Gilbasi Brau Personal Injury Law can get you the cash settlement you deserve. If you've been injured in a car accident or if your long-term disability has denied your benefits, call the name you can trust. Muft ate sahi salah mashwara layi tusi sanu 416-844-2758 te zarur phone karo. ਗਤ ਪੰਜਾਬ 'ਚ ਅਸੀਂ ਡਾਕਟਰ ਜਸਵੀਰ ਕੌਰ ਨਾਲ ਜੁੜ ਚੁੱਕੇ ਹਾਂ। ਸਿਆਸੀ ਐਂਡ ਸਿਆਸੀ ਚਾਲ 'ਤੇ ਪੰਜਾਬ ਦਾ ਕੀ ਹੈ ਹਾਲ ਚਾਲ, ਇਹ ਸੈਗਮੈਂਟ ਅਸੀਂ ਪ੍ਰੋਗਰਾਮ ਦੀ ਸ਼ੁਰੂ 'ਚ ਕਰਦੇ ਹਾਂ ਕਿਉਂਕਿ ਅੱਜ ਸੰਗਰਾਂਦ ਸੀ ਜਿਸ ਕਰਕੇ ਅਸੀਂ ਲੇਟ ਹਾਂ। ਡਾਕਟਰ ਜਸਵੀਰ ਕੌਰ, ਸਭ ਤੋਂ ਪਹਿਲਾਂ ਖਾਲਸੇ ਦੇ ਸਾਜਨਾ ਦਿਵਸ ਦੀ ਵਿਸਾਖੀ ਜਿੱਥੇ ਮੁਬਾਰਕਬਾਦ, ਉੱਥੇ ਇਹ ਪ੍ਰੋਗਰਾਮ ਜਿਸ ਰਾਹੀਂ ਆਪਾਂ ਗੱਲਬਾਤ ਕਰਦੇ ਹਾਂ। ਗੁਰੂ ਕੋਨੇ ਕੋਨੇ ਵਿੱਚ ਬੈਠੇ ਸਾਡੇ ਪਰਿਵਾਰ ਨੇ ਦੂਰੀ ਨੂੰ ਖਤਮ ਕਰ ਚੁੱਕੇ ਇਸ ਟੈਕਨੋਲੋਜੀ ਦੇ ਨਾਲ, ਜਿਸ ਨੂੰ ਪ੍ਰੀਤ ਕਰਪ੍ਰੀਤ ਜੀ ਕਰਦੇ ਨੇ, ਮੈਂ ਹੋਸਟ ਕਰਦਾ, ਤੁਸੀਂ ਸਾਡੇ ਪਰਿਵਾਰ ਦੇ ਸੀਨੀਅਰ ਮੈਂਬਰ ਹੋ, ਜਰਨਲਿਜ਼ਮ ਵਿੱਚ ਤੁਹਾਡਾ ਲੰਬਾ ਐਕਸਪੀਰੀਅੰਸ ਹੈ, ਤੁਸੀਂ ਪੰਜਾਬ ਦੀ ਪਹਿਲੀ ਇੱਕ ਮੈਂ ਕਹਿ ਸਕਦਾ ਕਿ ਹੋਸਟ ਹੋ, ਵੀ ਕਣਕ ਐਂਕਰ ਦੈਟ ਟਾਈਮ ਕਿ ਜਿਹਨਾਂ ਨੇ ਪਹਿਲੀ ਵਾਰੀ ਦੂਰਦਰਸ਼ਨ 'ਤੇ ਆਪਣੀ ਆਵਾਜ਼ ਰਿਕਾਰਡ ਕਰਨ ਲਈ ਦਿੱਲੀ ਪਹੁੰਚੇ, ਉਸ ਤੋਂ ਬਾਅਦ ਅਤੇ ਟੈਲੀਕਾਸਟ ਹੋਈ, ਇਹਦੇ ਬਾਰੇ ਵੀ ਮੈਂ ਥੋੜ੍ਹੀ ਜਾਣਕਾਰੀ ਲੈਣੀ ਚਾਹਾਂਗਾ ਲੋਕਾਂ ਦੀ ਦਿਲਚਸਪੀ ਵਾਸਤੇ। ਜਸਵੀਰ, ਜਦੋਂ ਤੁਸੀਂ ਟੈਲੀਵਿਜ਼ਨ ਸ਼ੋ ਜਾਂ ਫਿਰ ਤੁਸੀਂ ਉਸ ਤੋਂ ਪਹਿਲਾਂ ਖਬਰਾਂ ਪੇਸ਼ ਕਰਦੇ ਸੀ, ਮੈਂ ਥੋੜ੍ਹੀ ਜਾਣਕਾਰੀ ਲੈਣੀ ਚਾਹੁੰਦਾ, ਜਦੋਂ ਸਾਨੂੰ ਤੁਸੀਂ ਜੁਆਇਨ ਕੀਤਾ ਇਸ ਪ੍ਰੋਗਰਾਮ ਨੂੰ, ਆਪਾਂ ਇੱਕ ਪਰਿਵਾਰ ਦੇ ਮੈਂਬਰ ਹਾਂ, ਲਗਾਤਾਰ ਜੁੜੇ ਹੋਏ ਹਾਂ, ਥੋੜ੍ਹੀ ਜਿਹੀ ਮੈਂ ਜਾਣਕਾਰੀ ਲੋਕਾਂ ਨੂੰ ਦੇਣੀ ਚਾਹੁੰਦਾ ਕਿ ਜਸਵੀਰ ਜੀ, ਲੋਕ ਸ਼ਾਇਦ ਪੁੱਛਣਾ ਮੰਗਦੇ ਹੋਣਗੇ ਮਨ ਦੇ ਵਿੱਚ ਕਿ ਕਦੋਂ ਦੇ ਜਸਵੀਰ ਜੀ ਗੋਦਾ ਪੰਜਾਬ 'ਚ
ਪਰਿਵਾਰ ਦੇ ਮੈਂਬਰ ਨੇ। ਜਸਵੀਰ ਜੀ, ਸਭ ਤੋਂ ਪਹਿਲਾਂ ਤੁਸੀਂ ਜਦੋਂ ਟੈਲੀਵਿਜ਼ਨ ਸ਼ੁਰੂ ਹੋਇਆ ਸਾਡੇ ਪੰਜਾਬ ਦੇ ਵਿੱਚ, ਤਾਂ ਤੁਹਾਨੂੰ ਯਾਦ ਹੈ ਕਿ ਇਹ ਟੈਲੀਵਿਜ਼ਨ ਸ਼ੋਅ ਦੇ ਵਿੱਚ ਪਹਿਲਾ ਪੰਜਾਬੀ ਦਾ ਪ੍ਰੋਗਰਾਮ ਜਾਂ ਖ਼ਬਰਾਂ ਕਿਸ ਨੇ ਸ਼ੁਰੂ ਕੀਤੀਆਂ ਸੀ, ਕਿਹੜਾ ਐਂਕਰ ਹੋਸਟ ਸੀ ਅਤੇ ਕਿਹੜੇ ਸਾਲ ਵਿੱਚ ਸੀ, ਅਤੇ ਇਹ ਬ੍ਰੌਡਕਾਸਟ ਜਾਂ ਰਿਕਾਰਡ ਕਿੱਥੋਂ ਆਉਂਦਾ ਸੀ? ਹਾਂਜੀ, ਬਸ ਸ਼ੁਰੂ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਟੈਲੀਵਿਜ਼ਨ ਸੈਂਟਰ ਨਹੀਂ ਸੀ ਜਦੋਂ ਮੈਂ ਸਟੂਡੈਂਟ ਸੀ, ਔਰ ਦਿੱਲੀ ਦੇ ਵਿੱਚ ਰਿਕਾਰਡਿੰਗ ਹੁੰਦੀ ਸੀ, ਔਰ ਦਿੱਲੀ ਤੋਂ ਰਿਕਾਰਡ ਕੀਤੇ ਹੋਏ ਪ੍ਰੋਗਰਾਮ ਜਿਹੜੇ ਉਹ ਚੱਲਦੇ ਸੀ, ਔਰ ਦਿੱਲੀ ਦੇ ਵਿੱਚ ਹੀ ਪੰਜਾਬੀ ਦੇ ਪ੍ਰੋਗਰਾਮ, ਯੁਵਾ ਤਰੰਗ, ਨੌਜਵਾਨਾਂ ਦੇ ਪ੍ਰੋਗਰਾਮ ਕੁਛ ਰਿਕਾਰਡ ਹੁੰਦੇ ਸੀ। ਔਰ ਅਸੀਂ ਕਾਲਜ ਵੱਲੋਂ, ਮੈਂ ਖਾਲਸਾ ਕਾਲਜ ਵੁਮਨ ਜਲੰਧਰ ਪੜ੍ਹਦੀ ਸੀ, ਤੇ ਫਿਰ ਅਸੀਂ ਕਾਲਜ ਵੱਲੋਂ ਉੱਥੇ ਗਏ ਸੀ। ਉਦੋਂ ਜੈਪ੍ਰਕਾਸ਼ ਨਾਰਾਇਣ ਦੀ ਟੋਟਲ ਰੈਵੋਲਿਊਸ਼ਨ ਦੇ ਉੱਤੇ ਡਿਸਕਸ਼ਨ ਸੀ। ਵਿਨੋਦ ਦੁਆ ਸਾਹਿਬ ਜਿਹੜੇ ਸੀਨੀਅਰ ਰਹੇ ਆ ਐਂਕਰ, ਉਹਨਾਂ ਨੇ ਸਾਡੀ ਇੰਟਰਵਿਊਜ਼ ਕਰਨੀ ਉੱਥੇ, ਔਰ ਫਿਰ ਉਹ ਟੈਲੀਕਾਸਟ ਹੋਣੀਆਂ। ਇਸੇ ਦੌਰਾਨ ਦਿੱਲੀ ਜਾਣਾ ਪੈਂਦਾ ਸੀ ਟ੍ਰੇਨ ਦੇ ਵਿੱਚ, ਔਰ ਉਦੋਂ ਟ੍ਰੇਨ ਵੀ ਬੜੀਆਂ ਹੌਲੀ ਹੌਲੀ ਚੱਲਦੀਆਂ, ਕਾਫੀ ਲੰਬਾ ਸਫ਼ਰ ਹੋਣਾ, ਔਰ ਉਸ ਵੇਲੇ ਦਿੱਲੀ ਦੇ ਵਿੱਚ ਰਿਕਾਰਡਿੰਗ ਹੋਣੀ ਔਰ ਉਹ ਫਿਰ ਰਿਲੇ ਹੋਣਾ। ਉਸ ਤੋਂ ਬਾਅਦ ਅੰਮ੍ਰਿਤਸਰ ਦੇ ਛਿਆਟਾ ਦੇ ਵਿੱਚ ਇੱਕ ਟੈਲੀਕਾਸਟ ਰਿਲੇ ਸੈਂਟਰ ਬਣ ਗਿਆ ਸੀ। ਉਦੋਂ ਮੈਂ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਚ ਪੜ੍ਹਨ ਲਈ ਚੱਲਦੀ ਤੇ ਉੱਥੇ ਫਿਰ, ਕਿਉਂਕਿ ਛਿਆਟਾ ਬਿਲਕੁਲ ਯੂਨੀਵਰਸਿਟੀ ਦੇ ਨੇੜੇ ਸੀ, ਤੇ ਫਿਰ ਮੈਂ ਉੱਥੇ ਐਜ ਏ ਅਨਾਊਂਸਰ ਜਿਹੜਾ ਕੰਮ ਸ਼ੁਰੂ ਕੀਤਾ। ਜਿਸ ਵਿੱਚ ਕਿਹੜੇ ਸਾਲ ਦੀ ਗੱਲ ਹੈ ਜਦ ਤੁਸੀਂ ਆਪਣੀ ਪਹਿਲੀ ਰਿਕਾਰਡਿੰਗ ਦਿੱਲੀ ਜਾ ਕੇ ਕੀਤੀ? ਬਸ 73-74 ਦੀ ਗੱਲ ਹੈ, ਅਰਾਊਂਡ ਤੁਸੀਂ ਸੋਚ ਲਓ ਕਿ ਅਰਾਊਂਡ 50 ਇਅਰਸ ਬੈਕ, ਆਲਮੋਸਟ ਕੋਈ 50 ਸਾਲ ਪਹਿਲਾਂ। ਹਾਂਜੀ ਹਾਂਜੀ। ਸੋ ਤੁਸੀਂ 50 ਸਾਲ ਪਹਿਲਾਂ ਪ੍ਰੋਗਰਾਮ ਨੇ ਰਿਕਾਰਡ ਕੀਤਾ, ਉਹ ਪ੍ਰੋਗਰਾਮ ਕਿੰਨੇ ਮਿੰਟ ਦਾ ਪ੍ਰੋਗਰਾਮ ਸੀ ਤਾਂ ਤੁਹਾਨੂੰ ਰਿਕਾਰਡ ਕਰਨ ਨੂੰ ਕਿੰਨਾ ਸਮਾਂ ਲੱਗਾ ਤੇ ਦਿੱਲੀ ਨੂੰ ਜਾਣ ਨੂੰ ਕਿੰਨਾ ਸਮਾਂ ਲੱਗਾ? ਹਾਂ, ਦਿੱਲੀ ਜਾਣ ਨੂੰ ਕਾਫੀ ਟਾਈਮ ਲੱਗਦਾ ਸੀ, 12 ਘੰਟੇ ਲੱਗਦੇ ਹੋਣਗੇ ਮੇਰਾ ਖਿਆਲ। ਟ੍ਰੇਨ ਹੁੰਦੀ ਸੀ ਔਰ ਥਾਂ ਥਾਂ ਤੇ ਰੁਕ ਰੁਕ ਕੇ ਜਾਂਦੀ ਸੀ ਟ੍ਰੇਨ, ਬੜੀ ਹੌਲੀ ਟ੍ਰੇਨ ਜਾਣੀ ਆ ਜੀ, ਔਰ ਕਿਉਂਕਿ ਟ੍ਰੇਨ ਸਿੱਧੀਆਂ ਦਿੱਲੀ ਨਹੀਂ ਸੀ, ਛੱਤੀਸਗੜ੍ਹ ਤੱਕ ਕਦੀ ਕਿੱਧਰ, ਕੋਈ ਅਜੀਬ ਜਿਹੀਆਂ ਟ੍ਰੇਨਸ ਹੁੰਦੀਆਂ ਸੀ। ਔਰ ਦੂਸਰੀ ਗੱਲ ਇਹ ਹੈ ਕਿ ਉਸ ਵੇਲੇ ਕੁੜੀਆਂ ਦਾ ਇੱਦਾਂ ਜਾਣਾ ਜਾਂ ਪੇਰੈਂਟਸ ਦੀ ਪਰਮਿਸ਼ਨ ਦੇਣੀ ਕਾਫੀ ਵੱਡੀ ਗੱਲ ਹੁੰਦੀ ਸੀ, ਔਰ ਉੱਥੇ ਮੈਂ 3-4 ਪ੍ਰੋਗਰਾਮ ਜਿਹੜੇ ਆ ਉੱਥੇ ਕੀਤੇ ਦਿੱਲੀ ਦੇ ਵਿੱਚ। ਔਰ ਜਿਹੜਾ ਪਹਿਲਾ ਪ੍ਰੋਗਰਾਮ ਦੀ ਇੱਕ ਟੋਟਲ ਰੈਵੋਲਿਊਸ਼ਨ ਤੇ ਸੀ ਜੈਪ੍ਰਕਾਸ਼ ਨਾਰਾਇਣ ਦੀ, ਕਿਉਂਕਿ ਇੰਦਰਾ ਗਾਂਧੀ ਦੀ ਉਸ ਵੇਲੇ ਐਮਰਜੈਂਸੀ ਦਾ ਟਾਈਮ ਆ ਗਿਆ ਸੀ, ਉਹਨਾਂ ਨੇ ਐਮਰਜੈਂਸੀ ਲਗਾਤੀ ਸੀ 75 ਦੇ ਆਸ ਪਾਸ, ਤੇ ਉਸ ਵੇਲੇ ਜਿਹੜੇ ਜੈਪ੍ਰਕਾਸ਼ ਨਾਰਾਇਣ ਜੀ ਉਹਨਾਂ ਦੇ ਖਿਲਾਫ ਖੜੇ ਹੋਏ ਸੀ, ਤੁਹਾਨੂੰ ਯਾਦ ਹੋਏਗਾ ਉਦੋਂ ਇੰਦਰਾ ਗਾਂਧੀ ਸਾਰੇ ਦੇਸ਼ ਦੇ ਵਿੱਚ ਉਹਨਾਂ ਦੇ ਖਿਲਾਫ ਮੁਹਿੰਮ ਚੱਲੀ ਸੀ ਔਰ ਹਾਰ ਗਏ ਸੀ। ਸੋ ਜੈਪ੍ਰਕਾਸ਼ ਨਾਰਾਇਣ ਦੀ ਟੋਟਲ ਰੈਵੋਲਿਊਸ਼ਨ ਦੇ ਉੱਤੇ ਡਿਸਕਸ਼ਨਾਂ ਹੋਈਆਂ, ਔਰ ਉਸ ਤੋਂ ਬਾਅਦ ਕੁਛ ਜਿਹੜੀਆਂ ਪੋਇਟਰੀ ਦੇ ਕੰਪੀਟੀਸ਼ਨ ਉੱਥੇ ਹੁੰਦੇ ਸੀ ਜਮਾਂ ਤਰੰਗ, ਤੇ ਫਿਰ ਮੈਂ ਉੱਥੇ ਕਵਿਤਾ ਪੜ੍ਹਨ ਲਈ ਵੀ ਜਾਣਾ। ਉਹ ਦਿਨ ਸੀ ਜਦੋਂ ਬਲੈਕ ਐਂਡ ਵਾਈਟ ਟੀਵੀ ਸੀ ਔਰ ਸਾਡੇ ਆਪਣੇ ਘਰ ਦੇ ਵਿੱਚ ਵੀ ਟੀਵੀ ਨਹੀਂ ਸੀ। ਅੱਛਾ ਜਸਵੀਰ ਜੀ, ਇਹ ਫਿਰ ਜਦੋਂ ਤੁਸੀਂ ਸ਼ੁਰੂ ਕੀਤਾ ਟੈਲੀਵਿਜ਼ਨ ਤੇ, ਤਾਂ ਤੁਹਾਡਾ ਕੋਈ ਸੈਗਮੈਂਟ ਇਹ ਨਿਊਜ਼ ਦਾ ਸੀਗਾ ਜਾਂ ਫਿਰ ਕੋਈ ਤੁਹਾਡਾ ਕੋਈ ਸਪੈਸ਼ਲ ਪ੍ਰੋਗਰਾਮ ਹੁੰਦਾ ਸੀ ਜਾਂ ਹਫ਼ਤੇ ਵਿੱਚ ਇੱਕ ਸ਼ੋਅ ਰਿਕਾਰਡ ਕਰਨ ਜਾਂਦੇ ਸੀ? ਨਹੀਂ, ਹਫ਼ਤੇ ਵਿੱਚ ਨਹੀਂ, ਬਸ ਕਾਫੀ ਦੇਰ ਬਾਅਦ, ਜਿੱਦਾਂ ਕਿ 2-3 ਮਹੀਨੇ ਬਾਅਦ ਇੱਕ ਪ੍ਰੋਗਰਾਮ ਸ਼ੋਅ ਕਰਨ ਜਾਂਦੇ ਸੀ। ਉਹਦੇ ਵਿੱਚ ਬੇਸਿਕਲੀ ਤਾਂ ਕਰੰਟ ਅਫੇਅਰਸ ਔਰ ਪੋਲੀਟੀਕਲ ਐਕਟੀਵਿਟੀਜ਼ ਦਾ ਹੀ ਹੁੰਦਾ ਸੀ ਡਿਸਕਸ਼ਨ। ਤੇ ਜਦੋਂ ਤੁਸੀਂ ਪਹਿਲਾਂ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਤੁਹਾਨੂੰ ਸਿਲੈਕਟ ਕਿਵੇਂ ਕੀਤਾ? ਤੁਹਾਡੀ ਆਵਾਜ਼ ਟੈਸਟ ਕਰਦੇ ਸੀ, ਤੁਹਾਡਾ ਫੇਸ ਇੰਪ੍ਰੈਸ਼ਨ ਦੇਖਦੇ ਸੀ, ਔਰ ਤੁਹਾਡੀ ਦੋਨੋਂ ਚੀਜ਼ਾਂ ਦੇਖਦੇ ਆ, ਇੱਕ ਆਡੀਓ ਟੈਸਟ ਹੁੰਦਾ ਤੇ ਇੱਕ ਵਿਜੂਅਲ ਟੈਸਟ ਹੁੰਦਾ, ਔਰ ਉਸ ਤੋਂ ਇਲਾਵਾ ਤੁਹਾਡੇ ਕੰਟੈਂਟ ਦਾ ਟੈਸਟ ਹੈ ਕਿ ਤੁਸੀਂ ਬੋਲ ਸਕਦੇ ਹੋ, ਕਿਵੇਂ ਬੋਲ ਰਹੇ ਹੋ, ਤੁਹਾਡਾ ਐਕਸਪ੍ਰੈਸ਼ਨ ਕੀ ਹੈ,
ਇਹ ਚੀਜ਼ਾਂ ਜਿਹੜੀਆਂ ਦੇਖੀਆਂ ਜਾਂਦੀਆਂ ਸੀ। ਉਦੋਂ ਰਿਕਾਰਡਿੰਗ ਜਾਂ ਐਡੀਟਿੰਗ ਬੜੀ ਔਖੀ ਹੁੰਦੀ ਸੀ, ਇਸ ਤਰ੍ਹਾਂ ਨਹੀਂ ਸੀ ਜਿਵੇਂ ਕਿ ਹੁਣ ਬੜੀ ਟੈਕਨੋਲੋਜੀ ਡਿਵੈਲਪ ਹੈ। ਸੋ ਉਹ ਰੀਅਲ ਜਿਹੜੀ ਗੱਲ ਹੈ ਉਹ ਸਾਹਮਣੇ ਆਉਂਦੀ ਸੀ, ਉਹਦੇ ਵਿੱਚ ਬੜਾ ਮੁਸ਼ਕਲ ਹੁੰਦਾ ਸੀ ਕੁਛ ਵੀ ਚੀਜ਼ਾਂ ਜਿਹੜੀਆਂ ਕੱਟ ਦੇਣੀਆਂ। ਆਈ ਸੀ। ਸੋ ਤੁਹਾਨੂੰ ਰੀਟੇਕ ਕਰਨਾ ਪੈਂਦਾ ਸੀਗਾ ਤੁਸੀਂ ਰਿਕਾਰਡ ਕੀਤਾ, ਤੁਸੀਂ ਪਹਿਲਾਂ ਪ੍ਰੋਗਰਾਮ ਰਿਕਾਰਡ ਕੀਤਾ ਤਾਂ ਉਹ ਤੁਹਾਨੂੰ ਕਿੰਨਾ ਸਮਾਂ ਲੱਗਾ ਤੁਹਾਨੂੰ ਮਤਲਬ ਜਿਹੜੀ ਥਰੋ ਕੀਤੀ ਪਹਿਲੀ ਉਹਦੇ ਵਿੱਚ ਤੁਸੀਂ ਤੁਹਾਡੀ ਡਰੈਸ ਸੂਟ ਪਹਿਨੇ ਹੋਇਆ ਜੀ ਜਾਂ ਫਿਰ ਤੁਸੀਂ ਸਾੜੀ ਪਹਿਨੀ ਸੀ? ਸੂਟ, ਸੂਟ ਵੈਸਾ ਕਿਉਂਕਿ ਮੈਂ ਸਟੂਡੈਂਟ ਸੀ ਤੇ ਸੂਟ ਹੀ ਪਾਇਆ ਹੋਇਆ ਸੀ। ਔਰ ਦੂਸਰੀ ਜਿਹੜੀ ਗੱਲ ਹੈ ਕਿ ਟਾਈਮ ਬਹੁਤ ਜ਼ਿਆਦਾ ਲੱਗਦਾ ਸੀ ਕਿਉਂਕਿ ਲਾਈਟਿੰਗ ਕਰਨ ਨੂੰ ਸਭ ਤੋਂ ਜ਼ਿਆਦਾ ਟਾਈਮ ਲੱਗਦਾ ਸੀ। ਲਾਈਟਿੰਗ ਜਿਹੜੀ ਸੀ ਨਾ ਕੈਮਰੇ ਵਾਲਿਆਂ ਨੇ ਆਪਣਾ ਬਾਅਦ ਸੈੱਟ ਕਰਨਾ, ਲਾਈਟਿੰਗ। ਤੁਸੀਂ ਨਰਵਸ ਸੀਗੇ ਜਾਂ ਫਿਰ ਤੁਸੀਂ ਕਾਫੀ ਐਕਸਾਈਟਮੈਂਟ ਵੀ ਸੀ ਕਿ ਮੈਂ ਟੈਲੀਵਿਜ਼ਨ ਤੇ ਆਉਣਾ? ਔਰ ਜਲੰਧਰ ਵਿੱਚ ਕਿੰਨੇ ਕੁ ਟੈਲੀਵਿਜ਼ਨ ਹੋਣਗੇ ਲੋਕਾਂ ਕੋਲ? ਬਹੁਤ ਘੱਟ ਹੋਣਗੇ। ਸਾਡੇ ਆਪਣੇ ਜਿਹੜੀ ਗਲੀ ਸੀ ਜਲੰਧਰ ਕੈਂਟ ਦੇ, ਉਹਦੇ ਵਿੱਚ ਇੱਕੋ ਹੀ ਘਰ ਦੇ ਵਿੱਚ ਟੀਵੀ ਸੀਗਾ ਉਦੋਂ, ਔਰ ਉਹ ਸਾਡਾ ਨੀ ਸੀ, ਕਿਸੇ ਹੋਰ ਦੇ ਘਰ ਚ ਸੀ। ਔਰ ਦੂਸਰੀ ਗੱਲ, ਨਰਵਸ ਤਾਂ ਸੀ ਕਿਉਂਕਿ ਮੈਨੂੰ ਇਹ ਨੀ ਪਤਾ ਲੱਗਿਆ ਕਿ ਮੈਂ ਨਰਵਸ ਹਾਂ। ਵੈਸੇ ਮੈਂ ਸਟੇਜ ਤੇ ਬੋਲਦੀ ਸੀ ਕਾਲਜਾਂ ਸਕੂਲਾਂ ਚ, ਲੇਕਿਨ ਮੈਨੂੰ ਇਹ ਨੀ ਸੀ ਪਤਾ ਮੈਂ ਨਰਵਸ ਹਾਂ। ਪਰ ਜਦੋਂ ਮੇਰੇ ਫਾਦਰ ਜਾਂ ਸਾਡੇ ਸਭ ਦੇ ਘਰਦਿਆਂ ਨੇ ਲਾ ਕੇ ਮੁਹੱਲਾ ਪੂਰਾ ਇਕੱਠਾ ਹੋ ਗਿਆ ਦੇਖਣ ਲਈ ਕਿਸੇ ਦੇ ਘਰ ਦੇ ਵਿੱਚ, ਤੇ ਉਦੋਂ ਮੈਨੂੰ ਲੱਗਿਆ ਹਾਂ, ਜਦੋਂ ਬਾਅਦ ਚ ਰਿਕਾਰਡਿੰਗ ਹੋ ਕੇ ਬਾਅਦ ਚ ਆਉਂਦਾ ਸੀ ਪ੍ਰੋਗਰਾਮ, ਤੇ ਮੈਨੂੰ ਉਸ ਵੇਲੇ ਲੱਗਿਆ ਹਾਂ ਮੈਂ ਬੜੀ ਨਰਵਸ ਸੀ ਕਿਉਂਕਿ ਮੇਰੀ ਇੱਕ ਲੱਤ ਜਿਹੜੀ ਮੈਂ ਰੈਗੂਲਰ ਸਾਰਾ ਟਾਈਮ ਹੀ ਹਿਲਾਈ ਗਈ। ਤੁਸੀਂ ਨਰਵਸ ਸੀਗੇ? ਨਰਵਸ ਸੀਗੀ, ਹਾਂਜੀ। ਆਈ ਸੀ। ਸਰ ਤੁਸੀਂ ਫਿਰ ਜਦੋਂ ਗਏ ਪਹਿਲਾ ਪ੍ਰੋਗਰਾਮ ਰਿਕਾਰਡ ਕਰਨ, ਤੁਸੀਂ ਤੁਹਾਡੀ ਕਿੰਨੀ ਉਮਰ ਸੀ ਉਸ ਵੇਲੇ? 17-18 ਸਾਲ ਦੀ। ਪਹਿਲੀ ਵਾਰੀ ਗਏ ਸੀ ਇੱਕ ਵਾਰੀ, ਔਰ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਵਾਲਿਆਂ ਨੇ ਮੈਨੂੰ ਵੈਸੇ ਹੀ ਬੁੱਕ ਕਰ ਲਿਆ ਸੀ ਕਿ ਤੁਸੀਂ ਆਇਆ ਕਰੋ। ਸੋ ਪਹਿਲੀ ਵਾਰ ਜਿਹੜਾ ਮੈਂ ਟੀਚਰ ਦੇ ਨਾਲ ਹੀ ਗਈ ਸੀ। ਤਾਂ ਤੁਸੀਂ ਜਿਹੜਾ ਕਿਰਾਇਆ ਜਿਹੜਾ ਆ ਰਹਿਣ ਦਾ ਔਰ ਉਹ ਸਾਰਾ ਗਵਰਨਮੈਂਟ ਦਾ ਸੀਗਾ? ਹਾਂਜੀ ਹਾਂਜੀ, ਉਹਨਾਂ ਦਾ ਹੀ ਸੀ। ਤੁਸੀਂ ਪਹਿਲਾਂ ਪ੍ਰੋਮ ਰਿਕਾਰਡ ਕਰਕੇ ਆਏ ਤਾਂ ਉਹ ਪ੍ਰੋਮ ਜਦੋਂ ਤੁਸੀਂ ਜਲੰਧਰ ਦੇ ਵਿੱਚ ਵੇਖਿਆ, ਉਹ ਫਿਰ ਪ੍ਰੋਮ ਇੱਕ ਵਾਰੀ ਰਿਕਾਰਡ ਹੋਇਆ, ਕਿੰਨੀ ਵਾਰ ਰਿਪੀਟ ਕਰ ਰਹੇ ਸੀ ਉਹ ਮਹੀਨੇ ਚ ਜਾਂ ਹਫ਼ਤੇ ਚ? ਉਹ ਕਾਫੀ ਪ੍ਰੋਗਰਾਮ ਰਿਪੀਟ ਹੁੰਦੇ ਸੀ ਵੈਸਾ, ਕਿਉਂਕਿ ਬਹੁਤ ਘੱਟ ਰਿਕਾਰਡਿੰਗਸ ਹੁੰਦੀਆਂ ਸੀ, ਬੜੀਆਂ ਮੁਸ਼ਕਿਲ ਰਿਕਾਰਡਿੰਗਸ ਹੁੰਦੀਆਂ ਸੀ। ਜਿਹੜਾ ਚੰਕ ਹੈ ਉਹ ਬੜਾ ਫਿਕਸਡ ਹੁੰਦਾ ਸੀ ਕਿ ਤੁਸੀਂ ਇੰਨੇ ਘੰਟੇ ਦੇ ਵਿੱਚ ਰਿਕਾਰਡਿੰਗ ਖਤਮ ਕਰਨੀ ਹੈ। ਸਟੂਡੀਓ ਨਹੀਂ ਸੀ ਹੁੰਦੇ, ਬਹੁਤ ਜ਼ਿਆਦਾ ਮਤਲਬ ਵੀ ਟਫ ਟਾਈਮ ਸੀ ਉਹ। ਜਿਹੜਾ ਹੁਣ ਵਾਲਾ ਟਾਈਮ ਹੈ ਇਹ ਤਾਂ ਬਹੁਤ ਆਸਾਨ ਟਾਈਮ ਹੈ। ਉਸ ਵੇਲੇ ਸਮਾਂ ਤੇ ਇਸ ਵੇਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਟੈਕਨੋਲੋਜੀ ਨੇ ਬਹੁਤ ਵੱਡੀ ਤਬਦੀਲੀ ਲੈ ਕੇ ਆਉਂਦੀ ਹੈ। ਹਾਂਜੀ, ਅੱਜ ਕੱਲ੍ਹ ਤੁਸੀਂ ਜੇ ਇੱਕ ਸੂਟ ਪਾਇਆ ਆ ਤਾਂ ਇਹ ਸੂਟ ਰੱਖੋ ਤੇ ਰੰਗ ਤੁਸੀਂ ਬਦਲ ਸਕਦੇ ਹੋ ਕੰਪਿਊਟਰ ਰਾਹੀਂ, ਹੈਰਾਨੀ ਵਾਲੀ ਗੱਲ ਹੈ। ਹਾਂਜੀ, ਔਰ ਵੈਸੇ ਖਬਰਾਂ ਪੜ੍ਹਨ, ਜਦੋਂ ਮੈਂ ਨਿਊਜ਼ ਰੀਡਰ ਬਣੀ ਮੈਂ ਤਾਂ ਬੜੀਆਂ ਫੇਸਿਸ ਦੇਖੀਆਂ ਖਬਰਾਂ ਪੜ੍ਹਦੇ। ਅਸੀਂ ਮੋਟੇ ਮੋਟੇ ਗੱਤਿਆਂ ਦੇ ਉੱਤੇ ਖਬਰਾਂ ਲਿਖਣੀਆਂ ਪਹਿਲਾਂ, ਆਈ ਸੀ, ਔਰ ਉਹ ਕਾਗਜ਼ ਨਹੀਂ ਸੀ ਹੁੰਦੇ ਗੱਤੇ, ਫਿਰ ਉਹ ਗੱਤਿਆਂ ਨੂੰ ਇੱਕ ਪਾਸੇ ਰੱਖੀ ਜਾਣਾ, ਉੱਥੋਂ ਪੜ੍ਹੀ ਜਾਣਾ, ਉੱਥੋਂ ਪੜ੍ਹੀ ਜਾਣਾ। ਉਸ ਤੋਂ ਬਾਅਦ ਜਦੋਂ ਇਹ ਟੈਲੀਪ੍ਰੋਮਪਟਰ ਸ਼ੁਰੂ ਹੋਏ ਨਾ, ਉਦੋਂ ਵੀ ਕੋਈ ਕਾਗਜ਼ ਅਲੱਗ ਅਲੱਗ ਨਹੀਂ ਸੀ ਹੁੰਦੇ, ਉਦੋਂ ਵੀ ਇੱਕ ਵੱਡਾ ਸਾਰਾ ਰੋਲ ਹੁੰਦਾ ਸੀ, ਵੱਡਾ ਸਾਰਾ, ਔਰ ਉਹ ਰੋਲ ਜਿਹੜਾ ਰੋਲ ਕਰੀ ਜਾਂਦਾ ਸੀ, ਅਸੀਂ ਆਪਣੇ ਹੱਥ ਨਾਲ ਉਹਨੂੰ ਮੂਵ ਕਰੀ ਜਾਂਦੇ ਸੀ, ਤੇ ਫਿਰ ਉਹ ਖਬਰਾਂ ਜਿਹੜੀਆਂ ਸਾਹਮਣੇ ਦਿਖਦੀਆਂ ਸੀ। ਰਿਮੋਟ ਨਹੀਂ ਸੀ ਆ, ਯਾਨੀ ਕਿ ਤੁਹਾਨੂੰ ਆਪਣੇ ਆਪ ਮੈਨੂਅਲ ਉਹ ਤੁਹਾਨੂੰ ਟੈਲੀਪ੍ਰੋਮਪਟ ਜਿਹੜਾ ਆ ਉਹਨੂੰ ਮੂਵ ਕਰਨਾ ਪੈਂਦਾ ਸੀ, ਰੋਲ ਅਪ ਕਰਨਾ ਪੈਂਦਾ। ਕੈਮਰਾ ਉੱਪਰ ਲੱਗਿਆ ਸੀ ਨਾ, ਕੈਮਰਾ ਉੱਪਰ ਲੱਗਿਆ ਹੁੰਦਾ ਸੀ ਪੇਜਾਂ ਦੇ ਉੱਤੇ ਵੱਡੇ ਸਾਰੇ ਰੋਲ ਦੇ ਉੱਤੇ। ਆਈ ਸੀ, ਆਈ ਗੋਟ। ਅੱਛਾ, ਫਿਰ ਤੁਹਾਨੂੰ ਜਿਹੜਾ ਪ੍ਰੋਬਲਮ ਹੈ ਇੱਕ ਰਿਕਾਰਡ ਕਰਨ ਜਿਹੜਾ ਤੁਹਾਨੂੰ ਪੇ ਕੀ ਕਰਦੇ ਸੀ ਉਹ ਉਸ ਵੇਲੇ? ਸੌਰੀ, ਲੋਕਲ ਦਿਲਚਸਪੀ ਦੀ। ਹਾਂਜੀ, ਉਦੋਂ 28 ਰੁਪਏ ਸੀ, 28 ਰੁਪਏ। ਓ ਮਾਈ ਗੋਡ, ਦਿੱਲੀ ਨੂੰ ਜਾਣਾ, ਦਿੱਲੀ ਤੋਂ ਵਾਪਸ ਆਉਣਾ,
ਅਤੇ ਇੰਨੇ ਘੰਟੇ ਖੱਜਲ ਖਰਾਬ ਹੋਣਾ, ਪਰ ਤੁਹਾਡੀ ਦਿਲਚਸਪੀ ਸੀ ਇਸ ਫੀਲਡ ਦੇ ਵਿੱਚ ਆਉਣਾ, ਤਾਂ ਤੁਸੀਂ ਹੋਰ ਵੀ ਸੀ ਕੋਈ ਪੰਜਾਬ ਦੀ ਲੜਕੀ 17-18 ਸਾਲ ਦੀ ਜੋ ਇਸ ਫੀਲਡ ਵਿੱਚ ਆਈ, ਔਰ ਤੁਸੀਂ ਪਹਿਲੇ ਆਏ ਆ, ਤੇ ਤੁਹਾਨੂੰ 27-28 ਰੁਪਈਏ ਇਹ ਤੁਹਾਨੂੰ ਕੈਸ਼ ਦਿੰਦੇ ਸੀ ਜਾਂ ਚੈੱਕ ਵਗੈਰਾ ਦਿੰਦੇ ਸੀ? ਚੈੱਕ ਮਿਲਦਾ ਸੀ ਵੈਸੇ ਸਰ, ਚੈੱਕ ਹੀ ਮਿਲਦਾ ਸੀ, ਕਿਉਂਕਿ ਕੋਈ ਵੀ ਜਦੋਂ ਦੂਰਦਰਸ਼ਨ ਤੋਂ ਗਵਰਨਮੈਂਟ ਦੀ ਕੋਈ ਵੀ ਜਿਹੜੀ ਪੇਮੈਂਟ ਹੁੰਦੀ ਅੱਜ ਵੀ ਉਹ ਤੋਂ ਚੈੱਕ ਹੀ ਹੁੰਦੀ ਹੈ। ਤੁਹਾਡੇ ਆਂਢ ਗੁਆਂਢ ਲੋਕਾਂ ਜਿਹਨੇ ਤੁਹਾਨੂੰ ਵੇਖਿਆ ਪਹਿਲੇ ਸ਼ੋਅ ਤੋਂ ਬਾਅਦ, ਤੁਸੀਂ ਬੱਸ ਵਿੱਚ ਗਏ, ਸਕੂਲ 'ਚ ਗਏ, ਤੁਹਾਨੂੰ ਕਿੰਨੇ ਕੁ ਲੋਕਾਂ ਨੇ ਰਿਕੋਗਨਾਈਜ਼ ਕੀਤਾ ਕਿ ਤੁਹਾਨੂੰ ਟੈਲੀਵਿਜ਼ਨ ਤੇ ਵੇਖਿਆ ਸੀ? ਕਾਫੀ ਜ਼ਿਆਦਾ ਲੋਕਾਂ ਨੇ ਦੇਖਿਆ, ਕਿਉਂਕਿ ਲੋਕ ਏਦਾਂ ਹੀ ਹੁੰਦਾ ਸੀ, ਅਸੀਂ ਮਹੱਲੇ ਮਹੱਲੇ ਇਕੱਠੇ ਹੋ ਕੇ ਗਲੀਆਂ ਦੇ ਵਿੱਚ ਲੋਕ ਦੇਖਦੇ ਸੀ। ਸੈਲਫੀ ਵਗੈਰਾ ਤਾਂ ਲੈ ਨਹੀਂ ਸਕਦੇ, ਨਹੀਂ ਤਾਂ ਆਮ ਤੌਰ ਤੇ ਅੱਜ ਕੱਲ੍ਹ ਗਾਣਾ ਹਿੱਟ ਹੋਏ ਲੋਕੀ ਸੈਲਫੀਆਂ ਲੈਣ ਲੱਗ ਪੈਂਦੇ ਨੇ, ਹਾਂਜੀ ਉਸ ਵੇਲੇ ਸੈਲਫੀਆਂ, ਗੁਰਪ੍ਰੀਤ ਜੀ ਮੇਰੇ ਘਰ ਵੈਰੀ ਉਸ ਵੇਲੇ ਹੈ ਹੀ ਨਹੀਂ ਸੀ ਟੈਕਨੋਲੋਜੀ ਕੋਈ ਅਸੀਂ, ਨਹੀਂ 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 ਸੀ, ਉਦੋਂ ਤਾਂ ਫੋਟੋਗ੍ਰਾਫਸ ਲੈਂਦੇ ਸੀ 5 ਰੁਪਏ ਦੀ ਇੱਕ ਜਾ ਕੇ ਫੋਟੋਗ੍ਰਾਫਰ ਤੋਂ, ਤੇ ਤੁਹਾਨੂੰ ਪਹਿਲੀ ਪੇਜ ਜਿਹੜੀ ਇੱਕ ਪ੍ਰੋਮ ਦੀ 28 ਰੁਪਏ ਮਿਲਦੀ ਸੀ। ਹਾਂਜੀ ਹਾਂਜੀ 28 ਰੁਪਏ, ਤੇ ਆਉਣ ਜਾਣ ਦਾ ਖਰਚਾ ਵੀ ਗਵਰਨਮੈਂਟ ਦਾ ਸੀ। ਹਾਂਜੀ ਮੈਨੂੰ ਇਹ ਯਾਦ ਹੈ ਜੇ 5 ਪ੍ਰੋਗਰਾਮ ਹੋ ਜਾਂਦੇ ਸੀ ਤੇ 140 ਰੁਪਏ ਦਾ ਚੈੱਕ ਆਉਂਦਾ ਸੀ। 140 ਰੁਪਏ ਵੀ ਐਵੇਂ ਤੱਕ ਸੀ, ਔਰ ਕਾਫੀ 140 ਰੁਪਏ ਦੀ ਵੈਲਿਊ ਉਸ ਵੇਲੇ ਬਹੁਤ ਜ਼ਿਆਦਾ ਸੀ। ਹਾਂਜੀ ਵੈਸੇ ਮੈਂ ਜਦੋਂ ਯੂਨੀਵਰਸਿਟੀ ਹੋਸਟਲ ਵੀ ਰਹਿੰਦੀ ਸੀ ਤੇ ਸਾਡਾ ਸਾਰਾ ਖਰਚਾ ਜਿਹੜੇ ਮੇਰੇ ਪੇਰੈਂਟਸ ਭੇਜਦੇ ਸੀ 250 ਰੁਪਿਆ ਸੀ ਮਹੀਨੇ ਦਾ, 250 ਰੁਪਏ ਘਰ ਜਾਣੇ ਭੇਜਣੇ। ਓ ਆਈ ਸੀ, ਸੋ 250 ਰੁਪਏ। ਉਸ ਤੋਂ ਬਾਅਦ ਫਿਰ ਤੁਸੀਂ ਜਸਵੀਰ ਜੀ, ਉਦੋਂ ਟੀਵੀ ਬਲੈਕ ਐਂਡ ਵਾਈਟ ਸੀ ਸਭ ਤੋਂ ਪਹਿਲਾਂ, ਹਾਂਜੀ ਹਾਂਜੀ ਬਲੈਕ ਐਂਡ ਵਾਈਟ ਸੀ। ਓਕੇ, ਤੇ ਉਸ ਤੋਂ ਬਾਅਦ ਫਿਰ ਇੱਕ ਰੰਗੀਨ ਕਦੋਂ ਟੈਲੀਵਿਜ਼ਨ ਆਏ, ਕਿਹੜੇ ਸਾਲ ਚ ਆਏ? ਰੰਗੀਨ ਟੈਲੀਵਿਜ਼ਨ ਆਏ ਹੈ ਕੋਈ 1980 ਦੇ ਆਸ ਪਾਸ, ਔਰ ਜਦੋਂ ਸਾਡੇ ਆਪਣੇ ਆਈ ਕੇ ਗੁਜਰਾਲ ਜੀ ਬ੍ਰੋਡਕਾਸਟਿੰਗ ਮਿਨਿਸਟਰ ਬਣ ਗਏ, ਔਰ ਫਿਰ ਇੰਦਰਾ ਗਾਂਧੀ ਦਾ ਦੁਬਾਰਾ ਤੋਂ ਜਿਹੜਾ ਸੈਸ਼ਨ ਰਾਜ ਆ ਗਿਆ ਸੀ, ਔਰ ਆਈ ਕੇ ਗੁਜਰਾਲ ਜਦੋਂ ਬਣੇ ਆ ਨਾ, ਉਹ ਜਲੰਧਰ ਦੇ ਸੀ ਬੇਸਿਕਲੀ ਗੁਜਰਾਲ ਸਾਹਿਬ, ਤੇ ਉਹ ਪ੍ਰਾਈਮ ਮਿਨਿਸਟਰ ਬਣੇ ਤੇ ਉਹ ਪਹਿਲੇ ਉਹ ਬ੍ਰੋਡਕਾਸਟਿੰਗ ਮਿਨਿਸਟਰ ਸੀ, ਤੇ ਉਦੋਂ ਜਦੋਂ ਬ੍ਰੋਡਕਾਸਟਿੰਗ ਮਿਨਿਸਟਰ ਬਣੇ ਤੇ ਫਿਰ ਉਹਨਾਂ ਨੇ ਜਲੰਧਰ ਨੂੰ ਲੋਕੇਟ ਕੀਤਾ, ਤਾਂ ਜਲੰਧਰ ਦੇ ਵਿੱਚ ਟੀਵੀ ਸੈਂਟਰ ਬਣਿਆ ਕਿ ਇੱਥੇ ਜਿਹੜਾ ਟੀਵੀ ਸੈਂਟਰ ਬਣਾਇਆ ਜਾਏ, ਇਹ ਜਲੰਧਰ ਨੂੰ ਉਹਨਾਂ ਨੇ ਸੈਂਟਰ ਬਣਾ ਲਿਆ, ਅੰਮ੍ਰਿਤਸਰ ਤੋਂ ਹਟਾ ਦਿੱਤਾ ਗਿਆ ਔਰ ਜਲੰਧਰ ਬਣਾਇਆ ਗਿਆ, ਬਹੁਤ ਵੱਡਾ ਤੁਹਾਨੂੰ ਪਤਾ ਦੂਰਦਰਸ਼ਨ ਕੇਂਦਰ। ਤੇ ਆਕਾਸ਼ਵਾਣੀ ਜਲੰਧਰ ਜਿਹੜਾ ਰੇਡੀਓ ਹੈ ਉਹ ਪਹਿਲਾਂ ਹੀ ਚੱਲ ਰਿਹਾ ਸੀ, ਕਿਉਂਕਿ ਲਾਹੌਰ ਤੋਂ ਸ਼ਿਫਟ ਹੋ ਕੇ ਇੱਥੇ ਆਇਆ ਸੀ ਜਲੰਧਰ ਵਿੱਚ। ਜਲੰਧਰ ਮੀਡੀਆ ਦਾ ਹੱਬ ਜਾਣਿਆ ਜਾਂਦਾ ਵੈਸੇ ਸਰ, ਸਾਰੀਆਂ ਜਿੰਨੀਆਂ ਸਾਡੀਆਂ ਰੀਜਨਲ ਨਿਊਜ਼ ਪੇਪਰ ਦਾ ਤੁਸੀਂ ਤਾਂ ਆਪ ਜਾਣਦੇ ਹੋ, ਸਾਰਿਆਂ ਨੂੰ ਚੀਫ ਐਡੀਟਰਸ ਨੂੰ ਮਿਲ ਕੇ ਆਉਂਦੇ ਹੋ ਜਦੋਂ ਵੀ ਆਉਂਦੇ ਹੋ, ਤੇ ਤੁਸੀਂ ਦੇਖਿਆ ਅਜੀਤ ਅਖਬਾਰ ਇੱਥੇ ਸੀ, ਨਵਾਂ ਜ਼ਮਾਨਾ, ਪੰਨੀ ਸਾਹਿਬ ਦੀ, ਜਗਜੀਤ ਸਿੰਘ ਆਨੰਦ ਹੁੰਦੇ ਸੀ, ਦੈਨ ਪੰਜਾਬ ਕੇਸਰੀ, ਦੈਨ ਜਗਬਾਣੀ। ਇਸ ਵੇਲੇ ਵੀ ਜਿਹੜਾ ਜਲੰਧਰ ਹੈ ਉਹ ਮੀਡੀਆ ਦਾ ਹੱਬ ਹੈ। ਜੀ ਬਿਲਕੁਲ, ਪੰਜਾਬੀ ਮੀਡੀਆ ਦਾ ਹੱਬ ਜਿਹੜਾ ਉਹ ਜਲੰਧਰ ਮਿਲਿਆ ਗਿਣਿਆ ਮਿਲਿਆ ਮਤਲਬ ਮਿਲਿਆ ਇਨਸੈਂਸ ਕੇ ਕਿਹਾ ਜਾਂਦਾ ਹਾਂ ਸਾਰੇ ਪੰਜਾਬ ਵਿੱਚ। ਅੱਛਾ ਮੇਰਾ ਇੱਕ ਹੋਰ ਸਵਾਲ ਇਸ ਨਾਲ ਰਿਲੇਟਡ ਹੈ, ਫਿਰ ਤੁਸੀਂ ਰੇਡੀਓ ਇੰਡਸਟਰੀ ਵਿੱਚ ਵੀ ਰੇਡੀਓ ਤੇ ਵੀ ਸ਼ੋਅ ਕੀਤਾ ਕੋਈ? ਰੇਡੀਓ ਦੇ ਵਿੱਚ ਵੈਸੇ ਮੈਂ ਕੁਝ ਡਿਸਕਸ਼ਨ ਵਿੱਚ ਪਾਰਟਿਸਿਪੇਟ ਕਰਦੀ ਸੀ। ਤੁਸੀਂ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨਾਲ ਔਰ ਤੁਸੀਂ ਕਿਸੇ ਐਸੀ ਪੋਲੀਟੀਕਲ ਸ਼ਖਸੀਅਤ ਨਾਲ ਇੰਟਰਵਿਊ ਕਰਨ ਦਾ ਤੁਹਾਨੂੰ ਮੌਕਾ ਮਿਲਿਆ, ਲਾਈਵ ਇਨਸੈਂਸ ਕੇ ਰਿਕਾਰਡ ਕਰਨ ਦਾ ਇੰਟਰਵਿਊ? ਪੋਲੀਟੀਕਲ ਲੀਡਰਸ ਨਾਲ ਬਹੁਤ ਘੱਟ ਮਿਲਿਆ, ਲੇਕਿਨ ਸਿੰਗਰ ਇੱਕ ਤਾਂ ਸਿੰਗਰ ਨਾਲ ਬਹੁਤ ਮਿਲਿਆ, ਕੁਲਦੀਪ ਮਾਨਕ, ਮੁਹੰਮਦ ਸਦੀਕ, ਸੁਰਿੰਦਰ ਕੌਰ, ਇਹਨਾਂ ਸਾਰਿਆਂ ਨੇ ਇੰਟਰਵਿਊਜ਼ ਮੈਂ ਕੀਤੀਆਂ। ਔਰ ਜਿਹੜੀ ਇੱਕ ਵੱਡੀ ਗੱਲ ਹੈ ਕਿ ਜਦੋਂ ਸਾਡੇ ਰਾਸ਼ਟਰਪਤੀ ਬਣੇ ਨਾ ਪ੍ਰਤਿਭਾ ਪਾਟਿਲ ਜੀ, ਤੇ ਜਿਹੜੀ ਉਹ ਸਪੀਚ ਦਿੰਦੇ ਸੀ ਆਪਣੇ
26 ਜਨਵਰੀ ਤੋਂ ਪਹਿਲਾਂ ਰਾਸ਼ਟਰਪਤੀ ਦੀ ਜਿਹੜੀ ਸਪੀਚ ਹੁੰਦੀ ਹੈ ਉਹਦੀ ਜਿਹੜੀ ਪੰਜਾਬੀ ਟਰਾਂਸਲੇਸ਼ਨ ਹੁੰਦੀ ਸੀ ਉਹ ਪ੍ਰਤਿਭਾ ਪਾਟਿਲ ਜੀ ਇੱਕ ਪਾਸੇ ਬੋਲ ਰਹੇ ਹੁੰਦੇ ਸੀ ਤੇ ਉਹਦੀ ਪੰਜਾਬੀ ਟਰਾਂਸਲੇਸ਼ਨ 5 ਸਾਲ ਉਹ ਰਾਸ਼ਟਰਪਤੀ ਰਹੇ ਹੈ ਔਰ 5 ਸਾਲ ਮੈਂ ਉਹਨਾਂ ਦਾ ਭਾਸ਼ਣ ਪੜਿਆ ਉਹ ਆਈ ਸੀ ਤੇ ਤੁਹਾਨੂੰ ਕੋਈ ਐਸਾ ਸਮਾਂ ਟਾਈਮ ਮਿਲਿਆ ਪ੍ਰੋਮ ਕਰਦਿਆਂ ਨੂੰ ਜੇ ਤੁਸੀਂ ਡਿਸਪੋਇੰਟਡ ਹੋਏ ਹੋਵੋ ਤੇ ਤੁਹਾਡੇ ਕੋਲੋਂ ਜੋ ਤੁਹਾਡੇ ਪ੍ਰੋਡਿਊਸਰ ਚਾਹੁੰਦੇ ਸੀ ਉਹਦੇ ਉੱਪਰ ਤੁਸੀਂ ਨਾ ਉਤਰ ਸਕੇ ਜਾਣੀ ਕਿ ਉਹਨਾਂ ਦੀਆਂ ਜੋ ਰਿਕੁਆਇਰਮੈਂਟ ਸੀਗੀਆਂ ਉਹ ਪੂਰੀਆਂ ਨਾ ਹੋਈਆਂ ਹੁਣ ਕਿਸੇ ਵੇਲੇ ਯਾਦ ਹੈ ਕੋਈ ਹਾਂਜੀ ਬਸ ਸ਼ੁਰੂ ਦੇ ਵਿੱਚ ਤਾਂ ਬਹੁਤ ਮੁਸ਼ਕਿਲ ਆਉਂਦੀ ਸੀ ਕਿਉਂਕਿ ਨਾ ਸਾਡੇ ਦੂਰਦਰਸ਼ਨ ਦੇ ਵਿੱਚ ਹੁਣ ਤਾਂ ਉਹ ਗੱਲ ਨਹੀਂ ਰਹੀ ਕਿਸੇ ਵੀ ਚੈਨਲ ਤੇ ਜਿਹੜੀ ਪ੍ਰੋਨਾਂਸੀਏਸ਼ਨ ਹੈ ਨਾ ਜਿਹੜਾ ਉਚਾਰਨ ਹੈ ਉਹ ਬੜਾ ਸ਼ੁੱਧ ਹੁੰਦਾ ਸੀ ਔਰ ਪੰਜਾਬੀ ਦੇ ਮਾਹਰ ਲੋਕ ਸੀ ਉਸ ਵੇਲੇ ਦੂਰਦਰਸ਼ਨ 'ਚ ਬੈਠੇ ਹੋਏ ਸੋ ਪਹਿਲਾਂ ਹੀ ਮੈਂ ਜਦੋਂ ਬੁਲੇਟਿਨ ਫਸਟ ਹੀ ਪੜਿਆ ਤੇ ਮੈਂ ਗਲਤ ਪੜਿਆ ਇੱਕ ਲਫ਼ਜ਼ ਬੜਾ ਹੀ ਗਲਤ ਬੋਲ ਗਈ ਮੈਂ ਉਹ ਸੀਗਾ ਕਿ 5 ਵਜੇ ਦੀਆਂ ਖ਼ਬਰਾਂ ਸੀ ਉਹ 5 ਮਿੰਟ ਦੀਆਂ ਹੁੰਦੀਆਂ ਸੀ ਉਦੋਂ ਅੱਤਵਾਦ ਦਾ ਜ਼ਮਾਨਾ ਸੀ ਤੇ ਉੱਥੇ ਵਰਡ ਸੀਗਾ ਮਸ਼ਕੂਕ ਅੱਤਵਾਦੀ ਅੱਛਾ ਹਾਂਜੀ ਮੈਂ ਬੋਲ ਦਿੱਤਾ ਮਸ਼ਕੂਕ ਅੱਤਵਾਦੀ ਤੇ ਜਦੋਂ ਮੈਂ ਸਟੂਡੀਓ ਚ ਬਾਹਰ ਆਈ ਤੇ ਕਿੰਨੇ ਹੀ ਪ੍ਰੋਡਿਊਸਰ ਜਿਹੜੇ ਪੰਜਾਬੀ ਦੇ ਮਾਹਰ ਸੀ ਉਹ ਕਹਿੰਦੇ ਮੈਡਮ ਆਹ ਕੀ ਕਰਤਾ ਤੁਸੀਂ ਉਸਦੇ ਅੱਤਵਾਦੀਆਂ ਨੂੰ ਮਸ਼ਕੂਕ ਬਣਾ ਦਿੱਤਾ ਪ੍ਰੋਨਾਂਸੀਏਸ਼ਨ ਠੀਕ ਨੀ ਸੀ ਪਰ ਹੁਣ ਤਾਂ ਤੁਸੀਂ ਦੇਖ ਲੋ ਜਿਹੜੇ ਯੁੱਗ ਆ ਉਹ 2024 ਆ ਤੇ 2024 ਵਿੱਚ ਮੇਰੇ ਖਿਆਲ ਕੇ ਸਾਰਾ ਗਲਤ ਹੁੰਦਾ ਔਰ ਇੱਕੋ ਹੀ ਮਤਲਬ ਜਿਹੜਾ ਸ਼ੁੱਧ ਉਚਾਰਨ ਹੁੰਦਾ ਬਾਕੀ ਸਭ ਗਲਤ ਹੁੰਦਾ ਔਰ ਕਈ ਇੱਥੇ ਕੈਂਡੀਡੇਟ ਖੜੇ ਨੇ ਇਸ ਦੇਸ਼ ਦਾ ਨਾਮ ਕੈਨੇਡਾ ਆ ਕੈਨੇਡਾ ਤੇ ਉਹ ਜਿਹੜੇ ਪ੍ਰੋਨਾਂਸੀਏਸ਼ਨ ਇੱਥੇ ਐਮ ਪੀ ਵੀ ਇੱਥੇ ਆ ਹਾਂਜੀ ਇੱਕ ਲੇਡੀਜ਼ ਵੀ ਐਮ ਪੀ ਆ ਔਰ ਇੱਕ ਮਿਨਿਸਟਰ ਵੀ ਆ ਪਾਰਲੀਮੈਂਟ ਸੈਕਟਰ ਵੀ ਹੈ ਉਹ ਕੈਨੇਡਾ ਨੂੰ ਕੈਨੇਡਾ ਕਹੀ ਜਾਂਦੇ ਮੈਂ ਹੈਰਾਨ ਆ ਪਰੇਸ਼ਾਨ ਆ ਕਿ ਇੰਨਾ ਪ੍ਰੋਨਾਂਸੀਏਸ਼ਨ ਤੁਸੀਂ ਇੱਕ ਦੇਸ਼ ਦੀ ਬਾਗਡੋਰ ਸੰਭਾਲੇ ਉਹਦਾ ਇੱਕ ਹਿੱਸਾ ਹੋ ਤੁਹਾਨੂੰ ਇਹ ਨਹੀਂ ਪਤਾ ਇਹ ਕੈਨੇਡਾ ਆ ਜਾਂ ਕੈਨੇਡਾ ਆ ਕਿਉਂ ਜੀ ਇਮੈਜਿਨ ਕਿ ਆਹ ਹਾਲ ਨੇ ਸਾਡੇ ਇਸ ਦੇਸ਼ ਦੇ ਔਰ ਵੈਸੇ ਪੰਜਾਬ ਦੇ ਵਿੱਚ ਵੀ ਇੱਦਾਂ ਹੀ ਹੈ ਤੁਸੀਂ ਦੇਖੋ ਕਿ ਘੱਟੋ ਘੱਟ ਮੈਂ ਇਹ ਸੋਚਦੀ ਹਾਂ ਚਲੋ ਅੰਗਰੇਜ਼ੀ ਦੀ ਪ੍ਰੋਨਾਂਸੀਏਸ਼ਨ ਫਰਕ ਹੁੰਦੀ ਹੈ ਅਮੈਰੀਕਨ ਇੰਗਲਿਸ਼ ਫਰਕ ਹੈ ਬ੍ਰਿਟਿਸ਼ ਇੰਗਲਿਸ਼ ਫਰਕ ਹੈ ਮਾਂ ਬੋਲੀ ਜਿਹੜੀ ਹੈ ਅਸੀਂ ਮਾਂ ਬੋਲੀ ਜਿਹੜੀ ਹੈ ਉੱਥੇ ਬਹੁਤ ਵੱਡੀ ਜਿਹੜਾ ਨੁਕਸ ਹੈ ਉਹਦਾ ਕਾਰਨ ਹੀ ਹੈ ਕਿ ਲਿਖਣਾ ਪੜ੍ਹਨਾ ਪੜ੍ਹਾਈ ਜਿਹੜੀ ਪੰਜਾਬੀ ਪੜ੍ਹਾਉਣ ਵਾਲੇ ਹੀ ਨੀ ਰਹੇ ਬਸ ਪੰਜਾਬੀ ਪੜ੍ਹਾਉਣ ਵਾਲੇ ਟੀਚਰ ਹੀ ਨੀ ਰਹੇ ਹੁਣ ਦੇਖੋ ਪੰਜਾਬ ਦੇ ਵਿੱਚ 10ਵੀਂ ਦਾ ਪੰਜਾਬੀ ਦਾ ਪੇਪਰ ਪਾਸ ਕਰਨਾ ਜ਼ਰੂਰੀ ਹੈ ਜੇ ਤੁਸੀਂ ਪੰਜਾਬ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ ਲੈਣੀ ਹੈ 90% ਬੱਚੇ ਫੇਲ ਹੋ ਗਏ ਪੰਜਾਬੀ ਦੇ ਪੇਪਰ ਚ ਕੈਨੇਡਾ ਦੇ ਕਹਿੰਦਾ ਮੁਲਕ ਵਿੱਚ ਤੁਸੀਂ ਵੇਖ ਲਓ ਕੈਨੇਡਾ ਮੁਲਕ ਤੁਸੀਂ ਦੇਖ ਲਓ ਕਿ ਜਿਹਨੂੰ ਉਹਨਾਂ ਨੇ ਪਤਾ ਮੁਲਕ ਕਹਿਣਾ ਜਾਂ ਮੁਲਕ ਕਹਿਣਾ ਆਈ ਕੋਡ ਅੰਡਰਸਟੈਂਡ ਕਿ ਇਹ ਲੋਕ ਵੋਟਾਂ ਕਿਵੇਂ ਪਾਉਣਗੇ ਵੋਟਾਂ ਪਾਉਣ ਵਾਲੇ ਹੋ ਜਾਏ ਤਾਂ ਪਾਉਣ ਵਾਲੇ ਵੀ ਹੋਇਆ ਜੇ ਖਾਣ ਵਾਲੇ ਵੀ ਹੋ ਜਾਏ ਆ ਸੋ ਇਹਨਾਂ ਲੋਕਾਂ ਨੂੰ ਸਮਝ ਚਾਹੀਦੀ ਹੈ ਕਿ ਆਪਣੇ ਆਪ ਹੀ ਜਿਹੜਾ ਹੈ ਉਹ ਘਰ ਬੈਠ ਜਾਣਾ ਚਾਹੀਦਾ ਹੈ ਐਨੀਵੇ ਛੱਡੋ ਇਹਨਾਂ ਗੱਲਾਂ ਨੂੰ ਔਰ ਮੈਨੂੰ ਬੜਾ ਚੰਗਾ ਲੱਗਾ ਕਿ ਤੁਸੀਂ ਆਪਣਾ ਪਿਛੋਕੜ ਹੈ ਮੈਂ ਪੁੱਛਿਆ ਦੱਸਿਆ ਲੋਕਾਂ ਨੇ ਦਿਲਚਸਪੀ ਵਿੱਚ ਵਾਧਾ ਕੀਤਾ ਸੋ ਅੱਜ ਜਸਵੀਰ ਜੀ ਆਪਾਂ ਤੁਸੀਂ ਕਦੋਂ ਜੁਆਇਨ ਕੀਤਾ ਇਸ ਸ਼ੋਅ ਨੂੰ ਮੈਂ ਭੁੱਲ ਜਾਂਦਾ ਕਈ ਵਾਰ ਆਪਾਂ ਜਿਹੜੇ 93
93 ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਜੀ, ਔਰ ਉਦੋਂ ਵੀ ਮਾਹੌਲ ਬੜਾ ਖਰਾਬ ਸੀ, ਔਰ ਤੁਸੀਂ ਜਲੰਧਰ ਕੈਂਟ ਦੇ ਵਿੱਚ ਕੁਛ ਦੂਰਦਰਸ਼ਨ ਦੇ ਪ੍ਰੋਡਿਊਸਰ ਸੀ ਉਹਨਾਂ ਦੇ ਨਾਲ ਆਏ ਸਾਡੇ ਘਰ, ਔਰ ਤੁਸੀਂ ਮੈਨੂੰ ਦੇਖ ਰਹੇ ਹੀ ਕਿਹਾ ਵੀ ਹਾਂ ਠੀਕ ਹੈ, ਔਰ ਨਿਊਜ਼ ਰੀਡਰ ਤੁਸੀਂ ਹੋਵੋਗੇ, ਔਰ ਤੁਸੀਂ ਮੈਨੂੰ ਸਪੈਸ਼ਲੀ ਇਹ ਕਿਹਾ ਵੀ ਇਸ ਵੇਲੇ ਸਾਡੀ ਜਿਹੜੀ ਸੰਗਤ ਹੈ ਕੈਨੇਡਾ ਦੀ ਉਹ ਬੜੀ ਇਸ ਵੇਲੇ ਵੀ ਹੋਣੀ ਹੈ, ਕਿਉਂਕਿ ਗੁਰੂ ਘਰਾਂ ਦੇ ਵਿੱਚ ਉਸ ਵੇਲੇ ਸਮਾਂ ਬੜਾ ਖਰਾਬ ਚੱਲ ਰਿਹਾ ਸੀ, ਔਰ ਇਸ ਕਰਕੇ ਮੈਂ ਚਾਹੁੰਦਾ ਕਿ ਜਿਹੜਾ ਦਰਬਾਰ ਸਾਹਿਬ ਦੇ ਨਾਲ ਸੰਗਤ ਜਿਹੜੀ ਉਹ ਜੁੜੇ, ਔਰ ਗੁਰੂ ਘਰ ਦੇ ਨਾਲ ਜੁੜੇ ਸੰਗਤ, ਔਰ ਇਸ ਕਰਕੇ ਤੁਸੀਂ ਇੱਥੋਂ ਜਿਹੜਾ ਹੁਕਮਨਾਮਾ ਹੈ ਉਹ ਸਵੇਰੇ ਤੁਸੀਂ ਜਿਹੜਾ 4:30 ਪਹਿਲਾ ਹੁਕਮਨਾਮਾ ਆਉਂਦਾ ਹੈ ਉਹ ਤੁਸੀਂ ਸਾਨੂੰ ਇੱਥੋਂ ਰਿਕਾਰਡ ਕਰਕੇ ਭੇਜਣਾ। ਸੋ ਕਾਫੀ ਡਿਫੀਕਲਟ ਟਾਈਮ ਸੀ ਬਸ ਸਭ, ਕਿਉਂਕਿ ਉਸ ਵੇਲੇ ਕੀ ਸੀਗਾ ਕਿ ਛੋਟੇ ਜਿਹੇ ਟ੍ਰਾਂਜਿਸਟਰ ਹੁੰਦੇ ਸੀ ਨੰਬਰ ਇੱਕ, ਨੰਬਰ ਦੋ ਕੀ ਜਿਹੜੀ ਇਹ ਟੈਲੀਫੋਨ ਐਕਸਚੇਂਜ ਹੁੰਦੀ ਸੀ ਨਾ ਉਹ ਬੜੀ ਖਰਾਬ ਸੀ, ਉਹ ਮੈਨੂਅਲ ਸੀ, ਡਿਜੀਟਲ ਨਹੀਂ ਸੀ, ਜਿਹੜੀ ਮੈਨੂਅਲ ਹੁੰਦੀ ਸੀ 4 digit ਦੀ ਹੁੰਦੀ ਸੀ ਔਰ ਹਮੇਸ਼ਾ ਖਰਾਬ ਹੀ ਰਹਿੰਦੀ। ਸੋ ਇਸ ਕਰਕੇ ਮੈਂ ਹਰ ਰੋਜ਼ ਜਾਣਾ ਪਹਿਲੇ ਟੈਲੀਫੋਨ ਐਕਸਚੇਂਜ, ਸ਼ਾਮ ਨੂੰ ਉਹਨਾਂ ਨੂੰ ਕਹਿ ਕੇ ਆਉਣਾ ਕਿ ਮੇਰਾ ਸਵੇਰੇ ਫੋਨ ਨਾ ਖਰਾਬ ਹੋਏ ਕਿਸੇ ਹਾਲਤ ਵਿੱਚ ਵੀ। ਸੋ ਬੜੀ ਮੈਂ ਪਰਸਨਲ ਲੈਵਲ ਤੇ ਹਰ ਰੋਜ਼ ਮੈਂ ਕਾਲਜ ਤੋਂ ਤੁਰ ਪਹਿਲੇ ਆਉਣਾ ਔਰ ਪਹਿਲੇ ਮੈਂ ਟੈਲੀਫੋਨ ਐਕਸਚੇਂਜ ਜਾਣਾ। ਸੋ ਦੂਸਰੀ ਗੱਲ ਇਹ ਸੀਗੀ ਕਿ ਫਿਰ ਕਈ ਵਾਰੀ ਜਾ ਕੇ ਮੋਤਾ ਸਿੰਘ ਨਗਰ ਚ ਡਿਜੀਟਲ ਸੀਗਾ ਤੇ ਫਿਰ ਮੇਰੀ ਫਰੈਂਡ ਦਾ ਘਰ ਸੀ, ਮੈਂ ਉੱਥੋਂ ਸਵੇਰੇ 4:30 ਜਿਹੜਾ ਹੁਕਮਨਾਮਾ ਤੁਸੀਂ ਸੰਗਤਾਂ ਨੂੰ ਇੱਥੇ ਸਰਵਣ ਕਰਾਉਣਾ, ਇਹ ਬੜੀ ਵੱਡੀ ਕੰਟਰੀਬਿਊਸ਼ਨ। ਜਿਸ ਵਿੱਚ ਉਸ ਵੇਲੇ ਇੱਕ ਜਦੋਂ ਅਸੀਂ ਬੈਲਕੈਂਡਾ ਨੂੰ ਪੇ ਕਰਦੇ ਸੀਗੇ ਹੁਕਮਨਾਮਾ ਸਰਵਣ ਕਰਾਉਣ ਲਈ, ਕਿਉਂਕਿ ਜਿਹੜਾ ਧਾਰਮਿਕ ਸੈਗਮੈਂਟ ਕੋਈ ਵੀ ਹੈ ਤਾਂ ਉਹਨੂੰ ਬਿਜ਼ਨਸ ਨੂੰ ਪੈਸੇ ਨਹੀਂ ਦਿੰਦੇ, ਤਾਂ ਇੱਥੇ ਗਰੰਟਰ ਕਾਰਪੋਰੇਟ ਅਮਰਿੰਦਰ ਜੀ ਨੇ ਪੈਸੇ ਦੇਣੇ ਸ਼ੁਰੂ ਕੀਤੇ, ਉਸ ਤੋਂ ਬਾਅਦ ਹਰਪਾਲ ਸੰਧੂ ਜੀ ਨੇ, ਉਸ ਤੋਂ ਬਾਅਦ ਮੈਂ ਦੱਸਦਾ ਕਿ ਸੁੱਖਾ ਜੀ ਕੰਗ ਸਾਹਿਬ ਉਹ ਕਹਿੰਦੇ ਕਿ ਜਿੰਨਾ ਚਿਰ ਤੁਸੀਂ ਚਲਾਉਣਾ ਪ੍ਰੋਗਰਾਮ ਅਸੀਂ ਤੁਹਾਨੂੰ ਸਾਰੀ ਮਦਦ ਦੇਵਾਂਗੇ। ਸੋ ਅਮੀਲੀ ਥੈਂਕਸ ਸੁੱਖਾ ਜੀ ਤੁਹਾਡਾ ਵੀ, ਅਤੇ ਇਸ ਨੂੰ ਚੜ੍ਹਦੀ ਕਲਾ 'ਚ ਰੱਖਣ ਦੇ ਵਿੱਚ ਬਹੁਤ ਸਾਰੇ ਬਿਜ਼ਨਸਮੈਨ, ਬਹੁਤ ਸਾਰੇ ਵਪਾਰੀ ਸੱਜਣ ਜਿਹਨਾਂ ਮੇਰਾ ਸਾਥ ਦਿੱਤਾ, ਸਾਡੇ ਸੁਸ਼ਮ ਭੰਗੜ ਸਾਹਿਬ ਉਹਨਾਂ ਨੇ ਮੈਨੂੰ ਯਾਦ ਹੈ ਕਿ ਇੱਕ ਵਾਰੀ ਇੱਕ ਚੱਕ ਦਿੱਤਾ ਗਿਆਨ ਸਿੰਘ ਲਗੇਰੀ ਸਾਹਿਬ ਨੇ, ਔਰ ਬਹੁਤ ਪਿਆਰ ਕਰਦੇ ਸੀ, ਜਦ ਬਿਜ਼ਨਸ ਕਮਿਊਨਿਟੀ ਬਹੁਤ ਘੱਟ ਸੀ ਪਰ ਇਸ ਸ਼ੋਅ ਨੂੰ ਬਹੁਤ ਪਿਆਰ ਕਰਨ ਵਾਲੇ ਸਾਡੇ ਦਰਸ਼ਕ ਸੀਗੇ, ਐਸੇ ਮਿਲੀਅਨ ਬਿਲੀਅਨ ਇਹਨੇ ਔਰ ਸਾਨੂੰ ਜੇ ਮੈਂ ਦੱਸਾਂ ਤੁਸੀਂ ਯਕੀਨ ਨਹੀਂ ਕਰੋਗੇ ਕਿ $10,000 ਅੱਜ ਤੋਂ ਕੋਈ 30 ਸਾਲ ਪਹਿਲਾਂ, 30 ਸਾਲ ਤੋਂ ਪਹਿਲਾਂ ਭੰਗੜ ਸਾਹਿਬ ਨੇ ਦਿੱਤਾ ਕਿ ਇਹ ਜਿਹੜਾ ਪ੍ਰੋਗਰਾਮ ਧਾਰਮਿਕ ਚੱਲਦਾ ਆ ਤਾਂ ਇਹਦੇ ਵਿੱਚ ਤੁਸੀਂ ਨਾ ਲਓ ਨਾ ਲਓ, ਕਿਉਂਕਿ ਉਦੋਂ ਜਸਵੀਰ ਜੀ ਇੱਕ ਮਿੰਟ ਦੇ $1 ਤੇ 25-30 ਸੈਂਟ ਦੇਣੇ ਪੈਂਦੇ ਸੀਗੇ, ਇੱਕ ਮਿੰਟ ਗੱਲ ਕਰਨੀ ਤਾਂ $1 ਦੇ 30-35 ਸੈਂਟ, ਤੁਸੀਂ ਲੋਕ 4-5 ਮਿੰਟ ਦਸਵੀਰ ਨੂੰ ਹੁਕਮਨਾਮਾ ਜਿਹੜਾ ਹੈ ਉਹ ਆਪਾਂ ਰਿਕਾਰਡ ਕਰਦੇ ਸੀਗੇ ਟੈਲੀਫੋਨ ਤੇ, ਉਹ ਫਿਰ ਅਸੀਂ ਦੁਬਾਰਾ ਉਹਨੂੰ ਰਿਕਾਰਡ ਕਰਨਾ ਫਿਰ ਟੈਲੀ ਆਪਣੇ ਬ੍ਰੋਡਕਾਸਟ ਕਰਨਾ। ਸੋ ਬੜੀ ਮਿਹਨਤ ਕੀਤੀ ਹੈ ਔਰ ਅੱਜ 43 ਸਾਲ ਸਫ਼ਰ ਤੈਅ ਕੀਤਾ, ਔਰ ਤੁਸੀਂ ਜਾਣਦੇ ਕਿ ਹਾਲਾਤ ਬੜੇ ਖਰਾਬ ਸੀਗੇ ਤੇ ਜਿਹੜੇ ਇਹ ਲੋਕ ਤੱਤੇ ਸੀਗੇ ਇਹ ਤੱਤੀ ਹਵਾਵਾਂ ਵਿੱਚ ਹੀ ਹਨ ਜੀ, ਮੈਨੂੰ ਇਹਨਾਂ ਨੇ ਬਹੁਤ ਜਲੀਲ ਕੀਤਾ ਔਰ ਵਾਹਿਗੁਰੂ ਕਿਰਪਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦਾ ਮੈਨੂੰ ਆਸਰਾ ਰਿਹਾ ਆ, ਪਰ ਇਹ ਕੁਝ ਚੰਦ ਲੋਕ ਜਿਨ੍ਹਾਂ ਨੇ ਡਿਸਟਰਬ ਕੀਤਾ ਉਹ ਜ਼ਿੰਦਗੀ ਵਿੱਚ ਵਾਹਿਗੁਰੂ ਕਿਰਪਾ ਨਾਲ ਉਹ ਰਹਿੰਦੇ ਤਾਂ ਬੜਾ ਸਵਾਦ ਆਉਣਾ ਸੀ, ਪਤਾ ਲੱਗਣਾ ਸੀ ਉਹਨਾਂ ਨੂੰ ਵੀ ਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ, ਔਰ ਜਿਹੜੇ ਸੱਚੇ ਲੋਕ ਨੇ ਔਰ ਸੱਚੇ ਮਾਰਗ ਚੱਲਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਡੋਲਣਾ ਨਹੀਂ ਚਾਹੀਦਾ, ਹਮੇਸ਼ਾ ਹੀ ਵਾਹਿਗੁਰੂ ਤੁਹਾਡੇ ਨਾਲ ਆ, ਔਰ ਕਿੰਨੇ ਆਪਣੇ ਤੇ ਹਾਂਜੀ ਕਸ਼ਟ ਆਏ ਔਰ ਕਿੰਨੇ ਲੋਕਾਂ ਨੇ ਤਾਵੇ ਬੋਲੇ, ਕਿੰਨੀਆਂ ਲੋਕਾਂ ਨੇ ਵੱਖ ਤਰ੍ਹਾਂ ਦੀਆਂ ਚਿੱਠੀਆਂ ਲਿਖੀਆਂ, ਉਹਨਾਂ ਨੂੰ ਘਰ ਦਾ ਐਡਰੈਸ ਨਹੀਂ ਪਤਾ, ਇਹਨਾਂ ਨੂੰ ਪਤਾ ਉਹ ਕਿੱਥੇ ਲੋਕ ਹੈ, ਸੋ ਡਿਸਪੀਅਰ ਲੋਕ ਹੋ ਗਏ। ਸੋ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਸਾਰੀ ਕਿਸਮਤ ਦੀ ਗੱਲ ਹੈ, ਜਸਵੀਰ ਜੀ ਲੱਕੀ ਹਾਂ ਅਸੀਂ ਆਪਾਂ ਸਾਰੇ
ਕਿ ਇਸ ਪ੍ਰੋਗਰਾਮ ਚ ਆ ਰਹੇ ਹਾਂ? ਜਿਹੜਾ ਬਹੁਤ ਵੱਡਾ ਕਾਰਨ ਸੀ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਤੁਹਾਨੂੰ ਸਹਿਯੋਗ ਮਿਲਿਆ ਨਾ ਲੋਕਾਂ ਦਾ ਜੀ, ਜਿੱਥੇ ਕੁਛ ਲੋਕ ਟ੍ਰਬਲ ਕ੍ਰੀਏਟਰ ਸੀਗੇ, ਨਾਲ ਹੀ ਨਾਲ ਜਿਹੜਾ ਸਾਨੂੰ ਆਪਾਂ ਇਹ ਮੰਨੀਏ ਕਿ ਉਸ ਵੇਲੇ ਦੇ ਜਿਹੜੀ ਜਨਰੇਸ਼ਨ ਸੀਗੀਆਂ ਉਹਨਾਂ ਦੇ ਵਿੱਚ ਕਮਿਟਮੈਂਟ ਬੜੀ ਸੀ, ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੀ ਤੁਰਨਾ ਚਾਹੁੰਦੇ ਸੀ। ਉਹ ਕਹਿੰਦੇ ਸੀ ਕਿ ਅਸੀਂ ਤੁਹਾਡੇ ਨਾਲ ਰਹਿਣਾ ਜੋ ਮਰਜ਼ੀ ਹੋ ਜਾਵੇ। ਮੈਨੂੰ ਯਾਦ ਹੈ ਹਰਪਾਲ ਸਿੰਘ ਸਾਹਿਬ, ਆਪਣੇ ਗੁਰਦੇਵ ਮਾਨ ਜੀ ਔਰ ਭੁੱਲਰ ਸਾਹਿਬ, ਉਹ ਕਹਿੰਦੇ ਜੀ ਨੋ ਮੈਟਰ ਬਟ ਅਸੀਂ ਤੁਹਾਡੇ ਨਾਲ ਆ। ਔਰ ਆਪਣੇ ਅਵਤਾਰ ਉੱਪਲ ਜੀ, ਉੱਪਲ ਵੀਡੀਓ ਵਾਲੇ, ਕੁਲਦੀਪ ਸਿੰਘ ਗੱਲ ਸਾਹਿਬ, ਅਗਲੇਟਰ ਕਾਰਪੋਰੇਟ ਹਮਦਰਦ ਭੁੱਲਰ ਸਾਹਿਬ, ਤਾਂ ਤੁਸੀਂ ਨਾ ਪੁੱਛੋ, ਉਹਨਾਂ ਨੇ ਤਾਂ ਦੋ ਵਜੇ ਫੋਨ ਆਉਣਾ, ਦੋ ਵਜੇ ਉਸੇ ਵੇਲੇ ਗੱਡੀ ਚੁੱਕ ਕੇ ਆਉਣਾ, ਕੋਈ ਕਰਾਉਣ ਦੀ ਲੋੜ ਨਹੀਂ। ਹਾਂ ਹਾਂਜੀ, ਪੰਜਾਬੀ ਆਪਣੇ ਸਾਰੇ ਸਾਡੇ ਨਾਲ ਨੇ ਦਿਸ਼ਾ ਜੀ। ਔਰ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਪੰਜਾਬ ਸਟੂਡੈਂਟ ਐਸੋਸੀਏਸ਼ਨ ਸਾਰੇ ਸਾਡੇ ਨਾਲ ਸੀ, ਔਰ ਕਬੱਡੀ ਦੇ ਕਲੱਬ ਸਾਡੇ ਨਾਲ ਸੀ, ਔਰ ਬੜਾ ਕੁਛ ਕੀਤਾ। ਪਰ ਇਹਨਾਂ ਲੋਕਾਂ ਨੇ ਮਤਲਬ ਜੋ ਇਹਨਾਂ ਨੇ ਕਰਨਾ ਚਾਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਹਮੇਸ਼ਾ ਅਸੀਂ ਧੰਨਵਾਦ ਕਰਦੇ ਹਾਂ, ਅੱਜ ਫਿਰ ਧੰਨਵਾਦ ਕਰਦੇ ਹਾਂ। 42 ਸਾਲ ਦਾ ਅਸੀਂ ਸਫ਼ਰ ਤੈਅ ਕੀਤਾ, ਖੈਰ ਅਸੀਂ ਬਹੁਤੀ ਗੱਲਾਂ ਨਾ ਕਰਦੇ ਹੋਏ ਹੁਣ ਅਸੀਂ ਪੇਸ਼ ਕਰਦੇ ਖ਼ਬਰ। ਜ਼ਰੂਰ ਵਿਸ਼ ਕਰਨਾ ਚਾਹੁੰਦੀ ਹਾਂ ਕਿ 42 ਸਾਲ ਹੋ ਗਏ ਜੀ, 8 ਸਾਲ ਰਹਿ ਗਏ, ਨਾਓ ਓਨਲੀ 8 ਐਂਡ ਇਟ ਇਜ਼ ਨੈਵਰ ਲੇਟ, ਔਰ ਅਸੀਂ ਆਪਣੀ ਗੋਲਡਨ ਜੁਬਲੀ ਮਨਾਵਾਂਗੇ, ਵੀ ਵਿਲ ਸੈਲੀਬ੍ਰੇਟ। ਆਈ ਸੀ ਰਿਪੋਰਟ ਜੀ, 8 ਸਾਲ ਬਾਅਦ ਜੀ। ਸੋ ਜਸਵੀਰ ਜੀ, ਇੰਟਰਪਟ ਨਹੀਂ ਕਰਨਾ ਚਾਹਿਆ ਕਿਉਂਕਿ ਤੁਸੀਂ ਲਗਭਗ 1980-85 ਦੇ ਵਿੱਚ ਦੋਨੇ ਜਾਣੇ ਗੱਲਾਂ ਕਰ ਰਹੇ, ਤੁਸੀਂ ਤੇ ਬਾਸੀ ਸਾਹਿਬ, ਪਰ ਮੇਰੇ ਵੱਲੋਂ ਵੀ ਜਸਵੀਰ ਜੀ ਤੁਹਾਨੂੰ ਵੀ, ਬਾਸੀ ਸਾਹਿਬ ਨੂੰ, ਬੀਜੀ ਨੂੰ, ਸਾਰੇ ਬਾਸੀ ਸਾਹਿਬ ਦੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ ਜੀ, ਇਹਨਾਂ ਦੇ ਭਤੀਜੇ ਬੇਟਾ ਇਹਨਾਂ ਦਾ ਹੈਪੀ, ਸੋ ਸਾਰਿਆਂ ਨੂੰ ਇਹਨਾਂ ਨੂੰ ਜੀ ਮੁਬਾਰਕਾਂ ਕਿ ਏਡਾ ਵੱਡਾ ਇੱਕ ਇਹਨਾਂ ਨੇ ਗਾਉਂਦਾ ਪੰਜਾਬ ਜਿਹੜਾ ਬੂਟਾ ਲਾਇਆ ਸੀ ਨਿੱਕਾ ਜਿਹਾ, ਪਰ ਇਹ ਅੱਜ ਏਡਾ ਵੱਡਾ ਬਣਿਆ। ਤੇ ਪਤਾ ਨੀ ਮੇਰੇ ਵਰਗੇ ਕਿੰਨੇ ਹੀ ਇੱਥੋਂ ਆਪਦੀ ਰੋਟੀ ਵੀ ਕਮਾਈ, ਕੁਝ ਸਿੱਖਿਆ ਵੀ ਲਈ ਜੀ, ਤੇ ਚੰਗੇ ਜਿਹੜੇ ਸੰਸਕਾਰ ਗ੍ਰਹਿਣ ਕੀਤੇ ਗਾਉਂਦਾ ਪੰਜਾਬ ਤੋਂ। ਹਮੇਸ਼ਾ ਹੀ ਧੰਨਵਾਦ ਆ ਤੇ ਮਾਣ ਮਹਿਸੂਸ ਹੁੰਦਾ ਜੀ ਕਿ ਮੈਂ ਵੀ ਇਸ ਟੀਮ ਦਾ ਹਿੱਸਾ ਬਣ ਸਕਿਆ ਜੀ। ਆਪਾਂ ਨੂੰ ਗੁਰਪ੍ਰੀਤ ਜੀ ਨਾ ਮਿਲਦੀ ਨਵੀਂ ਟੈਕਨੋਲੋਜੀ, ਹਾਂਜੀ, ਤਾਂ ਇਹ ਆਪਾਂ ਸਿਰਫ ਇੱਥੇ ਤੱਕ ਟੋਰਾਂਟੋ ਤੱਕ ਹੀ ਰਹਿਣਾ ਸੀਗਾ, ਇਹ ਆਏ ਸਾਨੂੰ ਦੁਨੀਆਂ ਚ ਲੈ ਕੇ ਗਏ। ਗੁਰਪ੍ਰੀਤ ਜੀ, ਤੁਹਾਡੇ ਜਾਣ ਅਸੀਂ ਦੁਨੀਆਂ ਚ ਗਏ ਆ, ਬੜੀ ਬੜੀ ਮਿਹਰਬਾਨੀ। ਤੇ ਇੱਕ ਹੋਰ ਅਨਿਖੜਵਾਂ ਅੰਗ, ਮੈਂ ਅਮਰਪ੍ਰੀਤ ਜੀ ਨਾਲ ਇੱਧਰ ਬਿਜੀ ਸੀਗਾ ਸਟੂਡੀਓ ਪਲਾਨ ਦੇ ਵਿੱਚ, ਕੁਲਦੀਪ ਬਾਸੀ ਜੀ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੂੰਗਾ ਜੀ। ਕੁਲਦੀਪ ਬਾਸੀ ਜੀ ਕਿਉਂਕਿ ਇੱਕ ਇਹੋ ਜਿਹੀ ਸ਼ਖਸੀਅਤ ਹੈ ਜੀ ਜਿਹੜੇ ਸ਼ੁਰੂਆਤੀ ਦਿਨਾਂ ਦੇ ਵਿੱਚ ਉਹਨਾਂ ਨੇ ਬਹੁਤ ਸਾਥ ਦਿੰਦੇ ਰਹੇ, ਸੰਧੂ ਸਾਹਿਬ ਸਾਡੇ, ਬਾਈ ਸੁਖਰਾਜ ਕੰਗ ਜੀ, ਪੂਰਾ ਪਰਿਵਾਰ ਹੀ ਉਹਨਾਂ ਸਵੀਟ ਮਹਿਲ ਕੱਢਦਾ ਜੀ, ਬਹੁਤ ਜੀ, ਬੜੇ 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 ਫੈਮਿਲੀਜ਼ ਜਿਨ੍ਹਾਂ ਨੇ ਸਹਿਯੋਗ ਦਿੱਤਾ ਜੀ, ਬਹੁਤ ਸਾਰਾ ਧੰਨਵਾਦ ਜੀ। ਅਸੀਂ ਕੁਲਦੀਪ ਬਾਸੀ ਹੋਰਾਂ ਦਾ ਤਾਂ ਮੈਂ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੀ, ਕਿਉਂਕਿ ਸਮੇਂ ਸਮੇਂ ਤੇ ਉਹਨਾਂ ਦੀ ਜਿਹੜੀ ਗਾਈਡੈਂਸ ਹੈ ਨਾ, ਉਹ ਬੜੀ ਹੀ ਸਿੰਸੀਅਰ ਜੈਨੂਇਨ ਗਾਈਡੈਂਸ ਜਿਹੜੀ ਉਹ ਸਾਨੂੰ ਮਿਲਦੀ ਰਹੀ। ਔਰ ਗੁਰਪੇਜ ਦਾ ਵੀ ਬਹੁਤ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜਿਵੇਂ ਕਿ ਤੁਸੀਂ ਦੱਸਿਆ, ਔਰ ਹਰ ਵਿਅਕਤੀ ਜਿਹੜਾ ਵੀ ਇਸ ਪ੍ਰੋਗਰਾਮ ਨਾਲ ਜੁੜਿਆ ਉਹਨੇ ਕੰਟਰੀਬਿਊਟ ਕਰਕੇ ਗਿਆ, ਕੋਈ ਗੱਲ ਨੀ, ਬਾਕੀ ਹਰ ਇੱਕ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਵੇਂ ਰਸਤੇ ਵੀ ਅਪਣਾਉਣੇ ਹੁੰਦੇ, ਲੇਕਿਨ ਗੁਰਪੇਜ ਦੇ ਆਉਣ ਦੇ ਨਾਲ ਟੈਕਨੀਕਲੀ ਜਿਵੇਂ ਤੁਸੀਂ ਕਿਹਾ, ਔਰ ਸਾਨੂੰ ਵੀ ਖੁਸ਼ੀ ਹੈ ਕਿ ਗੁਰਪੇਜ ਸਾਡੇ ਛੋਟਾ ਬੱਚਿਆਂ ਦੀ ਤਰ੍ਹਾਂ ਹੀ ਹੈ, ਔਰ ਇਹ ਵੀ ਬਹੁਤ ਚੀਜ਼ਾਂ ਜਿਹੜੀਆਂ ਇੱਥੋਂ ਲਰਨ ਕਰੇਗਾ, ਔਰ ਇਹਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਖੁਸ਼ਹਾਲੀ ਆਏ, ਔਰ ਇਹ ਅੱਛਾ ਕੰਮ ਕਰ ਰਿਹਾ ਸਾਡੇ ਰੇਡੀਓ ਦੇ ਲਈ, ਬਹੁਤ ਅੱਛਾ ਜੀ। ਮੈਂ ਨਿੱਕੀ ਜੀ ਗੱਲ ਬਸ ਜ਼ਰੂਰ ਕਹਿਣੀ ਚਾਹੂੰਗਾ ਜੀ, ਜਿੱਥੇ ਕਈ ਵਾਰੀ
ਕੱਲਾ ਇਹ ਹੋ ਜਾਂਦਾ ਕਿ ਮੈਂ ਆਈ ਨੋ ਤੁਸੀਂ ਬਹੁਤ ਐਪਰੀਸ਼ੀਏਟ ਕਰਦੇ ਹੋ ਜੀ, ਚਲੋ ਜਿੰਨੇ ਯੋਗ ਹੈ, ਪਰ ਮੈਂ ਮਧੂ ਜੀ ਦਾ ਸਹਿਯੋਗ ਨਹੀਂ ਕਦੇ ਵੀ ਭੁੱਲ ਸਕਦੇ, ਜਿਨ੍ਹਾਂ ਨੇ ਸਾਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਗਾਈਡ ਕੀਤਾ ਟੈਕਨੋਲੋਜੀ ਸੰਬੰਧੀ ਵੀ। ਸੋ ਮਧੂਸੂਦਨ ਸਾਹਿਬ ਜੀ, ਔਰ ਇੱਕ ਫੋਟੋ ਲਾਉਣੀ ਸੀ ਏਅਰ ਇੰਡੀਆ ਦੀ, ਤਾਂ ਮੇਰੇ ਖਿਆਲ ਸਾਨੂੰ 5 ਮਿੰਟ ਉਲਝਣ ਨੂੰ ਲੱਗੇ, ਤਾਂ ਜਦੋਂ ਨੈਕਸਟ ਫੋਟੋ ਲਾਉਣੀ ਸੀ ਤਾਂ 5 ਸਕਿੰਟ 'ਚ ਲਾਤੀ, ਤਾਂ ਇਹਦਾ ਮਤਲਬ ਕਿ ਇੰਨੀ ਜਲਦੀ ਤੁਹਾਡੀ ਬ੍ਰੇਨ ਨੇ ਕੈਚ ਕਰਨਾ, ਔਰ ਇੱਕ ਬਹੁਤ ਵੱਡੀ ਤੁਹਾਡੀ ਵਿੱਚ ਅਚੀਵਮੈਂਟ ਹੈ ਸਿੱਖਣ ਦੀ, ਔਰ ਸਿੱਖਣ ਦੀ ਮੈਨੂੰ ਵੀ ਯਾਦ ਆ। ਬਸ ਕਦੇ ਕਦੇ ਨਾ ਕੋਈ ਕਈ ਵਾਰੀ ਜੋ ਜਿਵੇਂ ਪੰਜਾਬ ਵੀ ਜਾਂਦੇ ਜਾਂ ਕੋਈ ਯਾਰ ਦੋਸਤ ਵੀ ਪੁੱਛਣ ਲੱਗ ਜਾਂਦੇ ਆ, ਉਹ ਤਾਂ ਫਿਰ ਹਾਸੋ ਹੀ ਨਹੀਂ ਗੱਲ ਹੋ ਜਾਂਦੀ ਹੈ, ਦੱਸਦੇ ਹੁੰਦੇ ਇੱਕ ਵਾਰੀ ਅਸੀਂ ਫੋਟੋ ਲਾਉਣੀ ਸੀ ਟੀਵੀ 'ਤੇ ਸਾਨੂੰ, ਅਤੇ ਉਹਨੂੰ ਫੋਨ ਕਰ ਉੱਤੇ ਕਰ, ਪੰਜਾਬ ਕਰ ਉੱਤੇ ਕਰ, ਸੋ ਇੱਕ ਫੋਟੋ ਲਾਉਣਾ ਬਹੁਤ ਵੱਡਾ ਸਾਡਾ ਇੱਕ ਕਾਰਜ ਸੀ, ਪਰ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੋਈ ਜੀ, ਜਿੰਨੇ ਜੋਗੀਆਂ ਸਿੱਖੀ ਜਾਂਦੇ ਆ। ਔਰ ਇਸ ਦੇ ਨਾਲ ਨਾਲ ਸਾਨੂੰ ਜਿਹੜੀਆਂ ਮਤਲਬ ਅਚੀਵਮੈਂਟਾਂ ਮਿਲੀਆਂ ਸਰਕਾਰਾਂ ਵੱਲੋਂ, ਸਮੇਂ ਦੀ ਸਰਕਾਰਾਂ ਵੱਲੋਂ, ਅਸੀਂ ਉਹਨਾਂ ਦੇ ਬਹੁਤ ਬਹੁਤ ਰਿਣੀ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਔਰ ਸਾਡਾ ਹਮੇਸ਼ਾ ਪੂਰਾ ਸਾਥ ਦਿੱਤਾ। ਸੋ ਮੈਂ ਨਹੀਂ ਝਿਜਕਦਾ, ਮੈਂ ਨਹੀਂ ਡਰਦਾ, ਮੈਂ ਦੱਸਣ ਵਿੱਚ ਫਕਰ ਮਹਿਸੂਸ ਕਰਦਾ ਕਿ ਸਾਨੂੰ ਸਾਡੇ ਭਾਰਤ ਦੇਸ਼ ਜਿੱਥੇ ਸਾਡੇ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦੀ ਪਵਿੱਤਰ ਮਿੱਟੀ ਧਰਤੀ ਜਿਹੜੀ ਖਾਧੀ ਅਸੀਂ ਕੁਆਟਰਬੈਦ ਦੀ, ਸਾਨੂੰ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਇਸ ਪਵਿੱਤਰ ਮਿੱਟੀ ਦੀ, ਅਤੇ ਅਸੀਂ ਕੌਂਸਲ ਜਨਰਲ ਦੇ ਵੀ ਬਹੁਤ ਰਿਣੀ ਹਾਂ, ਸਮੇਂ ਸਮੇਂ 'ਤੇ ਜੋ ਸਾਡੀ ਮਦਦ ਕਰ ਸਕਦੇ ਸੀਗੇ, ਕਿਉਂਕਿ ਉਸ ਵੇਲੇ ਅਖਬਾਰਾਂ ਦੀ ਲੋੜ ਸੀ, ਅਖਬਾਰਾਂ ਨੂੰ ਸਪਲਾਈ ਕਰਨਾ ਕੌਂਸਲ ਜਨਰਲ ਹਮੇਸ਼ਾ ਹੀ ਸਾਡਾ ਸਾਥ ਦਿੰਦਾ ਰਿਹਾ। ਸੋ ਤੁਸੀਂ ਜਾਣਦੇ ਹੋ ਕਿ ਸਮੇਂ ਸਮੇਂ 'ਤੇ ਅਫਸਰ ਸਾਹਿਬਾਨ ਆਉਂਦੇ ਨੇ ਜਾਂਦੇ ਨੇ, ਅਸੀਂ ਪੂਰਾ ਉਹਨਾਂ ਦਾ ਸਤਿਕਾਰ ਕਰਦੇ ਹਾਂ ਅਤੇ ਕਰਦੇ ਵੀ ਰਹਾਂਗੇ। ਆਓ ਅਸੀਂ ਅਪਡੇਟ ਕਰਦੇ ਹਾਂ, ਸੁੱਖਾ ਜੀ ਤੁਹਾਡਾ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ। ਬਹੁਤ ਸਾਰੇ ਸਾਡੇ ਪਰਸਨੈਲਿਟੀਜ਼ ਨੇ ਜਿਨ੍ਹਾਂ ਦਾ ਮੈਂ ਨਾਂ ਲੈਣਾ ਬੜਾ ਮੁਸ਼ਕਲ ਹੈ, ਪਰ ਇਸ ਦੇ ਵਿੱਚ ਸੰਧੂ ਸਾਹਿਬ, ਆਈ ਨੈਵਰ ਫੋਰਗੈਟ ਕਿ ਤੁਸੀਂ ਕਿੰਨੀ ਗਾਈਡੈਂਸ ਦਿੱਤੀ, ਔਰ ਭੁੱਲਰ ਸਾਹਿਬ ਨੇ ਕਈ ਵਾਰੀ ਘੂਰਨਾ ਵੀ, ਔਰ ਇੱਕ ਮੈਂ ਨਾ ਭੁੱਲ ਜਾਵਾਂ ਇਕਬਾਲ ਬਾਲੀ ਗਿੱਲ, ਹਾਂਜੀ, ਜਿਹੜੇ ਕਿ ਮਰੀਡ ਦੀ ਹੱਡੀ ਸਨ, ਔਰ ਇਕਬਾਲ ਜੀ ਘੂਰ ਵੀ ਦਿੰਦੇ ਸਨ, ਅਤੇ ਕਈ ਵਾਰੀ ਕਹਿੰਦੇ ਸੀ ਕਿ ਨਹੀਂ ਇਹ ਇਸ ਤਰ੍ਹਾਂ ਨਹੀਂ, ਇਹ ਇਸ ਤਰ੍ਹਾਂ ਕਰਨਾ ਹੈ, ਬਸ ਕਿਉਂਕਿ ਉਹ ਨਹੀਂ ਰਿਹਾ ਜ਼ਿੰਦਗੀ ਵਿੱਚ, ਪਰ ਉਹ ਉਹਨਾਂ ਨੂੰ ਮੈਂ ਕਦੇ ਭੁਲਾ ਨਹੀਂ ਸਕਦਾ, ਇਕਬਾਲ ਬਾਲੀ ਗਿੱਲ ਜੀ ਨੂੰ। ਅਤੇ ਕੁਝ ਐਸੇ ਝੂਠੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ, ਦੋ ਤਿੰਨ ਲੋਕ ਹੁੰਦੇ ਨੇ ਉਹਨਾਂ ਨੂੰ ਤੁਸੀਂ ਭੁਲਾ ਨਹੀਂ ਸਕਦੇ, ਇਹ ਤਾਂ ਜਿਹੜੇ ਝੂਠ ਬੋਲਦੇ ਆ, ਝੂਠ ਬੋਲ ਕੇ ਜਿਹਨਾਂ ਨੇ ਕਮਾਇਆ ਤੁਹਾਡੇ ਕੋਲੋਂ, ਉਹ ਵੀ ਨਹੀਂ ਭੁੱਲ, ਤੁਸੀਂ ਉਹਨਾਂ ਭੁਲਾ ਨਹੀਂ ਸਕਦੇ ਉਹ। ਅੱਛਾ, ਜਿਹੜੇ ਜਿਹਨੇ ਕੁਛ ਦੇਣ ਦਿੱਤੀ ਹੈ ਤੁਸੀਂ ਉਹਨਾਂ ਨੂੰ ਨਹੀਂ ਭੁਲਾ ਸਕਦੇ, ਉਹ ਵੀ ਉਹ ਲੋਕ ਹੁੰਦੇ ਆ ਕਿ ਤੁਸੀਂ ਭੁਲਾਉਣਾ ਚਾਹੁੰਦੇ ਹੋ, ਭੁੱਲਦੇ ਨੀਗੇ, ਕਹਿੰਦਾ ਯਾਰ ਇਹਨੇ ਹੇਰਾਫੇਰੀ ਕੀਤੀ ਸੀ, ਉਹਨੂੰ ਕਹਿੰਦਾ ਛੱਡੋ, ਤਾਂ ਉਹ ਯਾਦ ਹੋ ਜਾਂਦੇ ਪਾਪੀ। ਐਸੇ ਲੋਕ ਹੀ ਆ ਜਸਵੀਰ ਜੀ, ਜੇ ਆਪਾਂ ਕਹਿੰਦੇ ਭੁੱਲ ਜਾਓ ਉਹ ਭੁਲਾਏ ਨਹੀਂ ਜਾਂਦੇ, ਤਾਂ ਇਕਬਾਲ ਜੀ ਨੂੰ ਅਸੀਂ ਭੁਲਾ ਨਹੀਂ ਸਕਦੇ, ਕਿਉਂਕਿ ਉਹਨਾਂ ਨੇ ਬਹੁਤ ਵੱਡੀ ਦੇਣੇ ਆ, ਪਰਮਜੀਤ ਜੀ ਹੋਏ, ਹਾਂਜੀ, ਔਰ ਆਈ ਕੈਨ ਸੇ ਕਿ ਦੇ ਹੈਲਪ ਮੀ ਲੋਟ, ਸੋ ਆਈ ਰੀਲੀ ਥੈਂਕਸ। ਔਰ ਜਿਹਨਾਂ ਨਹੀਂ ਨਾਲ ਲੈ ਹੋਇਆ ਕਿਸੇ ਕਾਰਨ ਕਰਕੇ ਅਸੀਂ ਭੁੱਲ ਗਏ ਹਾਂ ਕਿ ਮਨ ਜਾ ਚਾਹੁੰਦੇ ਹਾਂ, ਆਓ ਅਸੀਂ ਪ੍ਰੋਸੀਡ ਕਰਦੇ ਹਾਂ। ਸੋ ਸਾਹਿਬ, ਅੱਜ ਦੀਆਂ ਖਬਰਾਂ, ਉਸ ਤੋਂ ਬਾਅਦ ਅਗਲਾ ਪੋਮ ਜਿਹੜਾ ਪੇਸ਼ ਕੀਤਾ ਜਾਵੇਗਾ, ਬਹੁਤ ਜੇ ਤੁਸੀਂ ਤੁਹਾਡੇ ਸਿਰ 'ਤੇ ਕਰਜ਼ਾ ਮਾਫ ਕਰਾਉਣਾ ਚਾਹੁੰਦੇ ਹੋ ਤਾਂ ਪੂਰਾ ਡੈਪਸੀਸ਼ਨ ਵਾਲੇ ਕਹਿੰਦੇ ਕਰਜ਼ਾ ਠਾਹ ਕਰਕੇ ਮਾਫ ਕਰਦੇ ਹਾਂ, ਫੀਸ ਬਾਅਦ ਵਿੱਚ ਚਾਰਜ ਕਰਦੇ ਹਾਂ। ਸੋ ਨੰਬਰ ਹੈ 888-888-9814, ਕੈਨੇਡਾ ਵਿੱਚ, ਅਮਰੀਕਾ 'ਚ ਉਹ ਕਰਜ਼ਾ ਮਾਫ ਕਰਾਉਣਾ ਚਾਹੁੰਦੇ ਹੋ। ਫਰੋਸਟ ਕੈਡਲਿਕ ਵਾਲੇ ਹਾਈਵਿਟਨ ਬਵੀੜ ਦੇ ਕੋਲ ਅੱਜ ਸ਼ਨੀਵਾਰ 6 ਵਜੇ ਤੱਕ ਖੁੱਲ੍ਹੇ ਨੇ, ਪੁਰਾਣੀਆਂ ਕਾਰਾਂ ਟ੍ਰੇਡ ਕਰੋ, ਬ੍ਰਾਂਡ ਨੂੰ ਲੈ ਕੇ ਆਓ, ਜੀਰੋ ਡਾਊਨ ਪੇਮੈਂਟ, ਕੋਈ ਸਾਨੂੰ ਦੀ ਲੋੜ ਨਹੀਂ। ਅਤੇ ਤੁਸੀਂ ਜੈਗੁਆਰ ਔਰ ਤੁਸੀਂ ਰੇਂਜ ਰੋਵਰ ਜਿਹੜੀਆਂ ਟ੍ਰੇਡ ਕਰਕੇ ਲੋਕ ਲਿਆਉਂਦੇ ਨੇ, ਜਦ ਤੁਸੀਂ ਆਪਣੇ ਸਟੈਂਕ ਗੱਡੀ ਲੈਣੀ ਚਾਹੁੰਦੇ ਹੋ ਬ੍ਰਾਂਡ ਨਿਊ, ਤਾਂ ਪਹੁੰਚੋ ਫਰੋਸਟ ਕੈਡਲਿਕ 'ਤੇ, ਜਿੱਥੇ ਕਿ ਮੀਨਾ ਅਤੇ ਹਸੈਨ ਜੀ ਹਿੰਦੀ, ਪੰਜਾਬੀ, ਉਰਦੂ ਬੋਲਦੇ ਨੇ। ਸੋ ਇਹਨਾਂ ਨੰਬਰ ਹੈ 9054-08-0126। ਅਤੇ ਨਾਲ ਨਾਲ ਇਹ ਵੀ ਦੱਸੀਏ ਕਿ ਆਪਣੇ ਰੇਲਾ ਸਿੰਘ ਅਤੇ ਮਗਲਾਇਲ 'ਤੇ ਆਪਣਾ
ਰੈਸਟੋਰੈਂਟ ਹੈ ਇੰਡੀਆ ਟੇਸਟ, ਇੰਡੀਆ ਟੇਸਟ, ਇੰਡੀਆ ਟੇਸਟ ਮਤਲਬ ਇੰਡੀਆ ਦਾ ਟੇਸਟ ਹਰ ਚੀਜ਼ ਦਾ ਜੀ ਮਿਲਦਾ ਹੈ, ਰੈਸਟੋਰੈਂਟ ਵੀ ਹੈ, ਉੱਥੇ ਮਿਠਾਈ ਬਣਦੀ ਹੈ, ਉੱਥੇ ਤੁਹਾਡੇ ਸੇਵ ਵਿੱਚ ਲੀਕਰੀ ਮਿਲਦੀ ਹੈ, ਉੱਥੇ ਕੇਕ ਵੀ ਮਿਲਦਾ ਹੈ, ਅੰਡੇ ਤੋਂ ਬਗੈਰ ਅੰਡੇ ਬਗੈਰ ਬਿਸਕੁਟ ਵੀ ਮਿਲਦੇ ਨੇ, ਅਤੇ ਇੱਥੇ ਗ੍ਰੋਸਰੀ ਮਿਲਦੀ ਹੈ, ਇੱਥੇ ਬਾਰ ਵੀ ਹੈ, ਅਤੇ ਇੱਥੇ ਤੁਸੀਂ ਹਾਲ ਵੀ ਬੁੱਕ ਕਰ ਸਕਦੇ ਹੋ ਪਾਰਟੀ ਵਾਸਤੇ। ਸੋ ਇਹ ਪਲਾਜ਼ਾ ਸਤਨ ਖੁੱਲ੍ਹਦਾ ਹੈ ਇੰਡੀਆ ਟੇਸਟ ਗ੍ਰੋਸਰੀ ਸਟੋਰ ਦੀ। ਰਣਜੀਤ ਚਾਲ ਜੀ ਕਹਿੰਦੇ ਨੇ ਗੁੱਡ ਲੱਕ ਸੁੱਖਾ ਜੀ, ਤੁਹਾਨੂੰ ਨਹੀਂ ਭੁਲਾ ਸਕਦੇ, ਤੁਹਾਨੂੰ ਭੁਲਾਇਆ ਵੀ ਨਹੀਂ, ਤੁਸੀਂ ਭੁੱਲਦੇ ਪਤਾ ਨਹੀਂ ਕਿਉਂ, ਸਾਨੂੰ ਕੀ ਖੜਾ ਦਿੱਤਾ, ਤੁਸੀਂ ਕੀ ਖੜਾਇਆ, ਤੁਸੀਂ ਪਿਆਰ ਨੂੰ ਮੁਹੱਬਤ ਦੇ ਗੱਫੇ ਸਾਡੇ ਨੋਟਾਂ ਦੇ ਨੋਟ ਸਾਡੀ ਜੇਬ ਵਿੱਚ ਭਰ ਦਿੱਤੇ। ਸੋ ਆਓ ਅਸੀਂ ਅਵਤਾਰ ਜੀ ਰਣੀ ਹਾਂ। ਅਵਤਾਰ ਜੀ ਕੌਣ ਨੇ? ਅਵਤਾਰ ਜੀ ਫਰੈਂਡਸ ਫਰਨੀਚਰ ਦੇ ਮਾਲਕ ਨੇ। ਅੱਛਾ, ਇੱਕ ਹੋਰ ਫਰਨੀਚਰ ਸਟੋਰ ਹੈ ਜਿਹੜਾ ਕਿ ਬੰਦ ਹੋ ਰਿਹਾ, ਬੰਦ ਹੋ ਰਿਹਾ, ਅੱਜ ਉਹ ਕਿੱਥੇ ਨੇ? ਉਹਨਾਂ ਨੂੰ ਲਾਈਨ 'ਤੇ ਲੈ ਕੇ ਆਓ ਗੁਰਭੇਜ ਜੀ। ਔਰ ਸਾਡੇ ਆ ਚੁੱਕੇ ਨੇ ਭੈਣ ਜੀ ਜਿਹੜੇ ਕਿ ਅਨਸ਼ੋਰ ਸੰਬੰਧੀ ਸਾਡੇ ਐਕਸਪਰਟ ਨੇ। ਹੁਣ ਅਸੀਂ ਆਪਣੇ ਸੁਣਨ ਵਾਲੇ ਸਰੋਤਾਂ ਨੂੰ ਦੱਸੀਏ, ਜਾਣਕਾਰੀ ਦੇਣੀ ਚਾਹਾਂਗੇ ਕਿ ਤੁਹਾਡੇ ਸੇਵ ਵਿੱਚ ਮੈਂ ਗੱਲ ਕਰ ਰਹੀ ਸੀ ਕਿ ਫਰਨੀਚਰ ਲੈਣਾ ਚਾਹੁੰਦੇ ਹੋ, ਤਾਂ ਫਰਨੀਚਰ ਦਾ ਇਹ ਵੇਅਰ ਹਾਊਸ ਬੰਦ ਹੋ ਰਿਹਾ ਜੋ ਡੱਬੇ ਆਪਣੇ ਡੈਲਟਾ ਤੇ ਹੈ, ਨੰਬਰ ਹੈ 905-691-1234। ਔਰ ਅਸੀਂ ਲਾਡੀ ਜੀ ਸਾਨੂੰ ਕਾਲ ਕਰੋ। ਹੁਣ ਅਸੀਂ ਪੇਸ਼ ਕਰ ਰਹੇ ਹਾਂ ਖ਼ਬਰਾਂ ਦਾ ਸਾਡਾ ਇਹ ਵਿਸ਼ੇਸ਼ ਹਿੱਸਾ। 325ਵਾਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਸੰਬੰਧ ਵਿੱਚ ਅਸੀਂ ਤੁਹਾਨੂੰ ਮੁਬਾਰਕਾਂ ਦੇ ਰਹੇ ਹਾਂ ਜਸਵੀਰ ਜੀ, ਗੋ ਅਹੈਡ ਪਲੀਜ਼। ਹਾਂਜੀ ਬਸ ਸਾਹਿਬ, ਅੱਜ ਸਵੇਰ ਤੋਂ ਹੀ ਗੁਰੂ ਘਰਾਂ ਦੇ ਵਿੱਚ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ। ਸ਼੍ਰੀ ਕੇਸਗੜ੍ਹ ਸਾਹਿਬ ਵਿਖੇ, ਅਨੰਦਪੁਰ ਸਾਹਿਬ ਵਿਖੇ, ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ, ਵੱਖ ਵੱਖ ਗੁਰੂ ਘਰਾਂ ਵਿੱਚ, ਮੁਕਤਸਰ ਸਾਹਿਬ ਵਿਖੇ, ਮਾਛੀਵਾੜਾ ਸਾਹਿਬ ਵਿਖੇ ਸੰਗਤਾਂ ਹੁੰਮ ਹੁਮਾ ਕੇ ਪਹੁੰਚ ਰਹੀਆਂ। ਔਰ ਸਿੱਖ ਇਤਿਹਾਸ ਦੇ ਬਾਰੇ ਵਿੱਚ, ਖਾਲਸਾ ਸਾਜਨਾ ਦਿਵਸ ਦੇ ਇਤਿਹਾਸ ਦੇ ਬਾਰੇ ਵਿੱਚ ਜਿਹੜੀਆਂ ਸੰਗਤਾਂ ਉਹ ਜਾਣਕਾਰੀ ਹਾਸਲ ਕਰ ਰਹੀਆਂ। ਰਾਗ ਦੀ ਜੱਥੇ, ਢਾਡੀ ਜੱਥੇ ਔਰ ਕਥਾ ਵਾਚਕ ਸੰਗਤਾਂ ਨੂੰ ਨਿਹਾਲ ਕਰ ਰਹੇ। ਜਸਵੀਰ ਜੀ, ਅਕਾਲੀ ਦਲ ਨੇ ਪਹਿਲੀ ਲਿਸਟ ਅਨਾਉਂਸ ਕੀਤੀ ਹੈ ਜਿਸ ਦੇ ਵਿੱਚ 7 ਕੈਂਡੀਡੇਟ ਜਿਹੜੇ ਨੇ ਉਹ ਕਿਹੜੇ ਨੇ ਅਤੇ ਕਿੱਥੋਂ ਨੇ? ਹਾਂਜੀ ਬਸ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਗੁਰਦਾਸਪੁਰ ਤੋਂ ਟਿਕਟ ਮਿਲ ਗਈ ਡਾਕਟਰ ਦਲਜੀਤ ਸਿੰਘ ਚੀਬਾ। ਵੈਸੇ ਇਹ ਮੰਗ ਰਹੇ ਸੀ ਅਨੰਦਪੁਰ ਸਾਹਿਬ ਤੋਂ। ਚੀਮਾ ਸਾਹਿਬ ਦਾ ਆਪਣਾ ਪਿੰਡ ਵੀ ਗੁਰਦਾਸਪੁਰ ਦੇ ਵਿੱਚ ਹੀ ਹਰਗੋਬਿੰਦਪੁਰ ਪੈਂਦਾ, ਉਹਨਾਂ ਨੂੰ ਗੁਰਦਾਸਪੁਰ ਤੋਂ। ਅਨੰਦਪੁਰ ਸਾਹਿਬ ਤੋਂ ਮਿਲ ਗਈ ਜੀ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ। ਪਟਿਆਲਾ ਤੋਂ ਐਨ ਕੇ ਸ਼ਰਮਾ, ਸ੍ਰੀ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ, ਫਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ ਨੂੰ, ਫਰੀਦਕੋਟ ਤੋਂ ਰਾਜਵਿੰਦਰ ਸਿੰਘ ਨੂੰ ਤੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ ਨੂੰ, ਯਾਨੀ ਕਿ ਸੰਗਰੂਰ ਤੋਂ ਪਰਮਿੰਦਰ ਢੀਂਡਸਾ ਨੂੰ ਟਿਕਟ ਨਹੀਂ ਦਿੱਤੀ ਗਈ। ਸੋ ਇਹ ਜਿਹੜੀ ਲਿਸਟ ਸਾਹਮਣੇ ਆਈ ਹੈ, ਬਸ ਸਾਰੇ ਕਾਫੀ ਸੀਨੀਅਰ ਲੋਕ ਹੀ ਨਜ਼ਰ ਆ ਰਹੇ ਹੈ ਇਹਨਾਂ ਦੇ ਵਿੱਚ। ਉਹੀ ਹੈ ਕਿ ਮੈਨੂੰ ਇਹ ਲਿਸਟ ਦੇਖ ਕੇ ਲੱਗ ਰਿਹਾ ਕਿ ਸੁਖਬੀਰ ਬਾਦਲ ਘੇਰੇ ਹੋਏ ਆ ਬੁਰੀ ਤਰ੍ਹਾਂ ਨਾਲ ਇਹਨਾਂ ਲੋਕਾਂ ਵਿੱਚ ਹੀ, ਇਸ ਤੋਂ ਬਾਹਰ ਨਿਕਲਣਾ ਹੋਏਗਾ ਇਹ ਇਹਨਾਂ ਚੋਣਾਂ ਤੋਂ ਬਾਅਦ। ਜਸਵੀਰ ਜੀ, ਪਰਮਿੰਦਰ ਢੀਂਡਸਾ ਨੂੰ ਟਿਕਟ ਕਿੱਥੋਂ ਮਿਲਣੀ ਸੀ ਤੇ ਨਹੀਂ ਮਿਲੀ? ਸੰਗਰੂਰ ਤੋਂ ਮਿਲਣੀ ਸੀ, ਸੰਗਰੂਰ ਆ ਉਹਨਾਂ ਦਾ ਆਪਣਾ। ਤੇ ਸੰਗਰੂਰ ਤੋਂ ਕਿਹਨੂੰ ਦਿੱਤੀ ਟਿਕਟ ਉਹਨਾਂ ਨੇ? ਇਕਬਾਲ ਸਿੰਘ ਝੂੰਦਾ, ਇਕਬਾਲ ਸਿੰਘ ਝੂੰਦਾ ਵੀ ਸੀਨੀਅਰ ਨੇਤਾ ਹੈ ਤੇ ਪਰਮਿੰਦਰ ਢੀਂਡਸਾ ਵਰਸਿਸ ਇਕਬਾਲ ਸਿੰਘ ਝੂੰਦਾ ਦੇ ਵਿੱਚ ਮੁਕਾਬਲਾ ਚੱਲ ਰਿਹਾ ਸੀ ਟਿਕਟ ਨੂੰ ਲੈ ਕੇ। ਸੋ ਇਕਬਾਲ ਸਿੰਘ ਝੂੰਦਾ ਨੂੰ ਜਿਹੜੀ ਹੈ ਉਹ ਟਿਕਟ ਦਿੱਤੀ ਗਈ। ਇਹ ਹੁਣ ਆਪਾਂ ਜੇ ਸੋਚੀ ਅਨਾਲਿਸਿਸ ਕਰੀਏ ਤਾਂ ਮੇਰੇ ਖਿਆਲ ਕਿ ਪ੍ਰੈਸ਼ਰ ਹੇਠ ਆਣ ਕੇ ਵੀ ਟਿਕਟ ਦਿੱਤੀ ਆ ਇਹ ਕੀ ਨਾਮ, ਮੈਂ ਨਾ ਭੁੱਲ ਗਿਆ ਸਰਦਾਰ ਸਾਹਿਬ ਦਾ ਕੀ ਨਾਮ ਇਹਨਾਂ ਦਾ ਜਿਹੜੇ ਝੂੰਡਾ ਕੀ ਨਾਮ ਹੈ
ਇਕਬਾਲ ਸਿੰਘ ਝੂੰਦਾ ਇਸ ਤਰ੍ਹਾਂ ਹੈਗਾ ਕਿ ਬੜੀ ਵੱਡੀ ਦੇਖੋ ਇਸ ਵੇਲੇ ਸਥਿਤੀ ਕੀ ਬਣੀ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਲਈ ਨਿਪਰ ਜੇ ਪਰਮਿੰਦਰ ਸੀਟ ਨਹੀਂ ਦਿੱਤੀ ਤਾਂ ਮੇਰੇ ਖਿਆਲ ਕੀ ਰੁਸ ਕੇ ਫਿਰ ਚੱਲ ਜਾਣਗੇ ਇਹ ਪਤਾ ਨੀ ਹੁਣ ਦੇਖੋ ਇਹਦੇ ਚ ਜਾਂ ਤਾਂ ਕੋਈ ਅੰਦਰੋਂ ਕਮਿਟਮੈਂਟ ਹੋਈ ਹੋਏਗੀ ਕਿਸੇ ਹੋਰ ਗੱਲ ਦੇ ਉੱਤੇ ਬਾਕੀ ਬਸ ਦੂਸਰੀ ਗੱਲ ਜਿਹੜੀ ਬਹੁਤ ਵੱਡੀ ਗੱਲ ਹੈ ਉਹ ਇਹ ਹੈ ਕਿ ਇਸ ਵੇਲੇ ਜੇ ਟਿਕਟ ਜਿਹਨੂੰ ਨਹੀਂ ਦਿੰਦੇ ਚੰਦੂਮਾਜ ਦਾ ਚੀਮਾ ਇਹ ਐਨ ਕੇ ਸ਼ਰਮਾ ਅਮੀਰ ਦੇ ਲੋਕ ਹੈ ਸਾਰੇ ਅਨਿਲ ਜੋਸ਼ੀ ਪੁਰਾਣਾ ਬੀਜੇਪੀ ਦਾ ਸੋ ਇਹਨੂੰ ਮਜੀਠੀਆ ਚਾਹ ਰਿਹਾ ਸੀ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋਂ ਦੋ ਸੋ ਕਹਿਣ ਦਾ ਭਾਵ ਹੈ ਕਿ ਟਿਕਟ ਨਹੀਂ ਦਿੰਦੇ ਤਾਂ ਇਹ ਤਾਂ ਈਡੀ ਸੀਬੀਆਈ ਤੋਂ ਡਰ ਕੇ ਕਮੈਂਟ ਬੀਜੇਪੀ ਚ ਜਾ ਰਹੇ ਲੋਕ ਸਾਰੇ ਸੋ ਇਹ ਤਾਂ ਬੜੀ ਅਜੀਬ ਜਿਹੀ ਸਥਿਤੀ ਬਣੀ ਹੋਈ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਨਾ ਚਾਹੁੰਦੇ ਹੋਏ ਵੀ ਉਹੀ ਗੱਲ ਹੈ ਬਸ ਅਕਾਲੀ ਦਲ ਦੀ ਬੜੀ ਸੋਸ਼ਲ ਇੰਜੀਨੀਅਰਿੰਗ ਦੀ ਜ਼ਰੂਰਤ ਹੈ ਇਹਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਤਾਂ ਗੱਲ ਬਣੇਗੀ ਆਉਣ ਵਾਲੇ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਅਦਰਵਾਈਜ਼ ਇੱਥੇ ਘੁੰਮਦੇ ਰਹੇ ਤੇ ਫਿਰ ਤਾਂ ਨਹੀਂ ਦਲਜੀਤ ਚੀਮਾ ਚੰਦੂ ਮਾਜਰਾ ਇੱਕ ਮਹੇਸ਼ ਇੰਦਰ ਸਿੰਘ ਇੱਕ ਹੋਰ ਇਹਨਾਂ ਵਿੱਚ ਇਹ ਸਾਰੇ ਪੁਆੜੀ ਦੀ ਜੜ ਨੇ ਤੇ ਮੇਰੇ ਖਿਆਲ ਨਾ ਇਹਨਾਂ ਨੂੰ ਜਿੱਤਣਾ ਹੈ ਨਾ ਇਹਨੂੰ ਜਿੱਤਣ ਦੇਣਾ ਹੈ ਹਾਲੇ ਲੁਧਿਆਣੇ ਦੀ ਟਿਕਟ ਪਈ ਹੈ ਕੀ ਪਤਾ ਮਹੇਸ਼ ਇੰਦਰ ਸਿੰਘ ਨੂੰ ਦੇਵੇ ਕਿਉਂ ਜੀ ਲੁਧਿਆਣੇ ਦਾ ਤੇ ਹਾਲੇ ਡਿਸਾਈਡ ਨਹੀਂ ਕੀਤਾ ਲੁਧਿਆਣੇ ਦੀ ਵੀ ਉਹ ਡਿਮਾਂਡ ਕਰ ਹੀ ਰਹੇ ਮਹੇਸ਼ ਇੰਦਰ ਗਰੇਵਾਲ ਮਹੇਸ਼ ਇੰਦਰ ਗਰੇਵਾਲ ਕਦੇ ਵੀ ਜਿੱਤ ਨਹੀਂ ਸਕਦਾ ਉਹਦੇ ਵਿੱਚ ਹੈਂਕੜਬਾਜ਼ੀ ਉਹਦੇ ਵਿੱਚ ਕੋਈ ਲਿਆਕਤ ਨਹੀਂ ਹੈ ਔਰ ਸੁਖਬੀਰ ਬਾਦਲ ਜੀ ਨੂੰ ਅਸੀਂ ਐਡਵਾਈਜ਼ ਨਹੀਂ ਹੈ ਅਸੀਂ ਅਨਾਲਿਸਿਸ ਕਰ ਰਹੇ ਹਾਂ ਕਿ ਇਹ ਵਿਅਕਤੀ ਕਿਸੇ ਵੀ ਹਾਲਤ ਵਿੱਚ ਜਿੱਤ ਨਹੀਂ ਸਕਦਾ ਅਤੇ ਨਾ ਹੀ ਜਿਹੜਾ ਹੈ ਨਾ ਚੀਮਾ ਜਿਹੜਾ ਹੈ ਉਹ ਜਿੱਤ ਸਕਦਾ ਹੈ ਇਹਨਾਂ ਚ ਵੈਸੇ ਬਸ ਕਾਫੀ ਵੈਸੇ ਸਭ ਦੀ ਮਾੜੀ ਹਾਲਤ ਹੈ ਵੈਸੇ ਤਾਂ ਕੈਂਡੀਡੇਟਸ ਆਉਣਗੇ ਫਿਰ ਅਸੀਂ ਦੱਸਾਂਗੇ ਸਥਿਤੀ ਕੀ ਹੈ ਪਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ ਜੋ ਲੱਗੇ ਕਿ ਜਿਹੜੇ ਬੰਦੇ ਖੜੇ ਕੀਤੇ ਇਹਨਾਂ ਵਿੱਚੋਂ ਲੱਗਦਾ ਨਹੀਂ ਕੋਈ ਇੱਕ ਵੀ ਬੰਦਾ ਜਿੱਤ ਸਕਦਾ ਹੋਵੇਗਾ ਔਰ ਹੋਰ ਦੱਸਿਆ ਸੀਗਾ ਕਿ ਆਮ ਪਾਰਟੀ ਨੇ ਜਿਹੜੇ ਬੰਦੇ ਖੜੇ ਕੀਤੇ ਭਗਵੰਤ ਮਾਨ ਜੀ ਨੇ ਔਰ ਪਹਿਲੇ ਦਿਨ ਦੱਸ ਦਿੱਤਾ ਕਿ 12 ਸੀਟਾਂ ਵਿੱਚੋਂ ਇੱਕ ਸੀਟ ਜਿਹੜੀ ਹੈ ਉਹ 110% ਕਰਮਜੀਤ ਅਨਮੋਲ ਦੀ ਝੋਲੀ ਵਿੱਚ ਲੋਕ ਪਾਉਣਗੇ ਇਹ ਸਰਵੇ ਅਸੀਂ ਰੋਜ਼ ਕਰ ਰਹੇ ਹਾਂ ਕਰਾ ਰਹੇ ਹਾਂ ਅਤੇ ਲੋਕਾਂ ਦੀ ਆਵਾਜ਼ ਲੈ ਰਹੇ ਹਾਂ ਕਿ ਕਰਮਜੀਤ ਅਨਮੋਲ ਦਾ ਜਿੱਤਣਾ ਲਾਜ਼ਮੀ ਹੈ ਕਰਮਜੀਤ ਅਨਮੋਲ ਜਿਹੜਾ ਆ ਉਹ ਇੱਕ ਪਹਿਲੀ ਵਾਰੀ ਕੈਂਡੀਡੇਟ ਬਣੇ ਨੇ ਤੇ ਦੂਜਾ ਅਸੀਂ ਗੱਲ ਕਰੀਏ ਉਹਨਾਂ ਦੀ ਵਿੱਚ ਜਿਹੜੀ ਲਿਆਕਤ ਆ ਮਿਲਵਰਤਨ ਦੀ ਭਾਵਨਾ ਆ ਅਤੇ ਜੋ ਮਿਠਾਸ ਆ ਜਿਹੜੀ ਬੋਲਚਾਲ ਆ ਔਰ ਉਹਨਾਂ ਵਿੱਚ ਹਉਮੈ ਨਹੀਂ ਹੈ ਹੈਂਕੜਬਾਜ਼ੀ ਨਹੀਂ ਹੈ ਜਿਸ ਤਰ੍ਹਾਂ ਦਲਜੀਤ ਚੀਮੇ ਵਿੱਚ ਹੈਂਕੜਬਾਜ਼ੀ ਹੈ ਜਿਸ ਤਰ੍ਹਾਂ ਚੰਦੂਮਾਜ ਦੇ ਵਿੱਚ ਹੈ ਸੋ ਇਹੋ ਜਿਹੀਆਂ ਜਿਹੜੀਆਂ ਮਤਲਬ ਇਹ ਅਲਾਮਤਾਂ ਆ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਸੁਖਬੀਰ ਬਾਦਲ ਜੀ ਨੂੰ ਸਿੱਖਣਾ ਚਾਹੀਦਾ ਹੈ ਕਿ ਮਜੀਠੀਆ ਜੀ ਨੂੰ ਕਿ ਇਹਨਾਂ ਲੋਕਾਂ ਨੂੰ ਇੱਕ ਪਾਸੇ ਕਰੋ ਨਵੇਂ ਚਿਹਰੇ ਨਵੇਂ ਲੋਕ ਲੈ ਕੇ ਆਓ ਜੇ ਤੁਸੀਂ ਆਪਣੀ ਹੋਂਦ ਨੂੰ ਬਚਾਉਣਾ ਆ ਨਹੀਂ ਤਾਂ ਤੁਸੀਂ ਪਾਰਟੀ ਦਾ ਸਤਿਆਨਾਸ਼ ਇਹਨਾਂ ਲੋਕਾਂ ਨੇ ਤੁਹਾਡਾ ਕਰਾ ਲੈਣਾ ਪ੍ਰੈਸ਼ਰ ਥੱਲੇ ਆਣ ਕੇ ਤੁਸੀਂ ਵੋਟਾਂ ਦੀ ਵੰਡ ਕਰਦੇ ਹੋ ਸੀਟਾਂ ਦੀ ਇਹ ਠੀਕ ਨਹੀਂ ਹੈ ਸੁਖਬੀਰ ਬਾਦਲ ਸਾਹਿਬ ਤੁਹਾਡੇ ਵਾਸਤੇ ਇੱਕ ਬੜੀ ਔਖੀ ਘੜੀ ਆਈ ਅੰਡਰਸਟੈਂਡ ਹੈ ਪਰ ਇਹਨਾਂ ਲੋਕਾਂ ਤੁਸੀਂ ਕਰਾਉਣਾ ਕੀ ਆ ਚੀਮਾ ਜਿਹੜੀ ਆ ਉਹ ਮੇਰੇ ਖਿਆਲ ਤੁਹਾਨੂੰ ਗਲਤ ਗਾਈਡ ਕਰਦਾ ਹੈ ਚੀਮਾ ਜੀ ਸੁਣਦੇ ਹੋਣ ਤਾਂ ਮੈਂ ਇਹਨੂੰ ਕਹਿ ਵੀ ਸਕਦਾ ਕਿ ਉਹ ਪੋਲੀਟੀਕਲ ਖੇਤਰ ਦੇ ਵਿੱਚ ਨਹੀਂ ਜਿੱਤ ਸਕਦੇ ਕਦੇ ਨਹੀਂ ਜਿੱਤ ਸਕਦੇ ਸਾਰੀ ਲਾਈਫ ਨਹੀਂ ਜਿੱਤ ਸਕਦੇ ਕਿ ਉਹਨਾਂ ਦਾ ਜਿਹੜਾ ਤੌਰ ਤਰੀਕਾ ਆ ਉਹਨਾਂ ਦੇ ਸੰਬੰਧ ਵਿੱਚ ਸਾਡੇ ਪਾਸ ਵੱਡੀ ਵੱਡੀ ਫਾਈਲਾਂ ਨੇ ਜਿਹੜੀ ਕਿ ਸੁਖਬੀਰ ਬਾਦਲ ਜੀ ਨੂੰ ਮੈਂ ਭੇਜ ਦੇਵਾਂਗਾ ਈਮੇਲ ਕਰ ਦੇਵਾਂਗਾ ਕਿ ਤੁਸੀਂ ਚੰਗੇ ਕੈਂਡੀਡੇਟ ਲੈ ਕੇ ਆਓ ਖੈਰ ਇਹ ਸਾਡਾ ਫਰਜ਼ ਨਹੀਂ ਕਿ ਇਹਨੂੰ ਲਿਆਉਣਾ ਕਿ ਨਹੀਂ ਲਿਆਉਣਾ ਇਹ ਉਹਨਾਂ ਦੀ ਮਰਜ਼ੀ ਹੈ ਸੋ ਅਸੀਂ ਸਤਿਕਾਰ ਕਰਦੇ ਹਾਂ ਹਰ ਪਾਰਟੀ ਦਾ ਪਰ ਜਿਹੜੇ ਨਿਕੰਮੇ ਲੋਕ ਆ ਉਹ ਅਸੀਂ ਕਹਾਂਗੇ ਨਲਾਇਕ ਆ ਅਤੇ ਨਿਕੰਮੇ ਆ ਸੋ ਇਹ ਨਿਕੰਮੇ ਲੋਕਾਂ ਦੀ ਗੱਲ ਹੋਈ ਆ ਅਤੇ ਕਈ ਚੰਗੇ ਲੋਕ ਵੀ ਹੈਗੇ ਆ
ਔਰ ਜਿਹਨਾਂ ਦੀ ਅਸੀਂ ਸਤਿਕਾਰ ਕਰਦੇ ਹਾਂ। ਹੁਣ ਅਸੀਂ ਅਗਲੀ ਗੱਲ ਅਗਲੀ ਖਬਰ ਵੱਲ ਵੱਧਦੇ ਹਾਂ ਔਰ ਕਾਂਗਰਸ ਦੀ ਲਿਸਟ ਜਿਹੜੀ ਹੈ ਫਾਈਨਲਿਸਟ ਕਪਾਲ ਖਹਿਰਾ ਆ ਕੇ ਜੀ ਸੰਗਰੂਰ ਤੋਂ ਜੀ। ਦੇਖੋ ਵੈਸੇ ਕੱਲ ਮੀਟਿੰਗ ਹੋਈ ਹੈ ਕਾਂਗਰਸ ਦੀ ਦਿੱਲੀ ਦੇ ਵਿੱਚ, ਉਹਦੇ ਵਿੱਚ ਸਾਰੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ, ਵੜਿੰਗ, ਦਵਿੰਦਰ ਯਾਦਵ ਜਿਹੜੇ ਵੀ ਇੰਚਾਰਜ ਹੈ ਸਾਰੇ ਸੀ। ਚਾਰ ਘੰਟੇ ਮੀਟਿੰਗ ਚੱਲੀ ਹੈ ਔਰ ਜਿਹੜੇ ਨਾਵਾਂ ਦੇ ਉੱਤੇ ਲਗਭਗ ਸਹਿਮਤੀ ਬਣ ਗਈ ਹੈ, ਹਾਲੇ ਅਨਾਊਂਸ ਨਹੀਂ ਹੋਈ, ਉਹ ਸੁਖਪਾਲ ਖਹਿਰਾ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਉਤਾਰਨ ਦੇ ਚਰਚੇ। ਹੁਣ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਹੋ ਗਏ, ਸੰਗਰੂਰ ਦੇ ਵਿੱਚ ਇਕਬਾਲ ਸਿੰਘ ਝੂੰਡਾ ਵੀ ਹੋ ਗਏ, ਠੀਕ ਹੈ, ਉਧਰੋਂ ਸੁਖਪਾਲ ਖਹਿਰਾ, ਫਿਰ ਪਟਿਆਲਾ ਤੋਂ ਮੀਤ ਹੇਅਰ ਆਮ ਪਾਰਟੀ ਦਾ, ਹਾਂ ਉਧਰੋਂ ਮੀਤ ਹੇਅਰ ਹੈ, ਠੀਕ ਹੈ, ਬੜਾ ਦੇਖੋ ਹਾਲੇ ਬਹੁਜਨ ਸਮਾਜ ਪਾਰਟੀ ਦਾ ਕੈਂਡੀਡੇਟ ਵੀ ਆਏ, ਸੋ ਇਹ ਪੰਜ ਜਿਹੜੇ ਆ ਹੋਣਗੇ, ਕਿਹਦੀ ਵੋਟ ਕਿਹਨੂੰ ਕੱਟੇਗੀ ਇਹ ਦੇਖਿਆ ਟਾਈਮ ਦੱਸੇਗਾ। ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਦਾ ਨਾਮ ਲਗਭਗ ਫਾਈਨਲ ਹੈ ਪਟਿਆਲਾ ਤੋਂ। ਹੁਣ ਦੇਖੋ ਜੀ ਅਕਾਲੀ ਦਲ ਦੇ ਹੋ ਗਏ ਐਨ ਕੇ ਸ਼ਰਮਾ, ਤੇ ਆਮ ਆਦਮੀ ਪਾਰਟੀ ਨੇ ਅਜੇ ਨਹੀਂ ਅਨਾਊਂਸ ਕੀਤੇ, ਤੇ ਉਧਰੋਂ ਹੋ ਗਈ ਬੀਜੇਪੀ ਦੀ ਪਰਨੀਤ ਕੌਰ। ਹੁਣ ਅਸੀਂ ਅਗਲੀ ਖਬਰ ਵੱਲ ਵੱਧਦੇ ਹੋਏ ਕੀਰਤਪੁਰ ਸਾਹਿਬ ਲਾਗੇ ਟਰੈਕਟਰ ਦੇ ਨਾਲ ਐਕਸੀਡੈਂਟ ਜਿੱਥੇ ਹੋਇਆ ਉੱਥੇ ਦੋ ਮੌਤਾਂ ਦੱਸੀਆਂ ਗਈਆਂ ਨੇ, ਬਹੁਤ ਮਾੜੀ ਖਬਰ ਹੈ। ਔਰ ਨਕੋਦਰ ਸ਼ੰਕਰ ਪਿੰਡ ਨਿਸ਼ਾਨ ਸਾਹਿਬ ਚਲਾਉਣ ਟਾਈਮ ਕਰੰਟ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਸੋ ਇਹ ਵੀ ਇੱਕ ਬਹੁਤ ਮਾੜੀ ਜਿਹੜੀ ਖਬਰ ਜਿਹੜੀ ਸਾਂਝੀ ਕਰ ਰਹੇ ਹਾਂ। ਨਕੋਦਰ ਸ਼ੰਕਰ ਪਿੰਡ ਜਿਹੜਾ ਹੈ ਔਰ ਉਹਦੇ ਕੋਲ ਨਿਸ਼ਾਨ ਸਾਹਿਬ ਦੀ ਸੇਵਾ ਰਹਿ ਰਹੇ ਸੀ, ਨਿਸ਼ਾਨ ਸਾਹਿਬ ਚੜਾਉਣਾ ਸੀ ਤਾਂ ਉਸ ਵੇਲੇ ਕਰੰਟ ਲੱਗਣ ਨਾਲ ਮੌਤ ਦੱਸੀ ਜਾਂਦੀ ਹੈ। ਔਰ ਇਸ ਦੇ ਨਾਲ ਪ੍ਰਿਯੰਕਾ ਗਾਂਧੀ ਦੀ ਸਿਕਿਉਰਿਟੀ ਗੱਡੀ ਜਿਹੜੀ ਹੈ ਉਹ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਚੁੱਕੀ ਹੈ। ਹੁਣ ਆਖਰੀ ਖਬਰ ਪੜ੍ਹਦੇ, ਕਪੂਰਥਲਾ 'ਚ 400 ਝੁੱਗੀਆਂ ਨੂੰ ਅੱਗ ਲੱਗ ਗਈ ਹੈ। ਵੈਸੇ ਰੇਲ ਕੋਚ ਫੈਕਟਰੀ ਦੇ ਬਾਹਰ ਬਣੀਆਂ ਹੋਈਆਂ ਝੁੱਗੀਆਂ ਸੀ, ਪਹਿਲਾਂ ਵੀ ਇਹਨਾਂ 'ਚ ਕਈ ਵਾਰੀ ਅੱਗ ਲੱਗ ਚੁੱਕੀ ਹੈ, ਤੇ ਅੱਜ ਵੀ 400 ਝੁੱਗੀਆਂ ਜਿਹੜੀਆਂ ਉਹ ਸੜ ਕੇ ਸਵਾਹ ਹੋ ਗਈਆਂ। ਆਖਰੀ ਖਬਰ ਅਸੀਂ ਦੱਸਦੇ ਹਾਂ ਉਹ ਹੈ ਬਾਰਿਸ਼ ਤੇ ਜੀ ਮੌਸਮ, ਬੜਾ ਮੌਸਮ ਖਰਾਬ ਚੱਲ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਣਕ ਦੀ ਸਰਕਾਰੀ ਖਰੀਦ, ਪ੍ਰਾਈਵੇਟ ਖਰੀਦ ਵੀ ਸ਼ੁਰੂ ਹੋ ਚੁੱਕੀ ਹੈ ਔਰ ਕੱਲ ਪਰਸੋਂ ਤੋਂ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਕਣਕ ਜਿਹੜੀ ਆ ਮੰਡੀਆਂ ਵਿੱਚ ਆਏਗੀ, ਲੇਕਿਨ 2-3 ਦਿਨ ਜਿਹੜੀ ਹੈ ਬਾਰਿਸ਼ ਤੇ ਗੜੇਮਾਰੀ ਦੀ ਸੰਭਾਵਨਾ ਹੈ, ਇਸ ਕਰਕੇ ਕਿਸਾਨਾਂ ਦੇ ਲਈ ਖਾਸ ਤੌਰ ਤੇ ਐਡਵਾਈਜ਼ਰੀ ਜਾਰੀ ਕੀਤੀ ਗਈ। ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਔਰ ਦੱਸੀ ਆਪਣੇ ਸੁਣ ਸੋਤਿਆਂ ਨੂੰ ਸਵੀਟ ਮਹਿਲ ਸੁੱਖਾ ਜੀ ਵਿਆਹ ਸ਼ਾਦੀ ਵਾਸਤੇ ਅੱਜ ਸਾਰਾ ਦਿਨ ਸਵੀਟ ਮਹਿਲ ਤੇ ਚਾਹ ਪਾਣੀ ਪਾਣੀ ਪੀ ਸਕਦੇ ਹੋ, ਚਾਹ ਗਰਮ ਗਰਮ ਲਵੇਗੀ, ਗਰਮ ਗਰਮ ਪਕੌੜੇ ਕਈ ਕਿਸਮ ਦੇ ਨੇ, ਗਰਮ ਗਰਮ ਜਲੇਬੀਆਂ 5 ਕਿਸਮ ਦੀਆਂ ਨੇ, ਮਠਿਆਈ ਹੈ ਅਤੇ ਨਾਲ ਗਰਮ ਚਾਹ ਗਰਮ ਪਕੌੜੇ ਨਾਲ ਮਠਿਆਈ ਅਤੇ ਇਸ ਤੋਂ ਇਲਾਵਾ ਬਦਾਨਾ ਪੂਜਿਆ ਖਾਓਗੀ ਅਤੇ ਗੁਣ ਗਾਓਗੀ। ਸਵੀਟ ਮਹਿਲ ਦਾ ਸਾਰਾ ਦਿਨ ਤੁਸੀਂ ਜਾ ਕੇ ਜਦੋਂ ਚਾਹੋ ਜੋ ਮਰਜ਼ੀ ਟੈਂਟ ਦੇ ਵਿੱਚ ਆਓ, ਉਹਨਾਂ ਦਾ ਸਟਾਫ ਤੁਹਾਡੇ ਇੰਤਜ਼ਾਰ ਵਿੱਚ ਹੈ ਅਤੇ ਗਰਮ ਗਰਮ ਚਾਹ ਬਣਾ ਕੇ ਫਰੈਸ਼ ਤੁਹਾਨੂੰ ਦੇ ਰਿਹਾ ਹੈ, ਤੁਸੀਂ ਪੀ ਰਹੇ ਹੋ, ਤੁਸੀਂ ਕਹਿ ਰਹੇ ਹੋ ਵਾਹ ਕਮਾਲ ਦੀ ਗੱਲ ਹੈ। ਸੋ ਖਾਸ ਕਰ ਸਾਜਨ ਦਿਵਸ ਤੇ ਅਤੇ ਗੌਤਮ ਪੰਜਾਬ ਦੀ 42 ਵਰ੍ਹੇਗੰਢ ਦੇ ਉੱਪਰ ਇਹ ਸੁੱਖਾ ਜੀ ਕਹਿੰਦੇ ਆ ਕਿ ਅਸੀਂ ਪਰਿਵਾਰਾਂ ਨੂੰ ਖੁਸ਼ ਕਰ ਰਹੇ ਹਾਂ, ਚਾਹ ਪਾਣੀ ਪਕੌੜਿਆਂ ਦਾ ਦੇਖਿਆ ਜਾਵੇ ਕਿ ਅਸੀਂ ਉਹਨਾਂ ਨੂੰ ਛਕਾ ਰਹੇ ਹਾਂ, ਔਰ ਬਾਬਾ ਜੀ ਦਾ ਦੇਖਿਆ ਜਾਵੇ ਕਿ ਲੰਗਰ ਹਰ ਗੁਰੂ ਘਰ ਦੇ ਵਿੱਚ ਲੱਗਾ ਹੋਇਆ ਅਤੇ ਆਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹੁਣ ਅਸੀਂ ਗੱਲ ਕਰਦੇ ਕਰਜ਼ਾ ਹੈ ਮਾਫ਼ ਕਰਾਉਣਾ ਹੈ ਤਾਂ ਓਰਾ ਡੈਪਸੂਸ਼ਨ ਨੂੰ ਹੀ ਤੁਸੀਂ ਕਾਲ ਕਰਨਾ ਹੈ, ਜੋ ਬਾਅਦ ਵਿੱਚ ਫੀਸ ਚਾਰਜ ਕਰਦੇ ਨੇ ਪਹਿਲਾਂ ਤੁਹਾਡਾ ਕਰਜ਼ਾ ਮਾਫ਼ ਕਰਦੇ ਨੇ।
ਕਰਜ਼ਾ ਮਾਫ਼ ਕਰਾਉਣਾ ਤਾਂ ਠਾਹ ਕਰਕੇ ਤੁਸੀਂ ਨੰਬਰ ਡਾਲ ਕਰੋ 888-888-9914 ਨਿਰਮਲ ਮਾਨ ਜੀ ਕਹਿੰਦੇ ਨੇ ਕੈਨੇਡਾ ਵਿੱਚ ਹੋ ਜਾਂ ਅਮਰੀਕਾ ਵਿੱਚ ਹੋ ਕੋ ਨੋ ਮੈਟਰ ਬਟ ਤੁਹਾਡਾ ਕਰਜ਼ਾ ਮਾਫ਼ ਆਪਣੀ ਫੀਸ ਬਾਅਦ ਵਿੱਚ ਲੈਂਦੇ ਨੇ ਇਹ ਗਰੰਟੀ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਰਜ਼ਾ ਮਾਫ਼ ਜੇ ਕੋਈ ਕਰਾ ਸਕਦਾ ਤਾਂ ਉਹ ਰੈਡਰ ਸੋਲੂਸ਼ਨ ਵਾਲੇ ਹੀ ਕਰਾ ਸਕਦੇ ਆ ਅੱਧਾ ਨਾ ਅਧੂਰਾ ਹਮੇਸ਼ਾ ਕੰਮ ਕਰੇ ਪੂਰਾ ਜਿਸ ਕਰਕੇ ਲੋਕਾਂ ਦੇ ਵਿੱਚ ਊਰਲ ਡਿਸਟ੍ਰੀਬਿਊਸ਼ਨ ਦਾ ਨਾਮ ਬੜਾ ਹੀ ਪਾਪੂਲਰ ਹੈ ਤਾਂ ਜਿਹੜਾ ਨੰਬਰ ਹੈ 888-888-9914 ਫਰਨੀਚਰ ਜਿਹੜਾ ਹੈ ਖਰੀਦਣਾ ਚਾਹੁੰਦੇ ਹੋ ਜੇ ਨਹੀਂ ਖਰੀਦਦਾ ਤਾਂ ਵੀ ਖਰੀਦ ਲਓ ਪਸੰਦ ਕਰ ਲਓ ਫਰਨੀਚਰ ਹੋਲਡ ਕਰਾ ਲਓ ਪੈਸੇ ਦੇ ਦਿਓ ਤੁਸੀਂ ਜਿਸ ਦਿਨ ਚਾਹੁੰਦੇ ਹੋ ਪਿੱਕ ਉਸ ਦਿਨ ਕਰ ਲੈਣਾ $1,000 ਜਾਣੀ ਕਿ 900 ਤੇ 50 ਡਾਲਰ ਵਿੱਚ ਸਾਰੇ ਘਰ ਦਾ ਫਰਨੀਚਰ ਜਿਸ ਦੇ ਵਿੱਚ ਤੁਹਾਡਾ ਬੈੱਡ ਸੈੱਟ ਪੂਰਾ ਤੁਹਾਡਾ ਬੈੱਡ ਸੈੱਟ ਬੈੱਡਰੂਮ ਆ ਸਾਰੇ ਫਰਨੀਚਰ ਭਰ ਦੇਵੇਗਾ ਜਿਹਦੇ ਵਿੱਚ ਮੈਟਰਸ ਹੋਣਗੇ ਦੋ ਐਂਡ ਟੇਬਲ ਹੋਣਗੇ ਡਰੈਸਿੰਗ ਟੇਬਲ ਹੋਵੇਗਾ ਅਲਮਾਰੀ ਹੋਵੇਗੀ ਤੇ ਨਾਲ ਮੈਟਰਸ ਹੋਣਗੇ ਕਿਊ ਸਾਈਜ਼ ਦਾ ਬੈੱਡ ਹੈ ਇਹਦੀ ਕੀਮਤ ਬਾਹਰ 2500 ਆ ਇਹ ਲੱਕੜੀ ਦਾ ਬੈੱਡ ਸਿਰਫ ਤੁਹਾਨੂੰ ਮਿਲੇਗਾ 650 ਨੂੰ ਬਟ ਇਹ ਟੋਟਲ ਇਹਨਾਂ ਨੇ ਲਾਇਆ ਕਿ ਅਸੀਂ ਤੁਹਾਨੂੰ ਦੇਵਾਂਗੇ $950 ਵਿੱਚ ਸਮਾਨ ਜਿਹਦੇ ਵਿੱਚ ਸੋਫਾ ਸੈੱਟ ਹੋਵੇਗਾ ਕਾਫੀ ਟੇਬਲ ਹੋਵੇਗਾ ਡਾਇਨਿੰਗ ਟੇਬਲ 6 ਚੇਅਰਾਂ ਲੈਦਰ ਦੀਆਂ ਤੇ ਨਾਲ ਤੁਹਾਡੇ ਵਿੱਚ ਹੋਵੇਗਾ ਰੱਬ ਤੁਹਾਡਾ ਭਲਾ ਕਰੇ ਕੀ ਹੋਵੇਗਾ ਮਾਈ ਗੋਡ ਟੇਬਲ ਚੇਅਰਾਂ ਸੋਫੇ ਬੈੱਡ ਸੈੱਟ ਕਾਫੀ ਟੇਬਲ ਸਿਰਫ $950 ਵਿੱਚ ਇਹ ਕਿੱਥੇ 90 ਡੈਲਟਾ ਤੇ ਕੀ ਹੁੰਦੇ ਕੋਡ ਨੰਬਰ ਹੈ 905-610 ਨੰਬਰ 905-691-1234 905-691-1234 ਨੰਬਰ ਹੈ ਜੀ ਸੋ ਬਹੁਤ ਜਲਦੀ ਵਿੱਕੀ ਜੀ ਸਾਡੇ ਨਾਲ ਜੁੜਨਗੇ ਅੱਜ ਗੁਰੂ ਘਰ ਦੇ ਵਿੱਚ ਉਹਨਾਂ ਨੇ ਲੰਗਰ ਲਾਇਆ ਉੱਥੇ ਬਿਜੀ ਨੇ ਜੀ ਸਾਰੀ ਦੀ ਸਾਰੀ ਟੀਮ ਸੋ ਬਹੁਤ ਜਲਦੀ ਜੁੜਨਗੇ ਆਪਣੇ ਅਸੀਂ ਗੌਰ ਪੰਜਾਬ 'ਚ ਵਾਪਸ ਆ ਰਹੇ ਹਾਂ ਔਰ ਕੁਝ ਸੰਦੇਸ਼ ਜਿਹੜੇ ਆ ਉਹ ਟੈਲੀਕਾਸਟ ਕਰਾਂਗੇ ਔਰ ਅਸੀਂ ਇਸ ਵੇਲੇ ਸਿੱਧ ਸਾਹਿਬ ਹੋ ਸਕਦਾ ਕਿ ਕੁਝ ਕਾਰਨਾਂ ਕਰਕੇ ਸਾਡੇ ਸੂਤਿਆਂ ਨੇ ਲੇਟ ਆਨ ਕੀਤਾ ਹੋਵੇ ਅੱਜ ਵਿਸਾਖੀ ਹੈ ਗੁਰਪੁਰਬ ਹੈ ਅਤੇ ਸਾਡੇ ਕੌਂਸਲ ਜਨਰਲ ਸ੍ਰੀ ਸਿਧਾਰਥ ਨਾਥ ਜੀ ਸਾਡੇ ਆਨਰੇਬਲ ਗੈਸਟ ਦਾ ਸ਼ੁਭ ਸੰਦੇਸ਼ ਜਿਹੜਾ ਹੈ ਉਹ ਭਾਰਤ ਵਾਸੀਆਂ ਵਾਸਤੇ ਅਸੀਂ ਬੜੇ ਮਾਣ ਦੇ ਨਾਲ ਟੈਲੀਕਾਸਟ ਕਰ ਰਹੇ ਹਾਂ ਸਾਡੇ ਆਨਰੇਬਲ ਗੈਸਟ ਨੇ ਔਰ ਭਾਰਤ ਤੋਂ ਆਏ ਹੋਏ ਸਭ ਭਾਰਤੀ ਜਾਣਦੇ ਨੇ ਕਿਵੇਂ ਕਿਸ ਤਰ੍ਹਾਂ ਸ਼ਨੀਵਾਰ ਤੇ ਐਤਵਾਰ ਨੂੰ ਐਮਰਜੈਂਸੀ ਹਾਲਤ ਦੇ ਵਿੱਚ ਤੁਹਾਨੂੰ ਵੀਜ਼ੇ ਸਰਵਿਸ ਵੀ ਪ੍ਰੋਵਾਈਡ ਕਰਦਾ ਹੈ ਤੁਹਾਨੂੰ ਦੁੱਖ ਤਕਲੀਫ਼ ਜਿਹੜੀ ਹੈ ਉਹ ਸੁਣਦਾ ਹੈ ਤੁਸੀਂ ਕਦੇ ਸੁਣਿਆ ਕੋਈ ਐਸੀ ਅੰਬੈਸੀ ਹੈ ਦੁਨੀਆ 'ਚ ਜਿਹੜੀ ਕਿ ਸੈਟਰਡੇ ਸੰਡੇ ਨੂੰ ਕੰਮ ਕਰਦੀ ਹੋਵੇ ਤੁਸੀਂ ਕਹੋਗੇ ਨੋ ਮੈਂ ਕਹੂੰਗਾ ਯੈਸ ਤੁਸੀਂ ਵੀ ਕਹੋਗੇ ਯੈਸ ਉਹ ਲੋਕ ਜਿਨ੍ਹਾਂ ਨੇ ਸੈਟਰਡੇ ਸੰਡੇ ਨੂੰ ਭਾਰਤੀ ਕੌਂਸਲ ਜਨਰਲ ਦੇ ਜਾ ਕੇ ਅਰੇਂਜ ਕੀਤੀ ਹੈ ਤਾਂ ਉਹਨਾਂ ਨੇ ਐਮਰਜੈਂਸੀ ਵੀਜ਼ੇ ਇਸ਼ੂ ਕੀਤੇ ਤੁਸੀਂ ਲੈਂਦੇ ਹੋ ਇਹ ਇੱਕ ਸਾਡੇ ਬਹੁਤ ਵੱਡੀ ਖੂਬੀ ਹੈ ਸਾਡੇ ਭਾਰਤੀ ਲੋਕਾਂ ਵਾਸਤੇ ਕੌਂਸਲ ਜਨਰਲ ਸੈਟਰਡੇ ਸੰਡੇ ਨੂੰ ਵੀ ਐਮਰਜੈਂਸੀ ਸਰਵਿਸ ਪ੍ਰੋਵਾਈਡ ਕਰਦਾ ਹੈ ਤੁਸੀਂ ਕੈਨੇਡਾ ਤੋਂ ਇੰਡੀਆ ਜਾਂਦੇ ਹੋ ਕੈਨੇਡੀਅਨ ਪਾਸਪੋਰਟ ਹੈ ਤੁਹਾਨੂੰ ਕੋਈ ਪ੍ਰੋਬਲਮ ਪੈ ਜਾਵੇ ਸੈਟਰਡੇ ਸੰਡੇ ਦਫ਼ਤਰ ਖੋਲ੍ਹਦੇ ਤੁਹਾਡੇ ਲਈ ਕਦੇ ਨਹੀਂ ਖੋਲ੍ਹਣਗੇ ਕਹਿਣਗੇ ਕਿ ਮੰਡੇ ਆਇਓ ਛੁੱਟੀ ਹੈ ਜੀ ਪਰ ਇਹ ਹਮੇਸ਼ਾ ਕਹਿਣਗੇ ਨੋ ਪ੍ਰੋਬਲਮ 9 ਵਜੇ ਆਓ ਤੁਹਾਡੀ ਸੇਵਾ 'ਚ ਹਾਜ਼ਰ ਹੈ ਤਾਂ ਜਿਹੜੇ ਲੋਕ ਹਾਲੇ ਵੀ ਇਹ ਸਭ ਕੁਝ ਸੁਣ ਕੇ ਖੌਰੂ ਪਾਉਂਦੇ ਨੇ ਮਿੱਟੀ ਪੜਦੇ ਨੇ ਆਪਣੀ ਮਿੱਟੀ ਪਟਾਉਂਦੇ ਨੇ ਉਹਨਾਂ ਮੇਰੀ ਬੇਨਤੀ ਆ ਕਿ ਤੁਸੀਂ ਰਿਸਪੈਕਟ ਕਰੋ ਅਤੇ ਕਰਾਓ ਦੀ ਨੀਤੀ ਨੂੰ ਅਪਣਾਓ ਭਾਰਤ ਦੇਸ਼ ਦੇ ਵਿੱਚ ਹਰ ਧਰਮ ਦਾ ਸਤਿਕਾਰ ਹੈ ਤੁਹਾਡੇ ਸਾਹਮਣੇ ਆ ਕਿ ਅੱਜ ਅਸੀਂ ਸੰਦੇਸ਼ ਟੈਲੀਕਾਸਟ ਕੀਤਾ ਬ੍ਰੌਡਕਾਸਟ ਕੀਤਾ ਹੁਣ ਫਿਰ ਟੈਲੀਕਾਸਟ ਬ੍ਰੌਡਕਾਸਟ ਕਰਨ ਜਾ ਰਹੇ ਕੌਂਸਲ ਜਨਰਲ ਦਾ ਟੋਰਾਂਟੋ ਤੋਂ ਆਇਆ ਹੋਇਆ
ਸਭ ਭਾਰਤੀਆਂ ਲਈ ਖਾਸ ਸਾਜਨਾ ਦਿਵਸ ਤੇ ਅਤੇ ਇਹ ਪ੍ਰੋਗਰਾਮ ਅੱਜ 42 ਸਾਲ ਸਮਾਂ ਤੈਅ ਕਰ ਚੁੱਕਾ ਹੈ। ਆਓ ਸਾਡੇ ਆਨਰੇਬਲ ਗੈਸਟ ਕੌਂਸਲ ਜਨਰਲ ਟੋਰਾਂਟੋ ਤੋਂ ਸ੍ਰੀ ਸਿਧਾਰਥਾ ਨਾਥ ਜੀ ਦਾ ਸ਼ੁਭ ਸੰਦੇਸ਼ ਆਓ ਸਰਵਣ ਕਰਦੇ ਹਾਂ। ਇਹ ਸੰਦੇਸ਼ ਸਾਬਤ ਕਰਦਾ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਹੈ, ਚਾਹੇ ਇੰਡੀਆ ਕੌਂਸਲ ਆਫਿਸ ਟੋਰਾਂਟੋ ਚਾਹੇ ਕਿਸੇ ਜਗ੍ਹਾ ਤੇ ਹੈ, ਚਾਹੇ ਭਾਰਤ ਵਿੱਚ ਕਿਉਂ ਨਾ ਹੋਵੇ, ਕੋਈ ਵੀ ਧਰਮ ਦਾ ਦਿਨ ਤਿਉਹਾਰ ਹੋਵੇ, ਸਭ ਦੇ ਵਾਸਤੇ ਦਿਨ ਤਿਉਹਾਰ ਲਈ ਦੇਖਿਆ ਜਾਵੇ ਕਿ ਬੜੇ ਪਿਆਰ ਸਤਿਕਾਰ ਦੇ ਨਾਲ ਸ਼ੁਭ ਸੰਦੇਸ਼ ਦੇਸ਼ ਦਾ ਪ੍ਰਧਾਨ ਮੰਤਰੀ, ਸਾਡੇ ਕੌਂਸਲ ਜਨਰਲ ਅਤੇ ਵੱਖ ਵੱਖ ਸਮੇਂ ਤੇ 15 ਅਗਸਤ 26 ਜਨਵਰੀ ਨੂੰ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਅਤੇ ਲਹਿਰਾਇਆ ਜਾਵੇਗਾ। ਆਓ ਅਸੀਂ ਸ਼ੁਭ ਸੰਦੇਸ਼ ਤੁਹਾਡੇ ਨਾਲ ਸਾਂਝਾ ਕਰਦੇ। ਸਤਿ ਸ੍ਰੀ ਅਕਾਲ, ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਵੈਸਾਖੀ ਦੀਆਂ ਲੱਖ ਲੱਖ ਵਧਾਈਆਂ। ਔਨ ਦਿਸ ਜੋਇਸ ਓਕੇਜ਼ਨ ਆਫ ਵੈਸਾਖੀ, ਆਈ ਪ੍ਰੇ ਦੈਟ ਯੂ ਐਂਡ ਯੋਰ ਫੈਮਿਲੀ ਆਰ ਬਲੈਸਡ ਵਿਦ ਹੈਪੀਨੈਸ, ਪੀਸ ਐਂਡ ਪ੍ਰੋਸਪੈਰਿਟੀ। ਵੈਸਾਖੀ ਮਾਰਕਸ ਦ ਅਰਾਈਵਲ ਆਫ ਸਪਰਿੰਗ ਇਨ ਦ ਹਾਰਵੈਸਟ ਫੈਸਟੀਵਲ ਫੋਰ ਸਿੱਖਸ ਐਂਡ ਦ ਹੋਲ ਪੰਜਾਬੀ ਕਮਿਊਨਿਟੀ। It also commemorates the formation of the Khalsa Panth, and we will always remain thankful to the great Sikh Gurus for leading us on the path of righteousness. India is one of the most diverse nations in the world, and celebrations like Baisakhi are an integral part of India and its cultural diversity. We are very proud of the accomplishments and contributions of the Indo-Canadian community in Canada and their enduring bond with India. On behalf of the Consulate General of India in Toronto, I pray that the blessings of Waheguru be showered upon you on this auspicious day. ਜੀ ਤਾਂ ਇਹ ਸੀ ਸੰਦੇਸ਼ ਜਿਹੜਾ ਭਾਰਤ ਜੈ ਹਿੰਦ। ਸੋ ਇਹ ਸੀ ਸਾਡਾ ਪ੍ਰੋਗਰਾਮ ਤੁਹਾਡੇ ਵਾਸਤੇ, ਜਿਸ ਵਿੱਚ ਕੌਂਸਲ ਜਨਰਲ ਨੇ ਖਾਸ ਸਾਜਨਾ ਦਿਵਸ ਤੇ ਵਿਸਾਖੀ ਤੇ ਸਭ ਭਾਰਤੀ ਪਰਿਵਾਰਾਂ ਨੂੰ ਮੁਬਾਰਕਬਾਦ ਦਿੱਤੀ। ਸਾਬਤ ਕੀਤਾ ਇਸ ਸ਼ੁਭ ਸੰਦੇਸ਼ ਨੇ ਕਿ ਭਾਰਤ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਅਤੇ ਇੱਥੇ ਹਰ ਧਰਮ ਦਾ ਸਤਿਕਾਰ ਹੈ। ਸੋ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ। ਆਫਿਸ ਕੁਛ ਸੰਦੇਸ਼ ਲੈ ਰਹੇ, ਉਸ ਤੋਂ ਬਾਅਦ ਅਸੀਂ ਵਾਪਸ ਆ ਰਹੇ ਹਾਂ ਸਟੂਡੀਓ ਵਿੱਚ। ਸਾਡੇ ਪਾਸ ਕੁਝ ਘਰ ਨੇ, ਇਹ ਘਰ 5500 ਅਤੇ 5500 ਸਕੁਏਅਰ ਫੀਟ ਦੇ ਨੇ, 3 ਗਰਾਜਾਂ ਵਾਲੇ ਨੇ, 5 ਬੈਡਰੂਮ 6 ਵਾਸ਼ਰੂਮ, 6 ਬੈਡਰੂਮ 7 ਵਾਸ਼ਰੂਮ। ਓ ਮਾਈ ਗੋਡ, ਇਹ ਏਅਰਪੋਰਟ ਅਤੇ ਕੰਟਰੀ ਸਾਈਡ ਦੇ ਨੁੱਕਰ ਤੇ ਐਸੇ ਮਕਾਨ ਬਣ ਕੇ ਤਿਆਰ ਹੋਣੇ ਤੁਹਾਡੇ ਲਈ, ਅਤੇ ਇਹ ਘਰਾਂ ਦੀ ਲੇਆਊਟ ਅਤੇ ਬੜੇ ਸੋਹਣੇ ਸੁਰੱਖੇ ਨੇ। ਸੋ ਇਹਨਾਂ ਦੇ ਨੈਣ ਨਕਸ਼ ਬਹੁਤ ਸੋਹਣੇ ਆ, ਲੇਆਊਟ ਜਿਹਨੂੰ ਤੁਸੀਂ ਸੋਹਣੇ ਸੁਰੱਖੇ ਕਹਿੰਦੇ ਹੋ, ਲੇਆਊਟ ਇਸ ਘਰਾਂ ਦੀ ਬਹੁਤ ਸੋਹਣੀ ਆ, ਸੋਹਣੇ ਸੁਨੱਖੇ, ਜਿੱਦਾਂ ਨੌਜਵਾਨ ਲੜਕੇ ਲੜਕੀਆਂ ਹੁੰਦੇ ਆ ਔਰ ਤੁਸੀਂ ਵੇਖਦੇ ਸਾਰੇ ਕਹਿੰਦੇ ਹੋ ਸਾਡਾ ਰਿਸ਼ਤਾ ਪੱਕਾ। ਤੁਸੀਂ ਕਹੋਗੇ ਹਾਂਜੀ ਅਸ਼ੀਸ਼ ਜੀ ਨੂੰ ਇਹ ਸਾਡਾ ਘਰ ਪੱਕਾ, ਆਫਰ ਲਿਆਓ, ਸਾਈਨ ਕਰਾਓ ਤੇ ਘਰ ਸਾਡੇ ਨਾਂ ਤੇ ਕਰਾਓ। ਉਹ ਯੈਸ, ਨੰਬਰ ਹੈ 9052780000। ਆਓ ਅਸੀਂ ਕੁਝ ਸੰਦੇਸ਼ ਲੈ ਰਹੇ ਹਾਂ ਅਤੇ ਨਾਲ ਨਾਲ ਸਾਡੇ ਸਟੂਡੀਓ ਵਿੱਚ ਸਾਡੇ ਭੈਣ ਜੀ ਸਤਿਕਾਰ ਜੋ ਆਏ ਨੇ, ਮੁਬਾਰਕਬਾਦ ਦੇਣਗੇ, ਸਾਡੇ ਲਈ ਮਿਠਾਈ ਵੀ ਲੈ ਕੇ ਆਏ ਨੇ 42 ਵਾਰੀ ਵੰਡ ਤੇ। ਉਹ ਨੇ ਸਾਡੇ ਆਪਣੇ ਜੀ ਅਮਰਪ੍ਰੀਤ ਜੀ। ਓ ਮਾਈ ਗੋਡ, ਸਵੀਟੀ ਅਮਰਪ੍ਰੀਤ ਆ ਚੁੱਕੇ ਨੇ ਜੀ। ਹੁਣ
ਲੋਨ ਲਓ ਟਰੱਕ ਦਾ ਲਾਇਸੈਂਸ ਸਿਰਫ $4,850 ਦੇ ਵਿੱਚ। 7 ਦਿਨਾਂ ਵੀਕ ਖੁੱਲਣ ਵਾਲੀ ਇਹ ਕੰਪਨੀ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਆਫਰ ਕਰਦੀ ਹੈ ਈਵਨਿੰਗ ਤੇ ਵੀਕਐਂਡ ਕਲਾਸਿਸ ਵੀ, ਤਾਂ ਜੋ ਤੁਹਾਨੂੰ ਆਪਣਾ ਕੰਮ ਛੱਡਣਾ ਹੀ ਨਾ ਪਵੇ। ਤੇ ਵਧੀਆ ਸਿਖਲਾਈ ਨਾਲ ਟਰੱਕ ਲਾਇਸੈਂਸ ਦਿਵਾਉਣ ਤੋਂ ਬਾਅਦ ਇਹ ਤੁਹਾਨੂੰ ਆਫਰ ਕਰਦੇ ਨੇ ਜੌਬ ਪਲੇਸਮੈਂਟ ਤੇ ਨਾਲ ਨਵੇਂ ਡਰਾਈਵਰ ਦੇ ਲਈ ਇਹਨਾਂ ਕੋਲ TTSAO ਸਰਟੀਫਾਈਡ ਇੰਸ਼ੋਰੈਂਸ ਪੈਕੇਜ ਵੀ ਅਵੇਲੇਬਲ ਆ। ਤਾਂ ਹੁਣੇ ਚੱਕੋ ਫੋਨ, ਕਾਲ ਕਰੋ 519-983-7500 ਜਾਂ ਫਿਰ ਵਿਜ਼ਿਟ ਕਰਨਾ ਤੁਸੀਂ 290-500 ਰੋਡ ਕੈਂਬ੍ਰਿਜ ਦੇ ਵਿੱਚ। ਰੰਗੜ ਪਾਤਸ਼ਾਹ ਜੀ ਦੀ ਰਹਿਨੁਮਾਈ ਹੇਠ ਬਾਬਾ ਜੀ ਦੀ ਵਿਸ਼ਾਲ ਤਾਰਨਹਾਰੀ ਚੌਂਕੀ ਹਰ ਐਤਵਾਰ ਸਵੇਰੇ ਠੀਕ 11 ਵਜੇ 210 ਇਸਲਿੰਗਟਨ ਐਵੇਨਿਊ ਵਾਲੇ ਮੰਦਿਰ ਵਿਖੇ ਹੁੰਦੀ ਹੈ। ਜਾਦੂ ਟੂਣਾ ਧਾਗੇ ਤਬੀਤ ਪਖੰਡਾ ਤੋਂ ਰਹਿਤ ਬਾਬਾ ਜੀ ਦੀ ਚੌਂਕੀ ਵਿੱਚ ਆ ਕੇ ਮਹਾਰਾਜ ਜੀ ਦੇ ਯਸ਼ ਗਾਈਏ ਅਤੇ ਸਾਡੇ ਕਰਮਾ ਵਿੱਚ ਜੋ ਨਹੀਂ ਵੀ ਹੈ ਉਹ ਵੀ ਪਾਈਏ। ਉਹ ਕੀ ਗੱਲ ਹੋ ਗਈ, ਪੁਰਾਣੀ ਕਾਰ ਤੋਂ ਅੱਕ ਗਏ ਹੋ ਜਾਂ ਫਿਰ ਦਿਲ ਕਰਦਾ ਕਿ ਨਵਾਂ ਨਕੋਰ ਲੈ ਲਈਏ ਇੱਕ ਟਰੱਕ। ਸੋ 1500 ਸੀਰੀਜ਼ ਦਾ ਕੋਈ ਵੀ ਟਰੱਕ ਤੁਸੀਂ ਲਓ ਐਸ ਲੋ ਐਸ 0.99% ਫਾਈਨਾਂਸ ਤੇ। ਫਰੋਸਟ ਕੈਡਿਲੈਕ ਬ੍ਰੈਂਪਟਨ ਵਾਲੇ ਤੁਹਾਡੇ ਲਈ ਗ੍ਰੇਟਰ ਡੀਲ ਲੈ ਕੇ ਆਏ ਨੇ। ਕੈਡਿਲੈਕ ਬਿਊਕ ਸਿਲਵਰਾਡੋ ਸ਼ੈਵਰਲੇਟ GMC ਦਾ ਕੋਈ ਵੀ ਪਿਕਅਪ ਟਰੱਕ ਜਾਂ ਫਿਰ ਬ੍ਰੈਂਡ ਨਿਊ ਕਾਰ ਲਓ 0 ਡਾਊਨ ਤੇ। ਤਾਂ ਹੁਣ ਤੁਹਾਡੀ ਨਵੀਂ ਗੱਡੀ ਇੱਕ ਕਾਲ ਅਵੇ ਆ। 905-400-0126 ਆਸਕ ਫਰ ਹਸੈਨ ਔਰਲੀਨਾ 905-459-0126। ਉਹ ਕੀ ਗੱਲ ਹੋ ਗਈ, ਪੁਰਾਣੀ ਕਾਰ ਤੋਂ ਅੱਕ ਗਏ ਹੋ ਜਾਂ ਫਿਰ ਦਿਲ ਕਰਦਾ ਕਿ ਨਵਾਂ ਨਕੋਰ ਲੈ ਲਈਏ ਇੱਕ ਟਰੱਕ। ਸੋ 1500 ਸੀਰੀਜ਼ ਦਾ ਕੋਈ ਵੀ ਟਰੱਕ ਤੁਸੀਂ ਲਓ ਐਸ ਲੋ ਐਸ 0.99% ਫਾਈਨਾਂਸ ਤੇ। ਫਰੋਸਟ ਕੈਡਿਲੈਕ ਬ੍ਰੈਂਪਟਨ ਵਾਲੇ ਤੁਹਾਡੇ ਲਈ ਗ੍ਰੇਟਰ ਡੀਲ ਲੈ ਕੇ ਆਏ ਨੇ। ਕੈਡਿਲੈਕ ਬਿਊਕ ਸਿਲਵਰਾਡੋ ਸ਼ੈਵਰਲੇਟ GMC ਦਾ ਕੋਈ ਵੀ ਪਿਕਅਪ ਟਰੱਕ ਜਾਂ ਫਿਰ ਬ੍ਰੈਂਡ ਨਿਊ ਕਾਰ ਲਓ 0 ਡਾਊਨ ਤੇ। ਤਾਂ ਹੁਣ ਤੁਹਾਡੀ ਨਵੀਂ ਗੱਡੀ ਇੱਕ ਕਾਲ ਅਵੇ ਆ। 905-400-0126 ਆਸਕ ਫਰ ਹਸੈਨ ਔਰਲੀਨਾ 905-459-0126। ਉਹ ਕੀ ਗੱਲ ਹੋ ਗਈ, ਪੁਰਾਣੀ ਕਾਰ ਤੋਂ ਅੱਕ ਗਏ ਹੋ ਜਾਂ ਫਿਰ ਦਿਲ ਕਰਦਾ ਕਿ ਨਵਾਂ ਨਕੋਰ ਲੈ ਲਈਏ ਇੱਕ ਟਰੱਕ। ਸੋ 1500 ਸੀਰੀਜ਼ ਦਾ ਕੋਈ ਵੀ ਟਰੱਕ ਤੁਸੀਂ ਲਓ ਐਸ ਲੋ ਐਸ ਟ੍ਰੈਵਲ ਕਰੋ ਕਦੀ ਵੀ ਕਿਤੇ ਵੀ ਵਰਲਡ ਵਾਈਡ 20 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਨਾਲ ਮਾਨ ਟ੍ਰੈਵਲ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਬੈਸਟ 에ਅਰਲਾਈਨਸ ਦੀਆਂ ਸਸਤੀਆਂ ਟਿਕਟਾਂ, ਹੋਟਲ ਬੁਕਿੰਗਸ, ਟੂਰ ਪੈਕੇਜਸ, ਕਾਰ ਰੈਂਟਲ, ਟ੍ਰੈਵਲ ਇੰਸ਼ੋਰੈਂਸ ਸਮੇਤ ਬੈਸਟ ਕਸਟਮਰ ਸਰਵਿਸ ਬਿਫੋਰ, ਡਿਊਰਿੰਗ ਐਂਡ ਆਫਟਰ ਦ ਟ੍ਰਿਪ। 6 locations to serve you in Canada and India. Maan Travel and Tours. For more info, visit maantravel.com. ਨਾਰਥ ਅਮਰੀਕਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਤੁਹਾਡਾ ਆਪਣਾ ਸਵੀਟ ਮਹਿਲ, ਜਿੱਥੇ ਕਿ ਮਿੱਠੀਆਂ ਮਠਿਆਈਆਂ ਮਤਲਬ ਸਵੀਟ ਮਹਿਲ, ਸਵਾਦਿਸ਼ਟ ਖਾਣਾ ਭਾਵ ਸਵੀਟ ਮਹਿਲ, ਸਭ ਤੋਂ ਵਧੀਆ ਡਾਈਨਿੰਗ ਤਾਂ ਮਤਲਬ ਸਵੀਟ ਮਹਿਲ, ਇਵਨ ਗ੍ਰੇਡ ਸਰਵਿਸ ਤਾਂ ਵੀ ਮਤਲਬ ਸਵੀਟ ਮਹਿਲ, ਕੇਟਰਿੰਗ ਕਰਾਉਣੀ ਹੈ ਤਾਂ ਵੀ ਸਵੀਟ ਮਹਿਲ। ਜੀ ਹਾਂ, ਟੋਰਾਂਟੋ ਏਰੀਆ ਦੇ ਵਿੱਚ ਧੁੰਮਾ ਪਾ ਰਿਹਾ ਤੁਹਾਡਾ ਆਪਣਾ ਸਵੀਟ ਮਹਿਲ, ਜਿੱਥੇ ਤੁਹਾਡੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਬਣਦੇ ਹਨ ਇੱਕ ਨੰਬਰ ਪਕਵਾਨ। ਸਵੀਟ ਮਹਿਲ ਦਾ ਡਾਈਨਿੰਗ ਹੁਣ ਖੁੱਲ ਚੁੱਕਾ ਹੈ, ਤਾਂ ਬ੍ਰੇਕਫਾਸਟ, ਲੰਚ, ਡਿਨਰ ਜਦੋਂ ਵੀ ਕਰਨਾ ਤਾਂ ਜੀਵ ਤੇ ਖਾਣਾ ਸਿਰਫ ਸਵੀਟ ਮਹਿਲ ਦਾ ਹੀ ਕਰਨਾ। ਛੋਟੀ ਵੱਡੀ ਹਰ ਤਰ੍ਹਾਂ ਦੀ ਪਾਰਟੀ ਦੇ ਲਈ ਕੇਟਰਿੰਗ ਵੀ ਓਪਨ ਹੈ। ਕਾਲ ਕਰੋ 416-679-9991 ਜਾਂ ਫਿਰ ਰੈਕਸਟੇਲ ਦੇ ਵਿੱਚ ਜਾ ਸਕਦੇ ਹੋ 680 ਰੈਕਸਟੇਲ ਬੁਲੇਵਰਡ। ਸਵੀਟ ਮਹਿਲ ਨਾਰਥ ਅਮਰੀਕਾ ਦੇ ਟੋਰਾਂਟੋ ਸ਼ਹਿਰ ਨਾ ਕਰੇ ਪਰ ਕਾਰ ਐਕਸੀਡੈਂਟ ਕਿਸੇ ਨਾਲ ਵੀ ਹੋ ਸਕਦਾ ਹੈ। Car accident to baad tuhadi zindagi skintan vich badal sakdi hai. With a combined experience of over 30 years, Gilbasi Brar Personal Injury Law can get you the cash settlement you deserve. If you've been injured in a car accident or if your long-term disability has denied your benefits, call the name you can trust. Muft ate sahi salah mashwara le
ਤੁਸੀਂ ਸਾਨੂੰ 416-844-2758 ਤੇ ਜ਼ਰੂਰ ਫੋਨ ਕਰੋ। Omkar Travels is the consolidator for most major airlines. For lowest worldwide airfares, package tours and cruises, we also specialize in holiday packages to India. For best travel deals, book and fly with Omkar Travels. Please call us at 905-897-0700 or log on to our website www.omkartravels.com. Omkar Travels is the consolidator for most major airlines. For lowest worldwide airfares, package tours and cruises, we also specialize in holiday packages to India. For best travel deals, book and fly with Omkar Travels. Please call us at 905-897-0700. ਮੈਂ ਜਦੋਂ ਫਰੈਸ਼ ਮੈਰੀਨੇਟਿਡ ਮੀਟ ਘਰ 'ਚ ਬਾਰਬੇਕਿਊ ਕਰਦੇ ਹਾਂ ਤਾਂ ਮੇਰੇ ਹਸਬੈਂਡ ਮੇਰੇ ਹੱਥ ਦਾ ਜਾਦੂ ਕਹਿੰਦੇ ਨੇ, ਪਰ ਅਸਲ 'ਚ ਇਹ ਕਮਾਲ ਹੈ ਗਰਚਾ ਬ੍ਰਦਰਸ ਵਾਲਿਆਂ ਦੇ ਇੱਕ ਖਾਸ ਤਰੀਕੇ ਤੇ ਸਪੈਸ਼ਲ ਮਸਾਲਿਆਂ ਨਾਲ ਮੈਰੀਨੇਟ ਕੀਤੇ ਮੀਟ ਦਾ, ਜਿਨ੍ਹਾਂ ਦਾ ਮੀਟ ਚਿਕਨ ਫਿਸ਼ ਲੈਂਪ ਤੰਦੂਰੀ ਫਲੇਵਰਸ 'ਚ ਮਿਲਦਾ ਹੈ, ਹਾਈਜੀਨਿਕ ਤੇ ਟੇਸਟ ਵਿੱਚ ਇੰਨਾ ਯੂਨੀਕ ਕਿ ਜੋ ਇੱਕ ਵਾਰ ਖਾਂਦਾ ਹੈ ਬਸ ਫਿਰ ਰਿਹਾ ਨਹੀਂ ਜਾਂਦਾ। ਪੂਰੇ ਕੈਨੇਡਾ ਵਿੱਚ 14 ਲੋਕੇਸ਼ਨਸ ਤੋਂ ਸਰਵਿਸਿਸ ਦੇ ਰਹੇ ਨੇ। ਗਰਚਾ ਮੀਟ, ਫਰੈਸ਼ਨੈਸ ਤੇ ਕੁਆਲਿਟੀ ਦਾ ਦੂਜਾ ਨਾਮ। अपना परिवार है सेहत वाला, बड़ा भैया है ताकत वाला, छोटा ब्रो है मस्ती वाला, मॉम डैड का बंधन है प्यार वाला, बहना का हर पल है डांस 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 वाला, दादाजी है ज्ञान वाला, अपना परिवार ये सब खाते हैं। शेर व्हाइट होल व्हीट आटा फाइबर वाला। शेर आटा घर लाओ। क्लोजिंग सेल वेयर हाउस दे दरवाजे सदा ली बंद, हमेशा ली वेयर हाउस। जी बिल्कुल, ता जेडी क्लोजिंग सेल ਤੁਸੀਂ ਸੰਦੇਸ਼ ਹੁਣੀ ਸੁਣ ਕੇ ਹਟੇ ਹੋ ਕਿ ਕਲੋਜ਼ਿੰਗ ਸੇਲ ਇਹ ਲੱਗੀ ਆ ਬ੍ਰੈਂਪਟਨ ਦੇ ਵਿੱਚ, ਸੋ ਪੂਰਾ ਹੁਣ 1 ਘੰਟੇ ਦਾ ਸਮਾਂ ਬਚਿਆ ਜੀ ਅੱਜ ਦੇ ਆਪਣੇ ਰੇਡੀਓ ਪ੍ਰੋਗਰਾਮ ਦਾ 12 ਤੋਂ ਲੈ ਕੇ 1 ਵਜੇ ਤੱਕ। ਸੋ ਇਹ ਪੂਰੇ ਦਾ ਪੂਰਾ 1 ਘੰਟਾ ਤੁਹਾਡੀ ਸਕਰੀਨ ਤੇ ਤੁਸੀਂ ਦੇਖੋਗੇ ਹੁਣ ਫਰਨੀਚਰ ਦਾ ਜਿਹੜਾ ਵੇਅਰ ਹਾਊਸ ਬੰਦ ਹੋਣ ਜਾ ਰਿਹਾ, ਕਿੰਨਾ ਕੁਝ ਸਮਾਨ ਉੱਥੇ, ਜਿਵੇਂ ਬਾਸੀ ਸਾਹਿਬ ਨੂੰ 42 ਸਾਲ ਅੱਜ ਪੂਰੇ ਹੋਏ ਨੇ ਨਾ, ਤੇ 42 ਸਾਲਾਂ ਦਾ ਤੁਸੀਂ ਡਬਲ ਕਰ ਲਓ, ਤੁਹਾਨੂੰ 84% ਵੀ ਨਹੀਂ 90% ਡਿਸਕਾਊਂਟ ਮਿਲਣਾ। ਸੋ 90% ਆਫ ਤੇ ਤੁਸੀਂ ਫਰਨੀਚਰ ਉੱਥੋਂ ਖਰੀਦ ਕੇ ਲਿਆਉਣਾ। ਪਹੁੰਚਣਾ ਕਿਵੇਂ ਆ, ਨੰਬਰ ਕਿਹੜਾ, ਇਹਦੇ ਬਾਰੇ ਬਾਸੀ ਸਾਹਿਬ ਤੁਹਾਡੇ ਨਾਲ ਜਾਣਕਾਰੀ ਦੇਣ ਦੇ ਲਈ ਬਹੁਤ ਜਲਦੀ ਜੁੜਨਗੇ। ਨੰਬਰ ਤੁਹਾਨੂੰ ਮੈਂ ਦੇ ਦਿੰਦਾ ਜੀ, ਵੇਅਰ ਹਾਊਸ ਦਾ, ਇਹ ਦਰਵਾਜ਼ੇ ਇਹਦੇ ਬੰਦ ਕਰਨ ਲੱਗੇ, ਵੇਅਰ ਹਾਊਸ ਜੀ ਬੰਦ ਕਰਨ ਲੱਗੇ, ਫਰਨੀਚਰ ਸਾਰੇ ਦਾ ਸਾਰਾ ਵੇਚਣਾ ਚਾਹੁੰਦੇ ਨੇ 90% ਆਫ ਤੇ, ਪੂਰੇ ਦੇ ਪੂਰੇ ਘਰ ਦਾ ਫਰਨੀਚਰ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਿਰਫ ਤੇ ਸਿਰਫ ਤੁਹਾਨੂੰ ਮਿਲ ਜਾਣਾ ਉਹ 900 ਜਾਂ $850 ਦੇ ਵਿੱਚ ਹੀ। ਸੋ 905-691-1299 ਜਿਹੜਾ ਨੰਬਰ ਤੁਹਾਡੀ ਸਕਰੀਨ 'ਤੇ ਆ ਰਿਹਾ, ਇਹ ਨੰਬਰ 'ਤੇ ਤੁਸੀਂ ਫੋਨ ਕਰੋ, ਮੈਸੇਜ ਕਰੋ, ਵੀਡੀਓ ਕਾਲ ਕਰ ਲਓ, ਜਿਵੇਂ ਮਰਜ਼ੀ ਕਰ ਲਓ, ਇਹਨਾਂ ਤੋਂ ਐਡਰੈਸ ਪੁੱਛੋ ਅਤੇ ਪਹੁੰਚ ਜਾਣਾ ਤੁਸੀਂ। ਸੋ 905-691-1234 ਅਤੇ ਮੇਰੇ ਨਾਲ ਇਸ ਵੇਅਰ ਹਾਊਸ ਤੋਂ ਗੱਲਬਾਤ ਕਰਨ ਦੇ ਲਈ ਜੁੜੇ ਨੇ ਵਿੱਕੀ ਜੀ। ਵਿੱਕੀ ਜੀ, ਤੁਹਾਨੂੰ ਅੱਖਾਂ ਪੱਕ ਗਈਆਂ ਸਾਡੀਆਂ ਜੋ ਉਡੀਕਦਿਆਂ ਦੀਆਂ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ, ਧੰਨਵਾਦ ਭਾਜੀ। ਜਿੱਦਾਂ ਆਪਾਂ ਦੱਸਦੇ ਹੀ ਆਏ ਹਾਂ ਕਿ ਵੇਅਰ ਹਾਊਸ ਦੇ ਦਰਵਾਜ਼ੇ ਹੋਣ ਜਾ ਰਹੇ ਆ ਬੰਦ ਬੰਦ ਬੰਦ, ਸਾਰਾ ਸਮਾਨ ਅਪ ਟੂ 90% ਆਫ, 90% ਆਫ। ਜੇ ਬੈਡਰੂਮ ਸੈੱਟ ਦੇਖਦੇ ਸੀ, ਕੁਈਨ ਸਾਈਜ਼ ਦਾ ਬੈਡਰੂਮ ਸੈੱਟ, ਕੁਈਨ ਸਾਈਜ਼ ਬੈੱਡ LED ਲਾਈਟਾਂ ਦੇ ਨਾਲ, ਇਕੱਲਾ ਬੈੱਡ ਨਹੀਂ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ,
ਨਾਲ ਸਾਈਡ ਟੇਬਲ ਸਿਕਸ ਪੀਸ ਦਾ ਕੰਪਲੀਟ ਸੈੱਟ ਜਿਹੜਾ ਤੁਸੀਂ ਮਾਰਕੀਟ ਚੋਂ 2500 3000 ਹਜ਼ਾਰ ਦਾ ਲਿਆ ਮਹਾਰਾਜਾ ਸਟਾਈਲ ਸਿਰਫ $690 ਜਿਹੜਾ ਹੁਣੇ ਕਾਲ ਕਰੂਗਾ ਇਸ ਨੰਬਰ ਤੇ ਨਾਲ ਮੈਂਬਰੀ ਫੋਮ ਦਾ ਮੈਟਰਸ ਬਿਲਕੁਲ ਫ੍ਰੀ 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 ਕਰੋ ਕਾਲ 905-6-6-9-12-34 ਸੋ ਯੋਧਾ ਜੀ ਮੈਂ ਵਿੱਕੀ ਜੀ ਤੁਹਾਡੇ ਨਾਲ ਗੱਲ ਇਹ ਕਰਨੀ ਚਾਹੁੰਦਾ ਕਿ ਇਹ ਫਰਨੀਚਰ ਦੀ ਜਿਹੜੀ ਤੁਸੀਂ ਸੇਲ ਲਾਈ ਹੈ ਇੱਥੇ ਪਹੁੰਚਣਾ ਕਿਵੇਂ ਹੈ ਕੀ ਕੁਝ ਤੁਸੀਂ ਡਿਸਕਾਊਂਟ ਤੇ ਲਾਇਆ ਹੁਣ ਤੁਹਾਡੇ ਨਾਲ ਫਰਦਰ ਗੱਲਬਾਤ ਕਰਨਗੇ ਬਾਸੀ ਸਾਹਿਬ ਜੀ ਵਿੱਕੀ ਜੀ ਤੁਸੀਂ ਮੈਨੂੰ ਦੱਸੋ ਕਿ ਅੱਜ ਦੇ ਪ੍ਰੋਗਰਾਮ ਵਿੱਚ ਖਾਸ ਸਾਰੇ ਤੁਹਾਨੂੰ ਵਧਾਈ ਹੋਵੇ 42 ਸਾਲ ਸਾਨੂੰ ਪ੍ਰੋਗਰਾਮ ਚਲਾ ਦੇਣ ਹੋ ਗਿਆ ਤੁਹਾਡੇ ਵੱਲ ਸਾਨੂੰ ਕੋਈ ਕਾਲ ਨਹੀਂ ਆਇਆ ਤੁਹਾਡਾ ਜਿਹੜਾ ਗੁੱਸਾ ਹੈ ਨੱਕ ਤੇ ਆ ਆਈ ਡੋਂਟ ਨੋ ਕਿ ਤੁਸੀਂ ਇੰਨੀ ਜਲਦੀ ਗੁੱਸੇ ਵਿੱਚ ਹੋ ਜਾਂਦੇ ਹੋ ਆਈ ਕੁਡ ਅੰਡਰਸਟੈਂਡ ਮੈਨੂੰ ਤੁਹਾਨੂੰ ਖੁਸ਼ ਕਰਨਾ ਬਹੁਤ ਮੁਸ਼ਕਿਲ ਹੈ ਆਈ ਐਮ ਰੀਲੀ ਸੌਰੀ ਯਾ ਨਹੀਂ 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 ਬਸ ਸਭ ਤੋਂ ਸਾਡੇ ਤੋਂ ਵੱਡੇ ਹੋ ਸਾਡੇ ਸਤਿਕਾਰਯੋਗ ਹੋ ਅਸੀਂ ਤੁਹਾਡੇ ਕਹਿ ਸਕਦੇ ਬੱਚਿਆਂ ਦੇ ਤਰ੍ਹਾਂ ਹੀ ਆ ਜੀ ਛੋਟੇ ਆ ਤੁਹਾਡੇ ਤੋਂ ਬਹੁਤ ਤੁਹਾਡੇ ਤੋਂ ਸਿੱਖਦੇ ਰਹਿੰਦੇ ਹਮੇਸ਼ਾ ਤੁਹਾਡੇ ਦਾ ਅਸੀਂ ਕਦੀ ਗੁੱਸੇ ਹੋ ਹੀ ਨਹੀਂ ਸਕਦੇ ਜੀ ਅਸੀਂ ਜ਼ਿੰਦਗੀ ਵਿੱਚ ਇੱਕ ਕਸਮ ਨਹੀਂ ਖਾਧੀ ਇੱਕ ਕਮਿਟਮੈਂਟ ਕੀਤੀ ਆ ਵਾਹਿਗੁਰੂ ਸੱਚ ਪਾਤਸ਼ਾਹ ਨਾਲ ਜਿੰਨਾ ਚਿਕ ਅਸੀਂ ਜੀਂਦੇ ਹਾਂ ਇਸ ਰੇਡੀਓ ਸ਼ੋਅ ਦੇ ਉੱਪਰ ਜੇ ਕੋਈ ਫਰਨੀਚਰ ਦੀ ਐਡ ਆਵੇਗੀ ਫਰਨੀਚਰ ਦੀ ਅਨਾਊਂਸਮੈਂਟ ਆਵੇਗੀ ਫਰਨੀਚਰ ਦੇ ਬਾਰੇ ਵਿੱਚ ਕੋਈ ਬ੍ਰੇਕਿੰਗ ਨਿਊਜ਼ ਆਵੇਗੀ ਤਾਂ ਸਿਰਫ ਤੋਂ ਸਿਰਫ ਉਹ ਆਵੇਗੀ ਜਿਹੜੀ ਕਿ ਆਥੋਰਾਈਜ਼ ਕੀਤੀ ਆਵੇਗੀ ਅਵਤਾਰ ਜੀ ਵੱਲੋਂ ਕਿ ਯੈਸ ਗੋ ਹੈਡ ਸੋ ਇਹ ਇੱਕ ਸਾਨੂੰ ਗ੍ਰੀਨ ਸਿਗਨਲ ਮਿਲਿਆ ਸੀਗਾ ਕਿ ਇੱਕ ਇਸ ਵਪਾਰੀ ਸੱਜਣ ਤੋਂ ਤੁਸੀਂ ਹੈਲਪ ਕਰ ਦਿਓ ਅਤੇ ਜਿਸ ਕਰਕੇ ਤੁਹਾਡੀ ਅਸੀਂ ਹੈਲਪ ਕਰ ਰਹੇ ਹਾਂ ਅਵਤਾਰ ਜੀ ਸਾਨੂੰ ਆਥੋਰਾਈਜ਼ ਕੀਤਾ ਆ ਅਦਰਵਾਈਜ਼ ਅਸੀਂ ਕੋਈ ਬਿਜ਼ਨਸ ਹੀ ਐਡ ਨਹੀਂ ਕਰਦੇ ਸੋ ਅਵਤਾਰ ਜੀ ਇਸ ਦੇ ਬਾਵਜੂਦ ਵੀ ਆਈ ਡੋਂਟ ਨੋ ਕਿ ਇਹਨਾਂ ਦਾ ਗੁੱਸਾ ਜ਼ਾਇਜ਼ ਹੈ ਜਾਂ ਨਹੀਂ ਸੋ ਅਸੀਂ ਹੁਣ ਗਾਣਾ ਸੁਣਾਵਾਂਗੇ ਜਿਹੜਾ ਕਿ ਜ਼ਰੂਰ ਸੁਣਨਗੇ ਅਵਤਾਰ ਜੀ ਆਪਾਂ ਦੋਵੇਂ ਰੁੱਸ ਬੈਠੇ ਅਤੇ ਮਨਾਓ ਕੌਣ ਵੀ ਔਰ ਉਸ ਦੇ ਗੀਤ ਸੁਣਾਏਗੀ ਉਸ ਤੋਂ ਬਾਅਦ ਪ੍ਰੋਗਰਾਮ ਜੁੜੇ ਰਹੋ ਅਸੀਂ ਦੱਸ ਰਹੇ ਹਾਂ ਅਸਾਨੂੰ ਹੈਰਾਨ ਕਰਦੇ ਹਾਂ ਤੁਹਾਨੂੰ ਪਰੇਸ਼ਾਨ ਕਰਦੇ ਹਾਂ ਤੁਹਾਨੂੰ ਮੇਰੀ ਸੌਂ ਮੇਰੀ ਤੁਹਾਨੂੰ ਸੌਂ ਔਰ ਇੰਨਾ ਸਸਤਾ ਫਰਨੀਚਰ ਜੇ ਕੋਈ ਕੈਨੇਡਾ ਵਿੱਚ ਤੁਹਾਨੂੰ ਬੈਡਰੂਮ ਸੈੱਟ ਇਹ ਦੇ ਦੇਵੇ ਸਿਰਫ ਕਿੰਨੇ ਨੂੰ ਇਹ ਬੈਡਰੂਮ ਸੈੱਟ ਆ $690 ਤੋਂ ਉੱਪਰ ਆ $690 ਦੇ ਵਿੱਚ ਇਹ ਸਾਰਾ ਫਰਨੀਚਰ ਹੈ ਤੁਹਾਡੇ ਪੂਰੇ ਬੈਡਰੂਮ ਦਾ ਸੈੱਟ ਜਿਹੜਾ ਹੈ ਤੁਹਾਡੇ ਬੈਡਰੂਮ ਦੇ ਵਿੱਚ ਸਾਰਾ ਸਮਾਨ ਚਲ ਜਾਵੇਗਾ ਇਹਦੇ ਵਿੱਚ ਕੀ ਕੁਛ ਆ ਆਓ ਸਿਰਫ ਉਹ ਦਿਖਾਓ ਬੈਡਰੂਮ ਸੈੱਟ ਕਰਾ ਦਿਖਾ ਲਓ ਗੁਰਬੀਰ ਜੀ ਜਲਦੀ ਨਾ ਕਰੋ ਲੋਕਾਂ ਨੂੰ ਇਹ ਸਿਰਫ 5 ਪੀਸ ਨੇ 5 ਵੇਚਣੇ ਅੱਜ ਇਹ ਦੇਖੋ ਬੈਡਰੂਮ ਸੈੱਟ ਤੁਸੀਂ ਜਾ ਕੇ ਪਸੰਦ ਕਰ ਲਓ ਤੁਸੀਂ ਪੈਕ ਕਰਨਾ 2 ਦਿਨਾਂ ਬਾਅਦ 2 ਹਫ਼ਤਿਆਂ ਬਾਅਦ ਨੋ ਪ੍ਰੋਬਲਮ ਤੁਹਾਡੇ ਵਾਸਤੇ ਇਹ ਜਿਹੜਾ ਪੂਰਾ ਪੈਕ ਕੀਤਾ ਹੋਇਆ ਇਹ ਬਾਕਸਾਂ ਵਿੱਚ ਬੰਦ ਹੈ ਇਹ ਵੱਖਰਾ ਦਿੱਤਾ ਜਾਵੇਗਾ ਤੁਹਾਡੇ ਉੱਪਰ ਸਾਈਨ ਤੁਹਾਡੇ ਐਡਰੈਸ ਜਿਹੜਾ ਆ ਲੈ ਕੇ ਰੱਖਿਆ ਜਾਵੇਗਾ ਦਿਸ ਇਜ਼ ਮੇਰੇ ਉਸ ਬੈਠੀ ਤਾਂ ਮਨਾਓ ਕੌਣ ਵੇ ਅਵਤਾਰ ਜੀ ਕਹਿੰਦੇ ਆ ਕਿ ਤੁਸੀਂ ਅਸੀਂ ਰੱਸਾਂਗੇ ਨਹੀਂ ਤੁਹਾਨੂੰ ਅਸੀਂ ਮਨਾਵਾਂਗੇ ਮਨਾਉਣ ਦੇ ਵਾਸਤੇ ਅੱਜ ਐਸੀ ਸੇਲ ਲਾਤੀ ਹੈ ਇੱਕ ਐਸੇ ਬਿਜ਼ਨਸਮੈਨ ਨੇ ਜੋ ਕਿ ਬੰਦ ਕਰ ਰਿਹਾ ਆਪਣੇ ਬਿਜ਼ਨਸ ਦੇ ਤਾਲੇ ਲਾ ਰਿਹਾ ਹਮੇਸ਼ਾ ਵਾਸਤੇ ਔਰ ਮੈਨੂੰ ਦੁੱਖ ਇਸ ਚੀਜ਼ ਦਾ ਆ
ਕਿ ਹਰ ਇੱਕ ਬੰਦਾ ਚਾਹੁੰਦਾ ਹੁੰਦਾ ਕਿ ਅਸੀਂ ਬਿਜ਼ਨਸ ਖੋਲੀਏ ਤਾਂ ਇਹਨੂੰ ਅਸੀਂ ਚਾਰ ਚਾਰ ਲਾਈਏ ਤਾਂ ਇਹਨੂੰ ਅਸੀਂ ਐਕਸਪੈਂਡ ਕਰੀਏ। ਬਾਹਰਲੇ ਮਾਹੌਲ ਇਹੋ ਜਿਹੇ ਨੇ, ਨਿਕੰਮੀ ਸਰਕਾਰ ਨੇ, ਨਲਾਇਕ MPs ਨੇ, ਨਲਾਇਕ ਮੰਤਰੀਆਂ ਸੰਤਰੀਆਂ ਨੇ ਬਣਾ ਦਿੱਤੇ ਨੇ। ਫਰਨੀਚਰ ਤੁਸੀਂ ਦੇਖੋ, ਜਿਹੜਾ ਫਰਨੀਚਰ ਹੈ $3,000 ਦਾ ਸੈੱਟ ਆ, 2500 ਦਾ ਸੇਲ 'ਤੇ ਲਾਇਆ ਹੋਇਆ ਆਮ ਲੋਕਾਂ ਨੇ, ਇਹ ਤੁਹਾਨੂੰ $690 ਦਿੱਤਾ ਜਾ ਰਿਹਾ, ਇਹ ਤੁਹਾਨੂੰ ਦਿਖਾ ਰਹੇ ਹਾਂ। ਇੱਕ ਵਾਰੀ ਦੇਖੋ ਗੁਰਪ੍ਰੀਤ ਜੀ, ਤੁਹਾਡੇ ਧਿਆਨ ਦਿਓ ਪਲੀਜ਼ ਕਾਇੰਡਲੀ। ਸਰ ਤੁਹਾਨੂੰ ਅਸੀਂ ਬੈੱਡ ਦਿਖਾ ਰਹੇ ਹਾਂ ਜਿਹੜਾ ਕਿ $690 ਦਾ ਹੈ, ਇਹ ਹੈ ਲੱਕੜੀ ਦਾ। ਅਗਲੀ ਥਰੋ ਦੇ ਵਿੱਚ ਫਿਰ ਵਾਸੀ ਸਾਹਿਬ ਜਿਹੜਾ ਇਕੱਲਾ ਦਿਖਾ ਸਕਾਂਗੇ, ਕਿਉਂਕਿ ਇਹ ਵੀਡੀਓ ਇਹਨਾਂ ਨੇ ਬਣਾ ਕੇ ਵਿੱਕੀ ਜੀ ਨੇ ਭੇਜੀ ਅਤੇ 900 'ਤੇ ਹੀ ਆ ਸਾਰੀ ਸਪੀਡ, ਰੁਕਦੀ ਨਹੀਂ। ਆਈ ਸੀ ਸੋ ਤੁਸੀਂ ਮੈਨੂੰ ਦਿਖਾਓ ਜਿਹੜਾ ਬੈੱਡਰੂਮ ਸੈੱਟ ਲੱਕੜੀ ਦਾ, ਕੁਝ ਮਿੰਟਾਂ ਦਿਖਾ ਰਹੇ ਹਾਂ। ਇਹਦੇ ਵਿੱਚ ਤੁਸੀਂ ਆਪਣੇ ਨਵੇਂ ਘਰ ਵਿੱਚ ਮੂਵ ਹੋਣਾ, ਅਪਾਰਟਮੈਂਟ ਵਿੱਚ ਜਾਂ ਤੁਸੀਂ ਟਾਊਨ ਹਾਊਸ ਵਿੱਚ ਜਾਂ ਫਿਰ ਘਰ ਦੇ ਵਿੱਚ, ਤੁਹਾਡੇ ਘਰ ਦਾ ਫਰਨੀਚਰ ਬੈੱਡਰੂਮ ਸੈੱਟ ਪੂਰਾ, ਡਾਇਨਿੰਗ ਟੇਬਲ 6 ਚੇਅਰਾਂ, ਕੱਚ ਦੇ ਗਲਾਸ ਵਾਲਾ ਟੇਬਲ, ਲੈਦਰ ਦੀਆਂ ਚੇਅਰਾਂ, ਇਹ ਜਿਹੜਾ ਸੈੱਟ ਆ ਇਹ ਬਾਹਰ ਹੈ $1500 ਦਾ, ਤੁਹਾਨੂੰ ਇਹ ਦਿੱਤਾ ਜਾ ਰਿਹਾ $350 ਨੂੰ। ਕੈਨ ਯੂ ਇਮੈਜਿਨ, 6 ਚੇਅਰਾਂ ਨਾਲ ਟੇਬਲ, ਐਡਾ ਵੱਡਾ ਟੇਬਲ, ਕੀਮਤ $350। ਤੁਸੀਂ ਦੇਖੋ ਕਿ ਇੰਨਾ ਸਸਤਾ, ਕਿਉਂਕਿ ਬੰਦ ਕਰ ਰਹੇ ਨੇ। ਔਰ ਇਸ ਤੋਂ ਇਲਾਵਾ ਸੋਫਾ ਸੈੱਟ, ਆਹ ਜਿਹੜਾ ਬੈੱਡਰੂਮ ਸੈੱਟ ਆ, ਆਹ ਦੇਖੋ 2 ਐਂਡ ਟੇਬਲ ਨੇ, ਮਿਰਰ ਹੈ ਤੁਸੀਂ ਤੁਹਾਡੇ ਸਾਹਮਣੇ, ਡਾਇਨਿੰਗ ਟੇਬਲ ਆ, ਸੋਫਾ ਆ, ਕੌਫੀ ਟੇਬਲ ਆ, ਨਾਲ ਹੀ ਮੈਟਰਸ ਆ, ਅਤੇ ਇਸ ਬੈੱਡ ਦਾ ਜਿਹੜਾ ਸਾਈਜ਼ ਆ ਉਹ ਕਿਊਨ ਸਾਈਜ਼ ਆ, ਸਭ ਤੋਂ ਵੱਡਾ ਸਾਈਜ਼ ਕਿਊਨ ਸਾਈਜ਼ ਹੁੰਦਾ, ਕਿੰਗ ਸਾਈਜ਼, ਹਾਂਜੀ ਮਾਫ ਕਰਨਾ। ਸੋ ਇਹ ਸਭ ਤੋਂ ਵੱਡਾ ਸਾਈਜ਼ ਤੁਹਾਨੂੰ ਮਿਲੇਗਾ ਸਿਰਫ $600 ਤੇ $90 ਨੂੰ। ਸੋ ਇੰਨਾ ਸਸਤਾ ਬੈੱਡ ਸੈੱਟ ਮਿਲ ਸਕਦਾ? ਨਹੀਂ ਮਿਲ ਸਕਦਾ। ਸੋ ਇਹ 90 ਗੁਰਪ੍ਰੀਤ ਜੀ, ਐਡਰੈਸ ਦਿਓ ਪਲੀਜ਼, ਬਾਕੀ ਦੀ ਗੱਲ ਛੱਡੋ। ਐਡਰੈਸ ਬਸ ਨੰਬਰ ਹੀ ਇਹਨਾਂ ਦਾ ਦੇਣਾ ਜੀ, 905-600-1234-90 ਡੈਲਟਾ 'ਤੇ ਤੁਸੀਂ ਪਹੁੰਚਣਾ ਜੀ ਏਅਰਪੋਰਟ ਕੁਈਨ ਦੇ ਕੋਲ, ਕਿਤੇ ਹੋਰ ਬੂਹੇ ਦਾ ਭੁਲੇਖਾ ਨਹੀਂ ਖਾਣਾ, 90 ਡੈਲਟਾ 'ਤੇ ਪਹੁੰਚਣਾ ਤੁਸੀਂ, 90 ਡੈਲਟਾ 'ਤੇ। ਵਿੱਕੀ ਜੀ, ਕਿਵੇਂ 90 ਡੈਲਟਾ 'ਤੇ ਪਹੁੰਚਿਆ ਜਾਵੇ? ਵਿੱਕੀ ਜੀ ਦੱਸੋ ਕਿ ਤੁਹਾਡਾ ਜਿਹੜਾ ਵੇਅਰ ਹਾਊਸ ਹੈ, ਲੋਕਾਂ ਨੇ ਪਹਿਲੀ ਵਾਰੀ ਆਉਣਾ ਕਿ ਤੁਸੀਂ ਪਹਿਲਾਂ ਖੋਲਿਆ ਨਹੀਂ ਪਬਲਿਕ ਵਾਸਤੇ, ਪਹਿਲਾਂ ਸਟੋਰਾਂ ਵਾਲਿਆਂ ਵਾਸਤੇ ਸੀਗਾ। ਇਹ 90 ਡੈਲਟਾ ਦੇ ਉੱਪਰ, ਇਹ ਡੈਲਟਾ ਕੁਈਨ ਅਤੇ ਏਅਰਪੋਰਟ ਦੇ ਕੋਲ ਹੈ। ਨੰਬਰ ਹੈ 905-600-1234-1234, ਅੱਜ 7 ਵਜੇ ਤੱਕ, ਕੱਲ੍ਹ ਨੂੰ 7 ਵਜੇ ਤੱਕ। ਦੱਸੋ ਕਿ ਜਿਹੜੇ ਲੋਕ ਬ੍ਰਹਮਟਨ ਹਾਸਪਿਟਲ ਦੇ ਆਸ ਪਾਸ ਰਹਿੰਦੇ ਨੇ, ਕਿਵੇਂ ਆਉਣ? ਬ੍ਰਹਮਟਨ ਤੋਂ ਜਦੋਂ ਤੁਸੀਂ ਹਾਸਪਿਟਲ ਤੋਂ ਚੜ੍ਹਦੇ ਹੋ ਜੀ, ਬੁਵੇੜ ਤੋਂ ਰਾਈਟ ਕਰ ਲੈਣੀ ਹੈ ਜੀ, ਤੁਸੀਂ ਏਅਰਪੋਰਟ ਰੋਡ ਤੇ ਚੜ੍ਹ ਜਾਣਾ, ਕੁਈਨ ਤੋਂ ਆ ਕੇ ਫਿਰ ਤੁਸੀਂ ਲੈਫਟ ਕਰ ਲੈਣੀ ਹੈ ਜੀ, ਫਿਰ ਉਸ ਤੋਂ ਤੁਸੀਂ ਜਦੋਂ ਕੁਈਨ ਦੇ ਉੱਪਰ ਆਉਂਦੇ ਹੋ ਤੇ ਤੁਸੀਂ ਡੈਲਟਾ ਦੇਖ ਲੈਣਾ, ਡੈਲਟਾ ਤੋਂ ਤੁਸੀਂ ਜਦੋਂ ਰਾਈਟ ਕਰਦੇ ਹੋ ਤੇ ਤੁਸੀਂ ਬਿਲਕੁਲ ਸਾਡੀ ਜਿਹੜੀ ਆ ਡਾਇਰੈਕਸ਼ਨ ਰੋਡ ਦੇ ਡੈਲਟਾ ਦੇ ਉੱਪਰ ਹੀ ਆ, ਸਾਡੇ ਬਹੁਤ ਵੱਡੇ ਵੱਡੇ ਸਾਈਨ ਲੱਗੇ ਹੋਏ ਆ ਜੀ ਕਲੋਜ਼ਿੰਗ ਸੇਲ ਦੇ। ਹੋਲਡ ਔਨ ਜੀ, ਕਿੰਨਾ ਇਹਨਾਂ ਨੇ ਐਡਰੈਸ ਗਲਤ ਦਿੱਤਾ, ਕੰਪਲੀਕੇਟ ਕਰਤਾ। ਤੁਸੀਂ ਬ੍ਰਹਮਟਨ ਹਾਸਪਿਟਲ ਤੇ ਹੋ, ਤੁਸੀਂ ਬੋਵਿਡ ਲੈ ਲਓ, ਏਅਰਪੋਰਟ ਤੇ ਆਣ ਕੇ ਰਾਈਡ ਕਰ ਲਓ, ਜਿੱਥੇ CIBC ਬੈਂਕ ਹੈ, ਜਿੱਥੇ BMBO ਕਿਹੜੀ ਆ, ਬੈਂਕ ਆਫ ਮੋਂਟਰੀਅਲ ਹੈ ਨਾ, ਔਰ ਨਾਲ ਸ਼ਬਦ ਠੇਕਾ ਸਾਨੂੰ ਜਾਣਦੇ ਹੋ, ਤੁਸੀਂ ਏਅਰਪੋਰਟ ਤੇ ਆ ਜਾਣਾ, ਰਾਈਡ ਕਰਨਾ, ਤੁਸੀਂ ਮਾਲਟਨ ਨੂੰ ਆ ਜਾਣਾ ਸਮਝੋ। ਜਦੋਂ ਤੁਸੀਂ ਨਾਰਥ ਪਾਰਕ, ਵਿਲੀਅਮ ਪਾਰਕ ਲੰਘੋਗੇ ਤਾਂ ਤੁਸੀਂ ਕੁਈਨ ਸਟਰੀਟ ਤੇ ਲੈਫਟ ਕਰਨਾ ਹੈ, ਰਾਈਟ ਲੈਫਟ ਕਰਕੇ ਪਹਿਲੀ ਟ੍ਰੈਫਿਕ ਲਾਈਟ ਜਿਹੜੀ ਹੈ ਉਹ ਰਾਈਟ ਕਰਨੀ ਹੈ ਜੀ, ਬਿਲਕੁਲ, ਜਿਹੜੀ ਪਹਿਲੀ ਟ੍ਰੈਫਿਕ ਲਾਈਟ ਹੈ ਜਦੋਂ ਕੁਈਨ ਤੇ ਲੈਫਟ ਕਰਨਾ, ਪਹਿਲੀ ਜਿਹੜੀ ਆ ਰੋਡ ਉਹ ਰਾਈਟ ਕਰਨੀ ਆ, ਉਹ ਡੈਲਟਾ ਆ, ਤੇ ਉਹਦੇ ਉੱਪਰ ਸੱਜੇ ਹੱਥ 90 ਲਿਖਿਆ ਹੋਣਾ, 90 90 ਡੈਲਟਾ, ਤਾਂ ਉਹਦੇ ਵਿੱਚ ਵੜ ਜਾਣਾ ਆ, ਤੇ ਉਹਦੇ ਵਿੱਚ ਕੁਝ ਪੋਰਸ਼ਨ ਜਿਹੜਾ ਮੋਹਰਲਾ ਹਿੱਸਾ
ਉਹਦੇ ਉੱਪਰ ਸਿਰਫ ਸਿੰਪਲ ਰੱਖੇ ਹੋਏ ਨੇ ਬੈੱਡ ਸੈੱਟ ਦੇ, ਕਾਫੀ ਟੇਬਲ ਦੇ, ਡਾਇਨਿੰਗ ਟੇਬਲ ਦੇ, ਸੋਫੇ ਦੇ, ਕਾਫੀ ਟੇਬਲ ਦੇ। ਸੋ ਇਹ ਸਿੰਪਲ ਤੁਸੀਂ ਪਸੰਦ ਕਰਨੇ ਆ। ਤੁਸੀਂ ਜੇ ਸਾਰੇ ਘਰ ਦਾ ਫਰਨੀਚਰ ਲੈਣਾ ਆ ਤਾਂ ਤੁਹਾਨੂੰ 950 ਚ ਮਿਲ ਜਾਣਾ। ਜੇ ਤੁਸੀਂ ਬੈੱਡਰੂਮ ਸੈੱਟ ਲੈਣਾ ਆ, ਆਹ ਜਿਹੜਾ ਲੱਕੜ ਦਾ ਆ, ਇਹਦੀ ਕੀਮਤ 2500 ਆ, ਇਹ ਤੁਹਾਨੂੰ $690 ਚ ਮਿਲ ਜਾਣਾ। ਜੇ ਤੁਸੀਂ ਸਾਰਾ ਸੈੱਟ ਲੈਣਾ ਆ, ਕਾਫੀ ਟੇਬਲ, ਡਾਇਨਿੰਗ ਟੇਬਲ, ਸੋਫਾ ਸੈੱਟ, ਕਾਫੀ ਟੇਬਲ, ਡਾਇਨਿੰਗ ਟੇਬਲ, ਸੋਫਾ ਸੈੱਟ, ਬੈੱਡ ਸੈੱਟ, ਤੇ ਇਹਦੀ ਕੀਮਤ ਜਿਹੜੀ ਆ ਕਿੰਨੀ ਆ? 900 ਬੈੱਡਰੂਮ ਸੈੱਟ ਦੀ, $690 ਜੀ। ਬੈੱਡਰੂਮ ਸੈੱਟ ਦੀ 690, ਪਰ ਜੇ ਸਾਰਾ ਸੈੱਟ ਲੈਣਾ ਆ ਉਹ ਕਿੰਨੇ ਦਾ ਆ? $990 ਦਾ ਇੱਕ ਕੰਪਲੀਟ ਕੋਂਬੋ ਆ ਜੀ। ਔਰ ਜਿਹੜਾ ਵੀ ਆ ਕੇ ਬਾਸੀ ਸਾਹਿਬ ਦਾ ਰੈਫਰੈਂਸ ਦਊਗਾ, ਨਾਲ ਫਰਿੱਜ ਬਿਲਕੁਲ ਫ੍ਰੀ ਦੇਵਾਂਗੇ ਜੀ। $990 ਚ ਫਰਨੀਚਰ ਤਾਂ ਹੋ ਗਿਆ, ਨਾਲ ਫ੍ਰਿਜ ਰੈਫਰੀਜਰੇਟਰ ਬਿਲਕੁਲ ਫ੍ਰੀ। ਓ ਮਾਈ ਗੋਡ, ਕਮ ਔਨ ਬੇਬੀ, ਫ੍ਰਿਜ ਨਾਲ ਫ੍ਰੀ ਹੈ ਜੀ, ਉਹ ਵੀ ਬ੍ਰੈਂਡ ਨਿਊ, ਉਹ ਬਾਕਸ ਵਿੱਚ ਬੰਦ ਜੀ। ਇਹਦੇ ਮਤਲਬ ਕਿ ਫ੍ਰਿਜ 9000 ਦੀ 1100 ਦੀ ਆਉਂਦੀ ਆ, ਤੇ ਫ੍ਰਿਜ ਦੀ ਕੀਮਤ ਤੇ ਬਾਕੀ ਸਾਰਾ ਫਰਨੀਚਰ ਫ੍ਰੀ ਆ। ਬਿਲਕੁਲ ਬਿਲਕੁਲ, ਫ੍ਰਿਜ ਬਾਏ ਕਰੋ $990 ਦੀ, ਘਰ ਦਾ ਫਰਨੀਚਰ ਫ੍ਰੀ। ਓ ਮਾਈ ਗੋਡ, ਮਾਈ ਗੁੱਡਨੈਸ, ਇਹ ਕੀ ਹੋ ਰਿਹਾ, ਇਹ ਕੈਨੇਡਾ ਵਿੱਚ ਕੀ ਹੋ ਗਿਆ? ਬਸ ਫਿਰ ਉਹੀ ਗੱਲ ਆ ਜਾਂਦੀ ਸੀ, ਕਿਉਂਕਿ ਸਾਨੂੰ ਨਾ ਕੁਛ ਤਰੀਕਾਂ ਮਿਲੀਆਂ ਹੋਈਆਂ, ਉਹ ਤੇ ਉਦੋਂ ਤੱਕ ਸਾਨੂੰ ਵੇਅਰ ਹਾਊਸ ਖਾਲੀ ਕਰਨਾ ਪੈਣਾ। ਅਸੀਂ ਚਾਹੁੰਦੇ ਨਹੀਂ ਕਿ ਸਾਡਾ ਸਮਾਨ ਜਿਹੜਾ ਖਰਾਬ ਹੋਵੇ, ਟ੍ਰੇਲਰਾਂ ਚ ਮੂਵ ਕਰਦੇ ਆ ਟੁੱਟ ਜਵੇ। ਆਈ ਅੰਡਰਸਟੈਂਡ, ਪਹਿਲਾਂ ਇਹ ਸਮਾਨ ਨੂੰ ਪੈਕ ਕਰਨਗੇ, ਮਤਲਬ ਰੈਪ ਕਰਨਗੇ, ਫਿਰ ਇਹਨੂੰ ਉਹ ਸਮਾਨ ਨੂੰ ਟਰੱਕਾਂ ਵਿੱਚ ਰੱਖਣਗੇ, ਫਿਰ ਇਹ ਲੋਡ ਕਰਨਗੇ ਪਹਿਲਾਂ, ਫਿਰ ਅਨਲੋਡ ਕਰਨਗੇ, ਫਿਰ ਉਹਦੇ ਨਾਲੋਂ ਬੈਟਰ ਹੀ ਆ, ਸਕਰੈਚ ਆਵੇ, ਕੋਈ ਟੁੱਟ ਭੱਜ ਹੋਵੇ, ਉਹਦੇ ਨਾਲ ਇਹ ਚਾਹੁੰਦੇ ਕਿ ਸਸਤਾ ਹੀ ਵੇਚ ਦਿਓ, ਖਹਿੜਾ ਛਡਾਓ, ਜਿੰਨੇ ਪੈਸੇ ਆ ਗਏ ਉਨੇ ਹੀ ਲੈ ਲਓ। ਇਸ ਕਰਕੇ ਤੁਹਾਨੂੰ ਫਰਿੱਜ ਨਾਲ ਫ੍ਰੀ ਦੇ ਰਹੇ ਨੇ $990 ਵਿੱਚ ਸਾਰਾ ਫਰਨੀਚਰ ਨਾਲ ਫਰਿੱਜ ਜਿਹੜੀ ਆ ਉਹ ਹੁਣ ਅਨਾਊਂਸ ਕੀਤੀ ਆ ਹੁਣੇ। ਇਹ ਕਿੰਨੇ ਸੈੱਟ ਆ? ਕਿੰਨੇ? ਇਹ ਸਾਡੇ ਕੋਲ ਤਕਰੀਬਨ 15-20 ਸੈੱਟ ਹੈਗੇ ਜੀ। ਬਸ ਸਰ 15-20 ਸੈੱਟ ਨੇ। ਕਿੰਨੀ ਕਮਿਊਨਿਟੀ ਹੈ ਇੱਥੇ ਜੀ? ਕਿੰਨੀ ਕਮਿਊਨਿਟੀ ਆ? 15-20 ਫੈਮਿਲੀ ਦਾ ਅੱਜ ਇੱਕ ਜਹਾਜ਼ ਚ ਆ ਰਹੀ ਆ ਮੈਂ ਜਾਣਦਾ ਜੀ। ਉਹ ਸਿੱਧੇ ਇੱਥੇ ਆ ਜਾਣਗੇ। ਤੁਸੀਂ ਫਰਨੀਚਰ ਅੱਜ ਪਸੰਦ ਕਰ ਲਓ, ਜ਼ਰੂਰੀ ਨਹੀਂ ਤੁਹਾਨੂੰ ਅੱਜ ਪੈਕ ਕਰਨਾ, ਤੁਸੀਂ ਪੈਕ ਜਦੋਂ ਮਰਜ਼ੀ ਕਰ ਲਿਓ ਹਫ਼ਤੇ ਦੇ ਵਿੱਚ। ਸੋ ਨੋ ਪ੍ਰੋਬਲਮ, ਆਓ ਨੰਬਰ ਨੋਟ ਕਰ ਲਓ, 905-692-1234 ਨੰਬਰ ਨੋਟ ਕਰੋ, 905-691-1234 ਜੀ। ਬਿਲਕੁਲ ਜੀ। ਸੋ ਇਸ ਵੇਲੇ ਸਾਡੇ ਨਾਲ ਬਸ ਬਹੁਤ ਖਾਸ ਦੋ ਸ਼ਖਸੀਅਤਾਂ ਜੁੜੀਆਂ ਨੇ ਜੀ, ਅਵਤਾਰ ਗਾਖਲ ਸਾਹਿਬ ਤੇ ਨਾਲ ਦੀ ਨਾਲ ਸਵੰਤ ਸਿੰਘ ਟਹਿਣਾ ਸਾਹਿਬ। ਸੋ ਜਿਹੜੇ ਅੱਜ ਆਪਣੇ ਰੇਡੀਓ ਦੇ ਇੰਨਾ ਲੰਬਾ ਸਫ਼ਰ ਪੂਰਾ ਕੀਤਾ ਜੀ, ਸੋ ਉਹਦੇ ਸੰਬੰਧ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ। ਦੇਰ ਆਏ ਦਰੁਸਤ ਆਏ ਪਰ ਫਿਰ ਵੀ ਸਾਡੇ ਆਪਣੇ ਹੁਣ ਆਏ। ਤੁਸੀਂ ਹੈਰਾਨ ਹੋ ਜਿੰਨੇ ਚਿਰ ਕਿ ਤੁਹਾਡਾ ਆਪਣਾ ਨਹੀਂ ਆਉਂਦਾ ਵਿਆਹ ਦੇ ਵਿੱਚ, ਮੰਗਣੀ ਦੇ ਵਿੱਚ, ਘਰ ਦੇ ਵਿੱਚ ਫੰਕਸ਼ਨ 'ਚ, ਤੁਹਾਡੀ ਅੱਖਾਂ ਉਡੀਕਦੀਆਂ ਨੇ ਕਿ ਤੁਹਾਡਾ ਦਿਲ ਵਾਜਾ ਮਾਰਦਾ, ਅੱਖੀਆਂ ਉਡੀਕਦੀਆਂ, ਦਿਲ ਵਾਜਾ ਮਾਰਦਾ, ਆ ਜਾ ਵੀ ਆ ਜਾ ਆ ਜਾ। ਕੌਣ ਆਏ ਨੇ? ਇਹ ਸਾਡੇ ਦਿਲ ਦੇ ਜਾਨੀ ਆਏ ਨੇ, ਇਹ ਸਾਡੇ ਐਸੇ ਪਿਆਰ ਮੋਹ ਮੁਹੱਬਤ ਦਾ ਪੈਗਾਮ ਦੁਨੀਆਂ ਵਿੱਚ ਵੰਡਣ ਵਾਲੇ ਆਏ ਨੇ। ਇਹ ਦੋ ਐਸੀਆਂ ਆਵਾਜ਼ਾਂ ਆਈਆਂ ਨੇ ਜਿਹੜੀ ਕਿ ਆਸ ਵਿੱਚ ਜਦੋਂ ਟਕਰਾਉਂਦੀਆਂ ਨੇ ਤਾਂ ਜਿਸ ਤਰ੍ਹਾਂ ਬੱਦਲ ਅਤੇ ਬੱਦਲਾਂ ਦੇ ਨਾਲ ਬਿਜਲੀ ਟਕਰਾਉਂਦੀ ਹੈ ਤਾਂ ਆਕਾਸ਼ 'ਤੇ ਲਾਈਟਿੰਗ ਜਿਹੜੀ ਹੈ ਉਹ ਆਉਂਦੀ ਹੈ। ਸੋ ਇਹਨਾਂ ਦੇ ਆਉਣਾ ਸਾਡੇ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ। ਮੇਰੀ ਲਾਈਨ 'ਚ ਇਸ ਵੇਲੇ ਟਹਿਣਾ ਜੀ ਨੇ, ਦੂਜੇ ਪਾਸੇ ਅਵਤਾਰ ਗਾਖਲ ਜੀ ਨੇ। ਗਾਖਲ ਸਾਹਿਬ, ਤੁਸੀਂ ਟਹਿਣਾ ਸਾਹਿਬ ਨੂੰ ਲੈ ਕੇ ਆਏ ਜੀ, ਟਹਿਣਾ ਸਾਹਿਬ ਤੁਹਾਨੂੰ ਲੈ ਕੇ ਆਏ ਨੇ, ਤੁਹਾਡਾ ਵੈਲਕਮ ਕਰਦੇ ਹਾਂ, ਖਾਸ ਇਸ ਸਾਰੇ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਦੇ ਰਹੇ ਹਾਂ।
ਟੈਨਿਸ ਸਾਹਿਬ ਵੈਲਕਮ, ਅਵਤਾਰ ਜੀ ਵੈਲਕਮ। 40 ਸਾਲ ਦੇ ਸਫ਼ਰ ਨੂੰ ਤੈਅ ਕਰਕੇ ਇੱਕ ਦਰਖਤ, ਤੁਸੀਂ ਬਹੁਤ ਵੱਡਾ ਦਰਖਤ ਹੋ, ਅਸੀਂ ਟਾਹਣੀਆਂ ਜੀ, ਤੇ ਟਾਹਣੀਆਂ ਬਣ ਕੇ ਇਸ ਸਫ਼ਰ ਨੂੰ ਆਪਾਂ ਬਿਲਕੁਲ ਕੰਪਲੀਟ ਕਰ ਲੈਣਾ, ਤੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਟਹਿਣਾ ਸਾਹਿਬ ਨੂੰ ਜੀ ਆਇਆ ਕਹਿੰਦਾ। ਟਹਿਣਾ ਸਾਹਿਬ ਆ ਜਾਓ ਸਰ, ਲੰਘਿਓ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਅਵਤਾਰ ਭਾਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਤੇ ਇਸ ਤਖਾਰ ਵਾਸੀ ਸਾਹਿਬ, ਤੁਹਾਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੁਬਾਰਕਾਂ। ਅਸਲ ਦੇ ਵਿੱਚ ਨਾ, ਜਦੋਂ ਕੋਈ ਵਧਾਈ ਦੇਣੀ ਹੋਵੇ ਇੱਦਾਂ, ਉਹ ਜਦੋਂ ਆਪਣੇ ਹੀ ਖੇਤਰ ਵਾਲਾ ਕੋਈ ਛੋਟਾ ਜਾਂ ਵੱਡਾ ਵਧਾਈ ਦੇਵੇ, ਇਉਂ ਲੱਗਦਾ ਵੀ ਸ਼ਬਦ ਪਾਉਣੇ ਪੈ ਜਾਂਦੇ ਆ। ਮੇਰੇ ਤੇ ਮੇਰੇ ਵਰਗਿਆਂ ਦੇ ਤੇ ਅਵਤਾਰ ਭਾਜੀ ਵਰਗਿਆਂ ਦੇ, ਸਾਡੇ ਤੁਸੀਂ ਪਤਾ ਨੀ ਕਿੰਨੇ ਕੁ ਲੋਕਾਂ ਦੇ ਐਸੇ ਰੋਲ ਮਾਡਲ ਹੋ ਵੀ ਭਾਈ ਸਾਡੇ ਮੂੰਹ ਦੇ ਵਿੱਚੋਂ ਉਹ ਸ਼ਬਦ ਹਾਲੇ ਵੱਡੇ ਨਹੀਂ ਬਣੇ। ਪਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ ਵੀ ਤੁਸੀਂ ਉਸ ਵੇਲੇ ਬੂਟਾ ਲਾਇਆ ਜਿਸ ਵੇਲੇ ਇੱਥੇ ਪੰਜਾਬੀ ਮੀਡੀਆ ਕੁਸਕਦਾ ਨਹੀਂ ਸੀ, ਕੋਈ ਦਿਸਦਾ ਨਹੀਂ ਸੀਗਾ। ਪਰ ਅੱਜ ਬਹੁਤ ਸਾਰੇ ਜਿਹੜੇ ਆ ਉਹ ਸਾਡੇ ਸੱਜਣ ਸਹੇਲੜੇ ਇਸ ਖੇਤਰ ਦੇ ਵਿੱਚ ਆ। 42 ਸਾਲ ਦਾ ਸਫ਼ਰ ਛੋਟਾ ਨਹੀਂ, ਮੈਂ ਆਪਣੇ ਦੋਸਤਾਂ ਦੇ ਨਾਲ ਬੁਰਜ ਖਲੀਫਾ ਜਿੱਤਣ ਆਇਆ ਸੀ ਇੱਥੇ ਦੁਬਈ ਦੇ ਵਿੱਚ, 125ਵੀਂ ਮੰਜ਼ਿਲ ਤੇ ਆ ਮੈਂ ਇਸ ਵੇਲੇ ਖੜਾ। ਮੈਨੂੰ ਹੁਕਮ ਹੋਇਆ, ਮੈਂ ਕਿਹਾ ਯਾਰ ਪਹਿਲੀ ਗੱਲ ਤਾਂ ਇਹ ਆ ਕਿ 125 ਸਾਲ ਤੱਕ ਦਾ ਸਫ਼ਰ ਇਹ ਇਵੇਂ ਤੈਅ ਹੋਵੇ। ਅੱਛਾ, ਇੱਕ ਗੱਲ ਹੈ ਸੁਣਨ ਵਾਲੀ ਆ, ਔਰ ਤੁਹਾਨੂੰ ਸੁਣ ਕੇ ਕੁਝ ਪਲ ਮਜਬੂਰ ਕਰ ਦੇਵੇਗੀ ਸੋਚਣ ਨੂੰ। ਕਹਿੰਦੇ ਨੇ ਕਿ ਜਦੋਂ ਕੋਈ ਸਾਡੀ ਜਾਨ ਬਚਾਉਂਦਾ ਹੈ, ਜਦੋਂ ਕੋਈ ਸਾਡੀ ਜਾਨ ਬਚਾਉਂਦਾ ਹੈ ਤਾਂ ਉਹ ਰੱਬ ਵਰਗਾ ਨਹੀਂ, ਰੱਬ ਉਸ ਵਰਗਾ ਲੱਗਣ ਲੱਗ ਪੈਂਦਾ ਹੈ। ਕਮਾਲ ਦੀ ਗੱਲ ਹੈ ਟਹਿਣਾ ਸਾਹਿਬ, ਜਿਹੜੇ ਤੁਸੀਂ ਸ਼ਬਦਾਂ ਦੀ ਵਰਤੋਂ ਕੀਤੀ ਆ। ਕਹਿੰਦੇ ਨੇ ਕਿ ਹੱਸਦਿਆਂ ਸੋਚਿਆਂ ਨਹੀਂ ਜਾ ਸਕਦਾ, ਹੱਸਦਿਆਂ ਸੋਚਿਆਂ ਨਹੀਂ ਜਾ ਸਕਦਾ, ਸੋਚਦਿਆਂ ਹੱਸਿਆਂ ਨਹੀਂ ਜਾ ਸਕਦਾ। ਸਮਝ ਹੈ, ਗੁੰਝਦਾ ਦਿਸਦਾ ਘੱਟ ਹੈ, ਛੁਪਿਆ ਹੋਇਆ ਵਧੇਰੇ ਹੁੰਦਾ ਹੈ। ਇੱਕ ਅੱਜ ਹਕੀਕਤ ਹੈ ਕਿ ਜ਼ਿੰਦਗੀ ਦੀ 42 ਸਾਲ ਦਾ ਜਿਹੜਾ ਸਫ਼ਰ ਅਸੀਂ ਤੈਅ ਕੀਤਾ ਆ, ਇਹਦੇ ਵਿੱਚ ਹਰ ਇੱਕ ਵਿਅਕਤੀ ਦਾ ਯੋਗਦਾਨ ਹੈ। ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਵਤਾਰ ਗਾਖਲ ਸਾਹਿਬ, ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸਵੀਟ ਮਹਿਲ ਦੇ ਸੁੱਖਾ ਜੀ, ਵੱਖ ਵੱਖ ਵਪਾਰੀ ਸੱਜਣ, ਵੱਖ ਵੱਖ ਮੀਡੀਆ ਵਾਲੇ, ਜਿਵੇਂ ਕਿ ਸਾਡੇ ਪੰਜਾਬ ਤੋਂ ਅਸੀਂ ਜਾਂਦੇ ਹਾਂ ਤਾਂ ਭਾਅ ਜੀ ਸਾਹਿਬ ਬਰਿੰਦਰ ਸਿੰਘ ਹਮਦਰਦ ਸਾਹਿਬ ਤੋਂ ਅਸੀਂ ਗੁਣ ਜਿਹੜੇ ਆ ਲੈ ਕੇ ਆਉਂਦੇ ਹਾਂ, ਤਾਂ ਉਹਨਾਂ ਦੀ ਘੂਰ ਜਿਹੜੀ ਆ ਉਹ ਵੀ ਸਾਨੂੰ ਚੰਗੀ ਲੱਗਦੀ ਹੈ, ਕਿਉਂਕਿ ਅਸੀਂ ਉਹਨਾਂ ਦੇ ਆਪਣੇ ਹੋਣ ਕਰਕੇ ਅਸੀਂ ਬੜਾ ਕੁਝ ਸਿੱਖਣ ਜਾਂਦੇ ਹਾਂ। ਔਰ ਜ਼ਿੰਦਗੀ ਵਿੱਚ ਅਸੀਂ ਭਾਵੇਂ 42 ਸਾਲ ਦਾ ਸਫ਼ਰ ਤੈਅ ਕੀਤਾ ਆ, ਪਰ ਹਾਲੇ ਵੀ ਅਸੀਂ ਸਿੱਖਦੇ ਹਾਂ। ਤੁਸੀਂ ਜੇ ਸਟੂਡੈਂਟ ਬਣਦੇ ਰਹੋ ਜ਼ਿੰਦਗੀ ਵਿੱਚ, ਬਹੁਤ ਕੁਝ ਸਿੱਖੋਗੇ। ਤੁਸੀਂ ਜੇ ਕਰਮ ਹੋਗੇ ਤਾਂ ਮੈਂ ਤਾਂ ਪ੍ਰਿੰਸੀਪਲ ਹਾਂ, ਫਿਰ ਤਾਂ ਗੱਲ ਛੱਡੋ। ਇੱਥੇ ਅੱਜ ਕੱਲ੍ਹ ਸਟੂਡੈਂਟ ਘੱਟ ਨੇ, ਸਕੂਲਾਂ ਵਿੱਚ ਸਾਰੇ ਹੀ ਪ੍ਰਿੰਸੀਪਲ ਬਣੇ ਹੋਏ, ਅਤੇ ਸਟੂਡੈਂਟ ਜਿਹੜੇ ਨੇ ਉਹ ਹੈ ਹੀ ਨਹੀਂ ਕੋਈ ਸਾਡੇ ਸਕੂਲ ਦੇ ਵਿੱਚ, ਪੰਜਾਬ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਸਾਰੇ ਟਹਿਣਾ ਸਾਹਿਬ ਕੋਈ ਵੀ ਸਿੱਖਣ ਵਾਲਾ ਨਹੀਂ ਗਿਆ ਵਿਦਿਆਰਥੀ। ਸਾਰੇ ਕਹਿੰਦੇ ਕਿ ਅਸੀਂ ਸਿਖਾਲਣ ਵਾਲੇ ਹਾਂ, ਤਾਂ ਉਹ ਦੇਸ਼, ਉਹ ਫਿਰ ਕਿੱਤਾ, ਉਹ ਫਿਰ ਜਿਹੜਾ ਬਿਜ਼ਨਸ ਆ, ਉਹ ਜਿਹੜਾ ਪ੍ਰੋਫੈਸ਼ਨ ਆ, ਉਹ ਫਿਰ ਕਿਵੇਂ ਕਿੱਧਰ ਨੂੰ ਜਾਊਗਾ? ਉਹ ਫਿਰ ਆਪੇ ਕਹੂਗਾ ਕਿ ਕੈਨੇਡਾ ਨੂੰ ਕਨੇਡਾ, ਆਪੇ ਕਹੂਗਾ ਮੁਲਕ ਨੂੰ ਮੁਲਕ, ਤੇ ਆਪੇ ਫਿਰ ਕਹੂਗਾ ਜਿੱਥੇ ਕਿ ਟੀਚਰ ਜੀ ਸਾਹਿਬ। ਅੱਜ ਖੁਸ਼ੀਆਂ ਖੇੜੇ ਤੁਹਾਡੇ ਵਿਹੜੇ, ਸਾਡੇ ਵਿਹੜੇ, ਸਾਰੇ ਪਰਿਵਾਰਾਂ ਦੇ ਵਿਹੜੇ। 42 ਸਾਲ ਦਾ ਸਫ਼ਰ, 42 ਸਾਲ ਦਾ ਨਾ ਜਿਹੜੇ ਬਜ਼ੁਰਗ ਵੀ ਹੋਵੇ ਜਾਂ ਕੋਈ ਅਡਲਟ ਵੀ ਹੋਵੇ ਤਾਂ ਗੋਡੇ ਗਿੱਟੇ ਉਹਦੇ ਵੀ ਥੋੜਾ ਜਿਹਾ ਲੰਘ ਮਾਰ ਜਾਂਦੇ ਹੁੰਦੇ ਆ। ਪਰ ਜਿੱਦਾਂ ਚੜ੍ਹਾਈ ਗਾਉਂਦਾ ਪੰਜਾਬ ਦੀ ਡੇ 1 ਤੋਂ ਹੈ, ਬੀਬੀਸੀ ਟੋਰਾਂਟੋ ਦੀ ਹੈ, ਪਾਸੀ ਸ਼ੋ ਦੀ ਹੈ, ਅੱਜ 42 ਸਾਲ, 420 ਸਾਲ, ਹਜ਼ਾਰਾਂ ਸਾਲ ਦਾ ਸਫ਼ਰ ਤੁਸੀਂ ਏਦਾਂ ਹੀ ਤੈਅ ਕਰੋ। ਇਹੀ ਸਾਡੀ ਆਸ, ਅਰਦਾਸ, ਅਰਜ਼ੋਈ, ਬੇਨਤੀ, ਗੁਜ਼ਾਰਿਸ਼ ਪਰਮਾਤਮਾ ਦੇ ਅੱਗੇ ਰਹੇਗੀ ਸਮੁੱਚੀ ਟੀਮ। ਜਦੋਂ ਗੁਰਭੇਜ ਸਿੱਧੂ ਸਾਹਿਬ ਦੀ ਗੱਲ ਆਉਂਦੀ ਹੈ ਬਾਸੀ ਸਾਹਿਬ, ਸਿੱਧੂ ਸਾਹਿਬ ਦਾ ਬਹੁਤ ਵੱਡਾ ਇੱਕ ਜਿਵੇਂ ਧੁਰਾ ਕਹਿ ਲਓ,
ਧੁਰਾ ਤੁਸੀਂ ਹੋ ਤੇ ਧੱਕਾ ਲਾਉਣ ਵਾਲੀ ਗੱਲਬਾਤ ਕਹਿ ਲਓ। ਸਿੱਧੂ ਸਾਹਿਬ ਦਾ ਬਹੁਤ ਵੱਡਾ ਰੋਲ ਜਿਹੜਾ ਇਸ ਸ਼ੋਅ ਦੇ ਵਿੱਚ ਰਹਿੰਦਾ। ਸੋ ਗੁਰਪ੍ਰੀਤ ਸਿੱਧੂ ਸਾਹਿਬ ਤੁਹਾਨੂੰ ਵੀ, ਬੀਜੀ ਹੁਣਾਂ ਨੂੰ ਘਰੇ ਬੈਠਿਆਂ ਨੂੰ, ਤੇ ਬਸ ਸਾਹਿਬ ਤੁਹਾਨੂੰ 42 ਸਾਲ ਦੇ ਸਫ਼ਰ ਦੇ ਕੰਪਲੀਟ ਕਰਨ ਦੇ ਉੱਪਰ ਬਹੁਤ ਬਹੁਤ ਮੇਰੇ ਵੱਲੋਂ ਤੇ ਸਵਰਨ ਸਿੰਘ ਟਹਿਣਾ ਸਾਹਿਬ ਦੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਜੀ। ਟਹਿਣਾ ਸਾਹਿਬ, ਟਹਿਣਾ ਸਾਹਿਬ ਮੈਂ ਹੈਰਾਨ ਹਾਂ ਕਿ ਇੰਨੇ ਗੁਣ ਨੇ, ਤਾਂ ਬਸ ਗੱਲ ਇਹ ਆ ਜੀ, ਮੈਂ ਕਿਹਾ ਇੰਨੇ ਇਹਨਾਂ ਕੋਲ ਗੁਣ ਹੈ, ਜਿੰਨਾ ਮਰਜ਼ੀ ਬੰਦਾ ਗੁੱਸੇ ਹੋਵੇ ਗੁੱਸੇ ਨੂੰ ਮਨਾਉਣਾ ਬੜਾ ਸੌਖਾ ਹੈ, ਸੌਖਾ ਬਣਾ ਦਿੱਤਾ ਹੈ ਇਹਨਾਂ ਦੇ ਸ਼ਬਦਾਂ ਨੇ। ਤਾਂ ਮੈਨੂੰ ਲੱਗਦਾ ਕਿ ਟਹਿਣਾ ਸਾਹਿਬ ਇਹ ਤੁਹਾਡੇ ਕੋਲੋਂ ਹਾਂਜੀ ਕਾਫੀ ਗੁਣ ਜਿਹੜੇ ਨੇ ਲੈ ਕੇ ਜਾਂਦੇ ਨੇ, ਗੁਣ ਸਾਂਝੇ ਕਰਦੇ ਨੇ। ਅਵਤਾਰੀ ਵਿੱਚ ਬਹੁਤ ਵੱਡਾ ਹੀ ਇਸ ਸਿਫਤ ਆ, ਜਿਹਦੇ ਬਣਦੇ ਨੇ ਬਣਦੇ ਨੇ, ਤੇ ਜਿਹਦੇ ਨਾਲ ਗੁੱਸੇ ਹੁੰਦੇ ਆ ਫਿਰ ਲਕੀਰੇ ਮਾਰ ਦਿੰਦੇ ਆ। ਸੋ ਇਹ ਇਹਨਾਂ ਦੀ ਇੱਕ ਜ਼ਿੰਦਗੀ ਦੀ ਬਹੁਤ ਵੱਡੀ ਪ੍ਰਾਪਤੀ ਹੈ, ਪਰ ਇਹ ਮੇਰੇ ਨੇ ਅਤੇ ਕਹਿੰਦੇ ਆ ਕਿ ਮੇਰੇ ਹੀ ਰਹਿਣਗੇ। ਅਸੀਂ ਤੁਹਾਡੇ ਹਾਂ ਬਾਈ ਸਾਹਿਬ, ਤੁਹਾਡੇ ਨਾਲ ਇਹੋ ਜਿਹੀ ਗਲਵੱਕੜੀ ਪਾਈ ਹੋਈ ਆ ਵੀ ਫੈਵੀਕੋਲ ਕਾ ਜੋੜ ਹੈ ਟੁੱਟੇਗਾ ਨਹੀਂ, ਜਿਹੜੀ ਮਸ਼ਹੂਰੀ ਸੀ ਨਾ ਉਹ ਮੈਂ ਆਪਣੇ ਦਿਲ ਚ ਦਿਮਾਗ ਦੇ ਵਿੱਚ ਐਨ ਘਰ ਕੀਤੀ ਹੋਈ ਹੈ, ਸੋ ਇਹ ਜੋੜ ਨਹੀਂ ਟੁੱਟਦਾ। ਅਵਤਾਰ ਜੀ ਸਵਰਨ ਟਹਿਣਾ ਸਾਹਿਬ, ਆਪਾਂ ਰੁਸ ਬੈਠੇ ਤਾਂ ਮਨਾਓ ਕੌਣ ਵੀ, ਭਾਵੇਂ ਕੋਈ ਗਾਣਾ ਗਾ ਲਓ, ਪਰ ਮੈਨੂੰ ਲੱਗਦਾ ਕਿ ਫਰੀਦਕੋਟ ਦੇ ਵੋਟਰ ਜਿਹੜੇ ਨੇ ਉਹ ਜਿਹੜੇ ਰੁਸੇ ਹੋਏ ਨੇ ਉਹ ਹੁਣ ਵੋਟ ਦਾ ਇਸਤੇਮਾਲ ਕਰਨਗੇ। ਸੋ ਕੋਈ ਐਸੇ ਕੈਂਡੀਡੇਟ ਨੇ ਇਸ ਇਲਾਕੇ ਦੇ ਵਿੱਚ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਜਿਹੜਾ ਇਲਾਕਾ ਹੈ ਜਿੱਥੇ ਸਾਨੂੰ ਵੋਟਰ ਨੇ ਵੋਟ ਪਾਉਣੀ ਆ, ਉਹ ਹੋਰ ਹੀ ਬਠਿੰਡੇ ਦੇ ਹਲਕੇ 'ਚ ਘੁੰਮ ਜਾਂਦੇ ਆ ਕੈਂਡੀਡੇਟ, ਔਰ ਉਹ ਕੈਂਡੀਡੇਟ ਨੂੰ ਇਹ ਨਹੀਂ ਪਤਾ ਕਿ ਸਾਡਾ ਜਿਹੜਾ ਏਰੀਆ ਹੈ ਉਹ ਫਰੀਦਕੋਟ ਹੈ, ਨਾ ਕਿ ਸਾਡਾ ਬਠਿੰਡਾ ਆ। ਤੂੰ ਦੱਸੋ ਕਿ ਕੈਂਡੀਡੇਟ ਐਡੀ ਵੱਡੀ ਮਿਸਟੇਕ ਕਰ ਰਹੇ ਨੇ, ਉਹਨੂੰ ਦੱਸਦੇ ਕਿ ਭਾਈ ਤੇਰਾ ਏਰੀਆ ਤਾਂ ਫਰੀਦਕੋਟ ਹੈ, ਨਾ ਕਿ ਤੇਰਾ ਏਰੀਆ ਬਠਿੰਡਾ ਆ। ਸੋ ਟਹਿਣਾ ਸਾਹਿਬ ਤੁਸੀਂ ਵੀ ਕਦੇ ਬਿਆਨ ਕੱਸਿਆ ਕਰੋ। ਕਹਿੰਦੇ ਨੇ ਕਿ ਡਰੋ ਨਾ, ਕਿਉਂਕਿ ਸੰਸਾਰ ਡਰਿਆ ਹੋਇਆ ਨੂੰ ਹੋਰ ਡਰਾਉਂਦਾ ਆ। ਟਹਿਣਾ ਸਾਹਿਬ ਮੈਂ ਜਾਣਨਾ ਚਾਹੁੰਦਾ ਆਪ ਜੀ ਤੋਂ, ਸਿਆਸੀ ਜਿਹੜਾ ਤੁਹਾਡਾ ਸਿਆਸਤ ਦੇ ਵਿੱਚ ਸਿਆਸੀ ਲੋਕਾਂ ਤੇ ਸਿਆਸੀ ਡੰਗ ਹੋਵੇਗਾ, ਔਰ ਉਹ ਕਦੋਂ ਤੁਸੀਂ ਪ੍ਰੋਮ ਸ਼ੁਰੂ ਕਰੋਗੇ ਸਿਆਸੀ ਲੋਕਾਂ ਤੇ ਸਿਆਸੀ ਡੰਗ, ਇਹ ਪ੍ਰੋਮ ਤੁਸੀਂ ਸ਼ੁਰੂ ਕਰ ਸਕਦੇ ਹੋ? ਇੱਕ ਤਾਂ ਮੈਂ ਨਾ ਜਿਹੜੀ ਜਲਦੀ ਗੱਲ ਦੱਸਦਾ, ਜਦੋਂ ਪਿੱਛੇ ਜੇ ਅਵਤਾਰ ਭਾਈ ਜੀ ਨਾਲ ਮੁਲਾਕਾਤ ਹੋਈ ਜੀ, ਤੇ ਉਸ ਦਿਨ ਅਸੀਂ ਨਾ ਇੱਕ ਦਿਨ ਬੈਠੇ ਕਿਤੇ ਚਾਹ ਦਾ ਪਿਆਲਾ ਸਾਂਝਾ ਕਰਨ ਦੇ ਲਈ, ਤਾਂ ਇਹ ਗੱਲਾਂ ਮੈਨੂੰ ਨੀ ਪਤਾ ਸੀ ਕਿ 42 ਸਾਲ ਪੂਰੇ ਹੋਣ ਲੱਗੇ ਆ ਵੀ ਆਪਣੇ ਇਸ ਤਰੀਕੇ ਦਾ। ਅਸੀਂ ਇਹ ਗੱਲ ਕਰ ਰਹੇ ਹਾਂ, ਦੇਖੋ ਕਿੰਨਾ ਲੰਮਾ ਸਮਾਂ, ਕਿੰਨੇ ਦਹਾਕੇ ਹੋ ਕੇ ਬਾਕੀ ਸਾਹਿਬ ਨੂੰ ਤੰਦਰੁਸਤੀ ਦੇ ਵਿੱਚ ਤੇ ਪ੍ਰੋਗਰਾਮ ਕਰਦੇ ਆ, ਬਹੁਤ ਕਮਾਲ ਦੀ ਗੱਲ। ਪਰ ਮੈਂ ਇਹ ਜ਼ਰੂਰ ਸੋਚ ਰਿਹਾ ਅੱਜ ਕਿ 42 ਸਾਲ ਦੇ ਵਿੱਚ ਤੁਹਾਡੇ ਉੱਤੇ ਕਈ ਵਾਰੀ ਝੱਖੜ ਪੱਲੇ ਹੋਣੇ ਆ, ਕਈ ਵਾਰੀ ਕੁਛ, ਕਈ ਵਾਰੀ ਕੁਛ, ਪਰ ਜਿਹੜਾ ਵੀ ਇਨਸਾਨ ਹੌਸਲੇ ਦੀ ਪੌੜੀ ਚੜ੍ਹ ਕੇ ਰਹਿੰਦਾ, ਜਿਹਦਾ ਵੀ ਇਰਾਦਾ ਮਜ਼ਬੂਤ ਆ, ਜਿਹਦੇ ਕੋਲੇ ਸ਼ਬਦਾਂ ਦਾ ਭੰਡਾਰ ਆ, ਜਿਹਦੇ ਅੰਦਰ ਕੁਝ ਨਾ ਕੁਝ ਹੈ, ਕਿਉਂਕਿ ਸਿਆਣੇ ਗੱਲ ਕਹਿੰਦੇ ਟੈਂਕੀ ਦੇ ਵਿੱਚ ਪਾਣੀ ਹੋਊਗਾ ਤਾਂ ਟੀ ਰਹੀ ਆਊਗਾ, ਸਿਰ ਦੇ ਵਿੱਚ ਹਰ ਰੋਜ਼ ਕੁਝ ਨਾ ਕੁਝ ਗਿਆਨ ਹੋਣਾ ਚਾਹੀਦਾ, ਸ਼ਬਦਾਂ ਰਾਹੀਂ ਬੋਲਾਂ ਰਾਹੀਂ ਜੀਭ ਰਾਹੀਂ ਤਾਂ ਬਾਹਰ ਆਉਂਦਾ। ਕਿੰਨਾ ਤੁਹਾਡਾ ਇਹ ਸਫ਼ਰ ਜਿਹੜਾ ਵੱਡਾ ਹੋਊਗਾ, ਕਿੰਨਾ ਵੱਡਾ ਹੈ, ਤੇ ਜਿਹੜੀ ਤੁਸੀਂ ਮੈਨੂੰ ਗੱਲ ਪੁੱਛੀ ਪੰਜਾਬ ਦੀ ਰਾਜਨੀਤੀ ਦੀ, 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ 13 ਸੀਟਾਂ ਲਈ ਜੀ, ਇਹ ਆਪਾਂ ਵੱਖ ਵੱਖ ਪੜਾਵਾਂ ਦੇ ਤਹਿਤ ਅਖੀਰਲਾ ਪੜਾਅ ਪੰਜਾਬ ਦਾ, 13 ਬੰਦੇ ਕਿਸੇ ਸਿਆਸੀ ਪਾਰਟੀ ਨੂੰ ਬਾਸੀ ਸਾਹਿਬ ਉਸੇ ਖੇਤਰ ਦੇ ਉਸੇ ਹਲਕੇ 'ਚ ਲੱਭਦੇ ਨੀ। ਆਮ ਆਦਮੀ ਪਾਰਟੀ ਵੀ ਉਧਾਰੇ ਬੰਦੇ ਲੈਂਦੀ ਹੈ, ਬੀਜੇਪੀ ਵੀ ਉਧਾਰੇ ਲੈ ਰਹੀ ਹੈ, ਕਾਂਗਰਸ ਵੀ ਉਧਾਰੇ ਲੈ ਰਹੀ ਹੈ, ਅਕਾਲੀ ਦਲ ਵਾਲੇ ਵੀ ਉਹਦੇ ਪਰੋਂ ਆ ਰਹੇ ਆ ਵੀ ਮੰਨ ਲਓ 13 ਜੇਕਰ ਪੰਜਾਬ ਦੀ ਆਬਾਦੀ 3 ਕਰੋੜ ਤੋਂ ਵੱਧ ਆ, 1 ਕਰੋੜ ਤੋਂ ਵੱਧ ਪੰਜਾਬ ਦਾ ਜਵਾਨ ਵਰਗਾ, ਪਰ ਇੱਕ ਪਾਰਟੀ ਕੋਲੇ 13 ਬੰਦੇ ਆਪਣੇ ਸੂਬੇ ਦੇ ਉਸੇ ਲੋਕ ਸਭਾ ਹਲਕੇ ਦੇ ਹੈਗੇ, ਇੱਕ ਤਾਂ ਗੱਲ ਇਹ ਹੋ ਗਈ। 1 ਜੂਨ ਨੂੰ ਟੈਂਪਰੇਚਰ ਹੋਊਗਾ ਪੰਜਾਬ ਦੇ ਵਿੱਚ 45 ਤੋਂ ਲੈ ਕੇ 46 ਡਿਗਰੀ, ਉਦੋਂ ਲੋਕਾਂ ਨੇ ਕਤਾਰ ਦੇ ਵਿੱਚ ਖੜ ਕੇ ਵੋਟਾਂ ਵੀ ਪਾਉਣੀਆਂ,
ਪਰ ਲੋਕ ਥੱਕੇ ਨਾ ਜਾਣ ਵੀ ਕਿਸੇ ਦੇ ਪੈਰ 'ਚ ਛਾਲਾ ਵੀ ਪੈਣਾ, ਕਿਸੇ ਦੇ ਪਿੱਤ ਵੀ ਹੋ ਜਾਣੀ ਆ, ਕਿਸੇ ਨੂੰ ਕੋਈ ਸਮੱਸਿਆ ਆਉਣੀ ਆ, ਉਹ ਥੱਕੇ ਨਾ ਮਹਿਸੂਸ ਕਰਨ, ਵੱਡੀ ਗੱਲ ਇਹ ਆ। ਤੇ ਉਸ ਤੋਂ ਬੜੀ ਗੱਲ ਇਹ ਆ ਵੀ ਪੰਜਾਬ ਦੇ ਲੋਕਾਂ ਦਾ ਇੰਟਰਸਟ ਮੁੱਕਦਾ ਜਾ ਰਿਹਾ ਵੋਟਾਂ ਦੇ ਵਿੱਚ। ਐਨ ਆਰ ਆਈ ਭਾਈਚਾਰੇ ਦਾ ਤਾਂ ਬਿਲਕੁਲ ਵੀ ਹੈ ਨੀ ਇਸ ਚੀਜ਼, ਪਰ ਪੰਜਾਬ ਦੀ ਜਵਾਨ ਪੀੜ੍ਹੀ ਦਾ ਇੱਕ ਹਿੱਸਾ ਵੱਡੀ ਗਿਣਤੀ ਦੇ ਵਿੱਚ ਤਾਂ ਪਿਛਲੇ 5 ਵਰਿਆਂ ਦੇ ਵਿੱਚ ਵਿਦੇਸ਼ਾਂ ਵੱਲ ਚਲਾ ਗਿਆ। ਜਿਹੜਾ ਇੱਥੇ ਹੈ ਉਹ ਰੈਲੀਆਂ ਦਾ, ਉਹ ਇਕੱਠਾਂ ਦਾ, ਉਹ ਸ਼ਿੰਗਾਰ ਨਹੀਂ ਬਣ ਰਿਹਾ। ਉਹ ਗੱਲ ਕਹਿੰਦੇ ਵੀ ਖਸਮਾਂ ਨੂੰ ਖਾਣ, ਯਾਰ ਇਹ ਜਿੱਤੇ ਵੀ ਮਾੜੇ, ਇਹ ਹਾਰੇ ਵੀ ਮਾੜੇ, ਇਹਨਾਂ ਨੇ ਕਿਹੜਾ ਸਾਡੀ ਕਦੇ ਕੋਈ ਚੱਲਣ ਦਿੱਤੀ ਹੈ ਜੀ। ਵੈਰੀ ਗੁੱਡ। ਕਹਿੰਦੇ ਕਿ ਜਿੱਥੇ ਹੋਵੇ ਪਿਆਰ ਉੱਥੇ ਕਰੋ ਨਾ ਵਪਾਰ, ਨਹੀਂ ਤਾਂ ਹੋਵੇਗਾ ਖੁਆਰ। ਸੋ ਜ਼ਿੰਦਗੀ ਵਿੱਚ ਜਿਹੜੇ ਜਿਹੜੇ ਪੋਲੀਟੀਸ਼ੀਅਨ ਲੋਕ ਨੇ ਨਾ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਜੈ, ਮਿਹਰਬਾਨੀ ਸਮਾਂ ਦੇਣ ਲਈ ਔਰ ਮੁਬਾਰਕਬਾਦ ਦੇਣ ਲਈ ਟਾਣਾ ਸਾਹਿਬ, ਅਤੇ ਤੁਹਾਡੀਆਂ ਗੱਲਾਂ ਤੋਂ ਅਸੀਂ ਹਾਂਜੀ ਬਹੁਤ ਪ੍ਰਭਾਵਿਤ ਹੁੰਦੇ ਆ। ਟਾਈਮ ਤੁਸੀਂ ਕਮਿਊਨਿਟੀ ਨੂੰ 42 ਸਾਲ ਦਾ ਜਿਹੜਾ ਟਾਈਮ ਦੇ ਕੇ, ਕਮਿਊਨਿਟੀ ਦਾ ਕੋਈ ਇਹੋ ਜਿਹਾ ਘਰ ਨਹੀਂ ਹੋਵੇਗਾ ਬਸ ਸਾਹਿਬ ਟੋਰਾਂਟੋ ਖੇਤਰ ਦੇ ਵਿੱਚ ਜਾਂ ਦੁਨੀਆ ਭਰ ਦੇ ਖੇਤਰ ਦੇ ਵਿੱਚ, ਜਿਹਨਾਂ ਦਾ ਬੱਚਾ, ਬਜ਼ੁਰਗ ਜਾਂ ਅੱਧ ਖੜ ਉਮਰ ਵਾਲਾ ਨਹੀਂ ਜਾਣਦਾ। ਕਿਸੇ ਕੋਲ ਗੱਲ ਕਰ ਲਓ ਵੀ ਭਾਈ ਤੁਸੀਂ ਜਾਣਦੇ ਹੋ, ਉਹ ਬਾਸੀ ਸਾਹਿਬ ਤੁਹਾਡੇ ਤੋਂ ਪਹਿਲਾਂ ਤੁਹਾਡੇ ਡਾਇਲੋਗ ਕਮਨ ਬੇਬੀ ਆਏ ਬਾਸੀ ਸਾਹਿਬ, ਹਾਂਜੀ ਕਮਨ ਬੇਬੀ ਵਾਲੇ ਬਾਸੀ ਸਾਹਿਬ। ਸੋ ਬਹੁਤ ਬਹੁਤ ਮੁਬਾਰਕਬਾਦ ਬਾਸੀ ਸਾਹਿਬ, ਤੁਸੀਂ ਏਦਾਂ ਹੀ ਹਮੇਸ਼ਾ ਦੀ ਤਰ੍ਹਾਂ ਸਫ਼ਰ ਜਿਹੜਾ ਆ 42 ਸਾਲ ਤੋਂ ਅਗਾਂਹ ਵਧੂ ਸਫ਼ਰ ਅੱਗੇ ਤੋਂ ਅੱਗੇ ਵੱਧਦਾ ਰਹੇ। ਤੁਹਾਨੂੰ, ਤੁਹਾਡੀ ਸਮੁੱਚੀ ਟੀਮ, ਗੁਰਪ੍ਰੀਤ, ਸਿੱਧੂ ਸਾਹਿਬ ਤੁਹਾਨੂੰ ਵੀ ਸਰ ਬਹੁਤ 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 ਮੁਬਾਰਕਬਾਦ, ਇਜਾਜ਼ਤ ਲੈਂਦੇ ਹਾਂ ਤੁਹਾਡੇ ਤੋਂ। ਟਹਿਣਾ ਸਾਹਿਬ, ਬਸ ਸਾਹਿਬ, ਸਿੱਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ ਟਹਿਣਾ ਸਾਹਿਬ ਸਮਾਂ ਦੇਣ ਲਈ, ਬਹੁਤ ਬਹੁਤ ਸ਼ੁਕਰੀਆ, ਮੁਬਾਰਕਬਾਦ ਲਾਈਵ ਸਾਂਝੀ ਕੀਤੀ ਹੈ, ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਅਵਤਾਰ ਜੀ, ਯੂ ਆਰ ਦੀ ਬੈਸਟ, ਨਥਿੰਗ ਰੈਸਟ। ਟਹਿਣਾ ਸਾਹਿਬ, ਬਾਕੀ ਦੀਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ। ਸੋ ਉੱਥੇ ਹੀ ਪਿਆਰ ਅਤੇ ਉੱਥੇ ਹੀ ਮੁਹੱਬਤ, ਉੱਥੇ ਹੀ ਹਰ ਤਰ੍ਹਾਂ ਦਾ ਪੈਗਾਮ ਜਿਹੜਾ ਆ ਆਪਸ ਵਿੱਚ ਸਾਂਝਾ ਕਰਦੇ ਆ, ਜਿੱਥੇ ਤੁਹਾਡੇ ਦਿਲ ਜਿਹੜੇ ਆ ਉਹ ਮਿਲੇ ਹੁੰਦੇ ਨੇ। ਸੋ ਟਹਿਣਾ ਸਾਹਿਬ, ਤੁਹਾਡੇ ਵਿੱਚ ਮਿਠਾਸ, ਮੋਹ, ਮੁਹੱਬਤ ਜਿਹੜੀ ਆ ਉਹ ਦਾ ਤੁਸੀਂ ਪੈਗਾਮ ਦੁਨੀਆ ਵਿੱਚ ਹਾਂਜੀ ਖਿਲਾਰਦੇ ਹੋ, ਔਰ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਹਮੇਸ਼ਾ ਹੀ ਖੁਸ਼ ਹੋਵੇ, ਖੁਸ਼ੀਆਂ ਵਾਲੀ ਹੋਵੇ। ਜ਼ਿੰਦਗੀ ਵਿੱਚ ਤੁਸੀਂ ਹਰ ਦਿਨ ਹਰ ਪਲ ਤਰੱਕੀ ਕਰੋ, ਸਾਡੀ ਇਹੀ ਅਰਦਾਸ ਹੈ। ਔਰ ਜਿਸ ਤਰ੍ਹਾਂ ਅਸੀਂ 42 ਸਾਲ ਦਾ ਸਫ਼ਰ ਤੈਅ ਕੀਤਾ, ਤੁਸੀਂ 4500 ਸਾਲ ਦਾ ਸਫ਼ਰ ਤੈਅ ਕਰੋ, ਕਿਉਂ ਜੀ? ਬੜੀ ਮਿਹਰਬਾਨੀ ਟੰਡਾ ਸਾਹਿਬ, ਤੁਹਾਡੇ ਚਿਹਰੇ 'ਤੇ ਸਮਾਈਲ ਜਿਹੜੀ ਆ ਔਰ ਵੱਖਰੀ ਹੈ ਸਮਾਈਲ, ਅੱਜ ਤੁਸੀਂ ਹੱਸ ਰਹੇ ਹੋ ਔਰ ਮੈਨੂੰ ਬਹੁਤ ਚੰਗਾ ਲੱਗਦਾ। ਟੈਣਾ ਸਾਹਿਬ ਜਿਹੜੇ ਹੱਸਦੇ ਨੇ ਔਰ ਖੁਸ਼ਬੂ ਦੇ ਰਹੇ ਨੇ, ਹਾਸੇ ਵਿੱਚ ਖੁਸ਼ਬੂ ਜਿਹੜੀ ਆ ਇੱਕ ਵੱਖਰੀ ਹੁੰਦੀ ਆ ਅਤੇ ਇੱਕ ਵੱਖਰਾ ਪੈਗਾਮ ਦਿੰਦੀ ਆ। ਟੈਣਾ ਸਾਹਿਬ ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਅਸੀਂ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਕਾਲਰਸ, ਉਸ ਤੋਂ ਬਾਅਦ ਅੱਛਾ ਜੀ ਕੁਇਕ ਮੈਸੇਜ ਦੇ ਮਿੰਦਰ ਜੀ, ਜੀ ਆਪ ਜੀ ਨੂੰ ਮੁਬਾਰਕ ਹੋਵੇ ਖਾਸ ਜਨਮ ਦਿਨ ਦੀ, ਵਿਸਾਖੀ ਦੀਆਂ, ਖਾਲਸਾ ਦਿਵਸ ਦੀਆਂ ਬਹੁਤ ਲੱਖ ਲੱਖ ਵਧਾਈਆਂ ਤੁਹਾਨੂੰ ਵੀ, ਔਰ ਬੀਜੀ ਨੂੰ ਵੀ, ਸਾਰੇ ਪਰਿਵਾਰ, ਸਾਰੇ ਸੁਣਨ ਵਾਲੇ ਵੀਰਾਂ ਨੂੰ ਲੱਖ ਲੱਖ ਵਧਾਈਆਂ। ਪਰਮਾਤਮਾ ਖੁਸ਼ੀਆਂ ਦੇਵੇ, ਮਨੋਕਾਮਨਾ ਪੂਰੀਆਂ ਹੋਣ, ਗੁਰਦੁਆਰੇ ਜਾਓ, ਸੇਵਾ ਕਰੋ, ਔਰ ਫਿਰ ਸਵੀਟ ਮਹਿਲ ਤੇ ਜਾਓ, ਔਰ ਫਰੈਂਡ ਫਰਨੀਚਰ ਵੀਰ ਜੀ ਦੇ ਜਾਓ, ਅਵਤਾਰ ਵੀਰੇ ਦੇ, ਤੇ ਅਸੀਂ ਜਦੋਂ ਜਾਈਦਾ ਬਹੁਤ ਸਤਿਕਾਰ ਦਿੰਦੇ ਨੇ ਬਹੁਤ ਜ਼ਿਆਦਾ, ਔਰ ਸਵੀਟ ਮਹਿਲ ਤੇ ਅਸੀਂ ਅੱਜ ਜਾ ਹੀ ਰਹੇ ਹਾਂ ਮਠਿਆਈ ਲੈਣ ਔਰ ਜਲੇਬੀਆਂ ਲੈਣ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਅੱਜ ਸਾਰਾ ਦਿਨ ਜਲੇਬੀਆਂ, ਚਾਹ, ਪਾਣੀ, ਲੱਡੂ, ਬਰਫੀ, ਪਕੌੜੇ ਫ੍ਰੀ ਆ। ਪਕੌੜੇ ਤੁਸੀਂ ਗੋਭੀ ਵਾਲੇ ਖਾਣੇ ਆ, ਪਕੌੜੇ ਤੁਸੀਂ ਆਲੂਆਂ ਵਾਲੇ ਖਾਣੇ ਆ, ਪਕੌੜੇ ਤੁਸੀਂ ਪਾਲਕ ਵਾਲੇ ਖਾਣੇ ਆ, ਮੇਥੀ ਵਾਲੇ ਖਾਣੇ ਆ, ਪਕੌੜੇ ਇੱਕ ਹੋਰ ਕਿਸਮ ਦੇ ਹੁੰਦੇ ਆ ਉਹ ਵੀ ਤੁਸੀਂ ਖਾ ਸਕਦੇ ਹੋ। ਓ ਮਾਈ ਗੋਡ, ਉਹ ਪਕੌੜੇ ਜਿਹੜੇ ਨੇ ਉਹ ਨਾ ਹੀ ਖਾਇਓ। ਤੇ ਤੁਹਾਡੇ 42 ਸਾਲ ਪੂਰੇ ਹੋ ਗਏ, 43ਵੇਂ ਚ ਤੁਸੀਂ ਪੈਰ ਰੱਖ ਲਿਆ, ਉਹ ਬੱਚਾ ਦੇਖੋ ਕਿੱਡਾ ਵੱਡਾ ਹੋ ਜਾਂਦਾ ਵਾ, ਬਹੁਤ ਸਿਆਣਾ ਹੋ ਜਾਂਦਾ। ਪਰਮਾਤਮਾ ਤੁਹਾਨੂੰ ਲੰਬੀ ਉਮਰ, ਤੰਦਰੁਸਤੀ। ਇਹਨਾਂ ਨੇ ਪਕੌੜੇ, ਤੁਸੀਂ ਜਾਣਦੇ ਹੋ ਕਿ ਜਿਹੜੀ ਮਿਰਚ ਹੁੰਦੀ ਹੈ ਸ਼ਿਮਲਾ ਮਿਰਚ, ਇੱਕ ਛੋਟੀ ਮਿਰਚ ਹੁੰਦੀ ਮੀਡੀਅਮ ਸਾਈਜ਼ ਦੀ,
ਉਹਦੇ ਪਕੌੜੇ ਜਿਹੜੇ ਬਣਾਏ ਆ ਉਹ ਇੰਨੇ ਟੇਸਟੀ ਆ, ਕਰਾਰੇ ਆ, ਔਰ ਤੁਸੀਂ ਇੱਕ ਪਕੌੜਾ ਖਾਓਗੇ ਤੁਸੀਂ ਕਹੋਗੇ ਵਾਓ ਮਾਈ ਗੋਡ ਇੰਨਾ ਟੇਸਟੀ ਪਕੌੜਾ, ਫਿਰ ਤੁਸੀਂ ਇੱਕ ਹੋਰ ਖਾ ਲਓਗੇ ਤੇ ਇੱਕ ਹੋਰ ਖਾ ਲਓਗੇ ਤੇ ਤੁਹਾਨੂੰ ਡਿਨਰ ਕਰਨ ਦੀ ਲੋੜ ਹੀ ਨਹੀਂ ਜੀ। ਉਹ ਮਿਰਚਾਂ ਦੇ ਉੱਪਰ ਨਾ ਸੀ, ਉਹ ਵੀ ਖਾਦਾ ਹੋਇਆ ਸਵੀਟ ਬੈਲਟ ਤੋਂ, ਮਿਰਚਾਂ ਦੇ ਉੱਪਰ ਉਹ ਬੇਸਣ ਜਿਹਾ ਭਰ ਕੇ ਤੇ ਬਹੁਤ ਟੇਸਟੀ ਹੈ। ਥੈਂਕ ਯੂ ਸੋ ਮਚ, ਆਲੂ ਪਤਾ ਨਹੀਂ, ਬਹੁਤ ਬਹੁਤ ਸ਼ੁਕਰੀਆ, ਥੈਂਕਸ ਰੀਆ ਜੀ, ਉਹਦੀ ਬੈਸਟ ਨਾ ਸੀ। ਸ਼ੇਅਰ ਐਟੋ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਬਰਾੜ ਫੈਮਿਲੀ ਵੱਲੋਂ ਬਹੁਤ ਬਹੁਤ ਹੈਰੀ ਜੀ ਤੁਹਾਨੂੰ ਮੁਬਾਰਕ, ਹੈਰੀ ਜੀ ਦੇ ਮਾਤਾ ਪਿਤਾ ਜੀ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਸਿਰ ਝੁਕਾਉਂਦੇ ਹਾਂ, ਉਹਨਾਂ ਅੱਗੇ ਸਾਡੇ ਸਤਿਕਾਰਯੋਗ ਨੇ। ਸੋ ਸ਼ੇਅਰ ਆਟਾ ਸਾਡੇ ਕੈਨੇਡਾ ਅਮੈਰੀਕਾ 'ਚ ਨੰਬਰ ਵਨ ਆਟਾ ਸ਼ੇਅਰ ਆਟਾ ਹੀ ਹੈ ਜੋ ਕਿ ਲੋਕਾਂ ਦੀ ਪਹਿਲੀ ਪਸੰਦ ਹੈ। ਅੱਛਾ, ਅਸੀਂ ਹੁਣ ਗੱਲਬਾਤ ਕਰਦੇ ਹਾਂ ਤੁਹਾਡੇ ਪ੍ਰੋਡਕਟ ਉਸ ਤੋਂ ਬਾਅਦ ਸਾਡੇ ਪਾਸ ਘਰ ਲੈ ਕੇ ਆਏ ਨੇ, ਕੌਣ ਲੈ ਕੇ ਆਏ ਨੇ? ਸਾਡੇ ਆਪਣੇ, ਜੀ ਹਾਂ, ਟੀਮ ਲੀਪ ਤੋਂ ਆਏ ਨੇ। ਵੈਲਕਮ ਸਭ ਤੋਂ ਪਹਿਲਾਂ, ਤੁਸੀਂ ਅੱਜ ਵਿਸਾਖੀ ਦੇ ਮੌਕੇ 'ਤੇ ਆਏ ਹੋ, ਸਾਡੇ ਲਈ ਜੋ ਕੁਛ ਵੀ ਲੈ ਕੇ ਆਏ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਜੇ ਨਹੀਂ ਲਿਆਏ ਤਾਂ ਮੁੜ ਕੇ ਫਿਰ ਆ ਰਹੇ ਹੋ, ਅੱਜ ਭੁੱਲ ਗਏ ਜੋ ਲੈਣਾ ਕੁਛ? ਹਾਂਜੀ, ਨਹੀਂ ਵਾਸੀ ਜੀ, ਮੈਨੂੰ ਸੀ ਕਿ ਪਹਿਲੇ ਇੰਟਰਵਿਊ ਕਰਕੇ ਫਿਰ ਜਾ ਕੇ ਲੈ ਕੇ ਆਉਂਗੀ, ਫਿਰ ਆਸ਼ੀਸ਼ ਜੀ ਨੇ ਮੈਸੇਜ ਕਰਤਾ ਸੀ ਤੁਸੀਂ ਜਿੱਕੇ ਠੰਡੇ ਹੋ ਜੂਗੀ ਬਰਫੀ। ਹਾਂਜੀ, ਤੇਰ ਪਤਾ ਕਿ ਮਾਈ ਟੇਸਟ ਸਵੀਟ ਜੀ, ਬਿਲਕੁਲ ਵਾਸੀ ਜੀ। ਅੱਛਾ ਜੀ, ਆ ਜਿਹੜੇ ਬ੍ਰਹਮਪੁਰ ਵਿੱਚ ਰਹਿੰਦੇ ਨੇ ਉਹ ਇੰਡੀਅਨ ਪੰਜਾਬੀ ਬਾਜ਼ਾਰ, ਇੰਡੀਅਨ ਸਬਜ਼ੀ ਬਾਜ਼ਾਰ ਗ੍ਰੋਸਰੀ ਸਟੋਰ ਗੋਰਮੇ ਕੰਟਰੀ ਸਾਈਡ ਦੇ ਨੁੱਕਰ ਤੇ, ਉੱਥੇ ਵੀ ਚਾਹ, ਉੱਥੇ ਵੀ ਪਕੌੜੇ, ਉੱਥੇ ਵੀ ਜਲੇਬੀਆਂ, ਉੱਥੇ ਵੀ ਲੱਡੂ, ਉੱਥੇ ਵੀ ਪਨੀਰ ਵਾਲੇ ਪਕੌੜੇ, ਗੋਭੀ ਵਾਲੇ ਪਕੌੜੇ, ਆਲੂਆਂ ਵਾਲੇ ਪਕੌੜੇ। ਗੱਲ ਕੀ, ਤੁਸੀਂ ਦੇਖੋਗੇ ਕਿ ਕਿੰਨੇ ਕਿਸਮ ਦੀ ਮਠਿਆਈ, ਬੇਸਣ, ਰਸਗੁੱਲੇ, ਗੁਲਾਬ ਜਾਮਣ, ਚਮਚਮ, ਦਿਲ ਬਹਾਰ, ਜਿੰਨੀ ਮਿਠਿਆਈ ਸਾਰੀ ਖਾਣ ਨੂੰ ਫਰੀ, ਭਾਵੇਂ ਸਾਰੀ ਖਾ ਲਓ, ਔਰ ਸਾਰਾ ਦਿਨ ਨਾਲੇ ਗ੍ਰੋਸਰੀ ਖਰੀਦੋ ਅਤੇ ਨਾਲੇ ਤੁਸੀਂ ਚਾਹ ਪਾਣੀ ਪੀਓ, ਚਾਹ ਪਾਣੀ। ਅੱਛਾ, ਕਰੈਕਟ ਕੀ ਕਹਿਣਾ ਚਾਹੁੰਦਾ ਸੀ, ਬਹੁਤ ਜਲਦੀ ਫਰਨੀਚਰ ਨਾਲ ਜੁੜ ਰਹੇ ਹਾਂ, ਇੱਕ ਐਸਾ ਫਰਨੀਚਰ ਦਾ ਵੇਅਰ ਹਾਊਸ ਬੰਦ ਹੋ ਰਿਹਾ ਜਿਹੜਾ ਕਿ ਮੈਨੂੰ ਵੀ ਕਨਫਿਊਜ਼ ਕਰ ਰਿਹਾ, ਮੈਂ ਕਾਉਮਾ ਹੋ ਰਿਹਾ, ਐਂਬਰਸ ਸਦਰੀ ਪਵੇਗੀ ਮੇਰੇ ਵਾਸਤੇ ਕਿ ਇੰਨਾ ਸਸਤਾ ਫਰਨੀਚਰ ਕਿਵੇਂ ਆ। ਤੁਸੀਂ ਹੈਰਾਨ ਹੋਵੋਗੇ, ਜਿਹੜਾ $2500 ਵਾਲਾ ਬੈੱਡਰੂਮ ਸੈੱਟ $3000 ਵਾਲਾ ਆ ਉਹ ਸਖ਼ਤ ਲੱਕੜੀ ਦਾ ਮੈਟਰਸ ਨਾਲ ਨੇ, ਕਿੰਨੇ ਦਾ ਆ? 6 ਚੇਅਰਾਂ, ਟੇਬਲ ਜਿਹੜਾ ਹੈ ਕੱਚੇ ਗਲਾਸ ਵਾਲਾ ਕਿੰਨੇ ਦਾ ਆ, ਅਤੇ ਇਸ ਤੋਂ ਇਲਾਵਾ ਸੋਫਾ ਕਿੰਨੇ ਦਾ ਆ? ਹੋਲਡ ਕਰੋ, ਦੱਸ ਦਿਓ ਉਸ ਤੋਂ ਪਹਿਲਾਂ ਆਪਣੇ ਅਮਰਪ੍ਰੀਤ, ਗੋ ਅਹੈਡ ਪਲੀਜ਼। ਬਸ ਜੀ, ਇੰਸ਼ੋਰੈਂਸ ਦੀ ਆਪਾਂ ਅਪਡੇਟ ਦਿੰਦੇ ਹਾਂ। ਸੋ ਕੈਨੇਡਾ ਦੀ ਕਿਸੇ ਵੀ ਪ੍ਰੋਵਿੰਸ 'ਚ ਤੁਸੀਂ ਹੈਗੇ, ਅਲਬਰਟਾ, ਬੀਸੀ, ਮੈਨੀਟੋਬਾ, ਸਸਕੈਚਵਾਨ ਜਾਂ ਓਨਟਾਰੀਓ, ਤੁਹਾਡਾ ਕੋਈ ਵੀ ਕੁਐਸਚਨ ਹੈ, ਬਸ ਜੀ, ਇੰਸ਼ੋਰੈਂਸ ਦਾ ਆਪਾਂ ਹਮੇਸ਼ਾ ਹੀ ਮਤਲਬ ਪਲਾਨ ਦੱਸਦੇ ਹੁੰਦੇ ਹਾਂ, ਆਪਾਂ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ, ਬਟ ਅੱਜ ਮੈਂ ਸਪੈਸ਼ਲੀ ਕਹੂੰਗੀ ਵੀ ਤੁਹਾਡੇ ਕੋਲ ਕੋਈ ਪਾਲਿਸੀਜ਼ ਪਈਆਂ ਜਿਹੜੀਆਂ ਆਪਾਂ ਬੰਦ ਕਰਕੇ, ਠੀਕ ਹੈ, ਆਪਾਂ ਇੰਸ਼ੋਰੈਂਸ ਲਈ ਉਦੋਂ ਆਪਾਂ ਸਮਝਿਆ, ਉਸ ਤੋਂ ਬਾਅਦ ਆਪਾਂ ਪੇਪਰ ਨੂੰ ਸੰਭਾਲ ਕੇ ਰੱਖ ਦਿੰਦੇ ਹਾਂ, ਅਸੀਂ ਕੱਢਦੇ ਵੀ ਨਹੀਂ। ਜੇ ਫਿਜ਼ੀਕਲ ਹੈਲਥ ਦਾ ਆਪਾਂ ਚੈੱਕਅਪ ਐਨੂਅਲੀ ਕਰਾਉਂਦੇ ਹਾਂ, ਅਸੀਂ ਆਪਣੀ ਗੱਡੀਆਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਕਰਵਾਉਂਦੇ ਹਾਂ, ਤਾਂ ਫਿਰ ਅਸੀਂ ਆਪਣੀ ਫਾਈਨੈਂਸ਼ੀਅਲ ਹੈਲਥ ਦਾ ਕਿਉਂ ਨਹੀਂ ਚੈੱਕਅਪ ਕਰਦੇ? ਸੋ ਆਪਣੇ ਪੁਰਾਣੇ ਪਲਾਨ ਕੱਢੋ, ਦੇਖੋ ਉਹਨਾਂ 'ਚ ਕੁਛ ਵੀ ਅਪਡੇਟ ਹੋਣ ਵਾਲਾ। ਸਪੈਸ਼ਲੀ ਮੈਂ ਕਹੂੰਗੀ ਵੀ ਬੈਨੀਫਿਸ਼ਰੀ ਦੀ ਇਨਫੋਰਮੇਸ਼ਨ ਕੋਈ ਅਪਡੇਟ ਹੋਣ ਵਾਲੀ ਆ, ਕੋਈ ਐਡਰੈਸ ਅਪਡੇਟ ਹੋਣ ਵਾਲਾ। ਕਈ ਵਾਰ ਇਹ ਹੁੰਦਾ ਵੀ ਅਸੀਂ ਪਲਾਨ ਉਦੋਂ ਲਏ ਹੁੰਦੇ ਹਾਂ ਜਦੋਂ ਅਸੀਂ ਟੈਨੈਂਟ ਹਾਂ, ਅਸੀਂ ਰੈਂਟ 'ਤੇ ਹਾਂ, ਉਸ ਤੋਂ ਬਾਅਦ ਅਸੀਂ 2 ਘਰ ਚੇਂਜ ਕਰ ਲੈਂਦੇ, ਪਰ ਅਸੀਂ ਪਲਾਨ ਦੇ ਵਿੱਚ ਐਡਰੈਸ ਨਹੀਂ ਅਪਡੇਟ ਕਰਦੇ। ਸੋ ਤੁਹਾਨੂੰ ਇੰਸ਼ੋਰੈਂਸ ਕੰਪਨੀ ਵੱਲੋਂ ਕੋਈ ਵੀ ਕੋਰਸਪੋਂਡੈਂਸ ਰਿਸੀਵ ਨਹੀਂ ਹੋਣੀ, ਕਿਉਂਕਿ ਸਾਡਾ ਐਡਰੈਸ ਅਪਡੇਟ ਹੋ ਚੁੱਕਾ, ਸਾਨੂੰ ਪੁਰਾਣੀ ਜਗ੍ਹਾ ਤੋਂ ਤਾਂ ਕੋਈ ਇਨਫੋਰਮੇਸ਼ਨ ਆਉਣੀ ਨਹੀਂ ਕਿ ਤੁਹਾਡੇ ਲੈਟਰ ਆਏ ਹੋਏ ਆ। ਸੋ ਮੇਕ ਸ਼ੋਰ ਵੀ ਤੁਹਾਡਾ ਐਡਰੈਸ ਅਪਡੇਟਿਡ ਹੋਏ, ਕੋਈ ਬੈਂਕਿੰਗ ਇਨਫੋਰਮੇਸ਼ਨ, ਕਈ ਵਾਰ ਆਪਾਂ ਬੈਂਕ ਅਕਾਊਂਟ ਚੇਂਜ ਕਰ ਲੈਂਦੇ, ਆਪਾਂ ਇੰਸ਼ੋਰੈਂਸ ਕੰਪਨੀ ਨੂੰ ਨੋਟੀਫਾਈ ਨਹੀਂ ਕਰਦੇ, ਅਸੀਂ ਧਿਆਨ ਵੀ ਨਹੀਂ ਦਿੰਦੇ ਵੀ ਪਾਲਿਸੀ ਦੇ ਪੈਸੇ ਨਹੀਂ ਜਾ ਰਹੇ, ਪਾਲਿਸੀ 2 ਮਿਸਡ ਪੇਮੈਂਟ ਤੋਂ ਬਾਅਦ ਲੈਪਸ ਹੋ ਜਾਂਦੀ ਹੈ, ਉਸ ਤੋਂ ਬਾਅਦ ਸਾਨੂੰ ਦੁਬਾਰਾ ਇੰਸ਼ੋਰੈਂਸ ਲੈਣੀ ਪੈਣੀ ਹੈ, ਮਤਲਬ ਕਿ ਦੁਬਾਰਾ ਹੈਲਥ ਦੀ ਸਾਰੀ ਇਨਫੋਰਮੇਸ਼ਨ ਦੇਣੀ ਪੈਣੀ ਹੈ।
ਸੋ ਮੇਕ ਸ਼ੋਰ ਕਿ ਜਦੋਂ ਆਪਾਂ ਐਨੂਅਲ ਬੇਸਿਸ 'ਤੇ ਰਿਵਿਊ ਕਰਦੇ ਹਾਂ, ਤੁਹਾਡਾ ਬੈਨੀਫਿਸ਼ਰੀ ਅਪਡੇਟਿਡ ਆ, ਤੁਹਾਡਾ ਐਡਰੈਸ ਅਪਡੇਟਿਡ ਆ, ਤੁਹਾਡਾ ਸਪੈਸ਼ਲੀ ਟਰੱਸਟੀ ਅਪਡੇਟਿਡ ਆ, ਜਦੋਂ ਅਸੀਂ ਬੱਚਿਆਂ ਨੂੰ ਬੈਨੀਫਿਸ਼ਰੀ ਪਾਇਆ ਹੁੰਦਾ ਸੀ, ਕੋਈ ਨਾ ਕੋਈ ਟਰੱਸਟੀ ਪਾਉਂਦੇ ਹੁੰਦੇ ਹਾਂ, ਹੋ ਸਕਦਾ ਸਾਡਾ ਕੋਈ ਫੈਮਿਲੀ ਫਰੈਂਡ ਹੈ, ਕੋਈ ਵੀ ਪਰਸਨ ਹੋ ਸਕਦਾ, ਬਟ ਅੱਜ ਤੋਂ 8-10 ਸਾਲ ਪਹਿਲੇ ਸਾਡੀ ਬਹੁਤ ਬਣਦੀ ਸੀ, ਉਹਦੇ ਨਾਲ ਅਸੀਂ ਉਹਨੂੰ ਟਰੱਸਟੀ ਪਾਇਆ ਸੀ, ਬਟ ਅੱਜ ਸਾਡੀ ਉਹਦੇ ਨਾਲ ਵਧੀਆ ਨਹੀਂ ਹੈਗੀ, ਤਾਂ ਆਫਕੋਰਸ ਟਰੱਸਟੀ ਤੁਹਾਨੂੰ ਅਪਡੇਟ ਕਰਨ ਦੀ ਲੋੜ ਹੈ। ਕੋਈ ਵੀ ਤੁਹਾਡਾ ਟਰਮ ਪਲਾਨ ਲਿਆ ਹੋਇਆ, ਅਸੀਂ ਕੋਈ 10-15-20 ਸਾਲ ਪਹਿਲੇ ਇੰਸ਼ੋਰੈਂਸ ਲਈ ਸੀ, 20 ਸਾਲ ਦੀ ਟਰਮ ਲਈ ਸੀ, ਐਕਸਪਾਇਰ ਹੋਣ ਵਾਲੀ ਹੈ, ਮੇਕ ਸ਼ੋਰ ਵੀ ਉਹਦੇ ਐਕਸਪਾਇਰ ਹੋਣ ਤੋਂ ਪਹਿਲੇ ਆਪਾਂ ਉਹਦੇ 'ਚ ਜੋ ਵੀ ਚੇਂਜਿਸ ਕਰ ਸਕਦੇ ਹਾਂ ਕਰ ਲਈਏ, ਕਿਉਂਕਿ ਆਟੋਮੈਟਿਕਲੀ ਰੀਨਿਊ ਹੋ ਜਾਣਾ, ਉਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਹੁੰਦਾ। ਔਰ ਸਪੈਸ਼ਲੀ ਵਾਸਤੇ ਜੀ ਮੈਂ ਇੱਕ ਚੀਜ਼ ਹੋਰ ਕਹੂੰਗੀ, ਜਿਹੜਾ ਸਾਡੇ ਬਹੁਤ ਜ਼ਿਆਦਾ ਲਿਸਨਰਸ ਕੋਲ ਹੈਗੇ ਆ ਪਲਾਨ, ਜਿਹਦੇ ਜੇ ਕੈਸ਼ ਵੈਲਿਊ ਵਾਲੇ ਪਲਾਨ ਹੈ, ਕੈਸ਼ ਵੈਲਿਊ ਵਾਲੇ ਪਲਾਨ 2-3 ਤਰ੍ਹਾਂ ਦੇ ਪਲਾਨ ਹੁੰਦੇ ਆ। ਜੇ ਤੁਹਾਨੂੰ ਇਹ ਲੱਗਦਾ ਵੀ 20 ਪੇ ਪਲਾਨ ਹੈ, ਆਪਣਾ ਪੇਪਰ ਕੱਢੋ, ਦੇਖੋ ਕੰਪਨੀ ਨੇ ਤੁਹਾਨੂੰ ਲਿਖ ਕੇ ਦਿੱਤਾ ਕਿ ਤੁਸੀਂ 20 ਸਾਲ ਪੇ ਕਰਨਾ, ਜੇ ਕੰਪਨੀ ਵੱਲੋਂ ਰਿਟਰਨ ਹੈਗਾ 20 ਪੇ ਤਾਂ ਹੀ ਉਹ 20 ਪੇਡ ਪਲਾਨ ਹੈ, ਨਹੀਂ ਤਾਂ ਕੰਪਨੀ ਤੁਹਾਨੂੰ ਕਦੇ ਵੀ ਕਹਿ ਸਕਦੀ ਹੈ ਕਿ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ। ਸੋ ਮੇਕ ਸ਼ੋਰ ਆਪ ਪਲਾਨ ਕੱਢ ਕੇ ਦੇਖੋ, ਜਾਂ ਤੁਸੀਂ ਨੋ ਐਪਲੀਕੇਸ਼ਨ ਰਿਵਿਊਇੰਗ ਹੈ, ਤੁਸੀਂ ਮੈਨੂੰ ਵੀ ਟੈਕਸਟ ਮੈਸੇਜ ਕਰ ਸਕਦੇ ਹੋ, ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ। ਨੰਬਰ ਹੈ ਜੀ ਮੇਰਾ 6446-1646-647-4416-16। ਮਿਹਰਬਾਨ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਇਸ ਵੇਲੇ ਅਸੀਂ ਫਰਨੀਚਰ ਦੇ ਵੇਅਰਹਾਊਸ ਵਿੱਚ ਆ ਚੁੱਕੇ ਹਾਂ। ਗੁਰਪ੍ਰੀਤ ਜੀ, ਫਰਨੀਚਰ ਦੇ ਵੇਅਰਹਾਊਸ ਤੋਂ ਜੀ, ਗੋ ਅਹੈਡ ਪਲੀਜ਼। ਆਪਣੇ ਵਿੱਕੀ ਜੀ, 90 ਡੈਲਟਾ ਦੇ ਉੱਪਰ ਅੱਜ ਸ਼ਾਮ ਦੇ 7 ਵਜੇ ਦੀ ਬਜਾਏ 8 ਵਜੇ ਤੱਕ ਕਰ ਦਿਓ, ਕਿਉਂਕਿ ਲੋਕਾਂ ਨੇ ਦੂਰ ਦੂਰ ਆਉਣਾ, ਦਿਨ ਸ਼ਨੀਵਾਰ ਹੈ, ਔਰ ਜਿਸ ਕਰਕੇ ਲੋਕਾਂ ਨੂੰ ਫਰਨੀਚਰ ਖਰੀਦਣਾ, ਅਤੇ ਫਰਨੀਚਰ ਮੈਨੂੰ ਪਤਾ ਲੱਗਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਆਉਂਦੇ ਨੇ ਸਾਰੇ ਖਰੀਦ ਰਹੇ ਨੇ। ਕਾਰਨ ਕੀ ਹੈ? ਪ੍ਰਾਈਸਾਂ ਘੱਟ ਹੈ, ਲੋਕਾਂ ਦੀ ਪਸੰਦ ਦਾ ਫਰਨੀਚਰ ਹੈ, 100% ਫਰਨੀਚਰ ਹੈ, ਕੀ ਕਹਿਣਾ ਚਾਹੁੰਦੇ ਹੋ? ਬਹੁਤ ਬਹੁਤ ਧੰਨਵਾਦ ਵਾਸ ਸਾਹਿਬ, ਇਹੀ ਕਹਿਣਾ ਚਾਹੁੰਦੇ ਹਾਂ ਜੀ, 100% ਫਰਨੀਚਰ ਜਿਹੜਾ ਤੁਸੀਂ ਮਾਰਕੀਟ ਚੋਂ ਸੋਫਾ ਸੈੱਟ 2000 ਦਾ ਲੈਂਦੇ ਆਏ ਸੀ, ਅਸੀਂ ਦੇ ਰਹੇ ਹਾਂ ਸਿਰਫ $290। ਜਿਹੜਾ ਬੈਡਰੂਮ ਸੈੱਟ ਤੁਸੀਂ ਮਾਰਕੀਟ ਚੋਂ $5000 ਦਾ ਲੈਂਦੇ ਸੀ, ਅਸੀਂ ਦੇ ਰਹੇ ਹਾਂ $690। ਜਿਹੜਾ ਸੋਫਾ ਸੈੱਟ ਤੁਸੀਂ ਮਾਰਕੀਟ ਚੋਂ 3500-4000 ਦਾ ਲੈਂਦੇ ਸੀ, ਅਸੀਂ ਸਿਰਫ ਦੇ ਰਹੇ ਹਾਂ $590 ਦਾ। ਮੈਟਰ ਤੁਸੀਂ ਮਾਰਕੀਟ ਚੋਂ $700-800 ਦਾ ਲੈਂਦੇ ਸੀ, ਅਸੀਂ ਦੇ ਰਹੇ ਹਾਂ ਸਿਰਫ $190। ਸੋ ਜਿੱਦਾਂ ਤੋਂ ਆਪਾਂ ਕਹਿੰਦੇ ਹਾਂ ਕਿ ਉਹ ਇਹ ਵੇਅਰ ਹਾਊਸ ਅਸੀਂ ਬੰਦ ਕਰਨਾ, ਜਿੰਨਾ ਵੀ ਸਮਾਨ ਆ ਸਾਰਾ ਕਲੀਅਰ ਆਊਟ ਕੀਤਾ ਜਾ ਰਿਹਾ ਜੀ, 90% ਆਫ। ਜੇ ਤੁਸੀਂ ਕੌਫੀ ਟੇਬਲ ਦੇਖਦੇ ਸੀ $70, ਜੇ ਤੁਸੀਂ ਸੋਫਾ ਕਮ ਬੈੱਡ ਦੇਖਦੇ ਹੋ ਸਿਰਫ $590, ਬੈਡਰੂਮ ਸੈੱਟ $690, ਰਿਕਲਾਈਨਰ ਸੈੱਟ $790। ਸੋ ਸਾਰਾ ਸਮਾਨ ਇਹ ਕਲੀਅਰ ਆਊਟ ਕੀਤਾ ਜਾ ਰਿਹਾ ਜੀ। ਐਡਰੈਸ ਸਾਡਾ 90 ਡੈਲਟਾ ਪਾਰਕ, ਏਅਰਪੋਰਟ ਕੁਈਨ ਦੇ ਲਾਗੇ, ਬਿਲਕੁਲ ਏਅਰਪੋਰਟ ਕੁਈਨ ਦੀ ਮੇਨ ਇੰਟਰਸੈਕਸ਼ਨ, 90 ਡੈਲਟਾ ਪਾਰਕ, 90 ਡੈਲਟਾ ਪਾਰਕ, 90 ਡੈਲਟਾ ਪਾਰਕ। ਜੇ ਹੋਰ ਵੀ ਬਥੇਰੇ ਜਾਣਕਾਰੀ ਲੈਣੀ ਹੈ ਜੀ, ਨੰਬਰ ਕਰਕੇ ਤੁਸੀਂ ਨੰਬਰ ਤੇ ਕਾਲ ਕਰ ਸਕਦੇ ਹੋ 905-691-1234, 905-691-1234 ਤੇ ਕਾਲ ਕਰਕੇ ਬਥੇਰੇ ਜਾਣਕਾਰੀ ਲੈ ਸਕਦੇ ਹੋ। ਬਸ ਸਾਹਿਬ, ਮਿਹਰਬਾਨੀ, ਮੇਰੇ ਪਾਸ ਇੱਕ ਬ੍ਰੇਕਿੰਗ ਨਿਊਜ਼ ਹੈ, ਔਰ ਜਸਵੀਰ ਜੀ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਨੇ, ਔਰ ਇਸ ਤੋਂ ਪਹਿਲਾਂ ਅਮਰਿੰਦਰ ਕੁਝ ਕਹਿਣਾ ਚਾਹੁੰਦੇ ਹੋ ਅੰਤ ਵਿੱਚ? ਬਿਲਕੁਲ ਬਾਸੀ ਜੀ, ਇੱਕ ਵਾਰ ਫੋਨ ਨੰਬਰ ਆਪਣਾ ਦੁਬਾਰਾ ਸ਼ੇਅਰ ਕਰਦਾ, 6474464616। ਸਪੈਸ਼ਲੀ ਮੈਂ ਕਹੂੰਗੀ ਬਾਸੀ ਜੀ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਦੀ ਤੁਹਾਨੂੰ ਕੋਟੇਸ਼ਨ ਚਾਹੀਦੀ ਹੈ, ਗਰੰਟਿਡ ਬੈਸਟ ਰੇਟ ਤੁਹਾਨੂੰ ਦਿੱਤੇ ਜਾਣਗੇ, ਕੈਨੇਡਾ ਦੀ ਕਿਸੇ ਵੀ ਪ੍ਰੋਵਿੰਸ ਚੋਂ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, 6474446-1616। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਯੂ ਆਰ ਦ ਬੈਸਟ ਐਂਡ ਨਥਿੰਗ ਰੈਸਟ। ਥੈਂਕ ਯੂ ਬਾਸੀ ਜੀ। ਔਰ ਗੌਰਵ, ਪੰਜਾਬ 'ਚ ਅਸੀਂ ਦੱਸੀਏ ਕਿ ਤੁਸੀਂ ਮਸਾਜ ਕਰਾਉਣੀ ਚਾਹੁੰਦੇ ਹੋ, ਤੁਸੀਂ ਲੜਕਾ ਲੜਕੀ ਹੋ, ਟਰੱਕ ਚਲਾਉਂਦੇ ਹੋ, ਟੈਕਸੀ ਚਲਾਉਂਦੇ ਹੋ, ਤੁਹਾਡੇ ਘਰ ਵਿੱਚ ਕੋਈ ਮਾਤਾ ਹੈ, ਸਾਡੇ ਕੋਲ ਭੈਣ ਹੈ, ਔਰ ਇਹ ਮਸਾਜ ਸੈਂਟਰ ਖੁੱਲ੍ਹਾ ਹੈ ਯੂਨੀਸੈਕਸ, ਜੇ ਲੜਕੇ ਮਸਾਜ ਚਾਹੁੰਦੇ ਨੇ ਉਹਨਾਂ ਵਾਸਤੇ ਲੜਕਿਆਂ ਲਈ ਲੜਕੇ ਮਸਾਜ ਕਰਦੇ ਨੇ, ਲੜਕੀਆਂ ਚਾਹੁੰਦੀਆਂ ਨੇ ਔਰਤਾਂ ਉਹਨਾਂ ਵਾਸਤੇ ਲੇਡੀ ਮਸਾਜ ਕਰਦੀਆਂ ਨੇ, ਤੁਸੀਂ ਹਸਬੈਂਡ ਵਾਈਫ ਦੋਨੇ ਟਰੱਕ ਚਾਹੁੰਦੇ ਹੋ, ਤੁਹਾਡੇ ਵਾਸਤੇ ਇਹਨਾਂ ਦੇ ਕੋਲ ਐਂਬੂਲੈਂਸ ਨੇ, ਇਹਨਾਂ ਕੋਲ
ਮਸਾਜ ਸੈਂਟਰ ਦੇ ਸਪੈਸ਼ਲ ਬੈੱਡ ਬਣੇ ਹੋਏ ਨੇ। ਤੁਹਾਡਾ ਟਰੱਕ ਕਿਸੇ ਵੀ ਯਾਰਡ ਵਿੱਚ ਖੜ੍ਹਾ ਹੈ, ਕਿਸੇ ਵੀ ਕਾਰ 'ਤੇ ਟਰੱਕ ਤੁਹਾਡਾ ਖੜ੍ਹਾ ਹੈ, 24 ਘੰਟੇ 7 ਦਿਨ ਤੁਸੀਂ ਟੋਰਾਂਟੋ ਨੂੰ ਆਉਂਦੇ ਹੋ ਤਾਂ ਤੁਸੀਂ ਆਪਣੀ ਥਕਾਵਟ ਇੰਨੇ ਘੰਟਿਆਂ ਦੀ ਨਾਲ ਲਈ ਫਿਰਦੇ ਹੋ, ਇਹ ਥਕਾਵਟ ਨੂੰ ਤੁਸੀਂ ਡੰਪ ਕਰਦੇ ਹੋ। ਡੰਪ ਕਿਵੇਂ ਕਰਨਾ? ਤੁਹਾਡੇ ਪੋਲੇ ਪੋਲੇ ਹੱਥਾਂ ਦੇ ਨਾਲ ਉਹਨਾਂ ਨੇ ਮਸਾਜ ਕਰਨੀ ਆ ਜਾਂ ਕਰਦੇ ਆ। ਸੋ ਆਓ, ਮਸਾਜ ਕਰਨ ਦੇ ਨਾਲ ਤੁਹਾਡੇ ਅੰਗ ਪੈਰ ਪੂਰੇ ਐਕਟਿਵ ਹੋ ਜਾਂਦੇ ਆ, ਤਾਂ ਤੁਹਾਡੀ ਬੋਡੀ ਜਿਹੜੀ ਆ ਇੰਨੀ ਐਕਟਿਵ ਹੋ ਜਾਂਦੀ ਆ। ਤੁਸੀਂ ਕਹਿੰਦੇ ਹੋ ਓ ਮਾਈ ਗੋਡ ਕਮ ਔਨ ਬੇਬੀ, ਔਰ ਪਹਿਲਾਂ ਕਿਉਂ ਨਹੀਂ ਮਸਾਜ ਕਰਾਈ? ਸੋ ਇਹਨਾਂ ਦੇ ਕੋਲ 100 ਕੰਮ ਕਰਨ ਵਾਲੇ ਲੜਕੇ ਅਤੇ ਲੜਕੀਆਂ ਨੇ। ਤੁਸੀਂ ਜਦੋਂ ਕਾਲ ਕਰਨਾ ਹੈ ਮਸਾਜ ਸੈਂਟਰ ਵਾਲਿਆਂ ਨੂੰ, ਦੱਸਣਾ ਹੈ ਕਿ ਅਸੀਂ ਲੜਕੀ ਹੈ ਔਰ ਅਸੀਂ ਮੈਂ ਅਤੇ ਮੇਰੀ ਵਾਈਫ ਨੂੰ ਕਰਾਉਣੀ ਆ, ਤੁਹਾਡੇ ਵਾਸਤੇ ਲੜਕਾ ਮਸਾਜ ਕਰਨ ਆਵੇਗਾ ਅਤੇ ਤੁਹਾਡੀ ਵਾਈਫ ਵਾਸਤੇ ਲੇਡੀ ਨਾਲ ਆਵੇਗੀ। ਸੋ ਲੇਡੀਜ਼ ਵਾਸਤੇ ਲੇਡੀ ਮਸਾਜ ਕਰਨ ਵਾਲੇ ਸਪੈਸ਼ਲਿਸਟ ਨੇ। ਸੋ ਤੁਸੀਂ ਨੰਬਰ ਨੋਟ ਕਰ ਲਓ, ਨੰਬਰ ਹੈ ਕਾਰ ਗੈਟ ਮਸਾਜ, ਨੰਬਰ ਹੈ 647-271-1068। ਤੁਸੀਂ ਆਪਣੇ ਘਰ ਮੰਗਾ ਸਕਦੇ ਹੋ, ਤੁਸੀਂ ਟਰੱਕ ਖੜ੍ਹਾ ਹੈ ਉੱਥੇ ਮੰਗਾ ਸਕਦੇ ਹੋ, ਤੁਹਾਡਾ ਟਰੱਕ ਕਿਸੇ ਯਾਰਡ ਵਿੱਚ ਖੜ੍ਹਾ ਹੈ ਉੱਥੇ ਮੰਗਾ ਸਕਦੇ ਹੋ, ਪਾਰਕਿੰਗ ਲੋਟ ਵਿੱਚ ਟਰੱਕ ਖੜ੍ਹਾ ਹੈ ਉੱਥੇ ਮੰਗਾ ਸਕਦੇ ਹੋ, ਚਾਹੇ ਤੁਸੀਂ ਮੋਂਟਰੀਅਲ ਤੋਂ ਆਏ ਹੋ ਜਾਂ ਤੁਸੀਂ ਵੈਨਕੂਵਰ ਤੋਂ ਆਏ ਹੋ ਜਾਂ ਤੁਸੀਂ ਕੈਲੀਫੋਰਨੀਆ ਤੋਂ ਆਏ ਹੋ, ਨੋ ਪ੍ਰੋਬਲਮ। ਤੁਸੀਂ ਥਕਾਵਟ ਆਪਣੀ ਉਤਾਰ ਕੇ ਜਾਓ ਅਤੇ ਟਰੱਕ ਤੁਹਾਡਾ ਜਿਹੜਾ ਆ ਉਹ ਭੱਜਦਾ ਜਾਵੇਗਾ, ਕਿਉਂਕਿ ਤੁਹਾਡੇ ਸਰੀਰ ਦੇ ਅੰਗਾਂ ਦੇ ਵਿੱਚ ਬੜੀ ਹੋਈ ਕਈ ਘੰਟਿਆਂ, ਕਈ ਮਹੀਨਿਆਂ, ਕਈ ਸਾਲਾਂ ਦੀ ਥਕਾਵਟ ਦੇ ਨਾਲ ਤੁਹਾਡਾ ਸਰੀਰ ਟੁੱਟ ਰਿਹਾ ਆ, ਟੁੱਟ ਭੱਜ ਹੋ ਰਹੀ ਤੁਹਾਡੀ ਬੋਡੀ ਦੀ, ਇੱਕ ਮੌਸਮ ਜਿਹੜਾ ਉੱਪਰ ਥੱਲੇ ਜਾ ਰਿਹਾ, ਇਹ ਮਸਾਜ ਮੰਗਦਾ ਆ। ਸੋ ਮਸਾਜ ਪੋਲੇ ਪੋਲੇ ਹੱਥਾਂ ਨਾਲ ਟੈਲੀਫੋਨ ਕਮਾਓ, ਆਪਣੀ ਮਸਾਜ ਕਰਾਓ। ਮਸਾਜ ਕਰਾਉਣੀ ਮੋਢਿਆਂ ਦੀ, ਜੀ ਹਾਂ, ਗੋਡਿਆਂ ਦੀ, ਤੁਹਾਡੀ ਢੂਹੀ ਦੀ, ਤੁਹਾਡੇ ਚੈਸਟ ਦੀ, ਤੁਹਾਡੇ ਬੈਕ ਦੀ, ਤੁਹਾਡੇ ਕੰਨਾਂ ਦੀ, ਤੁਹਾਡੇ ਨੈੱਕ ਦੀ, ਤੁਹਾਡੇ ਸਿਰ ਦੀ, ਮੱਥੇ ਦੀ, ਅੱਖਾਂ ਦੀ, ਇੰਨੀ ਜ਼ਰੂਰੀ ਆ, ਇੰਨੀ ਜ਼ਰੂਰੀ ਆ ਜਿਵੇਂ ਕਿ ਤੁਹਾਡੀ ਬੋਡੀ ਵਾਸਤੇ ਭੋਜਨ ਦੀ ਲੋੜ ਹੈ। ਤੁਹਾਡੀ ਬੋਡੀ ਮਸਾਜ ਮੰਗਦਾ ਹੈ ਜਦੋਂ ਤੁਸੀਂ ਟਾਇਰਡ ਹੋ ਜਾਂਦੇ ਹੋ, ਪਰ ਤੁਸੀਂ ਕਿੰਨੇ ਆਪਣੇ ਵਾਸਤੇ ਨਲਾਇਕ ਹੋ। ਤੁਸੀਂ ਸੋਚਦੇ ਨਹੀਂ ਕਿ ਸਾਡੀ ਬੋਡੀ ਟਾਇਰਡ ਹੋ ਗਈ ਹੈ, ਓਵਰ ਟਾਇਰਡ ਹੋ ਗਈ ਹੈ। ਇਸ ਲਈ ਨੰਬਰ ਨੋਟ ਕਰ ਲਓ, ਮਸਾਜ ਕਰਨ ਲਈ ਕੁਇਕ ਕੁਇਕ ਨੰਬਰ ਨੋਟ ਕਰੋ, ਨੰਬਰ ਹੈ ਇਹਨਾਂ ਦਾ 647-271-1068। ਨੰਬਰ ਆਨ ਸਕਰੀਨ ਆ ਰਿਹਾ 647-271-1062। ਬਸ ਅਵੇ ਤਾਂ ਤੁਸੀਂ ਗੱਲ ਕਰਦੇ ਸੀਗੇ ਕਿ ਬੋਡੀ ਨੂੰ ਬਾਹਰੋਂ ਮਸਾਜ ਦੇਣ ਦੀ, ਪਰ ਜੇ ਤੁਸੀਂ ਚਾਹੁੰਦੇ ਹੋ ਕਿ ਸਰੀਰ ਨੂੰ ਤੁਸੀਂ ਅੰਦਰੋਂ ਵੀ ਤੰਦਰੁਸਤ ਰੱਖਣਾ ਤਾਂ ਸਵੀਟ ਮਹਿਲ ਤੋਂ ਸੁਖਰਾਜ ਕੰਗ ਜੀ ਨੇ ਮੈਨੂੰ ਹੁਣੇ ਕਾਲ ਕੀਤੀ ਕਿ ਅੱਜ ਜਿਹੜਾ ਵਿਸਾਖੀ ਤੇ ਗਾਉਂਦਾ ਪੰਜਾਬ ਦੀ ਐਨੀਵਰਸਰੀ ਦੀ ਖੁਸ਼ੀ ਦੇ ਵਿੱਚ ਤੁਹਾਨੂੰ ਪਹਿਲਾਂ ਤਾਂ ਜੀ ਮੁਬਾਰਕਾਂ ਭੇਜੀਆਂ ਨੇ ਬਹੁਤ ਸਾਰੀਆਂ ਜੀ, ਬੀਜੀ ਨਾਲ ਵੀ ਮੇਰੀ ਗੱਲ ਹੋਈ ਹੁਣ। ਸੋ ਸਵੀਟ ਮਹਿਲ ਦੀ ਪੂਰੀ ਟੀਮ ਤੁਹਾਡਾ ਵੀ ਇੰਤਜ਼ਾਰ ਕਰ ਰਹੀ ਹੈ, ਤੁਹਾਨੂੰ ਮੁਬਾਰਕਾਂ ਭੇਜੀਆਂ ਜੀ ਉਹਨਾਂ ਨੇ, ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਉਹਨਾਂ ਨੇ ਇਨਵਾਈਟ ਕੀਤਾ ਜੀ ਅੱਜ ਉੱਥੇ ਜ਼ਰੂਰ ਪਹੁੰਚਿਆ ਜਾਵੇ। ਸਵੀਟ ਮਹਿਲ ਤੁਸੀਂ ਜਾਣਦੇ ਹੋ ਸਾਡੇ ਪਰਿਵਾਰ ਦਾ ਇੱਕ ਹਿੱਸਾ ਹੈ ਅਤੇ ਉਹ ਸਾਡਾ ਪਰਿਵਾਰ ਹੈ। ਸਵੀਟ ਮਹਿਲ ਦੇ ਸੁਖਾ ਜੀ ਦੇ ਮਾਤਾ ਜੀ ਸਾਡੇ ਪਿਆਰੇ ਸਤਿਕਾਰਯੋਗ ਭੈਣ ਜੀ, ਉਹਨਾਂ ਡੈਡੀ ਸਾਡੇ ਸਤਿਕਾਰ ਸਾਡੇ ਤਾਜ ਭਾਜੀ। ਸੋ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਅਤੇ ਇੱਕ ਦੂਜੇ ਦੇ ਨਾਲ ਅਸੀਂ ਜਦੋਂ ਵੀ ਸਮਾਂ ਮਿਲਦਾ ਹੈ ਬੈਠਦੇ ਹਾਂ, ਗੱਲਬਾਤ ਕਰਦੇ ਹਾਂ, ਬਿਜ਼ਨਸ ਦੀ ਚੜ੍ਹਦੀ ਗੱਲ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਹਮੇਸ਼ਾ ਹੀ ਜਿਸ ਤਰ੍ਹਾਂ ਸਵੀਟ ਮਹਿਲ ਤਰੱਕੀ ਕਰ ਰਿਹਾ, ਇਸ ਤਰ੍ਹਾਂ ਟੰਟ ਵਿੱਚ ਜਿੰਨੇ ਹੋਰ ਆਏ ਨੇ, ਕਿਹੜੇ ਆਏ ਨੇ, ਕੌਣ ਆਏ ਨੇ, ਕਿਸੇ ਬਿਜ਼ਨਸ ਵਿੱਚ ਆਏ ਨੇ, ਉਹ ਵੀ ਤਰੱਕੀ ਕਰਨ ਜਿਸ ਤਰ੍ਹਾਂ ਸਵੀਟ ਮਹਿਲ ਅਤੇ ਗਾਉਂਦਾ ਪੰਜਾਬ ਨੇ ਕੀਤੀ ਆ। ਸੋ ਜਦੋਂ ਕੋਈ ਵਿਅਕਤੀ ਦੂਜੇ ਦੇ ਬਿਜ਼ਨਸ ਦੀ ਤਰੱਕੀ ਦੀ ਗੱਲ ਕਰਦਾ ਆ, ਸਮਝੋ ਕਿ ਉਹ ਵਿਅਕਤੀ ਦਾ ਦਿਲ ਸਾਫ਼ ਹੈ, ਉਹ ਦਿਲ ਦਾ ਜਿੱਥੇ ਸਾਫ਼ ਹੈ ਉੱਥੇ ਮਿਹਨਤ ਕਰਨ ਵਾਲਾ ਵਿਅਕਤੀ ਆ, ਅਤੇ ਤੁਹਾਨੂੰ ਵੀ ਗਾਈਡੈਂਸ ਦਿੰਦਾ ਹੈ, ਤੁਸੀਂ ਵੀ ਆਓ, ਮਿਹਨਤ ਕਰੋ। ਕੰਪੀਟੀਸ਼ਨ ਦੇ ਵਿੱਚ ਤੁਸੀਂ ਜੇ ਆਉਣਾ ਤਾਂ ਤੁਸੀਂ ਕੰਪੀਟੀਸ਼ਨ ਵਿੱਚ ਦਿਲ ਸਾਫ਼ ਹੋਣਾ ਚਾਹੀਦਾ।
ਔਰ ਜ਼ਿੰਦਗੀ ਵਿੱਚ ਹਰ ਚੀਜ਼ ਤੁਸੀਂ ਪ੍ਰਾਪਤ ਕਰ ਸਕਦੇ ਹੋ। ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਬ੍ਰੇਕਿੰਗ ਨਿਊਜ਼ ਦੇ ਰਹੇ ਹਾਂ ਆਪਣੇ, ਗੋ ਅਹੈਡ ਪਲੀਜ਼। ਬ੍ਰੇਕਿੰਗ ਨਿਊਜ਼ ਕੀ ਜਸਵੀਰ ਜੀ? ਹਾਂਜੀ, ਬਸ ਸਰ ਇਸ ਤਰ੍ਹਾਂ ਹੈ ਕਿ ਹੁਣੇ ਹੁਣੇ ਖਬਰ ਇਹ ਮਿਲੀ ਹੈ ਕਿ ਸੁਪਰੀਮ ਕੋਰਟ ਨੇ ਹੀਅਰਿੰਗ ਡਿਸਾਈਡ ਕਰ ਲਈ ਹੈ 15 April ਨੂੰ, ਯਾਨੀ ਕਿ ਪਰਸੋਂ। ਅਰਵਿੰਦ ਕੇਜਰੀਵਾਲ ਦੀ ਜਿਹੜਾ ਕੇਸ ਹੈ ਰਿਮਾਂਡ ਦਾ ਤੇ ਉਹਨਾਂ ਦੀ ਅਰੈਸਟ ਦਾ, ਉਹਦੇ ਉੱਤੇ ਸੁਣਵਾਈ ਹੋਏਗੀ। ਜਸਟਿਸ ਸੰਜੀਵ ਖੰਨਾ ਦਾ ਜਿਹੜਾ ਬੈਂਚ ਹੈ, ਜਿਨ੍ਹਾਂ ਨੇ ਸੰਜੇ ਸਿੰਘ ਨੂੰ ਦਿੱਤੀ ਹੈ ਜ਼ਮਾਨਤ, ਉਹੀ ਬੈਂਚ ਜਿਹੜਾ ਸੁਣਵਾਈ ਕਰਨ ਜਾ ਰਿਹਾ। ਇਹ ਬੜਾ ਇੰਪੋਰਟੈਂਟ ਹੋਏਗਾ। 15 April ਬੜੀ ਇੰਪੋਰਟੈਂਟ ਡੇਟ ਹੈ ਦੇਸ਼ ਦੇ ਵਿੱਚ, ਤੇ 16 April ਵੀ ਬੜੀ ਇੰਪੋਰਟੈਂਟ ਡੇਟ ਹੈ। 16 April ਨੂੰ ਦੇਸ਼ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਜਿਹੜਾ ਕਾਗਜ਼ ਨਿਕਲਦਾ, ਰਸੀਦ ਨਿਕਲਦੀ VVPAT, ਉਹਦੇ ਬਾਰੇ ਵੀ ਸੁਣਵਾਈ ਜਿਹੜੀ 16 ਨੂੰ ਹੋਣੀ ਹੈ। ਇਸ ਤੋਂ ਇਲਾਵਾ ਬਾਕੀ ਬਸ ਬੜੀ ਮੰਦਭਾਗੀ ਖ਼ਬਰ ਇਹ ਹੈ ਕਿ ਇੱਧਰ ਸਾਰਿਆਂ ਨੂੰ ਪਤਾ ਕਿ ਇਰਾਨ ਦੀ ਪੂਰੀ ਤਿਆਰੀ ਹੈ, ਕਿਸੇ ਵੇਲੇ ਵੀ ਇਜ਼ਰਾਈਲ ਤੇ ਹਮਲਾ ਹੋ ਸਕਦਾ ਹੈ, ਔਰ ਭਾਰਤ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ ਕਿ ਇਰਾਨ ਤੇ ਇਜ਼ਰਾਈਲ ਦੀ ਯਾਤਰਾ ਨਾ ਕਰੋ। ਲੇਕਿਨ ਹੁਣੇ ਹੁਣੇ ਖ਼ਬਰ ਇਹ ਮਿਲੀ ਹੈ ਕਿ ਇਜ਼ਰਾਈਲ ਦਾ ਬੇਸ ਵਿੱਚ ਕਾਰਗੋ ਸ਼ਿਪ ਜਾ ਰਿਹਾ ਸੀ, ਉਹਦੇ ਵਿੱਚ 17 Indians ਵੀ ਸੀ, ਔਰ ਉਹ ਇਰਾਨ ਨੇ ਪਕੜ ਲਿਆ। ਆਈ ਸੀ, ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਇਸ ਵੇਲੇ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਆ ਚੁੱਕੇ ਹਾਂ ਇਸ ਵੇਲੇ ਅਹਿਮਦ ਮਾਲਕ ਜੀ, ਉਸ ਤੋਂ ਬਾਅਦ ਗੱਲਬਾਤ ਕਰਾਂਗੇ। ਟੀਮ ਲੀਡ ਤੋਂ ਪਹੁੰਚ ਚੁੱਕੇ ਨੇ ਅਹਿਮਦ ਮਾਲਕ ਜੀ, ਵੈਲਕਮ ਵੈਲਕਮ ਵੈਲਕਮ, ਗੋ ਅਹੈਡ ਪਲੀਜ਼। ਥੈਂਕ ਯੂ ਸੋ ਮਚ ਬਾਸੀ ਜੀ, ਬਹੁਤ ਬਹੁਤ ਸ਼ੁਕਰੀਆ। ਫਸਟ ਆਫ ਆਲ ਤੇ ਜੀ ਸਾਰੇ ਸਰੋਤਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ, ਵਿਸਾਖੀ ਦੀਆਂ ਵਧਾਈਆਂ ਹੋਣ ਜੀ ਸਾਰੇ ਸਰੋਤਿਆਂ ਨੂੰ। ਤੇ ਦੂਸਰੇ ਨੰਬਰ ਤੇ ਬਾਸੀ ਸਾਹਿਬ, ਤੁਹਾਨੂੰ 42 ਪੂਰੇ ਕਰਨ ਦੀ ਬਹੁਤ ਬਹੁਤ ਮੇਰੇ ਦਿਲੋਂ ਤੁਹਾਨੂੰ ਮੁਬਾਰਕਬਾਦ ਕਬੂਲ ਕਰੋ ਜੀ। ਤੁਸੀਂ ਬੜਾ ਵੱਡਾ ਲੰਮਾ ਸਫ਼ਰ ਤੈਅ ਕੀਤਾ ਮੀਡੀਆ ਤੇ, ਖਾਲੀ ਤੈਅ ਨਹੀਂ ਕੀਤਾ, ਬੀਇੰਗ ਦਾ ਮੀਡੀਆ ਕਿੰਗ ਤੈਅ ਕੀਤਾ ਕਿ 42 ਤੋਂ ਬਾਅਦ ਪੰਜਾਬ ਜਿਹੜਾ ਸਭ ਤੋਂ ਜ਼ਿਆਦਾ ਸੁਣਿਆ ਜਾਣ ਵਾਲਾ ਪ੍ਰੋਗਰਾਮ ਹੈਗਾ, ਤੇ ਉਹਦੇ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਜਾਣਨਾ ਚਾਹਾਂਗੇ ਤੁਹਾਡੇ ਸੇ ਵਿੱਚ, ਮੇਕ ਸ਼ੋਰ ਕਿ ਗੁਰਪ੍ਰੀਤ ਜੀ ਪੇ ਅਟੈਂਸ਼ਨ ਹੈ ਕਿ ਨਰਮਲ ਜੀ ਲਾਈਨ ਵਿੱਚ ਨੇ, ਲਾਈਨ ਅਪ ਨੇ, ਸੋ ਉਹਨਾਂ ਨੂੰ ਮਿੰਟਾਂ ਵਿੱਚ ਲੈ ਕੇ ਆਓ। ਨਰਮਨ ਮਾਨ ਕੌਣ ਨੇ? ਨਰਮਨ ਮਾਨ ਤੁਹਾਡੇ ਸਿਰ ਦਾ ਕਰਜ਼ਾ ਮਾਫ਼ ਕਰ ਰਹੇ ਨੇ, ਸਿਰ ਤੇ ਚੜਿਆ ਹੋਇਆ ਕਰਜ਼ਾ, ਤੁਹਾਡੇ ਸਿਰ ਤੇ ਬੋਝ, ਤੁਹਾਡੇ ਸਿਰ ਦੀ ਵਰਡਨ, ਤੁਹਾਡੇ ਸਿਰ ਦੀ ਸਟ੍ਰੈਸ, ਤੁਸੀਂ ਪਾਗਲ ਹੋ ਜਾਓਗੇ। ਤੁਸੀਂ ਮਿਨੀਮਮ ਪੇਮੈਂਟਾਂ ਕਿਉਂ ਕਰਦੇ ਹੋ? ਸਟੋਪ ਕਰ ਦਿਓ, ਠਾ ਦੇਣੀ ਕਰਕੇ ਫੋਨ ਡਾਇਲ ਕਰ ਦਿਓ, ਕਰਜ਼ਾ ਮਾਫ਼, ਫੀਸ ਬਾਰ ਵਿੱਚ ਚਾਰਜ। ਨਰਮਨ ਮਾਨ ਜੀ ਆ ਰਹੇ ਨੇ ਕੁਝ ਮਿੰਟਾਂ ਵਿੱਚ। ਅੱਛਾ, ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਜਿਹੜੇ ਸਾਡੇ ਅਹਿਮਦ ਮਾਲਕ ਸਾਹਿਬ ਨੇ ਕਿੰਨੇ ਸਾਲਾਂ ਤੋਂ ਟੋਰਾਂਟੋ ਦੇ ਲੋਕ, ਵੈਨਕੂਵਰ ਦੇ ਲੋਕ ਇਹਨਾਂ ਤੋਂ ਖੁਸ਼ ਨੇ, ਜਿੱਥੇ ਇਹ ਖੁਸ਼ ਨੇ ਲੋਕ ਵੀ ਖੁਸ਼ ਨੇ, ਅਤੇ ਦੂਜੀ ਗੱਲ ਇਹ ਆ ਇਹਨਾਂ ਦੀ ਇਹ ਸਿਫਤ ਹੈ, ਇਹ ਹਮੇਸ਼ਾ ਵਾਸੀ ਜੀ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੇ ਭੈਣ ਭਰਾ ਖੁਸ਼ ਨੇ ਤਾਂ ਅਸੀਂ ਖੁਸ਼, ਕਲਾਇੰਟ ਦੀ ਖੁਸ਼ੀ ਸਾਡੀ ਖੁਸ਼ੀ ਆ, ਇਹ ਪੋਲਿਸੀ ਬੜੀ ਅੱਛੀ ਆ। ਸੋ ਮੈਂ ਚਾਹੁੰਦਾ ਹਾਂ ਕਿ ਅਹਿਮਦ ਮਾਲਕ ਜੀ ਕੁਛ ਹੋਰ ਕਹਿਣ, ਤਾਂ ਕਿ ਜਿਹੜੀ ਮਿਨੀਮਮ ਲੋਕ ਪੇਮੈਂਟਾਂ ਕਰਦੇ ਨੇ ਉਹਨਾਂ ਨੂੰ ਬੰਦ ਕਰਨ। ਬਿਲਕੁਲ ਬਾਸੀ ਜੀ, ਸਾਡੇ ਐਸੇ ਜਿਹੜੇ ਸਰੋਤੇ ਹੈਗੇ ਨੇ ਜਿਹਨਾਂ ਦੇ ਸਿਰ ਤੇ ਕਰਜ਼ਿਆਂ ਦਾ ਬੋਝ ਆਇਆ ਹੋਇਆ, ਕ੍ਰੈਡਿਟ ਕਾਰਡ ਤੁਸੀਂ ਯੂਜ਼ ਕਰ ਚੁੱਕੇ ਹੋ, ਤੁਹਾਡੇ ਕੋਲੋਂ ਪੇਮੈਂਟਸ ਨਹੀਂ ਕੀਤੀਆਂ ਜਾ ਰਹੀਆਂ, ਪੇਮੈਂਟ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਦੇ ਪਏ ਹੋ, ਤੇ ਤੁਹਾਡੇ ਕੋਲ ਜਿਹੜੇ ਲੀਗਲ ਆਪਸ਼ਨਸ ਮੌਜੂਦ ਨੇ ਉਹਨਾਂ ਨੂੰ ਪ੍ਰੈਕਟਿਸ ਕਰਨ ਵਿੱਚ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਤੁਸੀਂ ਕਿਸੇ ਵੀ ਟਾਈਮ ਮੇਰੇ ਨਾਲ 905-783-1922 ਮੇਰਾ ਸੰਪਰਕ ਨੰਬਰ ਹੈਗਾ, ਇਹਦੇ ਤੇ ਵਟਸਐਪ ਕਾਲ ਵੀ ਕਰ ਸਕਦੇ ਹੋ, ਟੈਕਸਟ ਮੈਸੇਜ ਵੀ ਕਰ ਸਕਦੇ ਹੋ, ਤੇ ਮੇਰੇ ਨਾਲ ਸੰਪਰਕ ਕਰਕੇ ਜਾਣ ਸਕਦੇ ਹੋ ਕਿ ਤੁਹਾਡਾ ਕਿੰਨਾ ਕਰਜ਼ਾ ਮਾਫ਼ ਹੋ ਸਕਦਾ। ਤੁਹਾਡੇ ਲਈ ਜਿਹੜੇ ਹੋਏ ਕਰਜ਼ੇ ਦਾ 75% ਕਰਜ਼ਾ ਮਾਫ਼ ਕਰਾਉਣ ਵਿੱਚ ਮੈਂ ਤੁਹਾਡੀ ਮਦਦ ਕਰ ਸਕਦਾ ਵਾਂ, ਤੇ ਉਹਦੇ ਲਈ ਸਰੋਤੇ ਮੇਰੇ ਮਜ਼ੀਦ ਗੱਲਬਾਤ ਪੁੱਛਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਨੇ। ਸਾਡਾ ਮਸ਼ਵਰਾ ਬਿਲਕੁਲ ਮੁਫ਼ਤ ਹੈ ਬਾਸੀ ਜੀ, ਤੇ ਹਰ ਗੱਲਬਾਤ ਨੂੰ ਗੁਪਤ ਰੱਖਣ ਲਈ ਅਸੀਂ ਗਰੰਟੀ ਕਰਦੇ ਹਾਂ। ਮੇਰਾ ਸੰਪਰਕ ਨੰਬਰ 905
783-19 ਸਰ ਜੋ ਹੈ 24/7 ਤੁਹਾਡੀ ਸਰਵਿਸ ਉਪਲਬਧ ਹੈ ਜੀ ਬਿਲਕੁਲ ਜੀ ਕਿਸੇ ਵੀ ਟਾਈਮ ਸਰੋਤੇ ਵੋਇਸ ਮੇਲ ਛੱਡ ਸਕਦੇ ਨੇ ਕਾਲ ਕਰ ਸਕਦੇ ਨੇ ਤੇ ਮੈਂ ਵਿਦ ਇਨ ਫਿਊ ਆਵਰਸ ਉਹਨਾਂ ਨੂੰ ਕਾਲ ਬੈਕ ਕਰ ਲਾਂਗਾ ਜੀ ਸਾਡੀ ਇੱਕ ਸ਼ਿਕਾਇਤ ਸੀ ਕਿ ਜਦੋਂ ਲੋਕ ਕਾਲ ਕਰਦੇ ਨੇ ਉਹ ਆਪਣੀ ਸਿਟੀ ਦਾ ਨੇਮ ਅਤੇ ਏਰੀਆ ਕੋਡ ਅਤੇ ਨਾਮ ਜ਼ਰੂਰ ਡ੍ਰੌਪ ਕਰਨਾ ਇਸ ਮਸ਼ੀਨ ਤੇ ਆਮ ਰਾਈਟ ਐਬਸੋਲੂਟਲੀ ਬਾਸ ਜੀ ਉਹਨਾਂ ਕਿਉਂਕਿ ਟਾਈਮਿੰਗ ਪੂਰੇ ਕੈਨੇਡਾ 'ਚ ਫਰਕ ਫਰਕ ਟਾਈਮਿੰਗ ਹੈ ਇੱਥੇ ਹਾਲੇ 12:30 ਨੇ ਤੇ ਵੈਨਕੂਵਰ ਵਾਲੇ 9:30 ਨੇ ਟਾਈਮਿੰਗ ਦਾ ਫਰਕ ਹੈਗਾ ਤੇ ਜੇਕਰ ਤੁਸੀਂ ਕਿਸੇ ਹੋਰ ਟਾਈਮ ਤੇ ਫੋਨ ਕਰਦੇ ਪਏ ਤਾਂ ਕਾਇੰਡਲੀ ਟੈਕਸਟ ਮੈਸੇਜ ਕਰ ਦਿਓ ਵਟਸਐਪ ਤੇ ਮੈਸੇਜ ਕਰ ਦਿਓ ਤੇ ਮੈਂ ਇਮੀਡੀਏਟਲੀ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਨੂੰ ਦੱਸ ਸਕਦਾ ਕਿ ਤੁਹਾਡਾ ਕਿੰਨਾ ਕਰਜ਼ਾ ਮਾਫ਼ ਹੋ ਸਕਦਾ ਤੁਹਾਨੂੰ ਹੋਰ ਕੀ ਸ਼ਿਕਾਇਤ ਹੈ ਕਲਾਇੰਟ ਕੋਲੋਂ ਜਿਹੜੀ ਕਿ ਤੁਸੀਂ ਚਾਹੁੰਦੇ ਹੋ ਕਿ ਦਰਸਤ ਕੀਤੀ ਜਾਵੇ ਜਿਹੜੀ ਕਰੈਕਟ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸਰਵਿਸ ਵਿੱਚ ਦੇਰੀ ਨਾ ਮਿਲ ਸਕੇ ਬਸ ਜੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਗਈ ਕਿ ਸਾਡੇ ਲੋਕ ਨਾ ਕੁਇਕ ਐਕਸ਼ਨ ਨਹੀਂ ਲੈਂਦੇ ਬਹੁਤ ਜ਼ਿਆਦਾ ਵੇਟ ਕਰਦੇ ਦੇਖੋ ਵੇਟ ਤੁਸੀਂ ਕਰਦੇ ਹੋ ਲੇਕਿਨ ਜਿਸ ਟਾਈਮ ਤੇ ਤੁਹਾਨੂੰ ਵਕੀਲ ਵੱਲੋਂ ਕੋਈ ਵੀ ਚਿੱਠੀ ਆਈ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਕਤਈ ਤੌਰ ਤੇ ਵੇਟ ਨਾ ਕਰੋ ਕਿਉਂਕਿ ਤੁਹਾਡੇ ਮਕਾਨ ਤੇ ਲੀਨ ਪੈ ਸਕਦੀ ਹੈ ਤੁਹਾਡੀ ਤਨਖਾਹ ਤੇ ਕਟੌਤੀ ਲੱਗ ਸਕਦੀ ਹੈ ਤੁਹਾਡਾ ਅਕਾਊਂਟ ਫਰੀਜ਼ ਹੋ ਸਕਦਾ ਉਹ ਫਿਰ ਕੇਸ ਬਹੁਤ ਜ਼ਿਆਦਾ ਕੰਪਲੀਕੇਟਿਡ ਹੋ ਜਾਂਦਾ ਸਾਨੂੰ ਵੀ ਜ਼ਿਆਦਾ ਕੰਮ ਕਰਨਾ ਪੈਂਦਾ ਤੇ ਆਬਵੀਅਸਲੀ ਕਲਾਇੰਟ ਨੂੰ ਜ਼ਿਆਦਾ ਸਫ਼ਰ ਕਰਨਾ ਪੈਂਦਾ ਤੇ ਇਸ ਲਈ ਜੇਕਰ ਕਰਜ਼ਾ ਫਿਰ ਤੇ ਚੜਿਆ ਹੋਇਆ ਤੁਹਾਡੇ ਕੋਲੋਂ ਪੇ ਨਹੀਂ ਹੋ ਸਕਦਾ ਫਿਰ ਤੁਸੀਂ ਫੌਰਨ ਸਾਡੇ ਨਾਲ ਸੰਪਰਕ ਕਰ ਲਓ ਤਾਂ ਕਿ ਜਿੰਨੇ ਟਾਈਮ ਸੇ ਤੁਸੀਂ ਕਰਜ਼ਾ ਮਾਫ਼ ਕਰਾ ਲਓਗੇ ਜਿੰਨੀ ਜਲਦੀ ਤੁਸੀਂ ਉਹਨੂੰ ਪੇ ਕਰ ਦਿਓਗੇ ਉਨੀ ਜਲਦੀ ਹੀ ਤੁਹਾਡਾ ਕ੍ਰੈਡਿਟ ਦੁਬਾਰਾ ਸਹੀ ਹੋ ਜਾਏਗਾ ਮੇਰੇ ਵੱਲ ਨੰਬਰ ਹੈ 9557819-22 ਥੈਂਕ ਯੂ ਸੋ ਮਚ ਅਸੀਂ ਗੱਲਬਾਤ ਕਰਦੇ ਹਾਂ ਮੈਨੂੰ ਦੱਸਿਆ ਬੜੀ ਖੁਸ਼ੀ ਹੋ ਰਹੀ ਹੈ ਖੁਸ਼ੀ ਇਸ ਚੀਜ਼ ਦੀ ਹੈ ਕਿ ਫਰੋਸ ਕੈਟਰਕਲ ਬਾਰੇ ਕਾਰਾਂ ਵੈਨਾਂ ਵੇਚ ਰਹੇ ਨੇ ਬਿਨਾਂ ਡਾਊਨ ਪੇਮੈਂਟ ਤੇ ਅਤੇ ਤੁਸੀਂ ਬ੍ਰਾਂਡ ਲੈ ਸਕਦੇ ਹੋ ਤੇ ਟ੍ਰੇਡ ਕਰ ਸਕਦੇ ਹੋ ਹਸੈਨ ਤਰੀਨਾ ਜੀ ਕੰਮ ਕਰਦੇ ਨੇ ਹਾਈ ਬਟਨ ਬਬੀੜ ਦੇ ਕੋਲ 9054980126 ਐਨ ਆਰ ਮੈਰਿਜ ਬਿਊਰੋ ਦੇ ਕੋਲ ਬਹੁਤ ਸਾਰੇ ਰਿਸ਼ਤੇ ਨੇ ਝੱਟ ਮੰਗਣੀ ਪਟੱਕ ਪਿਆ ਪੰਜਾਬ ਵਿੱਚ ਲੜਕਾ ਲੜਕੀ ਜਿਹੜੀ ਸ਼ਾਦੀ ਹੋਈ ਸੀ ਡਿਵੋਰਸ ਹੋ ਚੁੱਕਾ ਉਹਨਾਂ ਕੋਲ ਇੱਕ ਬੱਚਾ ਨਹੀਂ ਹੈ ਜੇ ਬੱਚੇ ਵਾਲੀ ਮਾਂ ਵੀ ਹੈ ਉਹ ਵੀ ਸ਼ਾਦੀ ਕੈਨੇਡਾ 'ਚ ਕਰਨਾ ਚਾਹੁੰਦੇ ਆ ਤਾਂ ਵੀ ਐਸੇ ਰਿਸ਼ਤੇ ਨੇ ਜਾਂ ਕੈਨੇਡਾ ਵਿੱਚ ਆਇਆ ਹੋਇਆ ਵਰਕ ਪਰਮਿਟ ਤੇ ਕੋਈ ਲੜਕਾ ਲੜਕੀ ਚਾਹੁੰਦਾ ਕੈਨੇਡਾ 'ਚ ਪੱਕਾ ਹੋਣਾ ਵਿਆਹ ਕਰਾ ਕੇ ਤਾਂ ਵੀ ਉਹਨਾਂ ਕੋਲ 25 ਸਾਲ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਦੇ ਲੜਕੇ ਲੜਕੀਆਂ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਰਿਸ਼ਤਾ ਹੋ ਸਕਦਾ ਉਹ ਚਾਹੁੰਦੇ ਨੇ ਕਿ ਲੜਕਾ ਲੜਕੀ ਸੋਹਣੇ ਸੁਨੱਖੇ ਚੰਗੇ ਪਰਿਵਾਰ ਦੇ ਨਾਲ ਹੋਣ ਤਾਂ ਸਾਡਾ ਪਰਿਵਾਰ ਰੈਡੀ ਹੈ ਸ਼ਾਦੀ ਕਰਨ ਲਈ ਅਸੀਂ ਤੁਹਾਡੇ ਬੱਚੇ ਨੂੰ ਇਮੀਗ੍ਰੇਸ਼ਨ ਦਵਾਵਾਂਗੇ ਤੁਹਾਡੇ ਬੱਚੇ ਵਾਸਤੇ ਘਰ ਜਿਹੜਾ ਹੈ ਹੋਵੇ ਕਿ ਸਾਡੀਆਂ ਧੀਆਂ ਦੇ ਕੋਲ ਸਾਡੇ ਪੁੱਤਰਾਂ ਕੋਲ ਘਰ ਨੇ ਪਰ ਅਸੀਂ ਚਾਹੁੰਦੇ ਚੰਗੀਆਂ ਧੀਆਂ ਕਰਦੀਆਂ ਚੰਗੇ ਘਰਾਂ ਦੇ ਲੜਕੇ ਸਾਨੂੰ ਮਿਲ ਜਾਣ ਤਾਂ ਸਾਨੂੰ ਪੰਜਾਬ ਜਾ ਕੇ ਸਮਾਂ ਵੇਸਟ ਕਰਨ ਦੀ ਲੋੜ ਨਹੀਂ ਇੱਥੇ ਹੀ ਅਸੀਂ ਮਾਈਆਂ ਸ਼ਗਨ ਲਾਵਾਂਗੇ ਅਤੇ ਵਿਆਹ ਕਰ ਦੇਵਾਂਗੇ ਝੱਟ ਮੰਗਣੀ ਅਤੇ ਪਟਾਕ ਵਿਆਹ ਸੋ ਆਓ ਅਸੀਂ ਇਸ ਵੇਲੇ ਗੱਲਬਾਤ ਕਰਦੇ ਹਾਂ ਔਰ ਉਸ ਤੋਂ ਬਾਅਦ ਨਿਰਮਲ ਜੀ ਜਿਹੜੇ ਨੇ ਆ ਚੁੱਕੇ ਨੇ ਨਿਰਮਲ ਜੀ ਨੂੰ ਲੈ ਕੇ ਔਰ ਨਿਰਮਲ ਮਾਰ ਕੌਣ ਨੇ ਪੂਰਾ ਡੈਪਟੀਸ਼ਨ ਦੇ ਪ੍ਰੈਜ਼ੀਡੈਂਟ ਸੀਈਓ ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ 42 ਸਾਲ ਸਫ਼ਰ ਤੈਅ ਕੀਤਾ ਅਤੇ ਸਾਨੂੰ ਉਹ ਮੁਬਾਰਕਬਾਦ ਦੇਣਗੇ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਵੈਲਕਮ ਖਾਸ ਸਾਜਨ ਦਿਵਸ ਦੀ ਬਹੁਤ ਬਹੁਤ ਮੁਬਾਰਕ ਵਿਸਾਖੀ ਦੀ ਮੁਬਾਰਕ ਸੋ ਸਭ ਤੋਂ ਵੱਡੀ ਮੁਬਾਰਕ ਤੁਹਾਨੂੰ ਵੀ ਬਾਸੀ ਸਾਹਿਬ 42 ਸਾਲ ਦਾ ਇੰਨਾ ਲੰਬਾ ਸਫ਼ਰ ਤੁਸੀਂ ਤੈਅ ਕਰਕੇ ਅਤੇ ਤੁਸੀਂ ਇਸ ਮੁਕਾਮ 'ਤੇ ਪਹੁੰਚੇ ਹੋ ਉਹ ਕਹਿੰਦੇ ਨੇ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਕਈ ਟਾਈਮ ਲੱਗਦਾ ਪਰ ਤੁਸੀਂ 42 ਸਾਲਾਂ ਦਾ ਜੋ ਸਫ਼ਰ ਕੀਤਾ ਤੁਹਾਡੇ ਪਿੱਛੇ ਜੋ ਜੋ ਸ਼ਖਸੀਅਤਾਂ ਨੇ ਤੁਹਾਡੀ ਸਪੋਰਟ ਕੀਤੀ ਔਰ ਤੁਸੀਂ ਬੜਿਆਂ ਨੂੰ ਟ੍ਰੇਨ ਕੀਤਾ ਜੀ ਇਸ ਪਲੈਟਫਾਰਮ ਤੋਂ ਸਲੂਟ ਟੂ ਯੂ ਬਾਸੀ ਸਾਹਿਬ ਰੰਗ ਲਿਆਉਂਦੀ ਆਪਾਂ ਸੱਚਮੁੱਚ ਹੀ ਦੋਨੇ ਇੱਕੋ ਰੰਗ ਲੈ ਕੇ ਆਏ ਹਾਂ ਬਿਲਕੁਲ ਬਿਲਕੁਲ ਜੀ ਅੱਛਾ ਮੈਨੂੰ ਦੱਸੋ ਤੁਸੀਂ ਇਸ ਖੁਸ਼ੀ ਦੇ ਵਿੱਚ ਮੈਨੂੰ ਖੁਸ਼ ਕਰਦੇ ਕਰਦੇ ਹੋ ਹਾਂਜੀ ਔਰ ਸੁੱਖੇ ਜਿਹੇ ਕੁਛ ਕਾਰਨ ਨੇ ਜਲੇਬੀਆਂ ਉਹ ਕਹਿੰਦੇ ਪਤਾ ਨਹੀਂ ਕਿੰਨੇ ਕੁਇੰਟਲ ਤਿਆਰ ਕਰ ਚੁੱਕੇ ਨੇ ਅੱਛਾ ਉਹ ਕਹਿੰਦੇ ਕਿ ਅਸੀਂ 5 ਕਿਸਮ ਦੀਆਂ ਜਲੇਬੀਆਂ ਗੁੜ ਵਾਲੀ ਜਲੇਬੀਆਂ ਬਣਾ ਰਹੇ ਹਾਂ ਅਸੀਂ ਜਲੇਬੀਆਂ ਐਸੀਆਂ ਬਣਾ ਰਹੇ ਹਾਂ ਕਹਿੰਦੇ ਜਲੇਬੀ ਵਰਗੇ ਸਿੱਧਾ ਕਰ ਦੇਵਾਂਗੇ ਅਸੀਂ ਉਹ ਗੱਲਬਾਤ ਕਰੀ ਨਿਰਮਲ ਜੀ ਮਾਨ ਅਮਰੀਕਾ ਤੋਂ ਜਹਾਜ਼ 'ਚ ਆ ਰਹੇ ਨੇ
ਹੈਲੀਕਾਪਟਰ ਉਤਰਿਆ ਔਰ ਇਸ ਵੇਲੇ ਹੈਲੀਕਾਪਟਰ ਉਤਾਰਨ ਵਾਸਤੇ ਜਿਹੜਾ ਸਪੈਸ਼ਲ ਸਟਾਫ ਉਹ ਵੀ ਆ ਚੁੱਕਾ ਔਰ ਜਿਹੜੇ ਉੱਪਰ ਕਮਰੇ ਇਸ ਵੇਲੇ ਆਵਾਜ਼ ਆ ਰਹੀ ਹੈਲੀਕਾਪਟਰ ਦੀ। ਅੱਛਾ, ਉਸ ਤੋਂ ਪਹਿਲਾਂ ਹੈਲੀਕਾਪਟਰ ਨੂੰ ਉਤਾਰੀਏ ਤਾਂ ਨਿਰਮਲ ਜੀ ਦਾ ਵੈਲਕਮ ਕਰੀਏ ਤਾਂ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਸਪੈਸ਼ਲ ਤੁਹਾਡੇ ਕੋਲ ਜਿਹੜੇ ਮੇਫੀਲਡ ਦੇ ਮਕਲਾਗਰਾਂ ਤੇ ਕਰਨੇ ਕੈਲਡਰ ਵਿੱਚ ਕਰਨੇ ਇਹ ਕਿੰਨੇ ਦੇ ਕਰਨੇ ਅਤੇ ਡਿਪੋਜ਼ਿਟ ਕੀ ਹੈ? ਗੋ ਹੈਡ ਪਲੀਜ਼, ਐਕਸ਼ਨ ਲਓ। ਬਾਸੀ ਸਾਹਿਬ, ਪਹਿਲੇ ਤਾਂ ਸਾਰੇ ਪਿਆਰ ਭਰੇ ਸਰੋਤਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਨਾਲ ਹੀ ਨਾਲ ਕਹਾਂਗੇ ਕਿ ਆਪਾਂ ਨੂੰ ਪਤਾ ਬ੍ਰੈਂਪਟਨ ਦੇ ਵਿੱਚ ਜਾਂ ਕਿਧਰੇ ਵੀ ਆਪਾਂ ਚਲੇ ਜਾਈਏ ਆਪਾਂ ਨੂੰ ਪਰ ਸਕੁਅਰ ਫਿੱਟ ਦੇ ਜੇ ਕੋਂਡੋ ਵੀ ਲੈਂਦੇ $1,100-1,100 ਪਰ ਸਕੁਅਰ ਫਿੱਟ ਦੇ ਵਿੱਚ ਮਿਲਦਾ ਆਪਾਂ ਨੂੰ। ਆਪਾਂ ਤੁਹਾਡੇ ਲਈ ਬ੍ਰੈਂਪਟਨ ਆਪਣੇ ਸ਼ਹਿਰ ਕੈਲਡਨ ਦੇ ਵਿੱਚ ਮੇਫੀਲਡ ਤੇ ਮੈਕਲੋਗਨ ਦੇ ਉੱਤੇ ਸਿਰਫ ਤੇ ਸਿਰਫ ਸੁਣ ਕੇ ਹੈਰਾਨ ਹੋ ਜਾਓਗੇ, ਨੋਟ 900 ਨੋਟ 800 ਨੋਟ 700 460 ਡਾਲਰ ਪਰ ਸਕੁਅਰ ਫਿੱਟ ਤੇ ਤੁਹਾਡੇ ਲਈ ਟਾਊਨ ਹਾਊਸ ਲੈ ਕੇ ਆਏ ਆ। ਕੋਈ ਵੀ ਫਸਟ ਟਾਈਮ ਹੋਮ ਬਾਇਰ ਜਿਹੜੇ ਸੋਚਦੇ ਸੀ ਕਿ ਅਸੀਂ ਘਰ ਨਹੀਂ ਖਰੀਦ ਸਕਾਂਗੇ, $460 ਪਰ ਸਕੁਅਰ ਫਿੱਟ ਦੇ ਉੱਤੇ ਕੈਲਡਨ ਦੇ ਮੇਫੀਲਡ ਤੇ ਮੈਕਲੋਗਨ ਤੇ ਅਰਬਨ ਟਾਊਨ ਹਾਊਸ ਬਣਨ ਜਾ ਰਹੇ ਨੇ। ਜਿੰਦੀ ਪ੍ਰਾਈਜ਼ ਦੀ ਗੱਲ ਕੀਤੀ ਜਾਵੇ ਤਾਂ ਸਿਰਫ 699 ਤੋਂ ਸਟਾਰਟ ਹੋ ਰਹੇ ਨੇ, ਇਹਨਾਂ ਦੀ ਕਲੋਜ਼ਿੰਗ ਲੇਟ 2025 ਵਿਚ ਇਜ਼ ਐਂਡ ਆਫ 2025। ਹੋਰ ਇਸ ਚੀਜ਼ ਨੂੰ ਜੋ ਸ਼ਾਨਦਾਰ ਕਰ ਦਿੰਦਾ ਬਾਸੀ ਸਾਹਿਬ, ਹਮੇਸ਼ਾ ਫਸਟ ਟਾਈਮ ਬਾਇਰ ਨੂੰ ਲੱਗਦਾ ਕਿ ਯਾਰ ਆਪਾਂ ਡਿਪੋਜ਼ਿਟ ਨਹੀਂ ਦੇ ਸਕਦੇ, ਇਹਦਾ ਡਿਪੋਜ਼ਿਟ $5,000 ਦੇ ਕੇ ਬੁੱਕ ਕਰ ਸਕਦੇ। ਉਸ ਤੋਂ ਬਾਅਦ ਤੁਸੀਂ ਸਿਰਫ 1% ਕਰਕੇ ਡਿਪੋਜ਼ਿਟ ਇਹਦਾ ਦੇਣਾ ਬਾਸੀ ਸਾਹਿਬ। ਆਈਸੀ ਨੰਬਰ ਤੇ ਆਪਣਾ 905-207-8000 ਤੇ ਨਾਲ ਦੇ ਨਾਲ ਸਾਰੇ ਦੇ ਸਾਰੇ ਅਪਲਾਈਸਿਸ ਤੇ ਅਸਾਈਨਮੈਂਟ ਵੀ ਤੁਹਾਨੂੰ ਦਿਲਾਈ ਜਾਏਗੀ। ਅਪਲਾਈਸਿਸ ਨਾਲ ਨੇ, ਅਪਲਾਈਸਿਸ ਬਿਲਕੁਲ ਫ੍ਰੀ ਬਾਸੀ ਸਾਹਿਬ। ਆਈਸੀ, ਅਸੀਂ ਗੱਲਬਾਤ ਕਰ ਰਵਾਂਗੇ, ਆਓ ਅਸੀਂ ਲੈ ਕੇ ਚੱਲਦੇ ਹਾਂ ਨਿਰਮਲ ਮਾਨ ਜੀ। ਨਿਰਮਲ ਮਾਨ ਜੀ, ਤੁਹਾਡੇ ਸੇ ਵਿੱਚ ਕੈਨੇਡਾ ਚੋਂ ਅਮਰੀਕਾ ਵਿੱਚ ਨੋ ਪ੍ਰੋਬਲਮ, ਤੁਸੀਂ ਮੈਨੂੰ ਦੱਸੋ ਜ਼ਿੰਦਗੀ ਵਿੱਚ ਕੋਈ ਵੀ ਐਸੀ ਫਰਮ ਹੈ ਦੁਨੀਆ 'ਚ ਜਿਹੜੀ ਕਹਿੰਦੀ ਹੋਵੇ ਕਿ ਸਾਡੇ ਕੋਲ ਸਰਵਿਸ ਲਾਓ ਅਤੇ ਪੈਸੇ ਸਾਨੂੰ ਬਾਹਰ ਵਿੱਚ ਦਿਓ ਬਿਨਾਂ ਕਿਸੇ ਰਿਟੇਨਰ ਲਏ? ਰਿਟੇਨਰ ਵੀ ਲੈਂਦੇ, ਰਿਟੇਨਰ ਵੀ ਲੈ ਰਹੇ, ਮਾਈ ਗੋਡ, ਕਮ ਔਨ ਬੀਬੀ। ਰਿਟੇਨਰ ਮਤਲਬ ਇੱਕ ਵੀ ਪੈਸਾ ਲੈਂਦੇ, ਆਮ ਤੌਰ ਤੇ ਵਕੀਲ ਕਹਿੰਦੇ ਰਿਟੇਨਰ ਦਿਓ 1,000-2,000, ਉਹ ਕਹਿੰਦੇ ਭਾਈ ਸਾਡੇ ਸਿਰ ਤੇ ਇੰਨਾ ਕਰਜ਼ਾ ਆ, ਅਸੀਂ ਕਿੱਥੋਂ ਲਿਆ ਕੇ ਦਈਏ? ਇੱਕ ਭਾਈ ਕਹਿੰਦੇ ਸਾਨੂੰ ਰੱਖ ਲਓ ਤੁਸੀਂ ਰਿਟੇਨਰ ਜਗ੍ਹਾ ਤੇ। ਹਾਂ, ਮੈਂ ਮੈਨੂੰ ਰੱਖ ਲਓ, ਤਾਂ ਹੀ ਮਾਨ ਸਾਹਿਬ ਗ੍ਰੇਟ ਨੇ ਜੀ। ਨਿਰਮਲ ਜੀ, ਮੈਂ ਕਿਹਾ ਮਾਨ ਸਾਹਿਬ ਇੰਨੇ ਗ੍ਰੇਟ ਨੇ ਅਤੇ ਮਾਨ ਹੁੰਦੇ ਗ੍ਰੇਟ ਨੇ, ਬਿਲਕੁਲ ਜੀ। ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਇੰਨੇ ਗ੍ਰੇਟ ਨੇ, ਯੂ ਕੈਨ ਬਲੀਵ ਇਟ। ਸੋ ਇਹ ਕੁਦਰਤੀ ਗੱਲ ਹੈ, ਜਿਹਦੇ ਪਿੱਛੇ ਮਾਨ ਹੈ ਉਹ ਸੱਚਮੁੱਚ ਹੀ ਗ੍ਰੇਟ ਹੈ, ਮਹਾਨ ਵਿਅਕਤੀ, ਮਾਨ ਹੀ ਮਾਨ ਹੈ ਅਤੇ ਬੜੇ ਮਾਨ ਦੇ ਨਾਲ ਅਸੀਂ ਕਹਿੰਦੇ ਹਾਂ। ਔਰ ਰਿਟੇਨਰ ਨਹੀਂ ਲੈਂਦੇ, ਤੂੰ ਦੇ ਲਓਗੇ ਯਕੀਨ ਨਾਲ ਯਕੀਨ ਕਰ ਦੇਣਾ, ਪਤਾ ਅਸੀਂ ਕੰਮ ਕਰ ਹੀ ਦੇਣਾ, ਬਿਲਕੁਲ ਕਰਜ਼ਾ ਮਾਫ਼ ਕਰਾ ਦੇਣਾ। ਕੋਨਫੀਡੈਂਸ ਉਹਨਾਂ ਨੂੰ ਇੰਨਾ ਆ, ਉਹਨਾਂ ਨੂੰ ਆਪਣੀ ਸਰਵਿਸ ਤੇ ਕੋਨਫੀਡੈਂਸ ਹੋਣ ਕਰਕੇ ਲੋਕਾਂ ਵਾਸਤੇ ਕਹਿੰਦੇ ਨੇ, ਜਿਸ ਕਰਕੇ ਅੱਜ ਤਾਈਂ ਮੇਰੇ ਕੋਲ ਕਿਸੇ ਵਿਅਕਤੀ ਦੀ ਕੰਪਲੇਂਟ ਨਹੀਂ ਆਈ, ਜ਼ੀਰੋ ਕੰਪਲੇਂਟ, ਮਾਈਨਸ ਜ਼ੀਰੋ, ਮੈਂ ਤਾਂ ਕਦੇ ਕਿਸੇ ਨੇ ਕੰਪਲੇਂਟ ਦੀ ਗੱਲੇ ਨਹੀਂ ਕੀਤੀ। ਉਹ ਕਹਿੰਦੇ ਬਸ ਸਾਨੂੰ ਨੰਬਰ ਖਾ ਲਓ, ਮੈਂ ਕਿਹਾ 888-888-888, ਫਿਰ ਕਹਿੰਦੇ 99-14, ਮੈਂ ਕਿਹਾ ਹਾਂਜੀ ਲੋਕਾਂ ਨੂੰ ਯਾਦ ਹੈ, ਬਿਲਕੁਲ 888-888-99-14। ਆਓ ਗੱਲਬਾਤ ਕਰਦੇ ਹਾਂ, ਹੈਲੀਕਾਪਟਰ ਲੈਂਡ ਕਰ ਚੁੱਕਾ ਹੈ ਸਾਡੇ 22 ਵੈਂਟਲੀ ਡਰਾਈਵ ਦੇ, ਸਾਡੇ ਇੱਥੇ ਆਪਣੇ ਡਰਾਈਵ ਵੇ ਦੇ ਵਿੱਚ। ਹਾਂਜੀ, ਵੈਲਕਮ, ਤੁਹਾਡੇ ਹੈਲੀਕਾਪਟਰ ਨੂੰ ਤੁਹਾਨੂੰ ਵੈਲਕਮ ਜੀ। ਜੀ ਆਇਆਂ, ਕਿਉਂਕਿ ਇਹਨਾਂ ਨੇ ਸੇਵਾਵਾਂ ਜਿਹੜੀਆਂ ਨੇ ਆਲ ਓਵਰ ਨੇ, ਮੋਬਾਈਲ ਸਰਵਿਸ ਹੈ ਇਹਨਾਂ ਦੀ। ਜੀ ਆਇਆਂ ਮਾਨ ਜੀ, ਔਰ ਖਾਸ ਸਾਇਰਨ ਦੀ ਤੁਸੀਂ ਮੁਬਾਰਕ, ਅਤੇ ਜਿਸ ਸ਼ੋਅ ਦੇ ਵਿੱਚ ਆਪ ਜੀ ਦੀ ਗੱਲਬਾਤ ਲੋਕਾਂ ਨਾਲ ਤੁਸੀਂ ਦਰਦ ਵੰਡਾਉਂਦੇ ਹੋ, ਲੋਕਾਂ ਦੇ ਦੁੱਖ ਸੁਣਦੇ ਹੋ ਅਤੇ ਲੋਕਾਂ ਦਾ ਕਰਜ਼ਾ ਮਾਫ਼ ਕਰਦੇ ਹੋ, ਇਸ ਸ਼ੋਅ ਨੂੰ 42 ਸਾਲ ਦਾ ਅੱਜ ਸਫ਼ਰ ਹੋ ਗਿਆ ਹੈ, ਤੈਅ ਕੀਤੇ ਨੂੰ ਮੁਬਾਰਕ, ਅਸੀਂ ਤੁਹਾਡੀ ਝੋਲੀ 'ਚ ਪਾ ਰਹੇ ਹਾਂ, ਸਖ਼ਤ ਮਿਹਨਤ ਕੀਤੀ ਹੈ ਔਰ ਤੁਹਾਡਾ ਇਸ 42 ਸਾਲ ਦੇ ਸਫ਼ਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਨਹੀਂ ਨਹੀਂ ਥੈਂਕ ਯੂ ਬਾਦ ਸਾਹਿਬ, ਨਾਲ ਬਹੁਤ ਬਹੁਤ ਵਧਾਈਆਂ ਤੁਹਾਨੂੰ, ਤੁਹਾਡੇ ਸਟਾਫ ਨੂੰ, ਔਰ ਸਾਰੇ ਜਿਹੜੇ ਅੱਜ ਤੋਂ ਪੁਰਾਣੇ ਵੀ ਜੁੜੇ ਨੇ ਤੁਹਾਡੇ ਸ਼ੋਅ ਦੇ ਨਾਲ, ਤੁਹਾਡੇ ਨਾਲ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਨਾਲ ਭਾਜੀ ਜਿਹੜੇ ਬੈਠੇ ਨੇ ਇਹਨਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ ਮਾਨ ਜੀ, ਮੈਂ ਕਿਵੇਂ ਆਪਣੇ ਆਪ ਤੋਂ ਪੁੱਛਦਾ ਸਵਾਲ, 42 ਸਾਲ ਦਾ ਸਫ਼ਰ ਤੈਅ ਕਰਨਾ, 42 ਘੰਟੇ 42 ਮਿੰਟ ਸਕਿੰਟ ਵੀ ਗਿਣੋ ਤਾਂ 42 ਸਾਲ, ਜਾਣੀ ਕਿ 4 ਦਹਾਕਿਆਂ ਤੋਂ ਉੱਪਰ ਦਾ ਸਮਾਂ, ਸੋ ਮੈਂ ਸੋਚਦਾ ਕਿ ਇੰਨਾ ਸਮਾਂ ਕਿੰਨੀ ਜਲਦੀ ਬੀਤ ਗਿਆ, ਮਤਲਬ ਇੰਨੀ ਜਲਦੀ ਬੀਤ ਗਿਆ ਪਤਾ ਹੀ ਲੱਗਾ। ਨਹੀਂ ਪਰਮਾਤਮਾ ਤੁਹਾਨੂੰ ਸਿਹਤ ਤੰਦਰੁਸਤੀ ਦੇ, 42 ਸਾਲ ਤੁਸੀਂ ਹੋਰ ਲਾਉਣੇ ਬਸ। ਮਿਹਰਬਾਨੀ, ਇਹ ਮਤਲਬ ਕਿ 42 ਤੇ ਪਲੱਸ 42 ਕਿੰਨੇ ਹੋ ਗਏ ਜੀ? 84 ਜੀ, 84। ਸੋ ਆਪਾਂ 8 ਸਾਲਾਂ ਬਾਅਦ ਜਿਹੜੀ ਗੋਲਡਨ ਜੁਬਲੀ ਮਨਾਵਾਂਗੇ। ਬਿਲਕੁਲ ਬਿਲਕੁਲ ਬਸ ਜੀ। ਹਾਂਜੀ, ਕੀ ਗਿਫਟ ਕੀ ਲੈ ਕੇ ਆਵਾਂਗੇ, ਸੋਨੇ ਦਾ ਉਦਣ ਕੀ ਲੈ ਕੇ ਆਉਂਗੇ ਆਪਣੇ 8 ਸਾਲ ਬਾਅਦ ਗੋਲਡਨ ਜੁਬਲੀ? ਆਪਣੇ ਮਾਨ ਜੀ, ਬੜੇ ਮਾਨ ਨਾਲ ਕੀ ਅਨਾਊਂਸ ਕਰਨ ਜਾ ਰਹੇ ਹੋ, ਜਿਹਨਾਂ ਲੋਕਾਂ ਸਿਰ ਤੇ ਕਰਜ਼ਾ, ਕੀ ਕਹਿਣਾ ਚਾਹੁੰਦੇ ਅੱਜ? ਸਪੈਸ਼ਲ ਕੀ ਡਿਸਕਾਊਂਟ, ਕੀ ਤੁਸੀਂ ਅਨਾਊਂਸ ਕਰਨਾ ਅੱਜ, ਐਕਸਟਰਾ ਕੀ ਸਰਵਿਸ ਦੇ ਰਹੇ ਹੋ? ਜੀ ਜੀ, ਆਈ ਥਿੰਕ ਕਿ ਜਿਹੜੇ ਵੀ ਅੱਜ ਕਾਲ ਕਰਨਗੇ ਜੀ, ਜਿੰਨੇ ਵੀ ਆਪਣੇ 42 ਸਾਲ ਹੋ ਗਏ ਨੇ ਗਾਉਂਦਾ ਪੰਜਾਬ ਨੂੰ ਬਾਦਸ਼ਾਹ ਸਾਹਿਬ ਦੇ ਸ਼ੋਅ ਨੂੰ, ਤੇ ਉਹਨਾਂ ਸਾਰਿਆਂ ਨੂੰ $400 ਦਾ ਡਿਸਕਾਊਂਟ ਜਿਹੜਾ ਜੀ, ਉਹਨਾਂ ਦੀ ਪੇਮੈਂਟ $400 ਦੀ ਫਸਟ, ਉਹ ਜੇ ਕਿਤੇ ਹੈਗੀ ਆ ਤਾਂ ਉਹ ਸਾਡੇ ਵੱਲੋਂ ਦਿੱਤੀ ਜਾਏਗੀ। ਓ ਮਾਈ, $400 ਦੇ ਟਾਕਿੰਗ ਅਬਾਊਟ, $400 ਇਜ਼ ਬਿਗ ਅਮਾਊਂਟ। ਬਸੀ ਸਾਹਿਬ, ਮੈਨੂੰ ਮਾਨ ਸਾਹਿਬ ਦਾ ਕਿਸੇ ਨੇ ਜ਼ਿਕਰ ਕੀਤਾ ਸੀ ਕਿ ਕਹਿੰਦੇ ਜਿੱਦਾਂ ਚੋਪਰ ਤੇ ਆਉਂਦੇ ਨੇ ਫੁੱਲ ਸਪੀਡ ਤੇ ਚੋਪਰ ਆਉਂਦਾ ਨਾ, ਉਦਾਂ ਹੀ ਕਰਜ਼ਾ ਵੀ ਕਹਿੰਦੇ ਬਹੁਤ ਹੀ ਛੇਤੀ ਮਾਫ ਕਰਾ ਦਿੰਦੇ ਨੇ। ਅੱਛਾ, ਫੀਸ ਬਾਅਦ ਵਿੱਚ ਲੈਂਦੇ? ਫੀਸ ਬਾਅਦ ਹੀ ਲੈਂਦੇ ਨੇ, ਵੇਖ ਲਓ ਕਿਆ ਬਾਤਾਂ ਨੇ ਜੀ। ਅੱਛਾ, ਇਹ ਮੈਂ ਕਿਹਾ ਤੁਹਾਡੇ ਕਹਿੰਦੇ ਫੀਸ ਕਿਸੇ ਨੇ ਮਾਰੀ ਆ? ਕਹਿੰਦੇ ਕਦੇ ਵੀ ਨਹੀਂ ਮਾਰੀ ਕਿਸੇ ਦੀ। ਬਸੀ ਸਾਹਿਬ, ਕਦੇ ਵੀ ਕਿਸੇ ਨੇ ਕਹਿੰਦੇ ਸਾਡੇ ਪੈਸੇ ਮਾਰੇ ਨਹੀਂ? ਇਹ ਤਾਂ ਦੁੱਖਾਂ ਦੇ ਚੋਂ ਬਾਹਰ ਕੱਢਦੇ ਨੇ ਜੀ, ਕਹਿੰਦਾ ਕੌਣ ਪੈਸਾ ਮਾਰੇਗਾ ਜੀ। ਹਾਂ, ਸੱਚੀ ਗੱਲ ਹੈ, ਜੇ ਤੁਸੀਂ ਆਪ ਨਹੀਂ ਹੀਰਾਫੇਰੀ ਕਰਦੇ, ਲੋਕ ਤੁਹਾਡੇ ਨਾਲ ਵੀ ਨਹੀਂ ਕਰਦੇ। ਬਿਲਕੁਲ ਜੀ। ਹਾਂਜੀ, ਸੋ ਚੋਰਾਂ ਦੇ ਮੋਰ ਪੈਂਦੇ ਆ, ਪਰ ਇਹ ਨਹੀਂ ਹੈ ਕਿ ਜਿਹੜੇ ਮਿਹਨਤ ਕਰਦੇ ਆ ਉਹਨਾਂ ਨੂੰ ਕੋਈ ਹਰਾਸਮੈਂਟ ਮਿਲਦੀ, ਇਹ ਸੱਚ ਹੈ। ਕੀ ਕਹਿੰਦੇ ਮਾਨ ਸਾਹਿਬ? ਸੱਚੀ ਗੱਲ ਹੈ, ਜੇ ਤੁਸੀਂ ਆਪ ਸਾਫ਼ ਸੁਥਰੇ ਹੋ ਤਾਂ ਦੂਜਾ ਵਿਅਕਤੀ ਵੀ ਤੁਹਾਡੇ ਨਾਲ ਹੀਰਾਫੇਰੀ ਨਹੀਂ ਕਰੂਗਾ। ਜੀ ਬਿਲਕੁਲ ਬਿਲਕੁਲ, ਕਿਉਂਕਿ ਜੇ ਤੁਸੀਂ ਆਪ ਹੀ ਆਨੈਸਟ ਹੋ ਤੇ ਦੂਜਾ ਬੰਦਾ ਵੀ ਕੋਸ਼ਿਸ਼ ਇਹੀ ਕਰਦਾ ਆਨੈਸਟ ਨਾ ਆਨੈਸਟ ਹੀ ਰਹੀਏ ਜੀ, ਤੇ ਤੁਹਾਡੀ ਗੱਲ ਬਿਲਕੁਲ ਸਹੀ ਦੱਸ ਸਕਦੇ ਇਸ ਬਾਰੇ। ਮਾਨ ਸਾਹਿਬ, ਜਿਹੜਾ ਕਰਜ਼ਾ ਹੈ ਲੋਕਾਂ ਦੇ ਸਿਰਾਂ ਦੇ ਉੱਪਰ ਚੜਿਆ, ਦਿਨ ਵਿੱਚ ਦਿਨ ਚੜ੍ਹਦਾ ਜਾ ਰਿਹਾ, ਇਹ ਲੱਗਦਾ ਕਿ ਇਹ ਆਰਥਿਕ ਮੰਦਵਾੜਾ ਜਿਹੜਾ ਹੈ ਇਹ ਖਤਮ ਹੋਣ ਦਾ ਨਾਂ ਨਹੀਂ ਲੈਂਦਾ, ਤੁਹਾਨੂੰ ਲੱਗਦਾ ਕਿ ਹਾਲੇ ਕੁਝ ਸਮਾਂ ਹੋਰ ਲੱਗੂਗਾ, ਤਾਂ ਜਿਸ ਕਰਕੇ ਤੁਸੀਂ ਲੋਕਾਂ ਨੂੰ ਰੈਕਮੈਂਡ ਕਰੋਗੇ ਕਿ ਇਹ ਸਮਾਂ ਜਿਹੜਾ ਉਹਦਾ ਇੰਤਜ਼ਾਰ ਨਾ ਕਰੋ, ਜਲਦੀ ਨਾਲ ਕਰਜ਼ਾ ਮਾਫ਼ ਕਰਾਓ, ਮਿਨੀਮਮ ਪੇਮੈਂਟਾਂ ਤੁਸੀਂ ਦੇ ਰਹੇ ਹੋ, ਪੇਮੈਂਟਾਂ ਵੱਧਦੀਆਂ ਜਾ ਰਹੀਆਂ, ਤੁਹਾਡੇ ਸਿਰ 'ਤੇ ਕਰਜ਼ਾ ਹੋਰ ਵੱਧਦਾ ਜਾ ਰਿਹਾ, ਇਹਨੂੰ ਬੈਟਰ ਹੈ ਕਿ ਰਾਈਟ ਵੇ ਸਟਾਪ ਕਰ ਲਓ। ਤਾਂ ਰਾਈਟ ਵੇ ਸਟਾਪ ਕਰਨਾ ਫਾਸਟ ਮੈਥਡ ਕੀ ਹੈ? ਬਿਲਕੁਲ ਬਸ ਸਾਹਿਬ, ਕਿਉਂਕਿ ਜੇ ਤੁਸੀਂ ਮਿਨੀਮਮ ਪੇਮੈਂਟ ਦੇਈ ਜਾਂਦੇ ਹੋ, ਮਿਨੀਮਮ ਪੇਮੈਂਟ ਜਿਹੜੀ ਆ ਤਕਰੀਬਨ ਜਿਹੜੀ ਆ ਤੁਹਾਡਾ ਅੱਜ ਦੀ ਡੇਟ ਦੇ ਵਿੱਚ ਮਿਨੀਮਮ ਜਿਹੜਾ ਸ਼ੁਰੂ ਹੁੰਦਾ ਤੁਹਾਡਾ ਇੰਟਰਸਟ ਰੇਟ ਉਹ 20% ਤੋਂ ਸ਼ੁਰੂ ਹੁੰਦਾ, ਤੇ ਮੈਂ 35-35 40-40% ਵੀ ਦੇਖੇ ਨੇ। ਤੇ ਜੇ ਤੁਸੀਂ ਮਿਨੀਮਮ ਪੇਮੈਂਟ ਦੇਈ ਜਾਂਦੇ ਹੋ, ਜਿਹੜਾ ਤੁਸੀਂ $10,000 ਦੇਣਾ, ਤੇ ਨੈਕਸਟ 30-40-50 ਸਾਲ ਲੱਗ ਜਾਣੇ ਨੇ ਤੁਹਾਨੂੰ ਜਾ ਕੇ, ਤਕਰੀਬਨ ਹੋ ਸਕਦਾ ਕਿ 80-90 ਦੇਣਾ ਪੈ ਜਾਏ, ਤੇ ਜਿੱਥੇ ਤੁਸੀਂ ਸਿਰਫ 10 ਤੇ ਸਾਂ ਮਰ ਕੇ 3-4 ਵੀ ਦੇਣਾ, ਔਰ ਉਹ ਵੀ ਆਪਣੀ ਇੱਕ ਇਨਸਾਨ ਕਿਸ਼ਤਾਂ ਦੇ ਵਿੱਚ ਜਿਹੜੀਆਂ ਇਹਨਾਂ ਕੋਈ ਵੀ ਤੁਹਾਡੀ ਕਿਸੇ ਤਰ੍ਹਾਂ ਦੀ ਜਿਹੜੀ ਲੀਗਲ ਕੋਈ ਲੀਗਲ ਇੰਪਲੀਕੇਸ਼ਨ ਹੋ ਜਾਏ ਕੋਈ ਵੀ, ਉਹ ਸਾਰਾ ਤੋਂ ਸਾਰਾ ਆਊਟ ਆਫ ਕੋਰਟ ਸੈਟਲਮੈਂਟ ਲੈ ਕੇ ਦਿੰਦੇ ਸਾਡਾ ਸਟਾਫ, ਸਾਡੇ ਅਟਰਨੀ, ਤੇ ਥਰੂ ਆਊਟ US ਕੈਨੇਡਾ ਇੱਕ ਵੀ ਨਿੱਕਾ ਪੈਸਾ ਨਹੀਂ ਦਿੰਦੇ, 100% ਕੰਫੀਡੈਂਸ਼ੀਅਲ ਹੈ, ਕਦੇ ਮਰਜ਼ੀ ਕਾਲ ਕਰ ਲਓ। ਬਸ ਸਾਹਿਬ ਨੰਬਰ ਦੱਸ ਦਿਓ ਜੀ। ਅੱਛਾ, ਤੁਹਾਨੂੰ ਜਿਹੜੇ ਤੁਹਾਡੇ ਕਲਾਇੰਟ ਨੇ ਤੁਹਾਨੂੰ ਕਾਲ ਕਰਦੇ ਨੇ,
ਉਹਨਾਂ ਵੱਲੋਂ ਤੁਹਾਨੂੰ ਕੀ ਸ਼ਿਕਾਇਤ ਆ ਜਿਸ ਕਰਕੇ ਲੋਕਾਂ ਨੂੰ ਸਰਵਿਸ ਦੇ ਵਿੱਚ ਕਈ ਵਾਰੀ ਸੋਚਦੇ ਆ ਲੋਕ ਕਿ ਸਾਨੂੰ ਲੇਟ ਫੋਨ ਆਇਆ, ਸਾਨੂੰ ਫੋਨ ਦੇ ਵਿੱਚ ਦੁਬਾਰਾ ਕਾਲ ਕਰਨਾ ਪਿਆ, ਉਹਦੇ ਵਿੱਚ ਕੋਈ ਨਾ ਕੋਈ ਜ਼ਰੂਰ ਜਿਹੜਾ ਕਲਾਇੰਟ ਤੁਹਾਡਾ ਜਿਹੜਾ ਬਣਨਾ ਆ ਉਹਦੀ ਮੈਨੂੰ ਢਿੱਲ ਰਹਿੰਦੀ ਆ, ਕੋਈ ਨਾ ਕੋਈ ਉਹਨਾਂ ਦੀ ਅਣਗਹਿਲੀ ਰਹਿੰਦੀ ਆ, ਉਹ ਕਿਹੜੀ ਅਣਗਹਿਲੀ ਆ ਜਿਹੜੀ ਉਹ ਜ਼ਰੂਰ ਉਹਦੇ ਵੱਲ ਧਿਆਨ ਦੇਣ? ਨਹੀਂ ਬਸ ਸਰ, ਜਨਰਲੀ ਸਟਾਫ ਤਾਂ ਸਾਡਾ ਬਹੁਤ ਜ਼ਿਆਦਾ ਇਸ ਟਾਈਮ, ਓਵਰ 100 ਇੰਪਲੋਈਜ਼ ਨੇ ਸਾਡੇ ਕੋਲ, ਤਾਂ ਸਟਾਫ ਦਾ ਇਸ਼ੂ ਨਹੀਂ ਹੁੰਦਾ। ਇਸ਼ੂ ਜਨਰਲੀ ਇਹ ਹੁੰਦਾ ਕਈ ਵਾਰ ਆਪਣੇ ਜਿਹੜੇ ਕਲਾਇੰਟਸ ਨੇ ਉਹ ਕਹਿੰਦੇ ਨੇ ਕਿ ਅਸੀਂ ਹੁਣੇ ਕਰਜ਼ਾ ਲਾ ਦਿਓ ਹੁਣੇ ਲੱਥ 'ਚ, ਸੋ ਅਸੀਂ ਇਹੀ ਕਹਿੰਦਾ ਕਹਾਂਗਾ ਜਿੰਨੇ ਵੀ ਸੁਣਨ ਵਾਲੇ ਨੇ ਕਿ ਜਿਹੜਾ ਕਰਜ਼ਾ ਨਾ ਕ੍ਰੈਡਿਟ ਕਾਰਡ ਦਾ ਬਸ ਸਾਹਿਬ, ਉਹਦਾ ਨਾ ਜਿਹੜਾ ਜਿਹੜਾ ਇਫੈਕਟ ਹੈ ਉਹ ਸ਼ਰਾਬ ਵਾਂਗੂ ਹੈ। ਬੰਦਾ ਪੀਂਦਾ ਉਦੋਂ ਤੈਨੂੰ ਬਹੁਤ ਚੰਗਾ ਲੱਗਦਾ, ਇੰਜੋਏ ਕਰਦਾ, ਤੇ ਪਰ ਜਦੋਂ ਹੁਣ ਅਗਲੇ ਦਿਨ ਉਤਰਦੀ ਹੈ ਜਦੋਂ ਤੁਹਾਨੂੰ ਪਤਾ ਲੱਗਦਾ ਫਿਰ ਉਹ ਤੰਗ ਕਰਦੀ ਹੈ, ਤੋੜ ਲੱਗਦੀ ਸਰੀਰ ਨੂੰ, ਓਦਾਂ ਹੀ ਫਾਈਨੈਂਸ਼ੀਅਲ ਤੋੜ ਲੱਗਦੀ ਹੈ, ਫਿਰ ਲਾਉਣ ਲਾਣੇ ਤਕਲੀਫ ਹੁੰਦੀ ਹੈ। ਜਦੋਂ ਆਪਾਂ ਯੂਜ਼ ਕਰਦੇ ਹਾਂ ਪੈਸੇ ਵਾਲੇ ਕਮਾਈ ਵੀ ਨਹੀਂ ਉਹਨੂੰ ਸਪੈਂਡ ਕਰਦੇ ਨੇ ਚੰਗਾ ਲੱਗਦਾ, ਤੇ ਥੋੜਾ ਜਿਹਾ ਪੇਸ਼ੈਂਟ ਜਿਹੜਾ ਹੈ ਤਕਰੀਬਨ 6 ਮਹੀਨੇ ਤੋਂ ਲੈ ਕੇ 4 ਸਾਲ ਦੇ ਵਿੱਚ ਉਹ ਤੁਹਾਡਾ ਖਤਮ ਹੋ ਜਾਂਦਾ, ਜਿਹਦੇ ਵਿੱਚ ਤੁਹਾਡਾ ਓਵਰਆਲ ਕ੍ਰੈਡਿਟ ਇੰਪੈਕਟ ਜਿਹੜਾ ਉਹ ਨਹੀਂ ਪੈਂਦਾ। ਜੇ ਤੁਸੀਂ ਕੰਜ਼ਿਊਮਰ ਪ੍ਰਪੋਜ਼ਲ ਕਰਦੇ ਹੋ ਜਾਂ ਬੈਂਕਰਪਸੀ ਕਰਦੀ ਹੋ ਤੁਸੀਂ ਅਗਲੇ 8 ਤੋਂ 10 ਸਾਲ ਵਾਸਤੇ, ਬਿਲਕੁਲ ਤੁਹਾਡਾ ਫਾਈਨਲ ਜਿਹੜਾ ਕ੍ਰੈਡਿਟ ਆ ਯੂਜ਼ਲੈਸ ਹੋ ਜਾਂਦਾ। ਅੱਛਾ, ਤੁਸੀਂ ਇਹ ਆਈਡੀਆ ਕਿਵੇਂ ਕ੍ਰੀਏਟ ਕੀਤਾ? ਜੋ ਕ੍ਰੀਏਟਿਵ, ਹਰ ਬਿਜ਼ਨਸ ਵਿੱਚ ਕੋਈ ਕ੍ਰੀਏਟਿਵ ਬੰਦਾ ਹੋਵੇ ਤਾਂ ਨਵੀਂ ਚੀਜ਼ ਕ੍ਰੀਏਟ ਕਰਦਾ ਤਾਂ ਉਹਨੂੰ ਬਿਜ਼ਨਸ ਬੋਝ ਮਿਲਦਾ। ਤੁਸੀਂ ਕਿਵੇਂ ਸੋਚਿਆ ਕਿ ਐਡਾ ਵੱਡਾ ਰਿਸਕ ਜਿਹੜਾ ਆ, ਇਹ ਰਿਸਕ ਆ ਨਾ, ਤੁਸੀਂ ਸਰਵਿਸ ਦਿੱਤੀ ਆ, ਤੁਸੀਂ ਸਟਾਫ ਨੂੰ ਪੇਮੈਂਟ ਕਰਦੇ ਹੋ, ਤੁਹਾਡੇ ਬਿੱਲ ਜਾਂਦੇ ਨੇ ਟੈਲੀਫੋਨ ਦੇ, ਤੁਹਾਡਾ ਇੰਨੀਆਂ ਬਿਲਡਿੰਗਾਂ ਆ ਉਹਦਾ ਖਰਚਾ ਤੁਹਾਡਾ ਆਪਣਾ, ਤਾਂ ਤੁਸੀਂ ਪੇਮੈਂਟ ਲੋਕਾਂ ਤੋਂ ਬਾਅਦ ਵਿੱਚ ਲੈਂਦੇ ਹੋ, ਤੁਸੀਂ ਜਦੋਂ ਇਹ ਫੈਸਲਾ ਲਿਆ ਕਿ ਅਸੀਂ ਫੀਸ ਬਾਅਦ ਵਿੱਚ ਲਵਾਂਗੇ ਪਹਿਲਾਂ ਕਰਜ਼ਾ ਮਾਫ ਕਰਾਂਗੇ, ਤਾਂ ਤੁਹਾਨੂੂੰ ਕੋਈ ਐਸੀ ਡਿਫੀਕਲਟੀ ਤਾਂ ਨਹੀਂ ਆਈ ਫਿਰ ਡੀਲਿੰਗ ਦਾ ਟਾਈਮ? ਨਹੀਂ ਨਹੀਂ ਬਿਲਕੁਲ ਬਸ ਸਰ, ਬਿਲਕੁਲ ਕੋਈ ਡਿਫੀਕਲਟੀ ਨਹੀਂ ਆਈ, ਕਿਉਂਕਿ ਜਿੱਦਾਂ ਬਾਈ ਨਾਲ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ ਉਹ ਇਮਾਨਦਾਰ ਹੈ, ਓਨੈਸਟ ਹੈ। ਆਈ ਥਿੰਕ ਕਿਤੇ ਫਾਈਨੈਂਸ਼ੀਅਲ ਹਾਰਡਸ਼ਿਪ ਹੋ ਜਾਂਦੀ ਹੈ, ਪੰਗਾ ਪੈ ਜਾਂਦਾ, ਪਰ ਮੈਜੋਰਿਟੀ ਆਫ ਪੀਪਲ ਦੇ ਆਰ ਨਾਈਸ, ਦੇ ਆਰ ਹਾਰਡ ਵਰਕਿੰਗ, ਤੇ ਉਹ ਕਦੇ ਕੋਈ ਜਾਣ ਬੁੱਝ ਕੇ ਕਦੇ ਇੱਦਾਂ ਦਾ ਕਿਸੇ ਨੇ ਜਾਣ ਕੇ ਖਰਾਬੀ ਕਰਨ ਦੀ ਕੋਸ਼ਿਸ਼। ਅੱਛਾ, ਹੈਰਾਨੀ ਵਾਲੀ ਗੱਲ ਹੈ, ਲੋਕਾਂ ਮੈਂ ਦੱਸ ਦਵਾਂ ਸਾਫ਼ ਸਪਸ਼ਟ, ਅਸੀਂ ਬਿਜ਼ਨਸ ਕਰਦੇ ਨੂੰ ਕਿੰਨੇ ਸਾਲ ਹੋ ਗਏ, ਤਾਂ ਮੈਂ ਕਿਹਾ ਨਰਮਲ ਜੀ ਕੋਈ ਗੱਲ ਨਹੀਂ ਤੁਸੀਂ ਸਾਨੂੰ 6-7 ਮਹੀਨੇ ਬਾਅਦ ਪੇਮੈਂਟ ਕਰਦਿਆ ਕਰੋ। ਕਹਿੰਦੇ ਨੋ, ਸਾਡੀ ਪਾਲਿਸੀ ਕਿ ਅਸੀਂ ਹਰਾਈਟ ਵੀ ਪੈਸੇ ਪੇ ਕਰਨੇ ਆ। ਮੈਂ ਕਿਹਾ ਤੁਹਾਡੀ ਪਾਲਿਸੀ ਕਮਾਲ ਦੀ ਗੱਲ ਹੈ, ਮੈਂ ਕਿਹਾ ਤੁਸੀਂ ਰਿਪੀਟ ਕਰੋ ਆਪਣੀ ਪਾਲਿਸੀ ਨੂੰ ਕਿ ਆਪ ਤੁਸੀਂ ਸਰਵਿਸ ਪਹਿਲਾਂ ਦਿੰਦੇ ਹੋ ਅਤੇ ਫੀਸ ਬਾਅਦ ਵਿੱਚ ਲੈਂਦੇ ਹੋ, ਸਾਡੇ ਕੋਲੋਂ ਤੁਸੀਂ ਸਰਵਿਸ ਜਿਹੜੀ ਆ ਲੈਂਦੇ ਹੋ ਤਾਂ ਫੀਸ ਜਿਹੜੀ ਆ ਤੁਸੀਂ ਪਹਿਲਾਂ ਲੈ ਲੈਂਦੇ ਹੋ, ਇਹ ਕੀ ਚੱਕਰ ਆ? ਇਹ ਕਹਿੰਦੇ ਬਸ ਜੀ ਕਿ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਪਾਲਿਸੀ ਇਹੀ ਆ ਕਿ ਅਸੀਂ ਜੇ ਸਰਵਿਸ ਤੁਹਾਡੇ ਤੋਂ ਲਵਾਂਗੇ ਤਾਂ ਪਹਿਲਾਂ ਸਾਨੂੰ ਪੈਸੇ ਦੇਵਾਂਗੇ, ਜੇ ਅਸੀਂ ਕਿਸੇ ਨੂੰ ਸਰਵਿਸ ਦੇਵਾਂਗੇ ਤਾਂ ਅਸੀਂ ਪੈਸੇ ਬਾਅਦ ਵਿੱਚ ਲਵਾਂਗੇ। ਮੈਂ ਕਿਹਾ ਕਮਾਲ ਦੀ ਗੱਲ ਹੈ, ਇਹ ਕਮਾਲ ਦੀ ਪਾਲਿਸੀ ਆ। ਮੈਂ ਕਿਹਾ ਇਹਦੇ ਨਾਲ ਤਾਂ ਜ਼ਿੰਦਗੀ ਸੁਧਰ ਜਾਵੇਗੀ ਸਾਡੀ, ਜੇ ਸਾਰੇ ਲੋਕ ਜਿਹੜੇ ਨੇ ਇਸ ਨੀਤੀ ਨੂੰ ਅਪਣਾਉਣ ਲੱਗ ਪੈਣ। ਹੈਰਾਨੀ ਵਾਲੀ ਗੱਲ, ਬਿਲਕੁਲ ਬਾਸੀ ਜੀ, ਬਿਲਕੁਲ ਜੀ, ਆਪ ਆਪਣੀ ਸਰਵਿਸ ਦੇ ਕੇ ਪੈਸੇ ਕਹਿੰਦੇ ਅਸੀਂ ਬਾਅਦ 'ਚ ਦਿੰਦੇ ਹਾਂ, ਤੇ ਜੇ ਕਹਿੰਦੇ ਅਸੀਂ ਐਡ ਕਰਦੇ ਹਾਂ ਤਾਂ ਉਹਨਾਂ ਨੂੰ ਅਸੀਂ ਐਡ ਦੇ ਪੈਸੇ ਪਹਿਲਾਂ ਦੇ ਦਿੰਦੇ, ਐਡਵਾਂਸ ਪੈਸੇ ਦਿੰਦੇ ਨੇ ਜੀ। ਤਾਂ ਮੈਂ ਕਿਹਾ ਤੁਹਾਨੂੰ ਫਿਰ ਟਰੱਸਟ ਹੈਗਾ ਸਾਡੇ 'ਤੇ? ਕਹਿੰਦੇ ਜੀ ਸਾਨੂੰ ਪਤਾ ਹੈ ਤੁਸੀਂ ਇੰਨੇ ਸਾਲਾਂ ਤੋਂ ਆ, ਤਦ ਇਸ ਬਿਜ਼ਨਸ ਵਿੱਚ ਨਹੀਂ ਤਾਂ ਬੰਦੇ 1-2 ਸਾਲ ਨਹੀਂ ਮਹੀਨੇ ਵਿੱਚ ਹੀ ਚੱਲ ਜਾਂਦੇ ਨੇ, ਨਾਂ ਹੋਰ ਰੱਖ ਲੈਂਦੇ ਨੇ, ਆਪਣੇ ਨਾਂ ਬਦਲ ਲੈਂਦੇ ਨੇ। ਇੱਕ ਮੋਂਟਰੀਅਲ 'ਚ ਬੰਦਾ ਸਾਡੇ ਕੋਲ ਐਡ ਕਰਾਈ, ਮੈਂ ਅਸੀਂ ਪੁੱਛਿਆ ਬੰਦਾ ਕੌਣ ਹੈ, ਵੀ ਫਾਈਂਡ ਆਊਟ, ਅਸੀਂ ਪੁਲਿਸ ਦਾ ਤਾਲਮੇਲ ਕੀਤਾ, ਉਹ ਕਹਿੰਦੇ ਅਸੀਂ ਤਾਂ ਬੰਦਾ ਕੋਈ ਅਰੈਸਟ ਨਹੀਂ ਕੀਤਾ, ਜੇਲ੍ਹ 'ਚ ਨਹੀਂ ਬੰਦਾ ਆਇਆ, ਉਹ ਬੰਦਾ ਦੱਸਿਆ ਬੰਦਾ ਕਹਿੰਦੇ ਮੋਂਟਰੀਅਲ 'ਚ ਬੈਠਾ, ਉਹ ਤਾਂ ਬੈਡ ਬੈਠਾ ਇੱਥੇ ਕੈਨੇਡਾ ਵਿੱਚ ਆ।
ਸੋ ਸਾਨੂੰ ਕੱਲ ਪਤਾ ਲੱਗਾ ਔਰ ਇੱਕ ਸਾਲ ਬਾਅਦ ਪਤਾ ਲੱਗਾ ਕਿ ਬੰਦਾ ਜਿਹੜਾ ਸਾਡੇ ਨਾਲ ਗੱਲ ਕਰਦਾ ਉਹੀ ਬੰਦਾ ਸੀਗਾ ਉਹ ਕਹੀ ਜਾਵੇ ਕਿ ਉਹ ਬੰਦਾ ਜੇਲ੍ਹ ਚ ਤੁਸੀਂ ਦੇਖ ਲਓ ਕਿੰਨੇ ਲੋਕ ਖਰਾਬ ਨੇ ਨਿਰਮਲ ਜੀ ਇੱਕ ਬੰਦੇ ਨੇ ਸਾਡੇ ਨਾਲ ਐਡ ਕਰਾਈ ਮਹੀਨੇ ਦੇ ਪੈਸੇ ਦੇ ਦਿੱਤੇ ਉਹ ਤੋਂ ਬਾਅਦ ਕਹਿੰਦਾ ਜੀ ਮੈਂ ਦੇ ਦਿੰਦਾ ਕੋਈ ਗੱਲ ਨੀ ਨੋ ਪ੍ਰੋਬਲਮ ਕੋਈ ਇਸ਼ੂ ਨਹੀਂ ਗਾ ਇੰਨੇ ਟਰੱਕ ਨੇ ਉਹਦੇ ਅੱਜ ਸਾਨੂੰ ਕੱਲ੍ਹ ਪਤਾ ਲੱਗਾ ਉਹ ਇਹ ਬੰਦੇ ਦੱਸਿਆ ਕਹਿੰਦਾ ਭਾਜੀ ਇਹ ਬੰਦਾ ਤਾਂ ਮੇਰੇ ਨਾਲ ਕੱਲ੍ਹ ਗੱਲ ਕਰ ਰਹੇ ਸੀਗੇ ਕੱਲ੍ਹ ਇਹ ਟਰੱਕ ਜਿਹੜਾ ਆ ਟਰਾਂਟੋ ਤੋਂ ਮੋਂਟਰੀਅਲ ਨੂੰ ਲੈ ਕੇ ਗਿਆ ਤੇ ਅੱਜ ਜੇਲ੍ਹ 'ਚ ਕਿਤੇ ਚਲੇ ਗਿਆ ਉਹ ਕਹਿੰਦਾ ਜੀ ਉਹ ਤਾਂ ਜੇਲ੍ਹ 'ਚ ਨਹੀਂ ਉਹ ਕਹਿੰਦਾ ਜੀ ਵੱਡੇ ਘਰ ਬੈਠਾ ਦੱਸੋ ਮਾੜੀ ਜੀ ਗੱਲ ਸਮਾਂ ਘੱਟ ਹੈ ਹਾਂਜੀ ਬਿਲਕੁਲ ਆਪਣੇ ਸਿਰ ਤੇ ਚੜਿਆ ਹੋਇਆ ਕਰਜ਼ਾ ਮਾਫ਼ ਕਰਾਉਣਾ ਤਾਂ ਨਿਰਮਲ ਮਾਨ ਜੀ ਨੂੰ ਫੋਨ ਕਰਨਾ ਨਿਰਮਲ ਮਾਨ ਜੀ ਦਾ ਨੰਬਰ ਹੈ 888-888-9914 ਹਫ਼ਤੇ 7 ਤੁਸੀਂ ਕਾਲ ਕਰ ਸਕਦੇ ਮਿਕਸ ਤੁਸੀਂ ਕਾਲ ਕਰਨਾ ਆਪਣਾ ਨਾਮ ਟੈਲੀਫੋਨ ਨੰਬਰ ਏਰੀਆ ਕੋਡ ਸਿਟੀ ਤੋਂ ਜ਼ਰੂਰ ਦੱਸੋ ਕਿ ਅਸੀਂ ਇਸ ਕੰਟਰੀ ਦੇ ਇਸ ਸ਼ਹਿਰ ਵਿੱਚੋਂ ਬੋਲ ਰਹੇ ਹਾਂ ਤੇ ਸਾਡਾ ਟੈਲੀਫੋਨ ਨੰਬਰ ਆਇਆ ਸਾਡਾ ਨਾਂ ਆਇਆ ਸਾਡਾ ਏਰੀਆ ਕੋਡ ਟੈਲੀਫੋਨ ਨੰਬਰ ਆਇਆ ਤਾਂ ਤੁਸੀਂ ਫੀਸ ਬਾਅਦ ਵਿੱਚ ਚਾਰਜ ਕਰਦੇ ਨੇ ਪਹਿਲਾਂ ਇਹ ਕਰਜ਼ਾ ਮਾਫ਼ ਕਰਦੇ ਨੇ ਠਾ ਕਰਕੇ ਇੱਕ ਕਰਜ਼ਾ ਮਾਫ਼ ਕਰਾਉਣਾ ਤਾਂ ਕਾਲ ਕਰੋ 888-888-9914 ਨਿਰਮਲ ਜੀ ਥੈਂਕ ਯੂ ਸੋ ਮਚ ਬੜੀ ਖੁਸ਼ੀ ਹੋ ਰਹੀ ਹੈ ਕਿ ਗ੍ਰੇਸੀਅਸ ਬਿਲਡਿੰਗ ਇਲੈਕਟ੍ਰੀਕਲ ਪਲੰਬਿੰਗ ਡਰਾਈਵਾਲਸ ਡੋਰ ਆਪਣੇ ਘਰ ਦਾ ਜਿੰਨਾ ਵੀ ਸਮਾਨ ਹੈ ਇਲੈਕਟ੍ਰੀਸ਼ੀਅਨ ਦਾ ਸਾਰਾ ਸਪਲਾਈ ਕਰਦੇ ਨੇ ਅਤੇ ਪਹਿਲਾਂ ਵੀ ਇਹਨਾਂ ਦਾ ਗ੍ਰੇਸੀਅਸ ਨਾਮ ਹੇਠ ਇੱਕ ਸਪਲਾਈ ਕਰਨ ਦਾ ਬਿਰੋ ਸੀਗਾ ਸਿਰਫ ਉੱਥੇ ਉਸ ਵੇਲੇ ਇਹ ਸਮਾਨ ਸਪਲਾਈ ਕਰਦੇ ਸੀਗੇ ਸਿਰਫ ਤੋਂ ਸਿਰਫ ਪਲਾਈਵੁੱਡ ਅਤੇ ਲੈਮੀਨੇਟ ਹੁਣ ਇਹ ਪਲਾਈਵੁੱਡ ਡਰਾਈਵਾਲ ਟੋਇਲੇਟਸ ਇਲੈਕਟ੍ਰੀਕਲ ਸਮਾਨ ਇਲੈਕਟ੍ਰੀਸ਼ੀਅਨ ਦਾ ਸਮਾਨ ਅਤੇ ਡੋਰ ਐਸੇ ਲੋਕ ਜਿਹੜੇ ਕਿ ਚੋਰ ਤੋੜ ਹੀ ਨਹੀਂ ਸਕਦਾ ਦਰਵਾਜ਼ੇ ਜਿਹੜੇ ਨੇ ਉਹ ਚੋਰ ਜਿਹੜਾ ਆ ਉਹਨਾਂ ਨੂੰ ਤੋੜ ਨਹੀਂ ਸਕਦਾ ਲੋਕ ਨੂੰ ਤੋੜ ਨਹੀਂ ਸਕਦਾ ਐਸੀਆਂ ਡੋਰਾਂ ਦਰਵਾਜ਼ੇ ਖਿੜਕੀਆਂ ਤੁਸੀਂ ਐਸੇ ਡਰਾਈਵਾਲਸ ਜਾਂ ਫਿਰ ਲੈਮੀਨੇਟ ਅਤੇ ਫਲੋਰ ਦਾ ਸਾਰਾ ਕੋਈ ਵੀ ਸਮਾਨ ਲੈਮੀਨੇਟ ਖਰੀਦੋ ਅਤੇ ਇਹ ਨੋਟ ਕਰ ਲਓ 106 ਸੰਭਰ ਲਈ ਟਰਮ ਅਤੇ ਕਲਰਕ ਦੇ ਕੋਲ ਤੁਸੀਂ ਵਿੱਕੀ ਅਤੇ ਅੰਜਲੀ ਅੰਜਲੀ ਅਤੇ ਬੰਜਲੀ ਨਹੀਂ ਵਿੱਕੀ ਅਤੇ ਅੰਜਲੀ ਨੇ ਹਾਂਜੀ ਅਤੇ ਤੁਸੀਂ ਇਹਨਾਂ ਨੂੰ ਕਾਲ ਕਰੋ ਇਹ 15 ਅਪ੍ਰੈਲ ਦਿਨ ਸੋਮਵਾਰ ਤੋਂ ਹਾਂਜੀ ਜੀ ਬਿਲਕੁਲ ਸੋ ਇਹਦਾ ਵੇਰਵਾ ਆਪਾਂ ਅੱਗੇ ਚੱਲ ਕੇ ਦਿੰਦੇ ਹਾਂ ਆਹ ਜਿਹੜਾ ਪ੍ਰੋਜੈਕਟ ਟੀਮ ਲੀਫ ਲੈ ਕੇ ਆਈ ਹੈ ਜੀ ਆਪਣੇ ਸ਼ੁਭ ਸਮਾਚਾਰ ਜਿਹੜਾ ਭੁੱਲ ਜਾਈਏ ਪਲੀਜ਼ ਨੰਬਰ ਹੈ ਇਹਨਾਂ ਦਾ 9508 'ਤੇ ਕਾਲ ਕਰੋ ਸੋ 10 ਵਜੇ ਇਹ ਬੇਰੋਸ ਕਾਲ ਜਾਵੇਗਾ ਜੋ ਕਿ ਬਿਲਡਿੰਗ ਸਾਰਾ ਸਮਾਨ ਸਪਲਾਈ ਕਰਕੇ ਡਿਲੀਵਰੀ ਫ੍ਰੀ ਕਰੇਗਾ ਜੀ ਸ਼ੁਭ ਸਮਾਚਾਰ ਅਸੀਂ ਸਾਂਝਾ ਕਰੀਏ ਤੁਸੀਂ ਅੰਤ ਵਿੱਚ ਕੀ ਕਹਿਣਾ ਚਾਹੁੰਦੇ ਬਸ ਸਾਹਿਬ ਇਹੀ ਕਹਿਣਾ ਚਾਹੁੰਦੇ ਕੋਈ ਵੀ ਫਸਟ ਟਾਈਮ ਹੋਮ ਬਾਇਰ ਜਾਂ ਇਨਵੈਸਟਰ ਹੈ 6,99,000 'ਚ ਮੇਫੀਲਡ ਅਤੇ ਮੈਕਲੋਗਨ ਦੇ ਉੱਤੇ ਆਪਾਂ ਟਾਊਨ ਹਾਊਸ ਅਰਬਨ ਟਾਊਨ ਹਾਊਸ ਲੈ ਕੇ ਆਏ ਜਿਹਦੇ ਤੁਹਾਨੂੰ 2 ਕਾਰ ਪਾਰਕਿੰਗ ਮਿਲਣਗੀਆਂ 2025
ਰੇਟ ਦੀ ਕਲੋਜ਼ਿੰਗ ਹੈ, ਫ੍ਰੀ ਅਸਾਈਨਮੈਂਟ ਤੁਹਾਨੂੰ ਦਵਾ ਰਹੇ ਹਾਂ। ਸਭ ਤੋਂ ਵਧੀਆ ਗੱਲ ਹੈ ਕਿ 1% ਡਿਪੋਜ਼ਿਟ ਦੇ ਉੱਤੇ ਤੁਸੀਂ ਇਹਨੂੰ ਬੁੱਕ ਕਰ ਸਕਦੇ ਹੋ। ਤਾਂ ਆਪਣਾ ਨੰਬਰ 1 ਜੀ 905-207-8000। ਵਾਸੀ ਸਾਹਿਬ ਮਿਹਰਬਾਨ ਜੀ, ਅਸੀਂ ਸ਼ੁਭ ਸਮਾਚਾਰ ਸਾਂਝਾ ਕਰੀਏ। ਅਵਤਾਰ ਜਿਹੜੇ ਕਿ ਹਰ ਦੁਨੀਆ ਬੀਜੇ ਲੈ ਕੇ ਦਿੰਦੇ ਨੇ ਅਤੇ ਬਹੁਤ ਸਸਤ 1460 ਡਾਲਰ ਵਿੱਚ ਇੰਡੀਆ ਰਿਟਰਨ ਟਿਕਟ ਦੇ ਰਹੇ ਨੇ। ਕਟਾਰੀਆ ਟਰੈਵਲ ਟੂਰ 905-677-1200 ਕਾਲ ਕਰ ਸਕਦੇ ਹੋ। ਮੇਰੇ ਪਾਸ ਸ਼ੁਭ ਸਮਾਚਾਰ ਹੈ, ਸਾਡੇ ਪਰਿਵਾਰ ਦੇ ਮੈਂਬਰ ਬਹਾਦਰ ਸਿੰਘ ਪੱਟੀ ਬਾਗੜੀ ਪਰਿਵਾਰ ਸਾਡਾ ਪਿੰਡ ਚੱਕ ਬਾਗੜੀਆਂ ਛੋਟਾ ਪਿੰਡ ਤੋਂ ਲੰਬੇ ਸਮੇਂ ਤੋਂ ਰਹਿ ਰਹੇ। ਸੋ ਬਹਾਦਰ ਸਿੰਘ ਜੀ ਪਿਛਲੇ ਦਿਨੀ ਪੰਜਾਬ ਗਏ ਸੀ, ਪੰਜਾਬ ਤੋਂ ਆਣ ਕੇ ਹੋਸਪਿਟਲ ਜਾਣਾ ਪਿਆ ਕੁਛ ਦਿਨ, ਔਰ ਐਸੀ ਬਿਮਾਰੀ ਦੇ ਸ਼ਿਕਾਰ ਹੋਏ, ਰੱਬ ਨੂੰ ਪਿਆਰੇ ਹੋ ਗਏ। ਅੰਤਿਮ ਦਰਸ਼ਨ ਅਤੇ ਅੰਤਿਮ ਸੰਸਕਾਰ ਦੀ ਰਸਮ ਇਸ ਆਉਣ ਵਾਲੇ ਸੋਮਵਾਰ ਨੂੰ ਦੁਪਹਿਰ ਦੇ 1 ਵਜੇ ਤੱਕ 11 ਵਜੇ ਲੈ ਕੇ 1 ਵਜੇ ਤੱਕ ਹੋਵੇਗੀ। ਅਤੇ ਮੀਫੀਲਡ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਸੰਸਕਾਰ ਦੀ ਰਸਮ ਹੋਵੇਗੀ। ਸੋ ਤੁਸੀਂ ਬਹਾਦਰ ਸਿੰਘ ਇਹਨਾਂ ਦੇ ਭਰਾ ਤਾਰੀ ਜੀ ਨੂੰ, ਸੋ ਤੁਸੀਂ ਇਸ ਦੁੱਖ ਦੇ ਵਿੱਚ ਕਾਲ ਕਰ ਸਕਦੇ ਹੋ। ਔਰ ਸਾਡੇ ਪਰਿਵਾਰ ਦੇ ਸਾਡੇ ਮਾਮਾ ਜੀ ਦੇ ਇਹ ਸਪੁੱਤਰ ਸਨ ਔਰ ਬਹੁਤ ਹੀ ਨਿੱਘੇ ਸਵਾਰੇ ਸਨ। ਇਹਨਾਂ ਦਾ ਜੱਸੀ ਬੇਰੋਜ਼ ਕੱਪੜੇ ਫੈਸ਼ਨ ਜੋ ਕਿ ਗੋਰਵੇ ਅਤੇ ਮਕਵੀਨ ਦੇ ਕੋਲ ਜੀ ਜੱਸੀ ਫੈਸ਼ਨ ਕੱਪੜੇ ਸਟੋਰ, ਅਸੀਂ ਇਸ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ। ਅਤੇ ਇਸ ਸੋਮਵਾਰ ਨੂੰ ਜੀ ਹਾਂ ਅੰਤਿਮ ਰਸਮ ਜਿਹੜੀ ਹੈ ਉਹ ਅੰਤਿਮ ਸੰਸਕਾਰ ਦੀ ਅਤੇ ਅੰਤਿਮ ਅਰਦਾਸ ਹੋਵੇਗੀ। ਔਰ ਵਾਹਿਗੁਰੂ ਕੀ ਅਰਦਾਸ ਕਰੀਏ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਟਿਕਾਣਾ ਦੇਵੇ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਧੰਨਵਾਦ।